आ समा कि बारिश पूरी है, एन गली च पानी खड़ गया। इतों मैं निकलिया तो आ डी पी सर का आप घर लभ लिया, तो अपने पिंडा तो आवाज वजदी, इतने पटलियां वजद जिंदगी बड़ी जी असि कैमरा जा बाहर कटी फिर पुठे काम करी जाना तू कुछ नहीं हुंदा जी कुछ नहीं हुंदा जी नहीं नहीं आपां चलदे जी इदां ही गल्लां करनियां जी ना खान दियो ना पीन दियो ना खान दियो आई है जी वेख लो फिर ना आप खाने पीने है आ जाओ हाँ जी हाँ जी सो ये भाई दे सामान सम्मान सर जी तो तुसी कितनी उम्र दे विच कबड्डी खेडनी शुरू की जी शुरू दे विच कोई आउंदा ही कोई फॉर्मेलिटी कोई गलबात सर यार तू कहना नवा है मेरे कोले नहीं जी आप इदा ही गल्लां कर लईए जिहड़े शुरू कर लिया मैं चाह पीण लगे पहला तो चाह पी लै तू भी आप इतने चाह पीने जी है आप इतने बिच चाह पी लें कुलवंत चाह दे दी यार तेनू भी लिया जी नाल कप्पा लिया हाँ जी चलो आप इदा ही शुरू कर दें जी क्योंकि जेडे साडे सुपरस्टार असी उन्हां नूं इदा ही कवर जिन्हां मेरा प्रेम हुंदा जी मैं उन्हां दे इदा ही घरे छापे मार जाणदा आ के छापा मार लिया हाँ जी हाँ जी विजिलेंस नूं छापा तू मार लिया यार वेख लो जी फिर ते सर तुहाडी हुण तक किन्नी उम्र हो चुकी है जी हुण तक सत श्री अकाल आंटी सत श्री अकाल ਕੋਈ ਉਮਰਾਂ 'ਚ ਕੀ ਰੱਖਿਆ ਉਮਰ ਤਾਂ ਹੋਈ ਉਮਰ ਤਾਂ ਹੋਈ ਜਾਂਦੀ ਜਵਾਨ ਹਾਂਜੀ ਸਾਡੇ ਯਾਰ ਨੇ ਗਾਇਆ ਸੀ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਮੇਰਾ ਕਲਾਸ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਇਸ ਕਰਕੇ ਕਦੇ ਸੋਚਿਆ ਹੀ ਨਹੀਂ ਆਲੋ ਚਲੋ ਜਦੋਂ ਵੀ ਸਰ ਮੈਂ ਤੁਹਾਡੇ ਕੋਲ ਆਇਆ ਮੈਂ ਆਇਆ ਬੜੇ ਵਾਰੀ ਆਇਆ ਹੈ ਨਾ ਜਦੋਂ ਆਪਣੀ ਟੀਮ ਹੁੰਦੀ ਸੀ ਹੈ ਨਾ ਤੁਹਾਡੇ ਕੋਲ ਇੱਕ ਡੱਬਾ ਜ਼ਰੂਰ ਪਿਆ ਹੁੰਦਾ ਇਹਦਾ ਨਾ ਮਿਠਾਈ ਮਿਠੂਈ ਵਾਲੇ ਵੀ ਕੀ ਚੱਕਰ ਹੈ ਤੈਨੂੰ ਪਤਾ ਹੀ ਹੈ ਮਿੱਠੇ ਦੇ ਸ਼ੌਕੀਨ ਆਪਾਂ ਅੱਛਾ ਜੀ ਆਪਾਂ ਕਰਨਾ ਕੀ ਹੈ ਹਾਂ ਮਿੱਠਾ ਵੀ ਅਤੇ ਮਿੱਠੀਆਂ ਚੀਜ਼ਾਂ ਖਾਣ ਤੋਂ ਬਾਅਦ ਵੀ ਲੋਕ ਕਹਿੰਦੇ ਵੀ ਮੱਖਣ ਦੀ ਥੋੜ੍ਹਾ ਜਿਹਾ ਕੱਬਾ ਬੋਲਦਾ ਕੌੜਾ ਬੋਲਦਾ ਉਹਦਾ ਰਿਵੀਜ਼ਨ ਕੀ ਹੈ ਜੀ ਫਿਰ ਉਸ ਤਾਂ ਹੀ ਤਾਂ ਮਿੱਠਾ ਖਾਂਦੇ ਵੀ ਸ਼ਹਿਰ ਮਿੱਠੀ ਹੋ ਜਾਵੇਗੀ ਇਹਦਾ ਹੁਣ ਕੁਦਰਤ ਦੀ ਦੇਣ ਮੱਖਣ ਦੀ ਵੀ ਕਿਹੜਾ ਆਪ ਬਣਿਆ ਰੱਬ ਦਾ ਹੀ ਬਣਾਇਆ ਹੋਇਆ ਕੁਦਰਤੀ ਦੇਣ ਹਰੇਕ ਦਾ ਆਪਦਾ ਆਪਦਾ ਸੁਭਾਅ ਹੁੰਦਾ ਗੱਲ ਤਾਂ ਇਹੀ ਹੈ ਵੀ ਕੱਬਾ ਬੋਲੇ ਵੀ ਕਿਹੜਾ ਕੋਈ ਬਣਦਾ ਨਾ ਮਿਠਾਸ ਨਾਲ ਬਣਦਾ ਨਾ ਕੱਬਾ ਬੋਲੇ ਬਣਦਾ ਦੁਨੀਆਂ ਤਾਂ ਕਿਵੇਂ ਨਹੀਂ ਛੱਡਦੀ ਮਿੱਠੇ ਨੂੰ ਖਾ ਜਾਂਦੀ ਹੈ ਕੌੜੇ ਨੂੰ ਸੁੱਕ ਦਿੰਦੀ ਹੈ ਫਿਰ ਤੁਹਾਨੂੰ ਕੀ ਲੱਗਦਾ ਵੀ ਖਾਧਾ ਜਾਣਾ ਵਧੀਆ ਰਹਿੰਦਾ ਕਿ ਥੁੱਕਿਆ ਜਾਣਾ ਵਧੀਆ ਰਹਿਣਾ ਚਾਹੀਦਾ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਬੰਦਾ ਵਿਚਾਲੇ ਜੇ ਰਵੇ ਯਾਰ ਨਾ ਥੁੱਕਿਆ ਜਾਵੇ ਨਾ ਖਾਧਾ ਜਾਵੇ ਠੀਕ ਹੈ ਜੀ ਜੇ ਤੁਹਾਨੂੰ ਸੈੱਟ ਹੀ ਦਿੱਤਾ ਲੋਕਾਂ ਨੇ ਤਾਂ ਨਹੀਂ ਛੁੱਟੀ ਗੱਲ ਸੁਣਨੀ ਜੇ ਤੁਹਾਨੂੰ ਹਜ਼ਮੀ ਕਰਕੇ ਤੁਹਾਨੂੰ ਤਾਂ ਨਹੀਂ ਗੋਲਣਾ ਤੁਹਾਨੂੰ ਥੋੜ੍ਹਾ ਜਿਹਾ ਟੈਕਟ ਪੱਲਾ ਅਤੇ ਥੋੜ੍ਹਾ ਜਿਹਾ ਸਿਆਣਾ ਹੋਣਾ ਚਾਹੀਦਾ ਲੋਕਾਂ ਦੇ ਹਿਸਾਬ ਨਾਲ ਥੋੜ੍ਹਾ ਘਣਾ ਬਦਲਣਾ ਪੈਂਦਾ ਬਥੇਰਾ ਸਰਪੰਚ ਸਿਉਂ ਨੇ ਲਿਖਿਆ ਸੀ ਕਿ ਨਾ ਕਹਿੰਦਾ ਮੱਖਣ ਚੜ੍ਹੇ ਇੱਕ ਬਹੁਤ ਅੱਤਰ ਸੀ ਪਰ ਕਹਿੰਦਾ ਟੋਡੀ ਦੀਆਂ ਸੱਟਾਂ ਖਾ ਖਾ ਕੇ ਥੋੜ੍ਹਾ ਜਿਹਾ ਮੁਲਾਇਮ ਹੋ ਗਿਆ ਨਾਂ ਦਾ ਤਾਂ ਕਹਿੰਦਾ ਮੱਖਣ ਹੈ ਪਰ ਮੱਖਣ ਵਾਲੀ ਗੱਲ ਹੈ ਨਹੀਂ ਕੋਈ ਮੱਖਣ ਦਾ ਮੁਲਾਇਮ ਹੁੰਦਾ ਪਰ ਮੱਖਣ ਨੂੰ ਹਰੇਕ ਹੀ ਚੱਕ ਕੇ ਪਾ ਲੈਂਦਾ ਕੋਈ ਕਾਹੇ 'ਚ ਪਾ ਲੈਂਦਾ ਕੋਈ ਕਾਹੇ 'ਚ ਪਾ ਲੈਂਦਾ ਆਹ ਮਲਾਈ ਮੱਖਣ ਹੈ ਜੀ ਆ ਦਹੀਂ ਮੱਖਣ ਹੈ ਜੀ ਆ ਦਾਲ ਮੱਖਣੀ ਹੈ ਮੱਖਣ ਨੂੰ ਤਾਂ ਛੱਡਦਾ ਹੀ ਕੱਖ ਨਹੀਂ ਭਾਅ ਜੀ ਮੈਨੂੰ ਤਾਂ ਮੱਖਣ ਨਾਂ ਦੀ ਚੜ੍ਹਾਈ ਵੀ ਬੜੀ ਰਹੀ ਹੈ ਚੜ੍ਹਤ ਬੜੀ ਰਹੀ ਹੈ ਜੇ ਮੱਖਣ ਮੱਖੀ ਹੋ ਗਿਆ ਹੈ ਨਾ ਕੇਸ ਮੱਖਣ ਹੋ ਗਿਆ ਮੱਖਣ ਡੀ ਪੀ ਚੜਿੱਕ ਹੋ ਗਿਆ ਮੱਖਣ ਸਿੱਧੂ ਅਤੇ ਮੱਖਣ ਧਾਲੀਵਾਲ ਮੱਖਣ ਹਕੀਮਪੁਰੀ ਮੱਖਣ ਵਾਲੀ ਦੇਖੋ ਜੀ ਮੱਖਣ ਮੇਰਾ ਨਾਮ ਮਾਪਿਆਂ ਨੇ ਰੱਖਿਆ ਸੀ ਕਿਉਂਕਿ ਸਾਡਾ ਜਿਹਾ ਇਲਾਕਾ ਸੀਗਾ ਇਹ ਥੋੜ੍ਹਾ ਜਿਹਾ ਉਦੋਂ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਹਰ ਸੀ ਠੀਕ ਹੈ ਅਤੇ ਇਹਦਾ ਜ਼ਿਆਦਾ ਦਰਖਤ ਦਰੁਖਤ ਹੁੰਦੇ ਸੀ ਅਤੇ ਆਮ ਜਿਹੜੇ ਲੋਕ ਅੰਗਰੇਜ਼ਾਂ ਦੇ ਵਿਰੋਧੀ ਹੁੰਦੇ ਸੀ ਆ ਕਿੰਨਾ ਸਾਈਡਾਂ 'ਤੇ ਖੜ ਲੁਕਦੇ ਲੱਗਦੇ ਹੁੰਦੇ ਸੀਗੇ ਜੀ ਉਦੋਂ ਕੋਈ ਮੱਖਣ ਖਾੜਕੂ ਹੁੰਦਾ ਸੀਗਾ ਅੱਛਾ ਜੀ ਬੜਾ ਮਸ਼ਹੂਰ ਸੀ ਲੋਕਾਂ ਦੀ ਮਦਦ ਕਰਦਾ ਸੀ ਅਤੇ ਉਸ ਟਾਈਮ ਮੇਰੇ ਪਿੰਡ 'ਚ ਤਕਰੀਬਨ 40-50 ਮੁੰਡਿਆਂ ਦੇ ਨਾਮ ਮੱਖਣ ਸੀ
ਅੱਛਾ ਜੀ ਲੋਕ ਉਸ ਗੱਲ ਤੋਂ ਇੰਪ੍ਰੈਸ ਹੋ ਕੇ ਵੀ ਜੇ ਇਹ ਚੰਗੇ ਬੰਦੇ ਵਰਗੇ ਬਣਨ ਤਾਂ ਜਵਾਕਾਂ ਦੇ ਨਾਂ ਰੱਖਦੇ ਸੀ। ਫਿਰ ਗਾਂ ਕਬੱਡੀ ਜਾ ਕੇ ਕਬੱਡੀ 'ਚ ਵੀ ਮੱਖਣਾ ਨਾ ਵਾਹ ਪਿਆ। ਕਨੇਡਾ ਦੇ ਵਿੱਚ ਮੱਖਣ ਖਿਡਾਰੀ ਹੈ, ਖੇਡਦਾ ਹੈ, ਅਤੇ ਪੁਆਧ ਦਾ ਮੱਖਣ ਬਹੁਤ ਤਕੜਾ ਸਟਾਪਰ ਹੈ ਅੱਛਾ ਇੰਗਲੈਂਡ ਦੇ ਵਿੱਚ, ਉਹ ਵੀ ਮੱਖਣ ਹੈ। ਫਿਰ ਹਕੀਮਪੁਰੀਆ ਮੱਖਣ ਨਵੀਂ ਨਵੀਂ ਕੁਇੰਟਰੀ ਸ਼ੁਰੂ ਕੀਤੀ, ਮੈਂ ਵੀ ਉਦੋਂ 40 ਸਾਲਾਂ ਦੀ ਕਮੈਂਟਰੀ ਕਰਦਾ ਹੁੰਦਾ ਸੀ। ਅੱਛਾ ਜੀ ਜੋ ਨਵਾਂ ਨਵਾਂ ਬੰਦਾ ਥੋੜ੍ਹੇ ਜਿਹੇ ਟੋਟ ਕੇ ਜੇ ਪਾਉਂਦਾ ਜੀ, ਇੱਕ ਦਿਨ ਇਹਨੇ ਬੋਲਿਆ ਫੜੀ ਨਹੀਂ ਫੜੀ ਭਾਬੀ, ਇੱਕ ਰੇਡਰ ਨੂੰ ਫੜਿਆ ਫੌਜੀ ਰਾਉਂਦੇ ਅਰਗੇ ਨੇ, ਅਤੇ ਫੜੀ ਨਹੀਂ ਫੜੀ ਭਾਬੀ ਮੁੰਡਾ ਕਿਹੜੇ ਪਿੰਡ ਦਾ, ਅਤੇ ਮੈਂ ਜਾ ਕੇ ਮੱਖਣ ਨੂੰ ਟੋਕਿਆ। ਮੈਂ ਕਿਹਾ ਯਾਰ ਮੱਖਣ ਸਿਆਂ ਭਾਬੀ ਕਿੱਥੇ ਆ ਗਈ, ਇੱਥੇ ਕੌਡੀ ਦੀ ਗਰਾਊਂਡ 'ਚ ਭਾਬੀ ਕਿੱਥੇ ਆ ਗਈ, ਅਤੇ ਫੜੀ ਨਹੀਂ ਫੜੀ ਭਾਬੀ ਕਹੀ ਜਾਂਦੀ। ਮੈਂ ਪੁੱਛਿਆ ਮੁੰਡਾ ਕਿਹੜੇ ਪਿੰਡ ਦਾ, ਇੱਕ ਜਵਾਨ ਨੇ ਜਵਾਨ ਨੂੰ ਫੜਿਆ। ਕਮੈਂਟਰੀ ਚੰਗੀ ਬੋਲੋ ਯਾਰ ਤੁਸੀਂ, ਵਧੀਆ ਬੋਲੋ। ਉਹ ਉਦੋਂ ਵਕਤ ਮੈਨੂੰ ਨਹੀਂ ਪਤਾ, ਉਹ ਬਹੁਤ ਸਿਆਣਾ ਸੀ, ਪ੍ਰੋਫੈਸਰ ਸੀ, ਪੜ੍ਹਿਆ ਲਿਖਿਆ ਸੀ, ਉਹਨੇ ਮੇਰੀ ਗੱਲ ਮਾਇੰਡ ਨਹੀਂ ਕੀਤੀ। ਪਰ ਮੈਚ ਤੋਂ ਬਾਅਦ ਮੈਨੂੰ ਬੋਲਿਆ ਮਿਲਿਆ ਉਹ, ਅਤੇ ਮਿਲ ਕੇ ਮੈਨੂੰ ਕਹਿੰਦਾ ਜੀ ਤੁਸੀਂ ਸੁਣਿਆ ਮੱਖਣ ਡੀਪੀ, ਅਤੇ ਬਹੁਤ ਤਕੜੇ ਕਬੱਡੀ ਦੇ ਖਿਡਾਰੀ ਸੀਗੇ, ਇਸ ਤਰ੍ਹਾਂ ਕਹਿੰਦਾ ਤੁਹਾਡੀ ਆਵਾਜ਼ ਬਹੁਤ ਸੁਣਿਆ। ਚਲੋ ਪਿਆਰ ਦੀਆਂ ਗੱਲਾਂ ਬਾਤਾਂ ਹੋਈਆਂ, ਲਿਹਾਜ ਪੈ ਗਈ ਮੇਰੇ ਕੋਲ, ਕੁਛ 40 ਸਾਲਾਂ ਦੀ ਕਮੈਂਟਰੀ ਕਰਦੇ ਇੱਕ ਟੋਟ ਕੇ ਸੀ, ਮੈਂ ਦੱਸੇ, ਮੈਂ ਕਿਹਾ ਵੀ ਇਸ ਤਰ੍ਹਾਂ ਇਹਨੂੰ ਕਬੱਡੀ ਦੀ 29 ਵਾਸਤੇ, ਕਬੱਡੀ ਵਾਸਤੇ ਵਧੀਆ ਆਪਾਂ ਨੂੰ ਬੋਲਣਾ ਚਾਹੀਦਾ। ਉਹ ਇਹੋ ਜਿਹਾ ਸ਼ਿੰਗਾਰਿਆ ਗਿਆ ਕਿ ਉਹ ਅੱਜ ਕਮੈਂਟਰਾਂ ਦਾ ਉਸਤਾਦ ਹੈ, ਸਾਰੀ ਦੁਨੀਆ ਉਹਨੂੰ ਮੰਨ ਕੇ ਚੱਲਦੀ, ਕਿਉਂਕਿ ਪੜ੍ਹਿਆ ਲਿਖਿਆ ਸੀ, ਸਿਆਣਾ ਸੀ। ਕਬੱਡੀ ਜਦ ਨਵਾਂ ਆਇਆ ਸੀ, ਨਵੇਂ ਆਏ ਬੰਦੇ ਦੀ ਗੱਲ ਹੋਰ ਹੁੰਦੀ ਹੈ, ਜਿਵੇਂ ਅਸੀਂ ਕਬੱਡੀ ਦੀਆਂ ਸੱਟਾਂ ਖਾ ਖਾ ਕੇ ਪੱਧਰੇ ਹੋ ਗਏ, ਉਹਨੂੰ ਵੀ ਇੱਕ ਦੋ ਬੰਦਿਆਂ ਨੇ ਮੇਰੇ ਵਰਗੇ ਟੋਕਿਆ ਹੋਊਗਾ, ਅਤੇ ਉਹ ਬੜੀ ਸੋਹਣੀ ਬੜੀ ਤਕੜੀ ਕਮੈਂਟਰੀ ਕੀਤੀ ਉਸ ਬੰਦੇ ਨੇ, ਵੱਖ ਵੱਖ ਬੰਦਿਆਂ ਨੂੰ ਵੱਖ ਵੱਖ ਨਾਂ ਦਿੱਤੇ। ਅਤੇ ਉਹਨੇ ਮੈਨੂੰ ਇੱਕ ਵਾਰ ਕਿਹਾ ਵੀ, ਕਹਿੰਦਾ ਯਾਰ ਮੱਖਣ ਤੇਰੇ ਨਾਂ ਦਾ ਮੈਨੂੰ ਬਹੁਤ ਫਾਇਦਾ ਹੋਇਆ। ਕਹਿੰਦਾ ਲੋਕ ਮੈਨੂੰ ਕਈ ਵਾਰ ਪੁੱਛਦੇ ਆ ਵੀ ਤੂੰ ਰੇਡ ਕਰਦਾ ਕਿ ਕਬੱਡੀ ਵਾਦਾ, ਲੋਕ ਇਹੀ ਸਮਝਦੇ ਰਹਿੰਦੇ ਵੀ ਇਹ ਮੱਖਣ ਡੀਪੀ ਕੌਡੀ ਵਾਲਾ ਹੀ ਹੈ। ਪੱਗ ਤੁਸੀਂ ਦੋਵੇਂ ਪਾਉਂਦੇ ਸੀ? ਪੱਗ ਦੋਵੇਂ ਪਾਉਂਦੇ ਸੀ, ਫਰਕ ਪੈ ਗਿਆ। ਉਸ ਤੋਂ ਬਾਅਦ ਫੈਡਰੇਸ਼ਨ ਜਦੋਂ ਬਣੀ ਤਾਂ ਮੱਖਣ ਹਕੀਮਪੁਰੀ ਨਾਲ ਵਾਹ ਪੈ ਗਿਆ, ਉਹ ਵੀ ਮੱਖਣੀ ਸੀ। ਮੇਰੀ ਟੀਮ ਦੇ ਵਿੱਚ ਸੈਦੋ ਦਾ ਮੱਖਣ ਆ ਗਿਆ, ਉਹ ਗੀਤ ਵੀ ਬਣਿਆ ਬੜੀ ਚੜ੍ਹਾਈ ਸੈਦੋ ਵਾਲੇ ਮੱਖਣ ਦੀ। ਉਸ ਤੋਂ ਬਾਅਦ ਮੱਖਣ ਮੱਖੀ ਆਇਆ, ਮੱਖਣ ਮੱਖੀ ਮੈਨੂੰ ਨਹੀਂ ਸੀ ਪਤਾ ਇਹਦਾ ਪਿੰਡ ਮੱਖੀ ਕਲਾਂ ਹੈ। ਅੱਛਾ ਜੀ, ਮੱਖੀ ਕਲਾਂ ਐਕਚੁਅਲੀ ਇਹਦਾ ਪਿੰਡ, ਅਤੇ ਮੈਨੂੰ ਮੱਖਣ ਮੱਖੀ ਬੜਾ ਆਡ ਜਿਹਾ ਲੱਗਿਆ ਕਰੇ। ਮੈਂ ਕਿਹਾ ਭਲਵਾਨਾ ਤੇਰਾ ਗੋਤ ਕੀ, ਕਹਿੰਦਾ ਸੰਧੂ। ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੱਖਣ ਸੰਧੂ ਦੇ ਨਾਂ ਨਾਲ ਮਸ਼ਹੂਰ ਹੋਵੇ, ਬੜਾ ਜੱਜਿਆ ਕਈ ਥਾਵਾਂ 'ਤੇ। ਇੱਧਰ ਗਏ ਅਸੀਂ ਗੁਰਦਾਸਪੁਰ 'ਚ, ਉਹ ਸੰਧੂਆਂ ਦਾ ਪਿੰਡ ਸੀ, ਉਹਨਾਂ ਨੇ ਬੜਾ ਪ੍ਰਚਾਰ ਕੀਤਾ ਵੀ ਸਾਡਾ ਸੰਧੂਆਂ ਦਾ ਮੁੰਡਾ ਮੱਖਣ ਸੰਧੂ ਹੈ। ਅਤੇ ਚਲੋ ਮੇਰੀ ਇੱਛਾ ਸੀ, ਪਰ ਹਰੇਕ ਨੂੰ ਹੁੰਦਾ ਵੀ ਮੇਰਾ ਪਿੰਡ ਵੀ ਮਸ਼ਹੂਰ ਹੋਵੇ। ਉਹ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਪਿੰਡ ਮੱਖੀ ਹੈ, ਅਤੇ ਫਿਰ ਮੈਂ ਕਿਹਾ ਵੀ ਪਿੰਡ ਦਾ ਅਕਸਰ ਪਿੰਡ ਦਾ ਮਸ਼ਹੂਰ ਕਰਨਾ ਹੀ ਚਾਹੀਦਾ ਬੰਦੇ ਨੂੰ, ਪਿੰਡ ਗੋਤ ਨਾਲੋਂ ਜ਼ਿਆਦਾ ਪਿਆਰਾ ਹੁੰਦਾ ਕਿਉਂਕਿ ਪਿੰਡ ਵੱਡਾ ਹੈ। ਅਤੇ ਉਹ ਮੱਖਣ ਮੱਖੀ ਦੇ ਨਾਂ ਨਾਲ ਮਸ਼ਹੂਰ ਹੋਇਆ, ਇਸ ਕਰਕੇ ਮੱਖਣਾ ਨਾਂ ਤਾਂ ਮੇਰੀ ਲਿਹਾਜ ਹੀ ਰਹੀ ਹੈ। ਮੱਖਣ ਜਿੰਨੇ ਮਿਲੇ ਮੈਨੂੰ ਸਾਊ ਮਿਲੇ, ਮੱਖਣ ਧਾਲੀਵਾਲ ਹਕੀਮਪੁਰੀਆ ਸਾਊ ਮਿਲਿਆ, ਮੱਖਣ ਕਮੈਂਟਰੀ ਵਾਲਾ ਸਾਊ ਮਿਲਿਆ, ਮੱਖਣ ਸੈਦੋ ਵਾਲਾ ਇੰਨਾ ਸਿਆਣਾ ਸਮਝਦਾਰ ਮਿਲਿਆ, ਅਤੇ ਮੱਖਣ ਮੱਖੀ ਦਾ ਤਾਂ ਅੰਤ ਹੀ ਕੋਈ ਨਹੀਂ। ਇੱਕ ਇਹੋ ਜਿਹਾ ਪਲੇਅਰ ਮਿਲਿਆ ਮੈਨੂੰ ਜਿਹੜਾ ਅੱਜ ਕਬੱਡੀ ਦੇ ਵਿੱਚ ਕਹਿੰਦੇ ਨਾ ਆ ਹੈਗਾ ਗੈਂਗਸਟਰ ਦੇ ਜਿਮ, ਮੈਂ ਵੇਖਿਆ ਬੰਦਾ ਕਿਸੇ ਤੋਂ ਡਰਦਾ ਹੀ ਨਹੀਂ, ਮੱਖਣ ਮੱਖੀ। ਮੱਖਣ ਮੱਖੀ ਉਹ ਕਹਿੰਦਾ ਗੇਮ ਖੇਡਣੀ ਹੈ, ਕਿਸੇ ਦਾ ਡਰ ਨਹੀਂ, ਅਤੇ ਆਪਦੀ ਮਰਜ਼ੀ ਨਾਲ ਖੇਡਦਾ। ਮੈਨੂੰ ਉਹਦੀ ਇਹ ਗੱਲ ਬਹੁਤ ਚੰਗੀ ਲੱਗੀ, ਉਹ ਬੰਦੇ 'ਚ ਹਿੰਮਤ ਹੈ, ਅਤੇ ਆਪਦੀ ਹਿੰਮਤ ਦੇ ਆਸਰੇ ਕਿੱਥੇ ਪਹੁੰਚਿਆ ਬੰਦਾ। ਤਾਂ ਮਾਣ ਆ, ਮੈਨੂੰ ਫਖਰ ਆ ਇਹੋ ਜਿਹੇ ਪਲੇਅਰਾਂ ਦੇ ਉੱਤੇ ਵੀ ਸਾਡਾ ਨਾਂ ਵੀ ਉੱਚਾ ਕੀਤਾ, ਆਪਦਾ ਵੀ ਕੀਤਾ, ਪਿੰਡ ਦਾ ਵੀ ਉੱਚਾ, ਇਹ ਨਹੀਂ ਕਬੱਡੀ ਦਾ ਨਾਂ ਉੱਚਾ ਕੀਤਾ ਬੰਦੇ, ਕਬੱਡੀ ਦਾ ਲੈਵਲ ਉੱਚਾ ਕੀਤਾ। ਇਸ ਕਰਕੇ ਮੱਖਣਾ ਦਾ ਪੁਰਾਣਾ ਵਾਹ ਹੈ, ਚਾਹ ਪੀਓ। ਇੱਕ ਵਾਰੀ ਤੁਸੀਂ ਉਹਦੇ ਥੱਪੜ ਵੀ ਮਾਰਿਆ ਸੀ, ਉਹ ਮੈਨੂੰ ਦੱਸਿਆ ਉਹਨੇ ਇੱਕ ਵਾਰੀ, ਮੈਨੂੰ ਗੱਲ ਹੋਈ ਉਹ ਕੀ ਕੀ ਗੱਲ ਸੀ, ਉਹ ਕਿੱਥੇ ਸੀ ਮਾਹੌਲ ਤੁਹਾਨੂੰ ਸ਼ਾਇਦ ਹੋਵੇ? ਉਹ ਤਾਂ ਤੁਸੀਂ ਇੱਕ ਵਾਰ ਥੱਪੜ ਦੀ ਗੱਲ ਕਰਦੇ ਹਾਂ, ਥੱਪੜ ਤਾਂ ਇਕੱਲਾ ਮੱਖਣ ਮੱਖੀ ਦੇ ਨੇ ਪਿਆ, ਥੱਪੜ ਕਿਹੜਾ ਗੁਰਜੀਤ ਦੇ ਪਿਆ ਸੀ, ਕਿਹੜਾ ਏਗਮ ਦੇ ਵੀ ਪਿਆ ਸੀ, ਮੱਖਣ ਸੈਦੋ ਵਾਲੇ ਦੇ ਵੀ ਪਿਆ ਸੀ। ਉਹ ਗੱਲ ਤਾਂ ਥੱਪੜਾਂ ਦੇ ਬਾਰੇ ਹੁਣ ਆਪਾਂ ਥੋੜ੍ਹਾ ਵਰਣਨ ਨਾਲ ਚੱਲਣਾ, ਵੀ ਇੱਕ ਥੱਪੜ ਉੱਥੇ ਮੈਂ ਐਂ ਮਾਰਿਆ ਅਤੇ ਕਿਉਂ ਮਾਰਿਆ, ਮੈਨੂੰ ਬੜਾ ਜ਼ਿਕਰ ਕਰਦੇ ਨੇ ਉਹ। ਗੁਰਜੀਤ ਊਤ ਨੇ ਵੀ ਆਪਣੀ ਕਿਤਾਬ ਦੇ ਵਿੱਚ ਲਿਖਾਇਆ ਸੀ ਮੇਰੇ ਮੱਖਣ ਡੀਪੀ ਸਾਹਮਣੇ ਚਪੇੜਾ ਮਾਰਿਆ, ਅਤੇ ਉਦੋਂ ਬਾਅਦ ਡਬਲ ਟੱਚ ਦਾ ਕੋਈ ਰੌਲਾ ਸੀ ਉਹਨਾਂ ਦਾ ਉੱਥੇ ਉਦੋਂ। ਉਹ ਗੱਲ ਸਹਿਜੀ ਜੀ ਆਏ ਆ ਵੀ ਹੁਣ ਜਿਹੜਾ ਸਰੂਪ ਆ ਨਾ ਬਦਲ ਰਿਹਾ ਕਬੱਡੀ ਦਾ, ਮੈਂ ਅੱਜ ਹੀ ਸੋਚਦਾ ਸੀ ਸਵੇਰੇ, ਮੈਨੂੰ ਨਹੀਂ ਸੀ ਪਤਾ ਤੁਸੀਂ ਆ ਰਹੇ ਆ, ਜਿਹੜੇ ਚਾਰ ਚਾਕ ਆ ਗਿਆ ਮੀਂਹ ਪੈਂਦਾ ਕਰਕੇ ਮੈਂ ਥੋੜ੍ਹਾ ਜਿਹਾ ਲੇਟ ਉੱਠਿਆ, ਚਾਹ ਪੀ ਲੈਣ ਦੇ ਮੈਨੂੰ ਕਾਇਮ ਹੋ ਲੈਣ ਦੇ ਮਾੜਾ ਜਿਹਾ, ਕਿਉਂਕਿ ਆਪਾਂ ਤਾਂ ਚਾਹ ਜੋ ਗਈ ਹੈ।
ਉਹੀ ਟਾਈਮ ਹੁੰਦਾ ਸੀਗਾ ਮੇਰੇ ਕੋਲ 80-85 ਪਲੇਅਰ ਗੁਰੂ ਨਾਨਕ ਕਾਲਜ ਦੀ ਗਰਾਊਂਡ 'ਚ ਘਰਾਂ ਤੋਂ ਸਾਈਕਲ ਚਲਾ ਕੇ ਬੱਬੂ ਪੜ੍ਹਾਉਣੇ ਅੱਗੇ ਕਿੱਥੇ ਫਿਰੋਜ਼ਪੁਰ ਕੋਲ ਪੜ੍ਹਾਉਣਾ ਹੈ ਇੱਥੋਂ ਆ ਕੇ ਪ੍ਰੈਕਟਿਸ ਕਰਦੇ ਸੀ ਉਹਨਾਂ ਲੋਕਾਂ ਨੂੰ ਸ਼ੌਕ ਸੀ ਮੈਂ ਕੋਈ ਦਿੰਦਾ ਤਾਂ ਨਹੀਂ ਸੀ ਪ੍ਰੈਕਟਿਸ ਕਰਨ ਆਉਂਦੇ ਸੀ ਟਾਈਮ ਬਦਲਿਆ ਟਾਈਮ ਬਦਲ ਕੇ ਅਕੈਡਮੀਆਂ ਬਣ ਗਈਆਂ ਆਓ ਮੈਂ ਤੁਹਾਨੂੰ ਇੱਕ ਦਿਖਾਵਾਂ ਇੱਕ ਜਿਹੜੀ ਗੱਲ ਮੈਂ ਜਿਹੜਾ ਤੁਹਾਡੇ ਕੋਲ ਕੈਮਰਾ ਵੀ ਹਰਜੀਤ ਬਾਜੇਖਾਨੇ ਦੇ ਮਰਨ ਤੋਂ ਬਾਅਦ ਅਸੀਂ ਤਰਸ ਰਹੇ ਸੀ ਅਤੇ ਉਸ ਵਕਤ ਮੇਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੁਲਾਕਾਤ ਹੋਈ ਸੀ ਅਤੇ ਅਸੀਂ ਚਾਹੁੰਦੇ ਸੀ ਕਬੱਡੀ ਦੀ ਇੱਕ ਅਕੈਡਮੀ ਬਣ ਗਈ ਇੱਕ ਅਕੈਡਮੀ ਆਹ ਦੇਖੋ ਮੋਗੇ ਆ ਗਏ ਆਹ ਮੇਰੀ ਉਂਗਲ ਖੜੀ ਕੀਤੀ ਹੈ ਸਿਰਫ ਮੇਰੀ ਇਹ ਡਿਮਾਂਡ ਸੀ ਕਿ ਕਬੱਡੀ ਦੀ ਇੱਕ ਅਕੈਡਮੀ ਬਣ ਜਾਵੇ ਕਬੱਡੀ ਦੇ ਨਾਂ 'ਤੇ ਅਸੀਂ ਤਰਸਦੇ ਸੀ ਵੀ ਕਬੱਡੀ 'ਚ ਅਕੈਡਮੀ ਬਣ ਜਾਵੇ ਤਾਂ ਕਿ ਕਬੱਡੀ ਨੂੰ ਬਚਾਇਆ ਜਾ ਸਕੇ ਹਰਜੀਤ ਬਰਾੜ ਤੋਂ ਬਾਅਦ ਓਕੇ ਅਤੇ ਉਹ ਸਾਨੂੰ ਕਹਿੰਦਾ ਜੀ ਤੁਸੀਂ ਐਂ ਫਾਈਲ ਬਣਾ ਕੇ ਭੇਜੋ ਡਾਇਰੈਕਟਰ ਨੂੰ ਭੇਜੋ ਕੀ ਡਿਮਾਂਡ ਆ ਕੀ ਨਹੀਂ ਚਲੋ ਸਰਕਾਰਾਂ ਦੀਆਂ ਜਿਵੇਂ ਗੱਲਾਂ ਹੁੰਦੀਆਂ ਉਹ ਗੱਲ ਲੰਮੀ ਪੈ ਗਈ ਅਤੇ ਫਿਰ ਅੰਤ ਨੂੰ ਸਾਨੂੰ ਆਪ ਹੀ ਪਲੇਅਰਾਂ ਨੂੰ ਪੁਰਾਣੇ ਖਿਡਾਰੀਆਂ ਨੂੰ ਉੱਠ ਕੇ ਅਕੈਡਮੀਆਂ ਬਣਾਉਣੀਆਂ ਪਈਆਂ ਅਤੇ ਤੁਸੀਂ ਮੰਨਣਾ ਪਊਗਾ ਕਿ ਹਰਜੀਤ ਬਰਾੜ ਤੋਂ ਬਾਅਦ ਜੋ ਖਿਲਾਫ ਪੈਦਾ ਹੋ ਗਿਆ ਕਬੱਡੀ 'ਚ ਉਹਨੂੰ ਜੇ ਦੂਰ ਕੀਤਾ ਤਾਂ ਨਾ ਅਕੈਡਮੀਆਂ ਨੇ ਕੀਤਾ ਇਹ ਜੇ ਕਬੱਡੀ ਤਾਂ ਚੜ੍ਹੀ ਤਾਂ ਅਕੈਡਮੀਆਂ ਨੇ ਕੀਤੀ ਕਿਉਂਕਿ ਐੱਨ ਆਰ ਆਈਆਂ ਦਾ ਵਾਹ ਪੈ ਗਿਆ ਉਹਨਾਂ ਨੇ ਸਾਨੂੰ ਫੈਡਰੇਸ਼ਨ ਦਾ ਸੁਝਾਅ ਦਿੱਤਾ ਪੰਜਾਬ ਦੇ ਵਿੱਚ ਫੈਡਰੇਸ਼ਨ ਬਣ ਗਈ ਫੈਡਰੇਸ਼ਨਾਂ ਦੇ ਵਿੱਚ ਖਿਚਾਅ ਪੈਦਾ ਹੋ ਗਿਆ ਇੱਕ ਦੀਆਂ ਦੋ ਹੋ ਗਈਆਂ ਇੱਕ ਸਰਜਨ ਜੱਥੇ ਨੇ ਬਣਾ ਲਈ ਇੱਕ ਅਸੀਂ ਬਣਾ ਲਈ ਅਤੇ ਸਰਕਾਰੀ ਫੈਡਰੇਸ਼ਨ ਦਾ ਤੁਹਾਨੂੰ ਪਤਾ ਹੀ ਹੈ ਸਰਕਾਰੀ ਮੈਚਾਂ ਤੱਕ ਹੀ ਸੀ ਸੀਮਤ ਸੀਗੀ ਅਤੇ ਉਹ 10-12 ਸਾਲ ਬੜੇ ਕਬੱਡੀ ਦੀ ਚੜ੍ਹਾਈ ਬੜੇ ਪਲੇਅਰ ਪੈਦਾ ਹੋਏ ਇਹ ਉਹਨਾਂ ਅਕੈਡਮੀਆਂ ਦੀ ਦੇਣ ਹੈ ਗੱਲ ਕੀ ਸੀ ਕਿ ਉਹਨਾਂ ਵਿੱਚ ਡਿਸਿਪਲਿਨ ਸੀ ਪਲੇਅਰ ਆਖੇ ਲੱਗਦੇ ਸੀ ਪਲੇਅਰ ਡਰ ਮੰਨਦੇ ਸੀ ਉਹ ਤੁਸੀਂ ਗੱਲ ਲੱਫੜ ਵੀ ਕੀਤੀ ਹੈ ਨਾ ਵੀ ਉਸ ਟਾਈਮ ਪਲੇਅਰਾਂ ਨੂੰ ਕੁੱਟ ਵੀ ਦੇਈਦਾ ਸੀ ਗਰਾਊਂਡ 'ਚ ਵੀ ਕੁੱਟ ਦੇਈਦਾ ਸੀ ਗਰਾਊਂਡ 'ਚ ਕਿਉਂ ਕੁੱਟੀ ਜਾ ਕੇ ਪਲੇਅਰ ਨੂੰ ਕਿਉਂਕਿ ਜਦੋਂ ਪਲੇਅਰ ਨੂੰ ਅਸੀਂ ਗਰਾਊਂਡ ਦੇ ਉੱਤੇ ਪ੍ਰੈਕਟਿਸਾਂ ਕਰਾ ਕੇ ਮੈਦਾਨ ਦੇ ਵਿੱਚ ਸਿਖਾਇਆ ਹੁੰਦਾ ਇੱਕ ਗੱਲ ਇੱਕ ਵਾਰ ਨਹੀਂ 10-10 ਵਾਰ 4 ਵਾਰ 15-20 ਵਾਰ ਸਿਖਾਈ ਹੁੰਦੀ ਹੈ ਵੀ ਜਿੰਨੀਆਂ ਮਰਜ਼ੀ ਗਲਤੀਆਂ ਕਰ ਪੁੱਤ ਗਲਤੀ ਨਹੀਂ ਕਰਨੀ ਇੱਥੇ ਪ੍ਰੈਕਟਿਸ ਵਾਲੀ ਗਰਾਊਂਡ 'ਤੇ ਜਿੰਨੀਆਂ ਮਰਜ਼ੀ ਕਰ ਜਿੰਨੇ ਵਾਰ ਮਰਜ਼ੀ ਪੁੱਛ ਦੱਸਣ ਨੂੰ ਤਿਆਰ ਹੈ ਪਰ ਗਰਾਊਂਡ 'ਚ ਗਲਤੀ ਨਹੀਂ ਕਰਨੀ ਜੇ ਹੁਣ ਗਰਾਊਂਡ 'ਚ ਗਲਤੀ ਕਰਦਾ ਬਾਰ ਬਾਰ ਕਹਿਣ ਦੇ ਬਾਵਜੂਦ ਉਹੀ ਗਲਤੀ ਕਰਦਾ ਹੁਣ ਤੁਸੀਂ ਮੱਖਣ ਮੱਖੀ ਦੀ ਗੱਲ ਕਰਦੇ ਹੈ ਗਿਆ ਇਹਨੂੰ ਜੱਫਾ ਲੱਗ ਗਿਆ ਮੈਂ ਇਹਨੂੰ ਆਏ ਨੂੰ ਸਮਝਾਇਆ ਹਾਲਾਂਕਿ ਚਲੋ ਉਸ ਵਕਤ ਬੜਾ ਸਮਝਦੇ ਨਹੀਂ ਹੁੰਦੇ ਕਿਉਂਕਿ ਜੋਸ਼ ਹੁੰਦਾ ਵਾਰਮ ਅਪ ਹੋਏ ਹੁੰਦੇ ਆ ਪਰ ਫਿਰ ਵੀ ਗੱਲ ਸੁਣਦੇ ਸੀ ਪਲੇਅਰ ਹੁਣ ਤਾਂ ਜਵਾਈ ਨਹੀਂ ਸੁਣਦੇ ਗਰਾਊਂਡ 'ਚ ਫਿਰ ਵੀ ਗੱਲ ਸੁਣਦੇ ਸੀ ਅਤੇ ਦੱਸਿਆ ਵੀ ਤੂੰ ਇਸ ਜੇ ਟੱਚ ਮਾਰਨਾ ਇੱਥੋਂ ਤੂੰ ਜੱਫਾ ਕਰਦਾ ਖਾਂਦੇ ਇੱਥੋਂ ਤੂੰ ਇਸ ਸਾਈਡ ਟੱਚ ਨਹੀਂ ਮਾਰਨਾ ਇਸ ਸਾਈਡ ਮਾਰਨਾ ਮੱਖਣ ਮੱਖੀ ਗਿਆ ਇਹਨੇ ਜਦ ਇਹਨੇ ਪਹਿਲੀ ਵਾਲੀ ਸਾਈਡ ਜਾ ਕੇ ਟੱਚ ਮਾਰਿਆ ਅਤੇ ਟੱਚ ਮਾਰ ਕੇ ਪੁਆਇੰਟ ਲੈ ਕੇ ਥਾਪੀਆਂ ਮਾਰਦਾ ਹੁੰਦਾ ਇਹਨੂੰ ਸੀਗਾ ਵੀ ਕੋਚ ਸਾਹਿਬ ਮੇਰੀ ਸ਼ਾਬਾਸ਼ ਥਾਪੀ ਦੇਣਗੇ ਅਤੇ ਆ ਕੇ ਮੇਰੇ ਤੋਂ ਲੱਫੜ ਖਾਧਾ ਇਹਨੇ ਕੁਐਸਚਨ ਵੀ ਕੀਤਾ ਕਿਉਂਕਿ ਬੜਾ ਦਲੀਲ ਵਾਲਾ ਬੰਦਾ ਕਹਿੰਦਾ ਕੋਚ ਸਾਹਿਬ ਪੁਆਇੰਟ ਲੈ ਆਇਆ ਮੈਂ ਥੇਰੀ ਮਾਰਿਆ ਮੈਂ ਕਿਹਾ ਪੁੱਤ ਗੱਲ ਪੁਆਇੰਟ ਦੀ ਨਹੀਂ ਗੱਲ ਇਹ ਹੈ ਕਿ ਮੈਂ ਕੋਚ ਹਾਂ ਤੂੰ ਮੇਰਾ ਪਲੇਅਰ ਹੈ ਮੈਂ ਤੈਨੂੰ ਜਿਹੜਾ ਕੋਚ ਕੀਤਾ ਵੀ ਟੱਚ ਇੱਥੇ ਮਾਰਨਾ ਤਾਂ ਕਿ ਤੂੰ ਬਾਰ ਬਾਰ ਇੱਥੇ ਜਾਏਗਾ ਇੱਥੇ ਤੂੰ ਜੱਫਾ ਖਾਂਦਾ ਜੇ ਤੂੰ ਟੱਚ ਇੱਥੇ ਮਾਰੇਗਾ ਤੂੰ ਬਚਾ ਤੂੰ ਇਸ ਸਾਈਡ ਕਿਉਂ ਨਹੀਂ ਗਿਆ ਤੂੰ ਆਖੇ ਕਿਉਂ ਨਹੀਂ ਲੱਗਿਆ ਤੂੰ ਆਪਦੀ ਟੈਕਨੀਕ ਡਿਵੈਲਪ ਕਿਉਂ ਨਹੀਂ ਕਰਦਾ ਕਿਉਂਕਿ ਅਸੀਂ ਉਹ ਪਲੇਅਰ ਸੀ ਪਲੇਅਰ ਵੀ ਸੀਗੇ ਪਟਿਆਲੇ ਦੇ ਟ੍ਰੇਨਡ ਵੀ ਸੀਗੇ ਐੱਨ ਆਈ ਐੱਸ ਦੇ ਟ੍ਰੇਨਡ ਵੀ ਸੀਗੇ ਕੋਚਿੰਗ ਵੀ ਸਾਨੂੰ ਆਉਂਦੀ ਸੀ ਅਸੀਂ ਚਾਹੁੰਦੇ ਪਲੇਅਰ ਦੇ ਵਿੱਚ ਇੰਨੀ ਕੈਪੇਬਿਲਿਟੀ ਹੋਵੇ ਵੀ ਜਿੱਥੇ ਸੋਚੇ ਉੱਥੇ ਟੱਚ ਮਾਰ ਸਕੇ ਓਏ ਹੋਏ ਵਾਹ ਇਹ ਨਹੀਂ ਮੈਂ ਕਿਹਨੂੰ ਹੱਥ ਲਾਉਣਾ ਪਲੇਅਰ ਗਰਾਊਂਡ ਤੋਂ ਢੇਰੀਆਂ ਤੋਂ ਤੁਰੇ ਸੋਚ ਕੇ ਤੁਰੇ ਫਲਾਣੇ ਜਾਂ ਫਿਰ ਟੱਚ ਲਾਉਣਾ ਅਤੇ ਉਸੇ ਨੂੰ ਟੱਚ ਵੱਜਣਾ ਚਾਹੀਦਾ ਇੰਨੀ ਐਕੂਰੇਸੀ ਚਾਹੀਦੀ ਗਰਾਊਂਡ ਬੈਕ ਆਉਂਦਾ ਪੈਰਾਂ ਨਾਲ ਮੀਣੀ ਹੋਣੀ ਚਾਹੀਦੀ ਬਾਹਰ ਕੀ ਨਿਕਲ ਜਾਏ ਉਹਨੂੰ ਪਤਾ ਹੋਣਾ ਚਾਹੀਦਾ ਲੱਫੜੋ ਲੱਫੜੀ ਹੁੰਦੇ ਤੇ ਦਿਮਾਗ 'ਚ ਵੀ ਆਪਣਾ ਇੱਕ ਦਿਮਾਗ ਅੰਦਰ ਖਾਤੇ ਕੰਮ ਕਰਦਾ ਹੁੰਦਾ ਅਵਚੇਤਨ ਬੋਲਦੇ ਅਵਚੇਤਨ ਅਵਚੇਤਨ ਹਾਂਜੀ ਅਵਚੇਤਨ ਬਣਾ ਬ੍ਰੇਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਕਿੱਥੇ ਜਾਣਾ ਬੈਕ ਹੁੰਦਾ ਵੀ ਬੰਦਾ ਢੇਰੀਆਂ ਦੇ ਵੇਚਦੀ ਨੇ ਇਹ ਪ੍ਰੈਕਟਿਸ ਦੀ ਗੱਲ ਇਸ ਕਰਕੇ ਮੱਖਣ ਦੇ ਪਿਆ ਸੀ ਪਰ ਉਹਨੇ ਗੁੱਸਾ ਨਹੀਂ ਕੀਤਾ ਉਹਨੂੰ ਅੱਜ ਤੱਕ ਵੀ ਯਾਦ ਹੋਊਗਾ ਵੀ ਕੋਚ ਸਾਹਿਬ ਨੇ ਲੱਫੜ ਮਾਰਿਆ ਤੇ ਜਦੋਂ ਗਲਤੀ ਕਰਦਾ ਉਹ ਮਹਿਸੂਸ ਹੋਊਗਾ ਉਹ ਮੈਂ ਜਦੋਂ ਉਹਦੇ ਕੋਲ ਬਲੌਕ ਕਰਨ ਗਿਆ ਇਸੇ ਤਰ੍ਹਾਂ ਹੀ ਉੱਤੇ ਮੈਂ ਆਪਣਾ ਕੋਈ ਮੇਰੇ ਨਾਲ ਤਾਂ ਆਪਣੇ ਨਾਲ ਟੀਮ 'ਚ ਰਿਹਾ ਆਪਾਂ ਉਹਨਾਂ ਦੇ ਘਰ ਜਾ ਵੜਦੇ ਹੋ ਜਿਵੇਂ ਆਪਾਂ ਇੱਥੇ ਆਏ ਹਾਂ ਉਹ ਕਹਿੰਦਾ ਵੀ ਮੈਂ ਕਿਹਾ ਵੀ ਤੂੰ ਸਭ ਤੋਂ ਯਾਦਗਾਰੀ ਪਲ ਦੱਸ ਕਹਿੰਦਾ ਮੇਰਾ ਯਾਦਗਾਰੀ ਪਲ ਇਹ ਕਿ ਮੱਖਣ ਡੀਪ ਚੜਿੱਕ ਨੇ ਮੇਰੇ ਚਪੇੜਾ ਮਾਰਿਆ ਸੀ ਔਰ ਮੇਰੇ ਅੰਦਰ ਇਹ ਸੀ ਵੀ ਇਹ ਬੰਦੇ ਦੇ ਅੰਦਰ ਗੁੱਸਾ ਹੋਊ ਬਈ ਯਾਰ ਹਨਾ ਵੀ ਮੇਰੇ ਉਹਨੇ ਮਾਰਿਆ ਕਿਵੇਂ ਉਹ ਕਹਿੰਦਾ ਬਈ ਮੇਰੇ ਉਹ ਮਾਰਿਆ ਉਹ ਥੱਪੜ ਅੱਜ ਯਾਦ ਹੈ ਮੈਂ ਫਿਰ ਆਖਿਆ ਗੁਰਜੀਤ ਤੂ ਉੱਧਰ ਥੱਪੜ ਵੱਜਿਆ ਸੀ ਇਹ ਉਹ ਕਿਵੇਂ ਵੱਜਿਆ ਸੀ ਸਰ ਉਹ ਵੀ ਇਤਿਹਾਸ ਥੱਪੜ ਵੱਜਿਆ ਸੀ ਚਮਕੌਰ ਸਾਹਿਬ ਅੱਛਾ ਜੀ ਗੁਰਜੀਤ ਤੂ ਤਾਂ ਜਦੋਂ ਚਾਰਾਂ ਬੰਦਿਆਂ ਦੀ ਲੇਨ ਹੈ ਉਹ ਦੋ ਨੂੰ ਛੱਡ ਕੇ ਤੀਜੇ ਨੂੰ ਜਦੋਂ ਟੱਚ ਮਾਰਦਾ ਅੰਦਰ ਵਾੜਦਾ ਤੇ ਉਹ ਪੈਰ ਅੰਦਰ ਭਰ ਕੇ ਧਰ ਕੇ ਰੱਖਦਾ ਓਕੇ ਉਹ ਜਦੋਂ ਸਟੈਪ ਅੰਦਰ ਰੱਖਦਾ ਇਸ ਤਰ੍ਹਾਂ ਤੇ ਜੇ ਅੰਦਰਲਾ ਮੂਹਰਾ ਬਹਿ ਜਾਵੇ ਤੇ ਲੱਤ ਫੜਦਾ
जो बार नहीं जाता अंदर खब्बा पैर मूहे जाता बंदा अंदर कच जो मार खब्बा पैर मूहे जाता इतो लक पड़ा और कमजोरी का सारे पता ही गजीत फाल इतो होंगे क्योंकि जो कोई प्लेयर तकड़ा हो जाफी ये सोचते होंगे भी गलती कितने करता है कितों फटना कोच ये सोचता हूं भी जी गलती करता है गलती सामने प्लेयर सामने आने ना देवगा ओनू कवर करा गुरजीत दूध ने दोबारा फिर उसे गलती करके लत फड़ाई भला गुरजीत दूध भी छुट आया जोर बहुत सी जग दे भी छुट आया पर लफड़ बजे हजीत बाजा खाना टच लगा कदे खन्ना खब्बा पैर मूहरे कढ़ दे ना सज्जा कढ़ दा सी इधर इधर मार दे हजीत बाजा खाना भी तो मेरे को गुरु नानक जी प्रैक्टिस कर दे उन्होंने तो यह गल सिखाई भी कदे गलती नहीं करते पर गल वखरी सी बंदा हसदा रहिंदा सी काफी तगड़े हो गए चमकौर साहब के घट हो गए पहले देसी जट ने चपेड़ा मारिया क्योंकि गुरजीत का नाम बहुत गुरजीत वाला नामी प्लेयर सी गुरजीत तू तो उन्होंने हाथ जोड़ के कहता कहना मैं लफड़ नूं तरसिया पिया है ये देसी है नहीं मेरा कोच है इन कुछ ना क्यों उत्थे इन्नी चढ़ाई सी ना गुरजीत तू दी मैच तो एक घंटा बाद सानू मिलिया नहीं लोग चक्की फिर मोटे एक घंटा बाद सानू गुरजीत तू अगले मैच वास्ते मिलिया नहीं लोग चक्की फिर इन्नी चढ़ाई ऑटोमैटिकली जोश सी उस गुरजीत कोचा की भी इज्जत जी की जो उ कह हाँ ने मेरे महाराज जो थोड़ा पुट्ठा बोलता तो डिग पैना इज्जत करते ही तो कितने चढ़े आ जे इज्जत करते ही तक चढ़े भी कितने कोचा का माण करते क्योंकि कोचा का माण क्यों करते कोच उन्होंने ग्राउंड से कुछ देंगे कुछ सिखाते लफड़ भी उत्थे वजदा जिथे कुछ सिखाया हो आप कुछ दिता हो किसी अपने शागिर्द को कुछ दिता होगा ता ही आप हरकत करा अदरवाइज मैं जो उन्होंने दसा ही नहीं चुप करके खड़ा है लै पॉइंट लै नहीं ना सी बथेरे कोच आराम ना खड़े बगर पानी पिया पानी पिया का कोच का काम ही नहीं ना कोच पानी पिया थोड़े होंगे कोच ग्राउंड कोचिंग करन होंगे प्लेयर की गलती दसन होंगे अगे पिछे करन होंगे क्योंकि कबड्डी के अगे कोच ग्राउंड च खड़ते थे दसते हूँ थोड़ा जहा सिस्टम बदल गया क्योंकि कबड्डी जो जिम्मे तह लेके जाने इन चैनलाइज अपग्रेड भी करना पैदा हूँ कोच बाहर बहते हैं जब रेड दूजे पासे होंगी उदो उठ के दसना पैदा बड़ा वधिया सिस्टम बनता जाता है दूजिया गेमां क्योंकि दूजिया गेमां दे पैरल असीं तां ही लवांगे कबड्डी नूं जे दूजिया गेमां दे नियम भी फॉलो करांगे तां साडे अज भी यार विच होईए कोच विच होना चाहिए कबड्डी देखांगे यार वो गेमां वखरियां कोच विच होना चाहिए नहीं टाइम नाल सारा कुछ बदलना पैंदा इह स्टैंडर्ड तां लियाणा पैंदा क्योंकि कैमरिया कूमरिया की प्रॉब्लम होंदी आ होर होंदी आ लोग बाहर माइंड करदे आ कई बार लोग सानूं गाणा कढ़दे सीगे इह दस के कराउंदा यार असीं आपदी टीम नूं दसण ही गए आ जे असीं आपदी टीम नूं दसांगे ना मैं तैनूं बड़ी इंटरस्टिंग गल दस्सदा बड़ी इंटरस्टिंग गल कनेडा वैनकूवर मैच हो रहा एक साइड ते एकम ठूर खेड रहा एक मैच दूजे मैच ते निरभैर खेड रहा निरभैर रेडा पा रहा ते एकम दे मखण एक साइड दे ते निरभैर आउंदा निरभैर दी इन्नी उत्थे हत्थ चढ़ी आ वी एकम नूं मारदा धक्का चला के मारदा मक्खन मारदा नेड़े नहीं आउण दिंदा जी इहनां नूं बहुत तगड़ा खेडिया बहुत तगड़ा खेडिया जी ते अक्सर हुण मैं तां एकम होने वाली टीम का कोच सी ना उह प्रबंधक मैनूं कहिंदे कोच साहब आपां मैच हार जांगे वी निरभै वी दा थोड़ा चेला कोई गुर दसो ते मैं बड़ा डबल माइंडड सी वी उधर भी मेरा प्लेयर उधर भी मेरा प्लेयर पर उत्थे की सी हुण जिहड़ी टीम नाल मैं कोच करनी उह टीम जितनी चाहीदी तां दिमाग च मेरा फर्ज आ ना कोच दा उह फर्ज आ तुहाडा ठीक आ ते मैं आपका फर्ज औखा सौखा करने वास्ते गया मैं मक्खन नूं दस्या मैं मक्खन एकम नूं कहा पिछे स्टैप लै जदों गाह आउंदा तूं फड़ एकम कहिंदा सर जी मैं फड़ दिंदा मैं कहा एकम फड़ देगा जोर ला के तू एक बार फड़ लेगा आप मैच जितना एकम ने गुस्सा किया आ गया निरभै चढ़ गया निरभै ते तकड़ा होके रोक लिया ने निरभै नूं आके कहिंदा सर जी हुण दसो मैं कहा वेरी वेरी वेल डन मैं कहा एक बार मेरी अखे लाके वेखो
ਤੀਜੀ ਕੌਡੀ ਆਇਆ ਏਕਮ ਨੇ ਸਟੈਪ ਪਿੱਛੇ ਕਰ ਲਿਆ ਮੱਖਣ ਨੇ ਫੜ ਲਿਆ ਉਹ ਚੱਲ ਦੋ ਜੱਫੀ ਬੜੀ ਸੀਗੀ ਉਦੋਂ ਘੱਟ ਉਸ ਟਾਈਮ ਬਰਾਬਰ ਦਾ ਮੈਚ ਚੱਲਦਾ ਸੀ ਉਦੋਂ ਪੰਜ ਛੇ ਤਾਂ ਜੱਫੇ ਲਾਦੇ ਸਾਰੇ ਸਾਰੇ ਮੈਚ ਦੇ ਵਿੱਚ ਉਹ ਜਾਣੀ ਕਿ ਅਸੀਂ ਮੈਚ ਜਿੱਤ ਗਏ ਤਿੰਨ ਰੁਪਏ ਗੁੱਸੇ ਹੋ ਗਿਆ ਨਰਪਏ ਆ ਕੇ ਕਹਿੰਦਾ ਕੋਚ ਸਾਹਿਬ ਮੈਂ ਵੀ ਤਾਂ ਤੁਹਾਡੇ ਚੇਲਾ ਮੇਰੇ ਨਾਲ ਕਾਫੀ ਚਿਰ ਗੁੱਸੇ ਰਿਹਾ ਇਸ ਗੱਲ ਤੇ ਅੱਛਾ ਮੈਂ ਕਿਹਾ ਵੀ ਤੂੰ ਆਪਦੇ ਸਾਥ ਜਾਇਜ਼ ਹੈ ਪਰ ਹੁਣ ਮੈਂ ਕੀ ਕਰਾਂ ਮੇਰਾ ਜਿਹੜਾ ਫਰਜ਼ ਵੀ ਤਾਂ ਮੈਨੂੰ ਜਾਣੀ ਕੋਚ ਦਾ ਫਰਜ਼ ਹੁੰਦਾ ਹੈ ਆਪਦੀ ਟੀਮ ਨੂੰ ਹਰਾਉਣਾ ਤੇ ਅਸਲੀ ਕੋਚ ਹੁੰਦਾ ਹਰਦੀ ਟੀਮ ਨੂੰ ਜਿਤਾ ਅਖੀਰਲੇ ਦਮ ਤੱਕ ਉਹਨੂੰ ਜਿਤਾ ਟੈਕਨੀਕਲ ਬਰਾਈਆਂ ਕਬੱਡੀ ਨੂੰ ਤਾਂ ਚੱਕਣਾ ਤਾਂ ਲਾਸਟ ਮੂਵਮੈਂਟ ਤੱਕ ਲੜਨਾ ਵੀ ਬਣਦਾ ਜੋ ਕੋਚ ਇਹਨਾਂ ਕੰਮਾਂ ਨੂੰ ਸੀ ਕਿ ਪਲੇਅਰਾਂ ਨੂੰ ਲਾਸਟ ਮੂਵਮੈਂਟ ਤੱਕ ਮੜਾਉਂਦੇ ਸੀ ਮੈਨੂੰ ਲੈ ਕੇ ਆਏ ਉਦੋਂ ਬੇਸਿਕਲੀ ਗੁਰਜੀਤ ਤੂਤ ਦੇ ਕਰਕੇ ਮੈਂ ਕਬੱਡੀ 'ਚ ਆਇਆ ਉਹ ਤੋਂ ਬਾਅਦ ਤੁਸੀਂ ਮੈਨੂੰ ਸੰਭਾਲਿਆ ਹੈ ਨਾ ਉਦੋਂ ਜਦੋਂ ਫਾਈਨਲ ਦੇ ਵਿੱਚ ਆਉਂਦੇ ਸੀਗੇ ਉਹ ਆਪਣੇ ਦੋਸਤ ਸੁੱਖੇ ਹਰੀ ਬਾਈ ਹਰੀ ਉਹ ਫਾਈਨਲ 'ਚ ਖੇਡਦੇ ਹੁੰਦੇ ਸੀਗੇ ਮੈਚ ਕਈ ਪਲੇਅਰ ਇਸ ਤਰ੍ਹਾਂ ਦੇ ਹੈ ਨਾ ਸੁੱਖਾ ਇਹ ਪਿੱਛੋਂ ਖੇਡਦੇ ਸੀ ਪਲੇਅਰ ਤਕੜੇ ਸੀਗੇ ਪਹਿਲਾਂ ਦੂਜੀਆਂ ਟੀਮਾਂ ਮੈਚ ਜਿੱਤ ਜਾਂਦੀਆਂ ਸੀ ਅਤੇ ਉਦੋਂ ਇਹ ਜਿੱਤੇ ਹੁੰਦੇ ਲੋਕ ਨੂੰ ਤਰਸਦੇ ਹੁੰਦੇ ਸੀ ਵੇਖਣ ਵੀ ਸਾਰਾ ਦਿਨ ਵੇਖ ਗਏ ਸੀ ਪਰ ਇਹ ਫਾਈਨਲ ਮੈਚ ਖੇਡਦੇ ਹੁੰਦੇ ਸੀ ਕਈ ਵਾਰੀ ਅਤੇ ਬੈਸਟ ਨਿਕਲ ਜਾਂਦੇ ਸੀ ਉਦੋਂ ਫਿਰ ਆਪਾਂ ਮੈਂ ਇੱਕ ਕਿਹਾ ਸੀ ਮੈਂ ਕਿਹਾ ਸਾਜੀ ਵੀ ਚਾਰ ਟੱਚ ਜ਼ਰੂਰ ਕਰਾਓ ਤੁਸੀਂ ਅਤੇ ਤੁਸੀਂ ਮੈਂ ਇਹ ਮੰਨਦਾ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਤੁਸੀਂ ਉਹ ਮੰਨੀ ਨਹੀਂ ਤਾਂ ਅਗਲਾ ਕਹਿੰਦਾ ਤੂੰ ਕੱਲ੍ਹ ਦਾ ਸ਼ੋਅ ਆ ਤੈਨੂੰ ਅਸੀਂ ਕਾਪੀ ਪੈਨ ਫੜਾਤਾ ਅਤੇ ਤੂੰ ਸਾਨੂੰ ਮਤਾ ਦੇਂਗਾ ਉਹ ਮਾੜਾ ਜਿਹਾ ਕੀ ਆਪਾਂ ਰੱਖਿਆ ਸੀ ਰੂਲ ਉਹ ਵੀ ਪੰਜ ਟੱਚ ਜ਼ਰੂਰੀ ਸੀ ਮੇਰੀ ਪੀੜ੍ਹੀ ਦੇ ਵਿੱਚ ਮੇਰੀ ਪੀੜ੍ਹੀ ਬਹੁਤ ਤਕੜੀ ਟੀਮ ਸੀਗੀ ਠੀਕ ਹੈ ਇਹਦੇ ਕੋਲ ਪਲੇਅਰਾਂ ਦੀ ਵੀ ਬਹੁਤ ਆਸ ਸੀਗੀ ਬਹੁਤ ਜ਼ਿਆਦਾ ਪਲੇਅਰ ਸੀਗੇ 35-35 30-30 40-40 ਪਲੇਅਰ ਸੀਗੇ ਉਸ ਟਾਈਮ ਮੱਖਣ ਧਾਲੀਵਾਲ ਨਾਲ ਮੇਰੀ ਲੜਾਈ ਵੀ ਹੁੰਦੀ ਹੁੰਦੀ ਸੀ ਲੜਾਈ ਇਸ ਗੱਲ 'ਤੇ ਹੁੰਦੀ ਹੁੰਦੀ ਸੀਗੀ ਕਿਉਂਕਿ ਇਹਨਾਂ ਦੇ ਪ੍ਰਮੋਟਰ ਤਕੜੇ ਸੀਗੇ ਅਤੇ ਇਹ ਪਲੇਅਰਾਂ ਦੀ ਜ਼ਿਆਦਾ ਮਦਦ ਕਰ ਦਿੰਦੇ ਸੀਗੇ ਅਤੇ ਮਦਦ ਕਰਕੇ ਜਿੱਥੇ ਪਲੇਅਰਾਂ ਦੀ ਮਦਦ ਦੀ ਮਦਦ ਉੱਧਰ ਨੂੰ ਜਾਂਦੇ ਹੁੰਦੇ ਸੀਗੇ ਅਤੇ ਮੈਂ ਉਦੋਂ ਇੱਕ ਪੁਆਇੰਟ 'ਤੇ ਲੜਦਾ ਹੁੰਦਾ ਸੀਗਾ ਵੀ ਪਲੇਅਰ ਬਾਹਰਲਿਆਂ ਦੇਸ਼ਾਂ ਦੇ ਵਿੱਚ ਤਾਂ ਪੈਸੇ ਲੈ ਕੇ ਖੇਡਣ ਬੁੱਕ ਹੋਣ ਆਪਾਂ ਇੰਡੀਆ 'ਚ ਪਲੇਅਰਾਂ ਨੂੰ ਪੈਸੇ ਦੇ ਕੇ ਆਪਦੀ ਕਲੱਬ 'ਚ ਖਿਡਾਉਣ ਦੀ ਆਦਤ ਨਾ ਪਾਈ ਜੈਜ਼ ਆਹ ਮੇਰੀ ਲੜਾਈ ਸੀ ਕਿ ਆਪਾਂ ਇੰਡੀਆ ਦੇ ਵਿੱਚ ਆਪਦਿਆਂ ਪਲੇਅਰਾਂ ਨੂੰ ਕਿਉਂਕਿ ਅਸੀਂ ਇਸ ਕਰਕੇ ਬੋਲਦੇ ਸੀਗੇ ਵੀ ਸਾਡੇ ਕੋਲ ਇੰਨੇ ਪ੍ਰਮੋਟਰ ਹੈ ਨੀਗੇ ਅਤੇ ਜੇ ਪੈਸੇ ਦੇ ਕੇ ਖੇਡਣ ਲੱਗ ਗਏ ਤਾਂ ਤਕੜੇ ਪਲੇਅਰ ਸਾਰੇ ਇੱਕ ਪਾਸੇ ਹੋ ਜਾਣਗੇ ਕਬੱਡੀ ਦਾ ਸੱਤਿਆਨਾਸ਼ ਹੋ ਜੂ ਜੋ ਹੋ ਵੀ ਰਿਹਾ ਜੋ ਹੋ ਵੀ ਗਿਆ ਨਹੀਂ ਉਹ ਤਾਂ ਹੁਣ ਹੋ ਰਿਹਾ ਨਾ ਇੰਨਾ ਟਾਈਮ ਪਾ ਕੇ ਪਤਾ ਲੱਗਾ ਵੀ ਜਿਹੜੀ ਗੱਲ ਮੈਂ ਕਹਿੰਦਾ ਉਹ ਹੋ ਗਈ ਹੁਣ ਅਸੀਂ ਇਹ ਅੱਜ ਤੋਂ 10-15 ਸਾਲ ਪਹਿਲਾਂ ਕਹਿੰਦੇ ਸੀਗੇ ਵੀ ਇਸ ਹਿਸਾਬ ਨਾਲ ਤਕੜੇ ਪਲੇਅਰ ਇੱਕ ਪਾਸੇ ਹੋ ਜਾ ਕਰਨਗੇ ਅਤੇ ਜਿਹਨਾਂ ਲੋਕਾਂ ਦੀ ਕਬੱਡੀ ਲੋਕ ਵੇਖਣਾ ਚਾਹੁੰਦੇ ਆ ਜਿਹਨਾਂ ਪਲੇਅਰਾਂ ਦੀ ਲੋਕ ਕਬੱਡੀ ਵੇਖਣਾ ਚਾਹੁੰਦੇ ਆ ਉਹਦਾ ਇੱਕ ਪਾਸੇ ਖੜੇ ਆ ਉਹ 30 ਜਾਣੇ ਇੱਕ ਪਾਸੇ ਖੜੇ ਆ ਉਹਨਾਂ ਦੀ ਆਸ ਵਿੱਚ ਕਬੱਡੀ ਹੋਵੇ ਲੋਕਾਂ ਨੂੰ ਸਵਾਦ ਆਵੇ ਉਹ ਤਕੜੇ ਤਾਂ ਸਾਰੇ ਇੱਕ ਪਾਸੇ ਹੋਏ ਆ ਅਤੇ ਮਾੜਿਆਂ ਨੂੰ ਕੁੱਟੀ ਜਾਂਦੇ ਆ ਅਤੇ ਫਿਰ ਕਬੱਡੀ ਕਾਹਦੀ ਰਹਿ ਗਈ ਇਹ ਮੈਂ ਉਸ ਵਕਤ ਆਵਾਜ਼ ਉਠਾਈ ਸੀ ਚਲੋ ਉਹ ਮੱਖਣ ਵੀ ਤੈਨੂੰ ਪਤਾ ਜੋਸ਼ ਦੇ ਵਿੱਚ ਹੁੰਦਾ ਸੀ ਹਰੇਕ ਨੂੰ ਹੁੰਦਾ ਸੀ ਮੇਰੀ ਤਕੜੀ ਟੀਮ ਹੋਵੇ ਅਤੇ ਉਹ ਸਾਡੀ ਗੱਲ ਨਾ ਪੁੱਗੀ ਪਰ ਉਮਰਾ ਨਗਰ ਜਦੋਂ ਮੈਚ ਹੋਇਆ ਫਿਰ ਮੈਂ ਉੱਥੇ ਬੋਲਿਆ ਸੀਗਾ ਮੇਰੀ ਪੀੜ੍ਹੀ ਨੂੰ ਅਸੀਂ ਹਰਾਤਾ ਸੀਗਾ ਦੁੱਲੇ ਅਰਗੇ ਸਾਰੇ ਸੀਗੇ ਅਤੇ ਮੈਂ ਬੋਲਿਆ ਸੀਗਾ ਵੀ ਅੱਜ 10 ਲੱਖ ਦੀ ਟੀਮ ਨੂੰ ਘਰੋਂ ਰੋਟੀਆਂ ਖਾ ਕੇ ਖਾਣ ਵਾਲੀ ਟੀਮ ਨੇ ਹਰਾਤਾ ਇਹ ਗਰਜੀਤ ਤੂਤ ਹੋਣੀ ਮੇਰੇ ਕੋਲ ਪ੍ਰੈਕਟਿਸ ਬੱਬੂ ਪੜਾਣੇ ਮੂਠੇ ਅਰਗੇ ਘਰੋਂ ਰੋਟੀਆਂ ਖਾ ਕੇ ਆਉਂਦੇ ਹੁੰਦੇ ਸੀ ਮੈਂ ਦੇਖ ਕੋਲ ਤਾਂ ਇਹਨਾਂ ਨੂੰ ਦੇਣ ਨੂੰ ਕੁਛ ਨਹੀਂ ਸੀ ਨਾ ਕੋਈ ਮੇਰੇ ਕੋਲ ਪ੍ਰਮੋਟਰ ਸੀ ਔਰ ਨਾ ਮੈਂ ਕਦੇ ਕਿਸੇ ਪ੍ਰਮੋਟਰ ਦੀ ਮਿਹਨਤ ਕੀਤੀ ਸੀ ਕਿ ਮੇਰੇ ਪਲੇਅਰਾਂ ਨੂੰ ਪੈਸੇ ਦਿਓ ਮੇਰਾ ਮੁੱਢ ਤੋਂ ਹੀ ਸਿਧਾਂਤ ਸੀ ਜੇ ਖੇਡਣ ਦਾ ਸ਼ੌਕ ਆ ਤਾਂ ਆ ਜਾਓ ਘਰੋਂ ਰੋਟੀ ਖਾ ਕੇ ਖੇਡ ਸਕਦੇ ਆ ਜਾਓ ਡੌਲਾ 'ਚ ਤਾਂ ਆ ਜਾਓ ਦੋ ਤੁਹਾਡੇ ਕਰਮਾਂ 'ਚ ਤੁਹਾਨੂੰ ਮਿਲ ਜੂ ਪਰਮਾਤਮਾ ਨੇ ਜੋ ਲਿਖਿਆ ਉਹੀ ਮਿਲ ਜੂ ਠੀਕ ਹੈ ਇੱਕ ਦੋ ਸਾਲ ਮੇਰੇ ਪਲੇਅਰ ਪਹਿਲੀਆਂ 'ਚ ਗਏ ਵੀ ਨਹੀਂ ਨਾ ਬਾਹਰ ਨਹੀਂ ਗਏ ਪਰ ਜਦੋਂ ਗਏ ਤੇ ਜਾ ਕੇ ਦੱਸਤਾ ਵੀ ਅਸੀਂ ਹੈਗੇ ਹਾਂ ਤੇ ਉਸ ਵਕਤ ਫਿਰ ਇਹ ਗੱਲ ਹੋਈ ਸੀ ਤੇ ਜਦੋਂ ਜਦੋਂ ਇੱਕ ਟੀਮ ਕੋਲ ਬਾਹਲੇ ਪਲੇਅਰ ਹੈ ਉੱਥੇ ਉਹ ਟੀਮ ਵੀ ਕੀ ਕਰੂਗੀ ਉਹ ਸਾਰੇ ਪਲੇਅਰ ਖੇਡਣਾ ਚਾਹੁੰਦੇ ਜੇ ਨਹੀਂ ਖਿਡਾਉਣਗੇ ਭੱਜ ਜਾਣਗੇ ਇਸ ਕਰਕੇ ਪਹਿਲਾਂ ਮੈਚਾਂ 'ਚੋਂ ਮੈਚ ਦੇ ਹਿਸਾਬ ਨਾਲ ਆਪਦੇ ਪਲੇਅਰਾਂ ਨੂੰ ਖੜਾ ਦਿੰਦੇ ਜਿੱਤ ਜਾਂਦੇ ਸੀਗੇ ਤੇ ਮਗਰਲੇ ਮੈਚ ਦੇ ਵਿੱਚ ਜਦੋਂ ਨਾਮੀ ਪਲੇਅਰ ਆ ਜਾਂਦੇ ਸੀਗੇ ਠੀਕ ਹੈ ਇਹ ਸੁੱਖਾ ਸੁੱਖਾ ਬਹੁਤ ਜਦੋਂ ਆ ਜਾਂਦੇ ਸੀ ਤੇ ਹੁਣ ਇੱਕ ਪਲੇਅਰ ਦੋ ਤਿੰਨ ਮੈਚ ਖੇਡ ਚੁੱਕੇ ਆ ਇੱਕ ਹੈ ਵੀ ਫਰੈਸ਼ ਬੈਠੇ ਵੀ ਆ ਤੇ ਹੈ ਵੀ ਤਕੜੇ ਤੇ ਉਹਨਾਂ ਨੇ ਆਣ ਕੇ ਜੱਫੇ ਲਾਉਣ ਲੋਕ ਤਾਂ ਤਰਸਦੇ ਹੀ ਆ ਵੀ ਸੁੱਖੇ ਭਣਾਲ ਨੂੰ ਮੁੱਢ ਤੋਂ ਦੇਖ ਗਏ ਤੇ ਅਸੀਂ ਵੀ ਚਾਹੁੰਦੇ ਸੀਗੇ ਵੀ ਉਹਨਾਂ ਪਲੇਅਰਾਂ ਨੂੰ ਵੱਢੋ ਜਿਹੜਾ ਘੱਟੋ ਘੱਟ ਚਾਰ ਚਾਰ ਪੰਜ ਪੰਜ ਟੱਚ ਪਹਿਲਾਂ ਮੈਚਾਂ 'ਚ ਵੀ ਲਵੇ
पहले मैच भी खेडे थोड़े टच ले लवे बाकी जम टाइम दे दे जे सर तुसी ओ ना हुंदे मैं तां इह गल किसी होर नूं गल मैनूं पता तुसी ठाई सी ते मैनूं चंगी भी लगी सी ते असीं प्रैक्टिकल लियांदी भी ते बाद च घट्टो घट्ट इह करता सीगा वी पहला मैच छड्डो घट्टो घट्ट सैमी फाइनल च चार टच होण उस बंदे दे सैमी फाइनल च तां कपड़े तार के आवे ते आउण लग गए सी प्लेयर ਉਹ ਚੰਗੀ ਗੱਲ ਸੀ ਕਿ ਪਲੇਅਰਾਂ ਨੂੰ ਵੱਧ ਤੋਂ ਵੱਧ ਟਾਈਮ ਖੜਾਉਣ ਵਾਸਤੇ ਆਪਾਂ ਕੀ ਟੈਕਨੀਕ ਵਰਤ ਗਏ ਉਦੋਂ ਆਏ ਸੀਗਾ ਵੀ ਜਿਹੜੇ ਤੇਰੇ ਵਰਗੇ ਸੱਜਣ ਮਿੱਤਰ ਸੀਗੇ ਲਖਾਰੀ ਸੀ ਨਾ ਉਹ ਵੀ ਇਹ ਚਾਹੁੰਦੇ ਸੀ ਕਬੱਡੀ ਨੂੰ ਤਾਂ ਕਿਵੇਂ ਲਿਜਾਇਆ ਜਾਵੇ ਉਹਦੇ ਵਾਸਤੇ ਚੰਗੀਆਂ ਗੱਲਾਂ ਦੱਸਦੇ ਤੇ ਚੰਗੀਆਂ ਗੱਲਾਂ ਨੂੰ ਅਡੋਪਟ ਕਰਨਾ ਹੈ ਕੋਈ ਜ਼ਰੂਰੀ ਨਹੀਂ ਕਿ ਸਾਡੇ ਕੋਚਾਂ ਦੇ ਦਿਮਾਗ ਕੰਮ ਕਰਦੇ ਦਿਮਾਗ ਸਾਰਿਆਂ ਦੇ ਕੰਮ ਕਰਦੇ ਆ ਕਿਸੇ ਬੰਦੇ ਦੀ ਵੀ ਅਕਸਰ ਕਬੱਡੀ ਹੁਣ ਦਿਮਾਗ ਤਾਂ ਸਭ ਤੋਂ ਵੱਧ ਦਰਸ਼ਕਾਂ ਦੇ ਕੰਮ ਕਰਦੇ ਆ ਤੇ ਜੇ ਅਸੀਂ ਦਰਸ਼ਕਾਂ ਦੀ ਨਹੀਂ ਸੁਣਾਂਗੇ ਦਰਸ਼ਕਾਂ ਦੀ ਨਹੀਂ ਮੰਨਾਂਗੇ ਇੱਕ ਪਾਸੇ ਅਸੀਂ ਮੰਨਦੇ ਹਾਂ ਦਰਸ਼ਕ ਰੱਬ ਆ ਕਬੱਡੀ ਦੇ ਤੇ ਜੇ ਰੱਬ ਦੀ ਨਹੀਂ ਸੁਣਦੇ ਫਿਰ ਅਸੀਂ ਕਬੱਡੀ ਕਾਹਦੀ ਖੇਡਦੇ ਦਰਸ਼ਕਾਂ ਦੀ ਸਾਨੂੰ ਮੰਨਣੀ ਪੈਣੀ ਦਰਸ਼ਕਾਂ ਮੁਤਾਬਕ ਚੱਲਣਾ ਪੈਣਾ ਕਿਉਂਕਿ ਦਰਸ਼ਕਾਂ ਨੂੰ ਖੁਸ਼ ਕਰਨ ਵਾਸਤੇ ਦਰਸ਼ਕਾਂ ਵਾਸਤੇ ਕਿਉਂਕਿ ਕਬੱਡੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀ ਹੈ ਮੈਂ ਮੰਨਦਾ ਕਬੱਡੀ 'ਚ ਸਭ ਤੋਂ ਵੱਡਾ ਦੇਣ ਦਰਸ਼ਕ ਦਾ ਜਾਂ ਤੜਕੇ ਤੋਂ ਲੈ ਕੇ ਯਾਰ ਸ਼ਾਮ ਤੱਕ ਆ ਕੇ ਤੁਹਾਡੀ ਗੇਮ ਵੇਖਣ ਹੁੰਦਾ ਜੇ ਦਰਸ਼ਕ ਨਹੀਂ ਹੋਣਗੇ ਵਿਖਾਉਂਗੇ ਕਿਉਂ ਉਹ ਕੋਲੋਂ ਖਰਚ ਕਰਕੇ ਆਉਂਦਾ ਦਰਸ਼ਕ ਬਾਕੀ ਪਲੇਅਰ ਕਬੱਡੀ ਨਾਲ ਸੰਬੰਧਿਤ ਹਰ ਬੰਦਾ ਸ਼ਾਮ ਨੂੰ ਕੋਈ ਨਾ ਕੋਈ ਦੋ ਚਾਰ ਪੈਸੇ ਲੈ ਕੇ ਜਾਂਦਾ ਤੇ ਉਹ ਕੋਲੋਂ ਖਰਚ ਕੇ ਜਾਂਦੇ ਆ ਇਹ ਵੱਡੀ ਕੁਰਬਾਨੀ ਉਹਨਾਂ ਦੀ ਹੈ ਨਾ ਕਿ ਕੋਚਾਂ ਦੀ ਹੈ ਨਾ ਪਲੇਅਰਾਂ ਦੀ ਹੈ ਇਸ ਕਰਕੇ ਦਰਸ਼ਕਾਂ ਦੀ ਮੰਗ 'ਤੇ ਖਰਾ ਉਤਰਨਾ ਇਹ ਸਾਡੀ ਲੋੜ ਹੈ ਅਤੇ ਸਾਨੂੰ ਪੂਰੀ ਕਰਨੀ ਬਣਦੀ ਹੈ ਜਿੱਦੇ ਅਸੀਂ ਦਰਸ਼ਕਾਂ ਦੀ ਮੰਗ ਪੂਰੀ ਨਹੀਂ ਕਰਾਂਗੇ ਹੁਣ ਥੋੜ੍ਹਾ ਜਿਹਾ ਦੁੱਖ ਹੁੰਦਾ ਕਿ ਦਰਸ਼ਕਾਂ ਦੀ ਮੰਗ ਥੋੜ੍ਹੀ ਜਿਹੀ ਚੇਂਜ ਹੋ ਗਈ ਕਿੱਦਾਂ ਚੇਂਜ ਹੋ ਗਈ ਉਹ ਦਰਸ਼ਕਾਂ ਦੀ ਮੰਗ ਕੀ ਚੇਂਜ ਹੋ ਗਈ ਵੀ ਦਰਸ਼ਕਾਂ ਦੀ ਹੁਣ ਸਮਝ ਕਬੱਡੀ ਦੇ ਇੰਨੀ ਬਣ ਗਈ ਕਿ ਦਰਸ਼ਕ ਸਾਰੇ ਮੈਚ ਹੀ ਟੌਪ ਦੇ ਵੇਖਣਾ ਚਾਹੁੰਦੇ ਆ ਖੜਕਾ ਦੜਕਾ ਹੀ ਚਾਹੁੰਦੇ ਆ ਉਹ ਟੌਪ ਦੇ ਮੈਚ ਤਾਂ ਸਾਰੇ ਫਿਰ ਟੌਪ ਦੇ ਖਿਡਾਰੀ ਦਿਖਾਉਣਗੇ ਨਾ ਤੇ ਜੇ ਟੌਪ ਦੇ ਖਿਡਾਰੀ ਆ ਉਹ ਤਿੰਨਾਂ ਜਾਂ ਚਾਰਾਂ ਟੀਮਾਂ 'ਚ ਟੂਰਨਾਮੈਂਟ ਤਾਂ ਚਾਰਾਂ ਟੀਮਾਂ ਨਾਲ ਹੁੰਦਾ ਜੀ ਘੱਟੋ ਘੱਟ ਅੱਠ ਟੀਮਾਂ ਤਾਂ ਚਾਹੀਦੀਆਂ ਤੇ ਜਿਹੜੇ ਚਾਰਾਂ ਟੀਮਾਂ ਦੇ ਵਿੱਚ ਪਲੇਅਰ ਆ ਵਿਚਾਰੇ ਕੁੱਟੇ ਜਾਂਦੇ ਆ ਤੇ ਉਹ ਕਿੰਨਾ ਕੁ ਚਿਰ ਪਠਾਣਗੇ ਜਦ ਵੱਡ ਕੇ ਹੋਣ ਨਾ ਸਾਰੇ ਵੱਡੇ ਵੀ ਹੋਣ ਥੋੜੇ ਥੋੜੇ ਪਲੇਅਰ ਸਾਰੇ 'ਚ ਤੇ ਜਿਹੜੇ ਤਕੜੇ ਪਲੇਅਰ ਬਿਆਈ ਇੱਕ ਪਾਸੇ ਹੋਣ ਤੇ ਦੋ ਟੀਮਾਂ 'ਚ ਹੋਣ ਇੱਕ ਦੂਜੇ ਦੇ ਸਾਹਮਣੇ ਖੇਡ ਕੇ ਚੱਲਣ ਇਹ ਥੋੜ੍ਹੀ ਜਿਹੀ ਬੈਕਗਰਾਊਂਡ ਆਈ ਹੈ ਟਾਈਮ ਪੈ ਕੇ ਲੋਕਾਂ ਨੂੰ ਵੀ ਸਮਝ ਆ ਜੂਗੀ ਲੋਕ ਸਮਝ ਵੀ ਰਹੇ ਆ ਦੂਜੀ ਜਿਹੜੀ ਡਰਾਬੈਕ ਇਹ ਆ ਗਿਆ ਕਿ ਜਦੋਂ ਸਟਾਰਾਂ ਦਾ ਮੈਚ ਹੋਣਾ ਹੁੰਦਾ ਉਹ ਤਾਂ ਹਨੇਰਾ ਹੋ ਜਾਂਦਾ ਪਹਿਲੀਆਂ 'ਚ ਟੀਮਾਂ ਵਾਲੀਆਂ ਹੋਣ ਲੱਗ ਜਾਂਦੀਆਂ ਟਾਈਮ ਥੋੜ੍ਹਾ ਹੁੰਦਾ ਸਟਾਰਾਂ ਦਾ ਮੈਚ ਵੇਖਣਾ ਹੁੰਦਾ ਹਨੇਰਾ ਹੋ ਜਾਂਦਾ ਅਤੇ ਹਨੇਰੇ ਦੇ ਵਿੱਚ ਫਿਰ ਕਬੱਡੀ ਦਾ ਨਾਸ ਹੀ ਹੁੰਦਾ ਯਾਰ ਜੋ ਮਰਜ਼ੀ ਕਹੀ ਜਾਓ ਮੈਂ ਨਹੀਂ ਕਹਿੰਦਾ ਕਿ ਕੋਈ ਕਬੱਡੀ ਦਾ ਸਵਾਦ ਆਉਂਦਾ ਕੋਈ ਗੇਮ ਦਾ ਸਵਾਦ ਆਉਂਦਾ ਇਕੱਲੇ ਸਾਨੂੰ ਸਵਾਦ 'ਚ ਵੀ ਇੰਨਾ ਗਲੀਨ ਨਹੀਂ ਹੋਣਾ ਚਾਹੀਦਾ ਸਵਾਦ 'ਚ ਅਸੀਂ ਗੇਮ ਹੀ ਦਾ ਮੂਲ ਭਾਵਨਾ ਜਿਹੜੀ ਸਪੋਰਟਸਮੈਨਸ਼ਿਪ ਆ ਉਹਨੂੰ ਖਤਮ ਕਰ ਦਈਏ ਮੈਂ ਇੱਕ ਪਲੇਅਰਾਂ ਨੂੰ ਮੇਰੇ ਕੁਛ ਦੋਸਤ ਆ ਜੀ ਜਿਹਨਾਂ ਨਾਲ ਆਪਾਂ ਸਿੱਧੀ ਗੱਲ ਕਰ ਲੈਂਦੇ ਹਾਂ ਮੈਨੂੰ ਇੱਕ ਗੱਲ ਕਹੀ ਮੈਂ ਕਿਹਾ ਵੀ ਜੇ ਤੁਸੀਂ ਘਰੋਂ ਜਾਂਦੇ ਹੋ ਅਤੇ ਵੀ ਤੁਸੀਂ ਮਤਲਬ ਵੀ ਪੈਸੇ ਦੀ ਗੱਲ ਹੋ ਜਾਂਦੀ ਤੁਹਾਡੀ ਕਹਿੰਦੇ ਵੀ ਸਾਡੀ ਪੈਸੇ ਦੀ ਗੱਲ ਹੋ ਜਾਂਦੀ ਹੈ ਮੈਂ ਕਿਹਾ ਠੀਕ ਹੈ ਫਿਰ ਮੈਂ ਕਮੇਟੀਆਂ ਨੂੰ ਕਹਿੰਦਾ ਵੀ ਜੇਕਰ ਤੁਹਾਡੀ ਗੱਲ ਹੋ ਜਾਂਦੀ ਹੈ ਜੇਕਰ ਪੈਸੇ ਦੀ ਗੱਲ ਕਮੇਟੀ ਨੇ ਕਹਿਤਾ ਵੀ ਤੁਹਾਨੂੰ ਮੈਂ 30,000 ਰੁਪਈਆ ਦੇਣਾ ਤੁਹਾਡੀ ਗੱਲ ਨਿਬੜ ਗਈ ਅਤੇ ਫਿਰ ਕਮੇਟੀਆਂ ਕਿਉਂ ਨਹੀਂ ਕਹਿੰਦੀਆਂ ਤੁਸੀਂ 12 ਵਜੇ ਤੱਕ ਆਓ ਕਮੇਟੀਆਂ ਜੋ ਪੈਸੇ ਦੇ ਕੇ ਪੈਸੇ ਲੈ ਕੇ ਖੇਡਣਾ ਉਹਨਾਂ ਨੇ ਪੈਸੇ ਦੇ ਖੇਡਣਾ ਫਿਰ 12 ਵਜੇ ਤੱਕ ਜੋ ਆਪਣਾ 12 ਵਜੇ ਕੇ 10 ਮਿੰਟ 'ਤੇ ਆਪਣਾ ਫਾਈਨਲ ਮੈਚ ਸ਼ੁਰੂ ਹੋ ਜਾਂਦਾ ਸੀ ਪਹਿਲਾ ਮੈਚ ਸ਼ੁਰੂ ਹੁੰਦਾ ਸੀ ਆਪਣਾ ਉਦੋਂ ਹੁਣ ਨਹੀਂ ਹੋ ਰਿਹਾ ਇਹ ਮਤਲਬ ਜਿਹੜੇ ਪਲੇਅਰ ਵੀ ਆ ਉਹ ਕਮੇਟੀਆਂ ਨੂੰ ਆ ਜਾਂਦਾ ਵੀ ਕਈ ਕਮੇਟੀਆਂ ਤਾਂ ਨਾ ਜੀ ਮੈਚ ਲੇਟ ਕਰਾ ਦਿੰਦੀਆਂ ਵੀ ਉੱਥੋਂ ਟੀਮਾਂ ਹਰ ਕੇ ਇੱਧਰ ਆ ਜਾਂਦੀਆਂ ਸਾਡੇ ਵਾਲੇ ਪਾਸੇ ਕਈ ਟੀਮਾਂ ਮੈਚ ਇਸੇ ਤਰ੍ਹਾਂ ਵੀ ਹੁੰਦਾ ਔਰ ਰਾਤ ਦੇ ਡੇਢ ਵਜੇ ਤੱਕ ਮੈਂ ਇੱਕ ਰਿੰਕੂ ਖਰੇਟੀ ਦੇ ਮੈਚ ਕਰਾ ਕੇ ਆਇਆ ਜੀ ਪਿਛਲੇ ਦਿਨਾਂ ਦੇ ਵਿੱਚ ਉੱਥੇ ਮੈਨੂੰ ਸੱਦਿਆ ਸੀ ਮੈਂ ਗਿਆ ਰਾਤ ਨੂੰ 1:30 ਵਜੇ ਹੁਣ ਉਹ ਬੰਦਾ ਉੱਥੇ ਜਾਊਗਾ ਹਾਦਸੇ ਵਾਪਰਨ ਦਾ ਇੱਕ ਖਤਰਾ ਸੇਫਟੀ ਖਤਮ ਹੋ ਰਹੀ ਹੈ ਸਾਡੀ ਕਬੱਡੀ ਦੇ ਵਿੱਚ ਦੇਖੋ ਜੀ ਜੇ 12 ਵਜੇ ਮੈਚ ਸਟਾਰਟ ਹੁੰਦੇ ਆ ਨਾ ਤੇ ਮੈਚ ਮੁੱਕ ਵੀ 6:30 ਜਾਂਦੇ ਆ 8 ਟੀਮਾਂ ਦੇ ਮੈਚ ਜਿਹੜਾ ਹੈ ਇਹ 4:30-5 ਘੰਟੇ ਦਾ ਸ਼ੋਅ ਹੈ ਫਿਲਮ ਵੇਖਣ ਜਾਂਦੇ 3 ਘੰਟੇ ਦਾ ਸ਼ੋਅ ਹੁੰਦਾ ਹੈ ਸੈਟਿਸਫਾਈਡ ਹੋ ਕੇ ਆ ਜਾਂਦੇ ਅਤੇ 4:30-5 ਘੰਟੇ ਦਾ ਸ਼ੋਅ ਬਹੁਤ ਹੈ ਇਹ ਸ਼ੋਅ ਨੂੰ ਲੰਮਾ ਜਿੰਨਾ ਮਰਜ਼ੀ ਕਰ ਜਾਓ 10 ਘੰਟੇ ਦਾ ਕਰ ਲਓ 11 ਦਾ ਕਰ ਲਓ ਫਿਰ ਸਵਾਦ ਉਹਨੂੰ ਘੱਟ ਜਾਂਦਾ ਹੈ ਉਹਨਾਂ ਵਿੱਚ ਗੈਪ ਪੈਣ ਲੱਗ ਜਾਂਦਾ ਆਵਾਜ਼ਾਂ ਮਾਰੀ ਜਾਂਦੀਆਂ ਪਲੇਅਰ ਨਹੀਂ ਹੁੰਦੇ ਜੇ 4:30-4 ਘੰਟੇ ਦਾ ਸ਼ੋਅ ਹੀ ਹੋਵੇ ਟੂਰਨਾਮੈਂਟ ਦਾ ਅਤੇ ਪਲੇਅਰਾਂ ਦੇ ਵਿੱਚ ਵੀ ਤੇਜ਼ੀ ਆਵੇ ਪਹਿਲਾਂ ਤਾਂ ਟਾਈਮ ਬਾਊਂਡ ਕਮੇਟੀਆਂ ਨੂੰ ਕਰਨਾ ਪੈਣਾ ਕਿ ਅਸੀਂ 12 ਵਜੇ ਹੀ ਸ਼ੁਰੂ ਕਰ ਰਹੇ ਜਦੋਂ ਪਲੇਅਰ ਇੱਕ ਪਿੰਡ ਦੇ ਵਿੱਚ 2 ਵਜੇ ਤੱਕ ਰਾਤ ਨੂੰ ਖੇਡਦਾ ਤੇ ਤੁਸੀਂ ਮੈਨੂੰ ਦੱਸੋ ਅਗਲੇ ਟੂਰਨਾਮੈਂਟ ਤੇ 12 ਵਜੇ ਉਹ ਕਿਵੇਂ ਜਾਊ ਉਹਨੇ ਉਹ ਗਰਾਊਂਡ ਤੋਂ ਟੂਰਨਾਮੈਂਟ ਤੋਂ ਰਾਤ ਨੂੰ ਘਰੇ ਵੀ ਆਉਣਾ ਸੌਣਾ ਹੈ ਰੈਸਟ ਵੀ ਕਰਨੀ ਹੈ ਖਾਣਾ ਪੀਣਾ ਵੀ ਹੈ ਅਗਲੇ ਦਿਨ ਤਿਆਰ ਵੀ ਹੋਣਾ ਜਦ ਇੱਕ ਕਮੇਟੀ ਲਾਲਚ ਕਰਦੀ ਆ ਰਾਤ ਦੇ 2 ਵਜੇ ਤੱਕ ਖਿਡਾਈ ਜਾਂਦੀ ਹੈ ਤੇ ਅਗਲੇ ਟੂਰਨਾਮੈਂਟ ਦੇ ਪਲੇਅਰ ਕਿਵੇਂ ਜਾ ਵੜਨਗੇ 12 ਵਜੇ ਹੋ ਇੱਕ ਪੋਸੀਬਲ ਤੁਸੀਂ ਮੈਨੂੰ ਸਮਝਾਓ ਤੁਸੀਂ ਜਿਹੜੀ ਕਮੇਟੀਆਂ ਦੀ ਆਪਸੀ ਖਿੱਚੋਦਾਨ ਹੈ ਵੀ ਸਾਡਾ ਕਾਮਯਾਬ ਹੋ ਜੇ ਸਾਡੇ ਪਿੰਡ ਲੱਗ ਜੇ ਨਹੀਂ ਸਾਡੇ ਪਿੰਡ 400 ਟੀਮ ਆਈ ਹੈ 300 ਟੀਮ ਆਈ ਹੈ ਸਾਡੇ ਪਿੰਡ ਫਲਨਾ ਆਇਆ ਇੱਕ ਆਪਦੀ ਹਿਰਮ ਹੈ ਜਿਹੜੀ ਪੈ ਗਈ ਉਹ ਮਾਰਦੀ ਹੈ ਸਾਰਿਆਂ ਦਾ ਨਹੀਂ ਸੋਚਦੀ
ਵੀ ਇਹਨਾਂ ਪਲੇਅਰਾਂ ਨੇ ਕੱਲ੍ਹ ਨੂੰ ਵੀ ਖੇਡਣਾ, ਬਗਾਨੇ ਪਿੰਡ ਵੀ ਖੇਡਣਾ, ਦੂਜੇ ਲੋਕ ਵੀ ਉਡੀਕਦੇ ਆ। ਥੋੜ੍ਹੀ ਜਿਹੀ ਸਾਨੂੰ ਸੋਚ ਚੇਂਜ ਕਰਨੀ ਪਊਗੀ, ਕਿਉਂਕਿ ਇੱਕ ਦੋ ਮੈਚਾਂ 'ਚ ਨੁਕਸਾਨ ਹੋਊਗਾ ਜਦੋਂ 12 ਵਜੇ ਹੋਣ ਲੱਗ ਜਾਣਗੇ, ਅਤੇ ਉਦੋਂ ਇੱਕ ਤਾਂ ਫੈਡਰੇਸ਼ਨਾਂ ਦੀ ਸਖ਼ਤੀ ਸੀ, ਪਲੇਅਰ ਆਖੇ ਲੱਗਦੇ ਸੀ, ਕੰਟਰੋਲ 'ਚ ਸੀ। ਹੁਣ ਪਿੰਡਾਂ ਦੇ ਮੈਚਾਂ 'ਚ ਪਲੇਅਰ ਮਰਜ਼ੀ ਨੇ ਜਾਣਾ, ਕੋਈ ਕੰਟਰੋਲ ਤਾਂ ਨਹੀਂ, ਕੋਈ ਡਰ ਤਾਂ ਨਹੀਂ ਕਿਸੇ ਕੋਚ ਦਾ, ਲੇਟ ਹੋ ਗਏ ਜਾ ਕੇ ਕਹਿ ਦੇਣਾ ਇਹ। ਉਦੋਂ ਸਾਡੇ ਕੋਲ ਵੀ ਬਥੇਰੇ ਬਹਾਨੇ ਲਾਉਂਦੇ ਸੀ, ਪਰ ਉਹਨਾਂ ਨੂੰ ਝਿੜਕਾਂ ਪੈਂਦੀਆਂ ਸੀ। ਅਸੀਂ ਝਿੜਕਣ ਜੋਗੇ ਸੀ ਕੋਚਾਂ ਨੂੰ, ਅਸੀਂ ਝਿੜਕਣ ਜੋਗੇ ਸੀ ਕਿਉਂਕਿ ਅਸੀਂ ਕੋਚ ਹੋ ਕੇ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਟੈਕਨੀਕ ਦਿੰਦੇ ਸੀ, ਕੁਛ ਦਿੰਦੇ ਸੀ। ਠੀਕ ਹੈ, ਜਿਹੜੀ ਊਂ ਸਿੱਖਿਆ ਦਿੱਤੀ ਜਾਂਦੀ ਹੈ, ਊਂ ਮੱਤ ਦਿੱਤੀ ਜਾਂਦੀ ਹੈ, ਊਂ ਅਕਲ ਦਿੱਤੀ ਜਾਂਦੀ ਹੈ, ਊਂ ਪ੍ਰੈਕਟਿਸ 'ਤੇ ਗੁਣ ਦਿੱਤਾ ਜਾਂਦਾ, ਇਹ ਪੈਸੇ ਨਾਲੋਂ ਤਕੜਾ ਹੈ। ਪੈਸਾ ਤਾਂ ਭੁੱਲ ਜਾਂਦੇ ਪਲੇਅਰ, ਲਿਆ ਖਾਧਾ ਖਰਚ ਕੇ ਭੁੱਲ ਗਏ। ਹੁਣ ਲੋਕਾਂ ਨੂੰ ਹੁੰਦਾ ਯਾਰ ਅਸੀਂ ਪੈਸਾ ਦਿੱਤਾ, ਪੈਸੇ ਦੇਣ ਵਾਲੇ ਦੇ ਪਲੇਅਰ ਥੋੜ੍ਹਾ ਜਿਹਾ ਹੀ ਆਖੇ ਲਾਹਦੇ ਜਿੰਨਾ ਚਿਰ ਪੈਸਾ ਕੋਲ ਖੜਾ। ਜਿਹੜੀ ਮੱਤ ਦਿੱਤੀ, ਹੁਣ ਤੁਸੀਂ ਗੱਲ ਮੱਖਣ ਮੱਖੀ ਦੀ ਕੀਤੀ, ਮੱਖਣ ਮੱਖੀ ਦੇ ਚਪੇੜ ਵੱਜੀ ਹੈ, ਉਹਨੂੰ ਅੱਜ ਤੱਕ ਵੀ ਯਾਦ ਹੋਊਗੀ। ਅਤੇ ਕਿਸੇ ਬੰਦੇ ਨੇ ਉਹਨੂੰ 10 ਲੱਖ ਦਿੱਤਾ ਹੋਊਗਾ, ਉਹ ਮੱਖਣ ਮੱਖੀ ਨੂੰ ਖਾਧਾ ਪੀਤਾ ਵਰਤੋਂ ਅੱਜ ਤੱਕ ਯਾਦ ਨਹੀਂ ਹੋਊਗਾ, ਉਹਨੂੰ ਗਰਾਊਂਡ 'ਚ ਉੜੂਗਾ, ਮੱਖਣ ਮੱਖੀ ਨੇ ਯਾਦ ਰਹਿਣਾ ਮੈਨੂੰ ਫਲਾਣੇ ਨੇ 10 ਲੱਖ ਦਿੱਤਾ, ਉਹਨੂੰ ਇਹ ਯਾਦ ਰਹਿਣਾ ਵੀ ਮੈਂ ਗਲਤੀ ਕੀਤੀ ਸੀ, ਕੋਚ ਨੇ ਲੱਭਣ ਮਾਰਿਆ। ਇਸ ਕਰਕੇ ਜਿਹੜੀ ਟੈਕਨੀਕ ਅਸੀਂ ਪਲੇਅਰਾਂ ਨੂੰ ਦਿੰਦੇ ਹਾਂ ਉਹ ਐਵਰ ਲੌਂਗ ਹੈ, ਸਦਾ ਰਹਿਣ ਵਾਲੀ ਹੈ। ਪੈਸੇ ਦੇ ਮੁਕਾਬਲੇ ਜ਼ਿਆਦਾ, ਬੇਸ਼ੱਕ ਪੈਸੇ 'ਚ ਵੱਧ ਸ਼ਕਤੀ ਹੈ, ਪਰ ਪੈਸਾ ਸਦਾ ਨਾਲ ਨਹੀਂ ਰਹਿੰਦਾ। ਸਦਾ ਨਾਲ ਤਾਂ ਤੁਹਾਡਾ ਜੋ ਗ੍ਰਹਿਣ ਕਰ ਲਿਆ, ਜੋ ਤੁਸੀਂ ਸਿੱਖ ਲਿਆ, ਉਹ ਚੀਜ਼ ਰਹੀ। ਕਿਉਂਕਿ ਬੰਦੇ ਦੀਆਂ ਬਣਾਈਆਂ ਚੀਜ਼ਾਂ ਬੰਦੇ ਤੋਂ ਵੱਡੀਆਂ ਨਹੀਂ ਹੋ ਸਕਦੀਆਂ, ਜਦੋਂ ਬੰਦਾ ਆਪਣੀਆਂ ਬਣਾਈਆਂ ਚੀਜ਼ਾਂ ਨੂੰ ਆਪਣੇ ਤੋਂ ਵੱਡੀ ਅਹਿਮੀਅਤ ਦੇਣ ਲੱਗ ਪੈਂਦਾ, ਉੱਥੇ ਘਾਣ ਹੁੰਦਾ, ਕਿਉਂਕਿ ਪੈਸਾ ਬੰਦੇ ਦਾ ਬਣਾਇਆ ਹੋਇਆ। ਇਹ ਹੁਣ ਨਗਾਰ ਆ ਗਿਆ ਜੀ, ਦੇਖੋ ਚਿੰਤਤ ਹੈ, ਪਰ ਇਹ ਨਾ ਤਾਂ ਇਕੱਲੇ ਕੋਚ ਨਾ ਇਕੱਲੇ ਪਲੇਅਰ, ਸਾਰੇ ਰਲ ਮਿਲ ਕੇ ਇਸਦਾ ਹੱਲ ਕਰ ਸਕਦੇ ਹਾਂ, ਸਾਰਿਆਂ 'ਚ ਇੱਕ ਹੋਣਾ ਚਾਹੀਦਾ। ਹੁਣ ਤੁਸੀਂ ਦੇਖਿਆ ਵੀ ਮੇਰੀ ਉਹ ਮਾਨੂ ਕੇ ਗਏ ਸੀਗੇ, ਉੱਥੇ ਦਾ ਕੀ ਤਜਰਬਾ ਰਿਹਾ ਤੁਹਾਡਾ ਜੀ? ਮਾਨੂ ਕੋਈ ਗਏ ਸੀਗੇ ਅਤੇ ਉਹ ਚੈਨੇ ਦਾ ਮੈਨੂੰ ਫੋਨ ਆਇਆ, ਯਾਰ ਉੱਥੇ ਸੈਮੀਨਾਰ ਹੋ ਰਿਹਾ ਆਪਾਂ ਜਾਣਾ ਹੈ, ਅਤੇ ਤੂੰ ਕੱਲ੍ਹ ਨੂੰ 9 ਵਜੇ ਨਾਨਕ ਸਾਹਿਬ ਜੀ, ਮੈਂ ਗਿਆ ਉੱਥੇ, ਚੈਨਲ ਚਲੋ ਉਹਨੂੰ ਕੋਈ ਪ੍ਰੋਬਲਮ ਆ ਗਈ, ਉਹ ਉੱਥੇ ਨਹੀਂ ਗਿਆ ਗਾ, ਨਹੀਂ ਜਾ ਸਕਿਆ, ਘਰੇਲੂ ਪ੍ਰੋਬਲਮ ਸੀ, ਮੈਂ ਇਕੱਲਾ ਜਾ ਵੜਿਆ। ਅੱਛਾ ਜੀ, ਇਕੱਲਾ ਜਾ ਵੜਿਆ ਅਤੇ ਉੱਥੇ ਸਾਰੇ ਬੋਲ ਰਹੇ ਆ ਜੀ, ਵਾਰੀ ਵਾਰੀ ਬੋਲਦੇ ਆ, ਉਹ ਮੇਰਾ ਨਾਂ ਲਿਆ ਬੋਲਣ ਦਾ। ਜਦ ਮੈਂ ਸਟੇਜ 'ਤੇ ਗਿਆ, ਮੈਂ ਵੇਖਿਆ ਹਾਲ ਦੇ ਵਿੱਚ ਉੱਥੇ ਸੀਗਾ ਇਕੱਠ 300-400 ਦਾ, ਹਾਲ 'ਚ 50 ਜਣੇ ਬੈਠੇ, ਕੁਛ ਬਾਹਰ ਗਰਾਊਂਡ 'ਚ ਕਾਰਨਰ ਮੀਟਿੰਗ ਕਰੀ ਜਾਂਦੇ, ਕੋਈ ਬਾਥਰੂਮ ਵਾਲੇ ਕੋਈ ਪਕੌੜੇ ਖਾਈ ਜਾਂਦੇ ਆ, ਅਤੇ ਮੈਂ ਦਿਮਾਗ 'ਚ ਆਈ ਯਾਰ ਇਹ ਤਾਂ ਕੋਈ ਠੀਕ ਤਰੀਕਾ ਨਹੀਂ, ਅਤੇ ਮੈਂ ਸਟੇਜ ਤੋਂ ਹੀ ਬੋਲਿਆ, ਕਿਉਂਕਿ ਉਦੋਂ ਪਹਿਲਾਂ ਬੁਲਾਰੇ ਇਹ ਬੋਲ ਕੇ ਹਟੇ ਸੀਗੇ ਕਿ ਹੁਣ ਜਿਹੜੇ ਟੂਰਨਾਮੈਂਟ 1 ਦਿਨ ਦੇ ਹੋ ਗਏ, ਇਹ ਟੂਰਨਾਮੈਂਟ ਨਹੀਂ ਮੇਲੇ ਬਣ ਗਏ, ਟੂਰਨਾਮੈਂਟ ਨਹੀਂ ਰਿਹਾ ਕਿ ਟੂਰਨਾਮੈਂਟ ਹੁੰਦੇ 3 ਦਿਨ ਦੇ, ਛੋਟੇ ਬੱਚਿਆਂ ਦਾ ਕਰੋ, ਵੱਡਿਆਂ ਦਾ ਕਰੋ, ਵੱਡਿਆਂ ਦਾ ਕਰੋ ਟੂਰਨਾਮੈਂਟ। ਇਸ ਗੱਲ ਨਾਲ ਮੈਂ ਸਹਿਮਤ ਵੀ ਹਾਂ ਵੀ ਟੂਰਨਾਮੈਂਟ ਅਤੇ ਮੇਲਿਆਂ 'ਚ ਫਰਕ ਹੈ, ਹੁਣ ਤਾਂ ਮੇਲੇ ਲਾਉਣ ਲੱਗ ਗਏ ਅਸੀਂ, ਟੂਰਨਾਮੈਂਟ ਨਹੀਂ, ਇਕੱਠ ਕਰਨਾ ਵਿਖਾਉਣਾ, ਇਹ ਆਪਦੀ ਬੱਲੇ ਬੱਲੇ ਨੂੰ ਜਾਣ ਲੱਗ ਗਏ ਅਸੀਂ। ਚਲੋ ਬੱਲੇ ਬੱਲੇ ਵੀ ਕਰਾਓ, ਪਰ ਨਾਲ 4 ਗੱਲਾਂ ਸਹੀ ਵੀ ਰੱਖ ਲਓ। ਅਤੇ ਫਿਰ ਮੈਂ ਕਿਹਾ ਵੀ ਆਪਾਂ ਆਏ ਹਾਂ ਕਿ ਇੱਥੇ ਕਬੱਡੀ ਦਾ ਸੈਮੀਨਾਰ ਕਰਨ ਵਾਸਤੇ ਦੋਸਤੋ, ਅਤੇ ਸੈਮੀਨਾਰ ਦਾ ਮਤਲਬ ਸਮਝਦੇ ਹਾਂ, ਜੇ ਇੱਥੇ ਪਕੌੜੇ ਚਾਹ ਪੀ ਕੇ ਕਾਰਨਰ ਮੀਟਿੰਗਾਂ ਕਰਕੇ ਮੁੜਨਾ, ਫਿਰ ਸੈਮੀਨਾਰ ਨਹੀਂ। ਠੀਕ ਹੈ, ਅਤੇ ਇਸ ਤਰ੍ਹਾਂ ਦੇ ਸੈਮੀਨਾਰ 'ਚ ਮੈਂ ਨਹੀਂ ਬੋਲਣਾ। ਜਿਹੜਾ ਸੈਮੀਨਾਰ ਕਰਨਾ, ਮੰਥਨ ਕਰਨਾ, ਆਪਾਂ ਆਪ ਵਿਚਾਰ ਕਰਨਾ, ਆਪਣੇ 'ਤੇ ਬੋਝ ਪਾਉਣਾ, ਪਹਿਲਾਂ ਆਪਾਂ ਆਪਣੇ ਆਪ ਨੂੰ ਠੀਕ ਕਰੀਏ। ਘਾਟਾ ਹਰੇਕ ਬੰਦੇ 'ਚ, ਮੇਰੇ 'ਚ ਘੱਟ ਘੱਟ ਹੈ, ਮੇਰੇ 'ਚ ਗਿਣਨ ਲੱਗ ਜਾਓ ਲੱਖਾਂ ਹੀ ਘਾਟਾਂ ਮਿਲਣਗੀਆਂ ਤੁਹਾਨੂੰ, ਪਰ ਘਾਟਾ ਨੂੰ ਕਵਰ ਕੀਤਾ ਜਾਂਦਾ, ਟਾਈਮ ਟੂ ਟਾਈਮ ਅਸੀਂ ਆਪਦੇ ਆਪ ਨੂੰ ਮੋਡੀਫਾਈ ਕੀਤਾ। ਬਥੇਰੇ ਉੱਗਣ ਸੀਗੇ, ਸਾਨੂੰ ਆਪ ਨੂੰ ਵੀ ਪਤਾ ਲੱਗਦਾ, ਲੋਕ ਵੀ ਦੱਸਦੇ ਸੀ, ਉਹ ਸਾਡਾ ਕੋਈ ਉੱਗਣ ਦੱਸਦਾ ਸੀ ਕਦੇ ਬੁਰਾ ਨਹੀਂ ਮਨਾਉਂਦੇ, ਕਿਉਂਕਿ ਜੇ ਬੁਰਾ ਮਨਾਵਾਂਗੇ ਉਹ ਉੱਗਣ ਨੂੰ ਦੂਰ ਕਿਵੇਂ ਕਰਾਂਗੇ? ਉੱਗਣ ਨੂੰ ਦੂਰ ਤਾਂ ਹੀ ਕਰਾਂਗੇ ਜੇ ਉਹ ਗੱਲ ਚੰਗੀ ਲੱਗੀ, ਤੁਸੀਂ ਮੈਨੂੰ ਰਾਏ ਦਿੱਤੀ, ਮੈਨੂੰ ਚੰਗੀ ਲੱਗੀ, ਅਪਲਾਈ ਕਰ ਲਈ, ਕਬੱਡੀ 'ਚ ਫਾਇਦਾ ਹੋ ਗਿਆ। ਅਤੇ ਕਈ ਵਾਰ ਹੁੰਦਾ ਕੋਈ ਨਿੱਕਾ ਮੋਟਾ ਕਿੰਤੂ ਪ੍ਰੰਤੂ ਵੀ ਇਹਨੇ ਕਰਨਾ ਹੀ ਕਰਨਾ ਹੈ, ਉਹ ਜਿਹਾ ਨੂੰ ਅਸੀਂ ਇਗਨੋਰ ਵੀ ਕਰਦੇ ਹਾਂ, ਕਿਉਂਕਿ ਉਹ ਜਿਹੜੇ ਨਿੱਕੇ ਮੋਟੇ ਕਿੰਤੂ ਪ੍ਰੰਤੂ ਕਰਨ ਵਾਲੇ, ਜਿਹਨਾਂ ਦੇ ਦਿਮਾਗ 'ਚ ਨੈਗੇਟਿਵਿਟੀ ਹੈ ਬੜੀ ਹੈ ਨਾ, ਜਿੰਨਾ ਚਿਰ ਉਹਨਾਂ ਦੀ ਨੈਗੇਟਿਵਿਟੀ ਨੂੰ ਅਸੀਂ ਪੋਜ਼ਿਟਿਵਿਟੀ 'ਚ ਨਹੀਂ ਬਦਲਦੇ, ਉਹਨਾਂ ਚਿਰ ਕਬੱਡੀ ਦਾ ਸੁਧਾਰ ਨਹੀਂ ਹੋਣਾ। ਮੈਂ ਚਾਹੁੰਦਾ ਹਰ ਬੰਦਾ ਜਾਂ ਨੈਗੇਟਿਵਿਟੀ ਰੱਖਦਾ ਕਬੱਡੀ ਦੀ ਬਾਬਤ, ਉਹਨੂੰ ਕਬੱਡੀ ਬਾਬਤ ਪੋਜ਼ਿਟਿਵ ਹੋਣਾ ਚਾਹੀਦਾ। ਗੱਲ ਅਸੀਂ ਡਿਸਿਪਲਿਨ ਦੀ ਕਰ ਰਹੇ ਹਾਂ, ਗੱਲ ਸੈਮੀਨਾਰ ਦੀ ਗੱਲ ਹੈ, ਗੱਲ ਪੋਜ਼ਿਟਿਵ ਦੀ ਕਰ ਰਹੇ ਹਾਂ, ਅਤੇ ਉੱਥੇ ਲੈ ਕੇ ਬਹਿ ਜੇ ਮੱਖਣ ਡੀਪੀ ਐਂ ਕਰਦਾ ਹੁੰਦਾ ਸੀ, ਉਹ ਮੱਖਣ ਡੀਪੀ ਦੀ ਗੱਲ ਥੋੜ੍ਹੋ ਕਰ ਰਹੇ ਹਾਂ, ਕਬੱਡੀ ਦੀ ਗੱਲ ਹੋਣੀ ਚਾਹੀਦੀ ਹੈ। ਜਿਹੜਾ ਟੋਪਿਕ ਆ ਉੱਤੇ ਬੋਲੋ, ਉਹਦੀ ਗੱਲ ਕਰੋ, ਉਹਦੇ 'ਚ ਜੇ ਮੱਖਣ ਡੀਪੀ ਨੇ ਗਲਤੀ ਕੀਤੀ ਮੈਨੂੰ ਦੱਸੋ ਫਾਇਦਾ, ਉਹ ਮੱਖਣ ਡੀਪੀ ਦੀਆਂ ਗਲਤੀਆਂ ਦਾ ਤਾਂ ਮੱਖਣ ਡੀਪੀ ਨੂੰ ਵੀ ਪਤਾ ਹੈ, ਉਹਨੇ ਪਤਾ ਨਹੀਂ ਕਿੰਨੀ ਵਾਰ ਆਪਦੇ ਆਪ ਨਾਲ ਲੜਿਆ ਹੋਊਗਾ, ਕਿੰਨੀ ਵਾਰ ਆਪਦੇ 'ਚ ਸੁਧਾਰ ਲਿਆਂਦਾ ਹੋਊਗਾ। ਠੀਕ ਹੈ, ਉਸ ਤਰ੍ਹਾਂ ਦੀਆਂ ਗਲਤੀਆਂ ਜਿਹੜੇ ਹੁਣ ਤੁਸੀਂ ਕਮੈਂਟ ਪਾਉਣੇ ਆ ਕਿਸੇ ਨੇ, ਮੈਨੂੰ ਉਹਨਾਂ ਕਮੈਂਟਾਂ ਦੀ ਲੋੜ ਹੈ ਜਿਹੜੇ ਗੇਮ ਦੇ ਵਿੱਚ ਸੁਧਾਰ ਲੈ ਕੇ ਆਉਣ, ਜਿਹੜੇ ਪੋਜ਼ਿਟਿਵ ਹੋਣ। ਠੀਕ ਹੈ, ਅਤੇ ਪੋਜ਼ਿਟਿਵ ਮੈਨੂੰ ਬਹੁਤ ਪੋਜ਼ਿਟਿਵ ਵਿਚਾਰ ਵੀ ਆਏ ਆ,
वह विचार हम मैं अगले सैमीनार करूँगा क्योंकि मैं किने मेरी उल्ट किया किने हक च किया मैं इस गल च नहीं जाता मैं ये जानना है कि किने कबड्डी के हक च किया किने कबड्डी के हक च किया किने ये सोचा कि कबड्डी का सुधार किवें हो एक दुनिया का बहुत ही तगड़ा प्रमोटर मैं ना नहीं लेना चाहता क्योंकि जो मैं ना लवा तो अगला कहूँगा मक्खन डीपी फलाने की प्रशंसा करता फलाने की बाबत बोलता उसे चट्ठे की बाबत एक दो गल कही चट्ठा कहना कौड़ी की खातर कट्ठे होने तैयार है तो मेरे से किंतु भी होया यार चट्ठे की वड्याई करी जाना वो यार मैं किसी की वड्याई नहीं की मैं गल की है कि बंदे की सोच आ कौड़ी की खातर अपन सब कुछ छड के कट्ठे होना चाहिए जब एक बंदे ने सुझाव दिता मैं क्वेश्चन किया हू विल बिल द कैट भी जिहड़ियां कबड्डी च बुराइयां आ गईयां उन्हां नूं दूर कौन करूगा ते किवें करन एक बंदे दा सुझाव बड़ा तगड़ा बड़ा पॉजिटिव वैसे तो एक बंदा होर भी है वो यूनिवर्सिटी दे प्रोफेसर है उन्हां दा सुझाव भी है वह भी मैनूं बड़ा वधिया लगा मैं थोड़े नाल सिर्फ दो सुझावां दी गल ही करूंगा बाले दी नहीं क्योंकि सुझाव दा जिवें कहिंदे हजारां दी गिणती च ही आए पर उहदे विच जे सब तों वधिया सुझाव लगा उह कहिंदा मक्खण सिंह दिस कैट इज जंगली जिहड़ी बिल्ली दे गल तू टल्ली बन्नण नूं कहिंदा दिस इज जंगली एंड इंटरनेशनल इट इज हार्ड बिट टू पुट दी बिल बट नॉट डिफिकल्ट पॉसिबल नीड यूनिटी कहिंदा भी ये जंगली बिल्ली है इंटरनेशनल है सारी दुनिया ते फिरदी है ते इहदे गल च टल्ली बन्नणी थोड़ी जी मुश्किल है पर पॉसिबल संभव है इहदे वास्ते सानू एके दी लोड़ है हुण एका पाई तां ही होऊगा जे निक्के निक्के कमेंट मारन वाले वह अपनियां आदतां छड्डणगे कौड़ी दी बाबत सोचणगे वह निजी गिणा कढ़न हटण बैठे आ वह निजी गड़ हुंदी पाउंदे फलाने ने आए कीता फलाने साने आए कीता की गल आ यार ਹੁਣ ਕੋਈ ਇਹ ਫਲਾਣੇ ਤੋਂ ਡਰਦਾ ਹੁੰਦਾ ਕਦੇ ਅੱਜ ਤੱਕ ਕੋਈ ਜਿਹੜਾ ਲੰਗੋਟਾ ਨਿਕਲ ਲਾ ਕੇ ਗਰਾਊਂਡ 'ਚ ਵੜ ਗਿਆ ਕੋਈ ਕਿਸੇ ਤੋਂ ਡਰਿਆ ਕੋਈ ਪਲੇਅਰ ਕਿਸੇ ਤੋਂ ਨਹੀਂ ਡਰਦਾ ਅਤੇ ਫਿਰ ਉਹ ਬੰਦੇ ਉਹ ਜਿਹੜੇ ਮੇਰੇ ਹੀ ਸ਼ਗਿਰਦ ਆ ਮੇਰੇ ਹੀ ਪਾਲੇ ਮੇਰੇ ਹੀ ਤਿਆਰ ਕੀਤੇ ਆ ਉਹਨਾਂ ਤੋਂ ਮੱਖਣ ਡੀਪੀ ਡਰਿਆ ਹੋਊਗਾ ਉਹ ਮੈਂ ਇਹ ਵੇਖੋ ਤੁਸੀਂ ਵੀ ਆਪ ਪੈਦਾ ਕਰਕੇ ਆਪ ਤਿਆਰ ਕਰਕੇ ਉਹਨਾਂ ਨਾਲ ਵੀ ਕਬੱਡੀ ਖੇਡਦਾ ਰਿਹਾ ਮੈਂ ਅੱਛਾ ਮੈਂ 30 ਸਾਲ ਕਬੱਡੀ ਖੇਡੀ ਆ 30 ਸਾਲ ਦੇ ਵਿੱਚ 20 ਸਾਲ ਮੈਂ ਪਲੇਅਰ ਤਿਆਰ ਕਰਕੇ ਉਹਨਾਂ ਨਾਲ ਵੀ ਖੇਡਿਆ ਮੈਂ ਆਪਦੇ ਸਕੂਲ ਦੇ ਜਵਾਕਾਂ ਨਾਲ ਵੀ ਖੇਡਿਆ ਰਾਮਪੁਰੇ ਮੈਚ ਸੀ ਮੇਰੇ ਕੋਲ ਦਸਵੀਂ 'ਚ ਪੜ੍ਹਦਾ ਕੋਟਿਆਂ ਦਾ ਯੋਧਾ ਟਾਸ ਕੀਤੀ ਸਾਡੇ ਪੰਜ ਪੰਜ ਮਿੰਟ ਦੀ ਰੇਡ ਸੀ ਉਹਨਾਂ ਨੂੰ ਪਹਿਲਾਂ ਆ ਗਿਆ ਪੰਜ ਰੇਡਾਂ ਉੱਧਰ ਪਈਆਂ ਪੰਜ ਰੇਡਾਂ ਉੱਧਰ ਪਈਆਂ ਅੱਧੇ ਪੁਆਇੰਟ 'ਤੇ ਸਾਨੂੰ ਜਿੱਤ ਗਏ ਮੇਰੀ ਦਸਵੀਂ ਕਲਾਸ ਦੇ ਜਵਾਕ ਮੈਨੂੰ ਜਿੱਤ ਗਏ ਅਤੇ ਅਖਬਾਰ 'ਚ ਮੋਟੀ ਖਬਰ ਲੱਗੀ ਚੇਲੇ ਨੇ ਉਸਤਾਦ ਨੂੰ ਹਰਾਇਆ ਬੜੀ ਖੁਸ਼ੀ ਹੋਈ ਹਰੇ ਸੀ ਪਰ ਉੱਥੇ ਮੇਰਾ ਕੋਈ ਕਸੂਰ ਤਾਂ ਨਹੀਂ ਸੀ ਟਾਸ ਹਰ ਕੇ ਮੈਚ ਹਰ ਗਏ ਅਸੀਂ ਤਾਂ ਉਹ ਦਿਨ ਵੀ ਦੇਖੇ ਆ ਵੀ ਆਪਦੇ ਸਟੂਡੈਂਟਾਂ ਤੋਂ ਹਰ ਕੇ ਵੀ ਖੁਸ਼ੀ ਮਨਾਈ ਆ ਵੀ ਚੱਲ ਮੇਰਾ ਸਟੂਡੈਂਟ ਤਾਂ ਜਿੱਤਿਆ ਪਰ ਜਿਹੜੇ ਨਿੱਕੇ ਨਿੱਕੇ ਕਮੈਂਟ ਆ ਨਾ ਇਹ ਲੋਕ ਕਬੱਡੀ ਦਾ ਭਲਾ ਨਹੀਂ ਚਾਹੁੰਦੇ ਕਬੱਡੀ ਦਾ ਭਲਾ ਉਹ ਚਾਹੁੰਦੇ ਜਿਹੜੇ ਪੋਜ਼ਿਟਿਵ ਕਮੈਂਟ ਦਿੰਦੇ ਆ ਜਿਹੜੇ ਚੰਗੀਆਂ ਗੱਲਾਂ ਦਿੰਦੇ ਜਿਹੜੀਆਂ ਨਿੱਗਰ ਗੱਲਾਂ ਕਰਦੇ ਆ ਉਹ ਨਿੱਜੀ ਯਾਰ ਜੇ ਕਿਸੇ ਦੀ ਹੈਗੀ ਤਾਂ ਸਾਹਮਣੇ ਹੋ ਕੇ ਕੱਢ ਲਓ ਉਹਦੇ ਸਾਹਮਣੇ ਜਾਓ ਹੁਣ ਕਈ ਬੰਦੇ ਹੈਗੇ ਆ ਮੈਂ ਅਗਲਾ ਸੈਮੀਨਾਰ ਚੰਦੀ ਹੋਊਗਾ ਉਹ ਵੀਰ ਜਿਨ੍ਹਾਂ ਨੂੰ ਕੋਈ ਨਿੱਕੀਆਂ ਮੋਟੀਆਂ ਉਸ ਤਰ੍ਹਾਂ ਦੀਆਂ ਗੱਲਾਂ ਉਹ ਆ ਜਾਣ ਚੰਦੀ ਮੇਰੇ ਤੋਂ ਸਾਹਮਣੇ ਪੁੱਛ ਲੈਣ ਕਈ ਫੇਕ ਆਈਡੀਆਂ ਬਣਾਈ ਬੈਠੇ ਆ ਫੇਕ ਆਈਡੀਆਂ ਬਣਾ ਕੇ ਕੁਐਸਚਨ ਪਾਉਂਦੇ ਜਿਹੜੇ ਬੰਦੇ 'ਚ ਯਾਰ ਆਪਦੀ ਜਾਇਜ਼ ਆਈਡੀ ਬਣਾ ਕੇ ਸਾਹਮਣੇ ਆ ਕੇ ਕੁਐਸਚਨ ਪੁੱਛਣ ਦੀ ਜ਼ਰੂਰਤ ਨਹੀਂ ਉਹ ਕਬੱਡੀ ਦਾ ਭਲਾ ਕੀ ਕਰੂਗਾ ਫੇਕ ਆਈਡੀਆਂ ਬਣਾ ਕੇ ਜਿਹੜਾ ਬੋਲ ਆਪ ਲੁੱਕ ਕੇ ਕਮੈਂਟ ਕਰੀ ਜਾਂਦਾ ਸਾਰਿਆਂ ਨੂੰ ਗਾਲਾਂ ਕੱਢੀ ਜਾਂਦਾ ਆਪ ਹੀ ਉਹ ਚੰਗਾ ਬਣਿਆ ਬੈਠਾ ਉਹ ਜੇ ਬੰਦਿਆਂ ਦਾ ਕੀ ਕਰੋਗੇ ਇਹ ਫੇਕ ਆਈਡੀਆਂ ਵਾਲਿਆਂ ਨੇ ਕਬੱਡੀ ਦਾ ਬੇੜਾ ਪਾਇਆ ਕਬੱਡੀ ਦੇ ਵਿੱਚ ਕੋਈ ਇੱਕ ਬੁਰਾਈ ਨਹੀਂ ਦੱਸੋ ਸਾਹਮਣੇ ਆ ਕੇ ਯਾਰ ਅਸੀਂ ਕਬੱਡੀ ਦੀ ਖਾਤਰ ਕੰਮ ਕਰਦੇ ਹਾਂ ਦੱਸੋ ਵੀ ਇੱਥੋਂ ਆਏ ਕਰੋ ਅਸੀਂ ਉਸ ਨੂੰ ਮੰਨਣ ਨੂੰ ਤਿਆਰ ਹੈ ਮਤਲਬ ਜਿਵੇਂ ਇੱਕ ਸੈਮੀਨਾਰ ਹੈਗਾ ਹੈ ਨਾ ਮਤਲਬ ਇੱਦਾਂ ਵੀ ਹੋ ਸਕਦਾ ਕਿ ਬਈ ਅਸੀਂ ਉੱਥੇ ਸਾਡਾ ਸੈਮੀਨਾਰ ਹੈਗਾ ਵੀ ਜਿਹਨੇ ਆਉਣਾ ਹੈ ਨਾ ਵੀ ਉੱਥੇ ਆ ਕੇ ਸਾਡੇ ਨਾਲ ਡਿਸਕਸ਼ਨ ਕਰੇ ਉਹ ਵੀਰੇ ਨਹੀਂ ਆਉਂਦੇ ਉਹ ਤਾਂ ਘਰ ਹੀ ਸਾਡੂ ਆਉਂਦੇ ਆ ਤੁਸੀਂ ਮੈਨੂੰ ਕਹੀ ਜਾਂਦੇ ਸੀ ਨਾ ਲੋਕੇਸ਼ਨ ਨਹੀਂ ਪਾ ਦਿਉ ਆਹ ਮੋਬਾਈਲ ਆ ਮੇਰੇ ਕੋਲ ਕੀ ਲੋਕੇਸ਼ਨ ਪਾ ਦਾਂ ਨਾ ਮੈਨੂੰ ਯੂਟਿਊਬ ਆਉਂਦੀ ਆ ਨਾ ਮੈਨੂੰ ਨੈੱਟ ਚਲਾਉਣਾ ਆਉਂਦਾ ਨਾ ਕੁਛ ਹੋਰ ਆਉਂਦਾ ਕਬੱਡੀ ਦੀ ਬਾਬਤ ਜੋ ਕੁਛ ਮਰਜ਼ੀ ਪੁੱਛ ਲਓ ਸਾਰਾ ਕੁਛ ਆਉਂਦਾ ਆਹ ਕੰਪਿਊਟਰ ਦਾ ਨਹੀਂ ਆਉਂਦਾ ਕੁਛ ਅਸੀਂ ਨਹੀਂ ਪਏ ਇਸ ਗੇਮ ਦੇ ਮਗਰ ਠੀਕ ਹੈ ਗੇਮ ਦੀ ਬਾਬਤ ਸਭ ਤੋਂ ਪੁੱਛ ਲਓ ਨਿੱਕੀ ਨਿੱਕੀ ਬਰੀਕੀ ਦੱਸ ਦਾਂਗੇ ਕੋਈ ਦਾ ਪੇਜ ਦੱਸ ਦਾਂਗੇ ਕੋਈ ਖਿਡਾਰੀ ਦੀ ਆਦਤ ਦਾ ਸਭ ਕੁਛ ਦੱਸ ਦਾਂਗੇ ਹਰ ਚੀਜ਼ ਕਬੱਡੀ ਦੀ ਬਾਬਤ ਦੱਸ ਦਾਂਗੇ ਇਹਨੂੰ ਕਿਵੇਂ ਤਰੱਕੀ 'ਤੇ ਲੱਗੇ ਜਾਣਾ ਕਿਵੇਂ ਵਧਾਉਣਾ ਕਿਸੇ ਛੋਟੇ ਬੱਚੇ ਨੂੰ ਕਿਵੇਂ ਸੁਣਾਉਣਾ ਗਰੁੱਪ ਵਾਈਜ਼ ਕਬੱਡੀ ਕਿਵੇਂ ਕਰਾਉਣੀ ਆ ਵੱਡਿਆਂ ਦੀ ਕਿਵੇਂ ਕਰਾਉਣੀ ਜੋ ਕੁਛ ਮਰਜ਼ੀ ਪੁੱਛੋ ਕਬੱਡੀ ਦੇ ਕੁਐਸਚਨ ਕਰੋ ਤੁਹਾਨੂੰ ਜਵਾਬ ਦੇਵਾਂਗੇ ਅਸੀਂ ਆਹ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਆਉਂਦੀਆਂ ਕਿਉਂਕਿ ਹੁਣ ਅਸੀਂ ਕਬੱਡੀ 'ਚ ਦਿਮਾਗ ਲੈ ਕੇ ਕਿੰਨਾ ਗੱਲਾਂ ਚਲਾਈਏ ਇਹ ਨਹੀਂ ਆਉਂਦੀਆਂ ਗੀਆਂ ਬਾਕੀ ਸਾਡੇ ਵੱਸੋਂ ਬਾਹਰ ਰਹੇ ਕੰਪਿਊਟਰ ਅਸੀਂ ਤਾਂ ਸੋਚਦੇ ਰਹੇ ਯਾਰ ਕਦੇ ਹੱਥ ਹੀ ਨਾ ਦੇ ਲਈਏ ਮੋਬਾਈਲ ਚਲਾਉਣ ਲੱਗੇ
इस करके मेरी सारे लोगों को यही अपील है, तुसी पूछा कि की तजर्बा रहा उस सैमीनार का, मेरा तजर्बा यही रहा कि वीरो पॉजिटिव कमेंट करो, सुझा दो कबड्डी की बेहतरी वास्ते, तो सानू जरा उस वड्डे प्रमोटर ने कहा नीड यूनिटी, तो मैं पहला उस प्रमोटर को कहूँगा पहला तो तुम प्रमोटर आपकी यूनिटी बनाओ, क्योंकि प्रमोटर च भी ग्रुप है, प्रमोटर भी एक दूजे से लगी जाते, फलाना ने फलाना सद्या, फलाने ने फलाना सद्या, उत्थे भी यूनिटी की लोड़ है, उत्थे वर्क करो। दूजा कबड्डी नू नशा मुक्त करने वाले सारे इस गल ते आओ कि कबड्डी चो नशा कढ़ना ही कढ़ना है, नशे वाला खिडारी नहीं खड़ाउणा, वो साडी सारिआं दी देण है। जे कल्ले खिडारियां च नुक्स कढ दो ना, खिडारी नशे लग गए नहीं, वो खिडारियां दे नशे लगना टीके लाउणा किसी एक बंदे दी देण नहीं, वो सारे सिस्टम दी देण है। वो हालात ही एक जदों जिहदी एक दूजे दे लगे गए आ, ते वो किसी एक दे दोष ला के बरी नहीं हो सकदे, सारे उहदे च लपेटे आ। लोड़ हुण यह है कि उस उलझण चो कबड्डी नूं कढ़णा किवें आ, यह सोचण वास्ते सारे सिर जोड़ के बैठो। जे सिर जोड़ के बैठोगे तो निकल सकदा जिहड़ा अज भी अड्ड होण दीआं गल्लां करदा, अड्ड भी दूजे दे दोष ला के आप सच्चा होण दी गल करदा, वह कबड्डी का खैर कोई नहीं। मतलब थोड़ा अपने वाल उंगल करनी पेगी, अपने वाले यार जो तुम एक उंगल दूजे वाल कर दे, चार तो थोड़े वाल है, मैं तेरे ते उंगल करदा, चार तो मेरे वाल है, वह मैंने जी उंगल तेरे वाल की हल ही देखना, मैंने चार जड़िया मेरे वाल उन्होंने वेखना पैना है, जड़िया मेरे वाल होंगे उन्होंने वेखना पैना है। ठीक है, गुनाह ही भरया मैं फिर लोग कह दरवेश वाली गल, गुनाह तो यार सारे ने किए, बाबा नानक तो सिरा ही ला गया, तो अंत ही कोई नहीं, कोई तो किसी तुक से भी पाठ कर रही पाप पास की नहीं, अजे तो उ हवा च तुरे फिरते हैं, पर जे अजे भी आपकी हवा कढ के अजे भी ये चीज सोच के यार असी मैं छड़ती छड़ना, अजे भी छड़ के अजे भी यदि भलाई की खातर कुछ कर सकते हैं, मरण तो पहला जो कुछ कर दो तो थोड़ा शायद जीवन सफल हो जाए। ये एक बहुत वड्डा पुन्न है, अपने कल्चर को बचाना, अपनी सभ्यता को बचाना, अपने लोगों को बचाना, लोगों को कोई चंगी सेध देकर जाना, एक बहुत वड्डा पुन्न है, इतना वड्डा पुन्न कोई हो ही नहीं सकता। इस करके जे असी अजे भी इस गल ध्यान दे लीए, हुण तुसीं मैनूं आउंदिआं ने पुछिआ किन्नी उम्र होगी, जे उम्र सोच के तो सानूं हुण सतनाम वाहिगुरू ते मंजे ते बहना चाहिए, करना ही नहीं चाहिए, 70 साल की उम्र होगी मेरे नाल ते तां बेचारे हिल भी नहीं सकते, पर अभी अज भी कहने यार 5-4 साल अजे भी सेवा कर सकते हैं, नवे मुंडे मूहरे ला के मगर होकर गाइड कर सकते हैं, मूहरे होकर अभी बिंडी तो नहीं जुड़ सकते, हम अभी गाइड कर सकते हैं, अपने तजर्बे दस सकते हैं, तकनीक तो साढ़े को ही हैगी है, वह गल वक्री कि हम सा कोई तकनीक लैन नहीं आता, क्योंकि तकनीक दुकाना मिलने लग गई, वो दुकाना वाली तकनीक बड़ा चेर खड़नी नहीं, सू बहर क्ढनी पैनी है, सू असलीत लाना पैना है। मैनू कदे कदे लगता सर जी ना, मतलब भी जिवें हुण प्लेयर ने जिहड़े हुण खर्चे वध रहे ने, है ना, भी हरेक प्लेयर अपनी गड्डी चाहुंदा, जदों आपां जांदे हुंदे सीगे जी आपां टैंपू ट्रैवल च जांदे हुंदे सी सारे, और तुसीं इक केयर भी कीती, जिहड़े हुण प्लेयर रात नूं 12 बजे आउंदे ने, 2 बजे मैच आउंदे ने, घर दा दरवाजा खोलदे ने, उह आ के सारी फैमिली डिस्टर्ब हुंदी उहनां दी, सारा परिवार उठदा, बच्चे उठदे ने, है ना, कबड्डी तुसीं खेड रहे हो, फैमिली तुहाडी नींद हराम हुंदी जदों रात नूं 12-1 बजे तक मैच खोलदे, पर तुसीं वी ते बखण धालीवाल ने कपूरथले कोठी लैके दित्ती सी प्लेयरां नूं, तुसीं इत्थे अपणे इत्थे रहिंदे सी जिथे आपां सारा रखी सी, हाँ मोगे जगतार धनोड़े ने वी लैके दित्ती सी, मतलब जिहड़े इस तरां दा कोच सोच नहीं रहे, जां मतलब उहनां ने आप कबड्डी खेडी उहनां नूं पता लगे वी किन्नियां दिक्कतां ने, शायद तुसीं जी उहदा मेन कारण इह सी कि कबड्डी च उदों खिडारियां दी केयर करी दी सी, खिडारियां नूं इक थां रखीदा सी, खिडारी इक थां रहिणगे उहनां च आपस च प्यार पैंदा है, सहचार पैंदा है, एक थां तों इकट्ठे होके जाणा सौखा सी, ते हुण जो रात नूं हरेक प्लेयर ने आपदे घरे जाणा है, ते 2 बजे मैच मुकणा है, ते फिर उहनां नूं अड्ड अड्ड गड्डियां दी लोड़ ही है ना, आपदे आपदे साधन ते जाणगे रात नूं 2 बजे, असीं जो उदों मैच हुंदा सीगा 6-7 बजे 8 बजे नूं मोगे आ जांदे सी, ते मोगे बसां तों प्लेयर जा वड़दे सी, तड़के फिर विचारे आ जांदे सी, धन सी उह प्लेयर जे तड़के फिर इत्थे 7 बजे नूं आ के टैंपू ट्रैवल 'च बहि जांदे सी, ਉਹ ਬੰਦੇ ਹਿੰਮਤੀ ਸੀ, ਅੱਜ ਅੱਜ ਮੰਨਣਾ ਪੈਂਦਾ ਕਿ ਉਹ ਪਲੇਅਰ ਕਿੱਡੇ ਹਿੰਮਤੀ ਸੀ, ਗੋਰੇ ਗੋਰੇ ਵਾਲੀਆ ਕਿੱਥੋਂ ਸੀ ਆਉਂਦਾ ਸੀ, ਅਤੇ ਤੜਕੇ ਉਹ ਬੰਦੇ ਕਦੇ ਲੇਟ ਹੁੰਦੇ ਨਹੀਂ, ਮੂਠਾ ਘਮੇਰਾ ਕਿੱਥੋਂ ਆਉਂਦਾ ਸੀ, ਬੱਬੂ ਪੜਾਉਣਾ ਕਿੱਥੋਂ ਆਉਂਦਾ ਸੀ, ਉਹ ਤੜਕੇ ਆ ਕੇ ਫਿਰ ਬੈਠੇ ਹੁੰਦੇ 7-8 ਵਜੇ ਦਿਨ ਗੱਡੀ 'ਚ, ਪਰ ਹਾਂ ਆਪਣੇ ਤਾਂ ਮੈਚ ਉੱਥੋਂ ਮਤਲਬ 6 ਵਜੇ ਮੁੱਕ ਜਾਂਦੇ, ਮੈਚ ਮੁੱਕੇ 7 ਵਜੇ ਦਿਨ ਇੱਥੇ 7:30 ਨੂੰ ਆ ਗਏ, ਇੱਥੋਂ ਬੱਸਾਂ ਤੋਂ ਬਹਿ ਕੇ ਜਾ ਕੇ ਘਰੋਂ ਹੋ ਕੇ ਵੀ ਆ ਜਾਂਦੇ ਸੀ, ਹੁਣ ਜੋ ਮੈਚ ਹੀ ਰਾਤ ਨੂੰ 2 ਵਜੇ ਮੁੱਕਣਗੇ ਤਾਂ ਘਰੋਂ ਹੋ ਕੇ ਕਿਵੇਂ ਮੁੜਨਗੇ, ਉਹਨਾਂ ਨੂੰ ਆਪਦੀਆਂ ਗੱਡੀਆਂ ਦੀ ਲੋੜ ਪੈਣੀ ਪੈਣੀ ਹੈ, ਅਤੇ ਦੂਜਾ ਬਈ ਹੁਣ ਵਾਰੇ ਜਾਈਏ ਸਾਡੇ ਪ੍ਰਮੋਟਰਾਂ ਦੇ ਜਿਹਨਾਂ ਨੇ ਗੱਡੀਆਂ ਹੀ ਨਹੀਂ ਦਿੱਤੀਆਂ ਪਲੇਅਰਾਂ ਨੂੰ, ਜਾਂ ਦਿੱਤੀਆਂ ਤਾਂ ਪਲੇਅਰਾਂ ਨੇ ਚਲਾਉਣੀਆਂ ਹੀ ਹੈ, ਪਰ ਇਹ ਥੋੜ੍ਹਾ ਜਿਹਾ ਸੋਧਣ ਦੀ ਲੋੜ ਹੈ, ਟੀਮ ਯਾਰ ਟੀਮ ਇਕੱਠੀ ਹੋ ਕੇ ਤੁਰੇ, ਟੀਮ ਵਰਕ ਹੋਵੇ, ਟੀਮ ਦੇ ਵਿੱਚ ਟੀਮ ਵਰਕ ਤਾਂ ਹੀ ਹੈ ਕਿ ਉਹ ਇੱਕ ਥਾਂ ਤੋਂ ਇਕੱਠੇ ਹੋ ਕੇ ਤੁਰਦੇ ਆ, ਉਹਨੂੰ ਅਸੀਂ ਟੀਮ ਕਹਿੰਦੇ ਹਾਂ, ਫਲਾਨੀ ਟੀਮ ਆਈ ਹੈ,
ਇੱਥੇ ਕੋਈ ਪਲੇਅਰ ਕਦੇ ਲੀੜੇ ਲਾਈ ਜਾਂਦਾ, ਕੋਈ ਕਦੇ ਲਾੜੀ ਜਾਂਦਾ, ਚਾਰ ਗਰਾਊਂਡ ਜਾਂ ਕੌਡੀ ਪਈ ਜਾਂਦੀ ਹੈ, ਕੁਆ ਕੇ ਮਗਰੋਂ ਵੜ ਜਾਂਦਾ। ਉਦੋਂ ਜੇ ਕਬੱਡੀ ਪੈ ਜਾਂਦੀ ਸੀ ਤੇ ਦੂਜਾ ਪਲੇਅਰ ਮਗਰੋਂ ਤਾਂ ਵੰਡ ਵੀ ਨਹੀਂ ਦਿੰਦਾ ਦੂਜਾ ਕੋਚ, ਨਾ ਜੀ ਮੈਚ ਸ਼ੁਰੂ ਹੋ ਗਿਆ ਨਹੀਂ ਵੜ ਸਕਦਾ, ਜਿੰਨੇ ਪਹਿਲਾਂ ਵੜੇ ਉਨੇ ਵੰਡ ਗਏ, ਹਾਫ ਟਾਈਮ 'ਚ ਵੜੂਗਾ। ਹਾਂ, ਹਾਫ ਟਾਈਮ 'ਚ ਵੜ ਦਿੰਦੇ, ਹੁਣ ਤਾਂ ਗੱਲਾਂ ਹੀ ਹੈ ਨਹੀਂ, ਜਦੋਂ ਮਰਜ਼ੀ ਆ ਕੇ ਵੜ ਜੇ। ਗਲਤ ਹੋ ਗਿਆ ਨਾ ਸਾਰਾ, ਸਾਰਾ ਸਿਸਟਮ ਹੀ ਗਲਤ ਹੋ ਗਿਆ, ਕਿਉਂਕਿ ਕਬੱਡੀ ਹੁਣ ਆਪਾਂ ਤਾਂ ਪੀ ਹੋ ਗਈ, ਹਰੇਕ ਕਮੇਟੀ 'ਚ ਹੋ ਗਿਆ। ਯਾਰ ਮੇਰੇ ਪਿੰਡ ਮਹਾਂ ਆਇਆ ਕੋਈ ਨਹੀਂ, ਆ ਗਿਆ ਖੇਡਾ ਉਸ, ਲੋਕਾਂ ਨੂੰ ਇਹ ਹੋਗਾ ਕਿ ਫਲਾਨਾ ਪਲੇਅਰ ਮੇਰੇ ਪਿੰਡ ਖੇਡਿਆ। ਇਹ ਨਹੀਂ ਕਿ ਮੇਰੇ ਪਿੰਡ ਕਬੱਡੀ ਦੇ ਮੈਚ ਕਿੰਨੇ ਵਧੀਆ ਹੋਏ ਆ, ਕਬੱਡੀ ਵਧੀਆ ਹੋਈ ਆ, ਕਬੱਡੀ ਦੀ ਖੇਡ ਵਧੀਆ ਹੋਈ ਆ। ਕਬੱਡੀ ਦੀ ਖੇਡ ਦਾ ਕੋਈ ਮਤਲਬ ਨਹੀਂ ਰਹਿ ਗਿਆ, ਖੇਡ ਨੂੰ ਭੁੱਲ ਗਏ, ਪਲੇਅਰਾਂ ਦੇ ਨਾਵਾਂ ਨੂੰ ਪੈ ਗਏ ਕਿ ਯਾਰ ਮੇਰੇ ਪਿੰਡ ਫਲਾਨਾ ਪਲੇਅਰ ਆਇਆ, ਫਲਾਨਾ ਆਇਆ, ਫਲਾਨਾ ਆਇਆ, ਅਤੇ ਉਹ ਪਲੇਅਰ ਖੜ ਕੇ ਮੁੜਦੇ ਆ। ਜਿਹਨਾਂ ਪਲੇਅਰਾਂ ਦੇ ਮੈਚ ਵੇਖਣੇ ਹੁੰਦੇ ਆ, ਉਹ ਇੱਕ ਟੀਮ 'ਚ ਖੜੇ ਹੁੰਦੇ ਆ, ਉਹੀ ਇੱਕ ਟੀਮ ਦੇ 15-20 ਪਲੇਅਰ, 10 ਪਲੇਅਰ ਹੋਣ, 10 ਦੂਜੇ ਦੋ ਟੀਮਾਂ ਬਣੀਆਂ ਹੋਣ, ਉਹੀ ਜਿਹੜੇ ਸਾਰੇ ਪਲੇਅਰ ਚਾਰਾਂ ਟੀਮਾਂ 'ਚ ਵੰਡੇ ਆ, ਉਹ 8-ਆਂ 'ਚ ਹੋਣ, ਉਹਨਾਂ ਦੀ ਆਪਸ ਦੀ ਟੱਕਰ ਹੋਵੇ, ਕਬੱਡੀ ਉਦੋਂ ਵਧੀਆ ਨਾ ਹੋਵੇ। ਬਾਕੀ ਇੱਕ ਮੈਂ ਸਮਝਦਾ ਕਿ ਇਹਦੇ 'ਚ ਕਬੱਡੀ ਦੀ ਗ੍ਰੇਡੇਸ਼ਨ ਦੀ ਬਹੁਤ ਲੋੜ ਆ। ਗ੍ਰੇਡੇਸ਼ਨ ਮਤਲਬ ਕਿੱਦਾਂ ਜੀ? ਗ੍ਰੇਡੇਸ਼ਨ ਦਾ ਮਤਲਬ ਇਹ ਕਿ ਇਹਦੇ ਵਿੱਚ ਕੈਟਾਗਰੀ ਵਾਈਜ਼ ਮੈਚ ਹੋਣੇ ਚਾਹੀਦੇ ਆ, ਕਿ ਇਸ ਪਿੰਡ ਦੇ ਟੂਰਨਾਮੈਂਟ ਦਾ ਜਿਹੜਾ ਬਜਟ ਆ ਉਹ 20 ਲੱਖ ਦਾ, ਅਤੇ ਉਹ ਉੱਚੇ ਲੈਵਲ ਦੇ ਮੈਚਾਂ ਵਾਲੇ, ਉੱਚੇ ਲੈਵਲ ਦੇ ਪਲੇਅਰ, ਜੇ ਪਲੇਅਰ ਸਾਰੇ ਇੱਕ ਟੀਮ 'ਚ ਨਾ ਹੋਣ, 30 ਵੰਡ ਕੇ ਟੀਮਾਂ ਬਣੀਆਂ ਹੋਣ, ਅਤੇ ਉਹ ਲੋਕ ਉਹਨਾਂ ਦੇ ਮੈਚ ਕਰਿਆ ਜਾਂਦਾ। ਜਿਸ ਪਿੰਡ ਦਾ ਬਜਟ 5-10 ਲੱਖ ਦਾ, ਉਹ ਥੱਲੇ ਵਾਲੇ ਪਲੇਅਰਾਂ ਦੇ ਬਣਾ ਦਿਆ ਕਰ। ਹੁਣ ਤਾਂ ਯਾਰ ਕੋਈ ਗ੍ਰੇਡੇਸ਼ਨ ਨਾ ਹੋਣ ਕਰਕੇ, ਹੁਣ ਤੁਸੀਂ ਕ੍ਰਿਕਟ ਦੇ ਖਿਡਾਰੀ ਕਿਤੇ ਕੋਹਲੀ ਅੱਗੇ ਵੇਖਿਆ ਕਿ ਪਿੰਡ 'ਚ ਮੈਚ ਖੇਡਦੇ? ਅਤੇ ਸਾਡੇ ਇੰਟਰਨੈਸ਼ਨਲ ਪਲੇਅਰ, ਸਾਡੇ ਜਿਹਨਾਂ ਨੂੰ ਕਹਿੰਦੇ 1.5-1.5 ਕਰੋੜ ਦੀਆਂ ਗੱਡੀਆਂ ਮਿਲੀ ਜਾਂਦੀਆਂ, ਉਹ ਪਲੇਅਰ ਉਹ 5-5 ਹਜ਼ਾਰ ਵਾਲੇ ਨਾਮ 'ਤੇ ਖੇਡੀ ਜਾਂਦੇ ਆ, ਅਤੇ ਜੇ ਪਲੇਅਰ ਉਹ ਸਾਰੇ 5-4 ਹਜ਼ਾਰ ਵਾਲੇ ਨਾਮਾਂ 'ਤੇ ਵੀ ਉਹੀ ਪਲੇਅਰ ਆ ਗਏ ਤੇ ਵੱਡਿਆਂ ਨਾਮਾਂ 'ਤੇ, ਤਾਂ ਫਿਰ ਨਵੇਂ ਪਲੇਅਰ ਕਿੱਥੋਂ ਉੱਠਣਗੇ? ਨਵੇਂ ਪਲੇਅਰਾਂ ਨੂੰ ਅਸੀਂ ਮਾਰੂ ਸਿੱਧ ਕਰ ਰਹੇ ਹਾਂ, ਅਤੇ ਨਵੇਂ ਪਲੇਅਰਾਂ ਦਾ ਜਦੋਂ ਹੌਸਲਾ ਟੁੱਟਦਾ ਹੈ, ਅਤੇ ਕੱਲ੍ਹ ਨੂੰ ਜਿਹੜਾ ਗੈਪ ਖਿਲਾ ਆ ਗਿਆ, ਉਹਨੂੰ ਪੂਰਾ ਕੌਣ ਕਰੂਗਾ? ਇਹ ਜਿਹੜੇ ਸਟਾਰ ਪਲੇਅਰ ਹੈ, ਮੈਂ ਨਹੀਂ ਕਹਿੰਦਾ ਇਹਨਾਂ ਦੀ ਗਲਤੀ ਹੈ, ਇਹਨੂੰ ਪ੍ਰਬੰਧ ਨੂੰ ਠੀਕ ਕਰਨ ਦੀ ਲੋੜ ਹੈ। ਇਹਨਾਂ ਪਲੇਅਰਾਂ ਦੇ ਨਾਲ ਜੇ ਤੁਸੀਂ ਬਹਿ ਕੇ ਗੱਲ ਕਰੋ, ਉਹ ਮੰਨਣ ਨੂੰ ਵੀ ਤਿਆਰ ਹੈ, ਉਹੀ ਪਲੇਅਰ ਜਿੱਦ ਨਹੀਂ ਕਰਦਾਗਾ। ਸਾਰੇ ਸਟਾਰ ਪਲੇਅਰ ਜਿਹਨਾਂ 'ਚ ਅਸੀਂ ਨੁਕਸ ਕੱਢੀ ਜਾਂਦੇ ਹਾਂ ਨਾ, ਉਹ ਇਹਨਾਂ ਗੱਲਾਂ ਮੰਨਣ ਨੂੰ ਤਿਆਰ ਹੈ ਵੀ ਹਾਂ ਇਹਨੂੰ ਠੀਕ ਕਰ ਲਓ ਕਿਸੇ ਤਰੀਕੇ ਦੇ ਨਾਲ, ਕਿਉਂਕਿ ਜੇ ਅੱਜ ਉਹ ਸਟਾਰ ਹੈ, ਉਹਨਾਂ ਨੂੰ ਵੀ ਪਤਾ ਸਾਡੇ ਕੋਲ 5-4 ਸਾਲ ਦਾ ਟਾਈਮ ਹੈ, ਉਹਨਾਂ ਨੇ ਆਪਦੀ ਸਟਾਰੀ ਤਾਂ ਕਰਨੀ ਹੈ। ਪਰ ਇਸ ਸਿਸਟਮ ਨੂੰ ਜੇ ਠੀਕ ਕੀਤਾ ਜਾਵੇ, ਇਹਦਾ ਵਰਗੀਕਰਨ ਕੀਤਾ ਜਾਵੇ, ਗ੍ਰੇਡੇਸ਼ਨ ਦਾ ਮਤਲਬ ਵਰਗੀਕਰਨ ਕੀਤਾ ਜਾਵੇ ਵੀ ਤਗੜੇ ਪਲੇਅਰ ਇਸ ਲੈਵਲ ਦੇ ਮੈਚ ਖੇਡਣਗੇ, ਉੱਥੇ ਨਾਮ ਜ਼ਿਆਦਾ ਹੋਣ, ਠੀਕ ਹੈ, ਫਿਰ ਇਸ ਕਰਕੇ ਉਹਨਾਂ ਨੂੰ ਛੋਟੀਆਂ ਮੈਚਾਂ 'ਤੇ ਜਾਣਾ ਨਾ ਪਵੇ। ਅਤੇ ਉੱਥੇ ਮੈਂ ਜ਼ਰੂਰ ਪਲੇਅਰਾਂ ਨੂੰ ਇੰਨਾ ਵੀ ਕਹੂੰਗਾ, ਉਹਨਾਂ ਨਾਲ ਕਿਤੇ ਨਾ ਕਿਤੇ ਮੀਟਿੰਗ ਸਾਡੀ ਹੋ ਜਾਣੀ ਆ, ਕਰਾਂਗੇ, ਉਹ ਸਮਝਾਵਾਂਗੇ ਬਈ ਸਬਰ ਵੀ ਕਰੋ ਤੁਸੀਂ, ਤੁਸੀਂ ਜਿੱਥੇ ਛੋਟੇ ਮੈਚ ਹੈ ਜਿੱਥੇ 25-30 ਹਜ਼ਾਰ ਦਾ ਨਾਮ ਹੈ, ਤੁਸੀਂ ਨਾ ਜਾਓ, ਉੱਥੇ ਨਵਿਆਂ ਮੁੰਡਿਆਂ ਨੂੰ ਖੇਡਣ ਦਿਓ, ਠੀਕ ਹੈ। ਹੁਣ ਸਾਰੇ ਪਿੰਡ ਦਾ ਨਹੀਂ ਇੱਕੋ ਜਿਹਾ ਨਾਮ ਰੱਖਣ ਵਾਲੇ, ਇਸ ਤਰ੍ਹਾਂ ਦੇ ਪ੍ਰਮੋਟਰ ਬਹੁਤ ਹੈ, ਪ੍ਰਮੋਟਰਾਂ ਵੱਲੋਂ ਵੀ ਰਹਿਆਂ ਹੁੰਦੀਆਂ ਵੀ ਸਾਰੇ ਪਲੇਅਰ ਇਹ ਇੱਕ ਟੀਮ 'ਚ ਨਾ ਆਉਣ, ਵੰਡ ਕੇ ਆਉਣ, ਅੱਡ ਅੱਡ ਟੀਮਾਂ ਬਣਾ ਕੇ ਆਉਣ, ਅਸੀਂ 10-10 ਲੱਖ ਰੁਪਇਆ ਨਾਮ ਦੇਣ ਨੂੰ ਤਿਆਰ ਹੈ, ਅਤੇ ਫਿਰ ਉਹ ਜੇ ਤਕੜੇ ਮੈਚ ਖੇਡਣ, ਉਹ ਜੇ ਮੈਚਾਂ ਦਾ ਪ੍ਰਬੰਧ ਹੋ ਜੇ, ਉੱਥੇ ਤਕੜੇ ਮੈਚ ਖੇਡਣ, ਟਾਈਮ ਦੇ ਨਾਲ ਖੇਡਣ। ਮੈਨੂੰ ਲੱਗਦਾ ਨਾ ਸਰ ਜੀ ਆਹ ਕੱਪ ਕਿੱਥੋਂ ਦੇ ਨੇ ਜੀ? ਇਹ ਜਵਾਨੀ ਦਾ ਯਾਦ ਨਹੀਂ, ਉੱਤੇ ਲਿਖੇ ਆ ਯਾਰ, ਕਿਹੜਾ ਕੋਈ ਇੱਕ ਮੈਚ ਖੇਡਿਆ, ਇਕੱਲਾ ਇਕੱਲਾ ਯਾਦ ਰਹਿ ਜਾਵੇ, ਪਤਾ ਹੀ ਨਹੀਂ ਜੇ ਹੁਣ। ਇਹ ਪਹਿਲਾਂ ਹੁੰਦੇ ਸੀ ਨਾ? ਹਾਂ, ਪਹਿਲਾਂ ਮਿਟਿਆ ਹੋਇਆ ਜੀ। ਅਤੇ ਤੁਹਾਡੀਆਂ ਪਹਿਲੀਆਂ ਟਰਾਫੀਆਂ ਜ਼ਿੰਦਗੀ ਦੀਆਂ? ਉਹ ਯਾਰ ਪਹਿਲੀਆਂ ਟਰਾਫੀਆਂ ਤਾਂ ਪਹਿਲਾਂ ਪਿੰਡ ਰਹਿੰਦੇ ਹੁੰਦੇ ਸੀਗੇ। ਹਾਂਜੀ, ਅਤੇ DM ਕਾਲਜ ਦਾ ਮੈਂ 1972 ਦੇ ਵਿੱਚ ਬੈਸਟ ਫੀਲਡ ਸੀਗਾ, ਅਤੇ ਬੋਰੀ ਭਰ ਕੇ ਬੁੜੀਆਂ ਨੇ ਭਾਂਡੇ ਲੈ ਲਏ ਉਹਨਾਂ ਦੇ। ਅੱਛਾ, ਉਹ ਵੇਚ ਗਏ ਹੈ? ਉਹ ਤਾਂ ਬੁੜੀਆਂ ਦੇ ਭਾਂਡਿਆਂ ਨਾਲ ਵਟਾ ਲਈਆਂ ਜੀ, ਉਹਨਾਂ ਜੀ ਕਿੱਥੇ ਕਦਰ ਹੁੰਦੀ ਸੀਗੀ ਇਹਨਾਂ ਕੱਪਾਂ ਕੁੱਪਾਂ ਦੀ। ਉਦੋਂ ਮੈਂ ਬੈਸਟ ਸੀਟ ਸੀਗਾ 65 ਪੁਆਇੰਟਾਂ ਦਾ, ਆਮ ਤੌਰ 'ਤੇ ਬੈਸਟ ਸੀਟ 15 ਪੁਆਇੰਟ ਵਾਲਾ ਨਿਕਲਦਾ, ਪਰ ਮੈਂ 13 ਇਵੈਂਟ ਕੀਤੇ ਸੀ, 13 ਦੀ ਬੈਸਟ ਸੀਗਾ। ਅੱਛਾ, ਕਿਹੜੇ ਕਿਹੜੇ ਇਵੈਂਟ ਕੀਤੇ ਉਦੋਂ ਤੁਸੀਂ? ਜਿਵੇਂ 800 ਮੀਟਰ, 1500 ਮੀਟਰ, 3000, 4 ਥਰੋਆਂ, 4 ਜੰਪ, ਸਾਈਕਲ ਰੇਸ, ਇਸ ਤਰ੍ਹਾਂ 15 ਦੇ ਵਿੱਚੋਂ ਬੈਸਟ ਆ ਕੇ ਮੈਂ DM ਕਾਲਜ ਦਾ 1972 ਦਾ ਬੈਸਟ ਸੀਟ ਸੀਗਾ, ਕਿਉਂਕਿ ਉਦੋਂ ਗੇਮ ਮੇਰੀ ਫੁੱਟਬਾਲ ਸੀਗੀ, ਅਤੇ ਸਾਈਕਲ ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ 'ਚ ਰਿਕਾਰਡ ਰੱਖਿਆ ਸੀਗਾ, 8:37 ਦੇ ਵਿੱਚ ਮੈਂ ਇੱਥੇ DM ਕਾਲਜ ਦੇ ਵਿੱਚ 5 ਕਿਲੋਮੀਟਰ ਦੇਸੀ ਸਾਈਕਲ ਦੇ ਨਾਲ, ਜਿਹਦੀ ਜਾਣੀ 2 ਵਾਰ ਚੈਨ ਵੀ ਲੱਤੀ ਸੀਗੀ ਵਿੱਚ ਰਾਹ 'ਚ। ਅੱਛਾ ਜੀ, ਫਿਰ ਚੈਨ ਚੜ੍ਹਾ ਕੇ ਵੀ 8:37 'ਚ ਬੈਸਟ ਆਇਆ ਸੀ। ਅੱਛਾ ਜੀ, ਪਰ ਹੁਣ ਪੁਰਾਣੀਆਂ ਗੱਲਾਂ ਕਰਨ ਦਾ ਫਾਇਦਾ ਨਹੀਂ, ਲੋਕ ਕਹਿੰਦੇ ਆਪਦੀਆਂ ਵਡੇਰੀਆਂ ਕਰੀ ਜਾਂਦਾ, ਛੱਡੋ ਇਹਨਾਂ ਗੱਲਾਂ ਨੂੰ, ਤੁਸੀਂ ਗੱਲ ਕੋਚਿੰਗ ਦੀ ਕਰੋ ਤੁਸੀਂ। ਅਤੇ ਤੁਹਾਡੀ ਕਦੇ ਬੈਸਟ ਪਰਫਾਰਮੈਂਸ ਕਿਹਨੂੰ ਮੰਨਦੇ ਆ ਐਜ ਏ ਕੋਚ, ਪਲੇਅਰ ਨਹੀਂ, ਐਜ ਏ ਕੋਚ? ਐਜ ਏ ਕੋਚ ਹੁਣ ਤੁਸੀਂ ਦੇਖ ਤਾਂ ਲਿਆ ਹੀ ਆ ਬਈ, ਮਾਲਵੇ ਦੀ ਜਿਹੜੀ ਗੇਮ ਬਹੁਤ ਥੱਲੇ ਸੀ, ਪ੍ਰਮੋਟਰ ਵੀ ਸਾਡੇ ਕੋਲ ਹੈ ਨਹੀਂ ਸੀ,
मैं पहली आप बोलिया जी साढ़े को ना प्रमोटर सी ना ही साढ़े को अनाउंसर से कमेंटेटर से बागे पुराने मीटिंग प्रमोटर तो कमेंटेटर पैदा करने वास्ते जाग लाई सी चलो प्रमोटर भी मिल गए चंगे कमेंटेटर भी मिल गए तो प्लेयर भी मिल गए प्लेयर इस तरह के मिल गए भी अभी तो उदो प्लेयर गाला कट के खड़ा होंगे सी प्लेयर ने कहना जी थोड़िया गाला घ्यो दिया नाला अजक किसी प्लेयर गाल कट के खड़ा के विखा दो कुट भी खाते रहे ग्राउंडा के भी साढ़े को प्लेयर खेडे है दस बारह साल एक साल 125 कप हुए थे फैडरेशन के जिसे चो मैक्सीम कप अंबीर ठूर ने जीते सी टीम टॉप से भी रही है 7-8 साल नाम भी बनाया पर फिर भी जे आप जाइए जो तुम हम पूछते सब तो बेस्ट का मेरा मैं याद है कि 2010 का कनेडा कप है 2010 का कनेडा कप एक यादगारी अच्छा जी चलो माड़ा वेख लो यादगारी कप है हाँ जी हाँ जी क्योंकि दोस्त आम तौर पर कबड्डी का जो पैमाना है वो टोरंटो कप ही लिया है ओके जी टोरंटो कप ही है अगली परफॉर्मेंस तो उत्थे ही पता लगती है क्योंकि मेरी एक दिली इच्छा थी भी मेरे प्लेयर भी जोड़े है टोरंटो कप ने खेले ओके जी जी सब तो पहला गुरजीत तूत ने पूरी की 2007 के ओके टोरंटो का बेस्ट सीट बन के एक मिनट मैं हाँ जी हाँ जी हाँ जी तो डीपी साहब नू कोई आए बाहर मिलन तो चिट्ठियां आ गई जी हैं वीजा वूजा तो नहीं आ गया सर जी नहीं वीजे तो ऑलरेडी है किन्ने वीजे लगे सर जी हुण तक तुहाडे वीजे गिणती नहीं कदे ओके वीजे तो जिथे जाना जाए जिथे जाए मिले वीजा का कदे समस्या नहीं आई शुरू तो लैके समस्या नहीं आई है अच्छा आप टोरंटो कप की गल कर रहे हाँ जी टोरंटो कप के उत्ते बस दसा भी कोई टाइम सीगा बाबे जौन दीआं टीमां तकड़ियां हुंदियां सीगियां उन्होंने प्रमोटर इस योग ही नहीं समझते कि मक्खन डीबी का प्लेयर टोरंटो कप से खेडने वाला है क्योंकि मेरी सपोर्ट मैं एक मदद करने वास्ते कि बंत निजर ने सोढ़ी आए थे कपूरथले अच्छा जी मैंने कहते तेरी टीम को 50,000 रुपया देना है मैं कहा जी मेरी टीम को पैसे ना दो मेरे प्लेयर कनेडा ले जाए अच्छा जी वो कहते जी यार तेरे प्लेयर का जो स्टैंडर्ड नहीं है अच्छा ये 2006 की गल है फिर 2007 के मक्खन एक गुरजीत तूत मेरे टोरंटो कप खेडे है तो जो मक्खन से एक उत्थे टोरंटो कप के ओदे सरखपुर की अब्दुल्ला जा उन्हें होर टीम के प्लेयर अमेरिका दिन फट के फटते जफा लाते तो मैं बाबे जौन को बैठा ही सोढ़ी भी बैठा सी तो मैं बाबे जौन कहना मैं बाबा जौन भी आओ बंदे है प्लेयर है जो थोड़ी टीम के खेडने योग नहीं जो मैं तीन कवार कहा बाबा जौन कहना यार गल की है मैं क्या जी मैनू थोड़े प्रमोटर पैसे देने को तैयार है पर मेरे प्लेयर बाहर लिया तैयार नहीं अच्छा तो मैं क्या मेरी दिली इच्छा थी मेरे प्यारी भी जोड़े है टोरंटो कप खेड तो उस वक्त उत्थे 27 कबड्डियां पा के गुरजीत तूत कप का बेस्ट रेडर निकला सी वह मेरे वास्ते माण वाली गल सी मेरी दिली इच्छा सी कि जिवें हरजीत बाजा खाना 3 बार निकलिया गुरजीत तूत भी रिकॉर्ड रिपीट करे इलाज कराने के चक्कर पता नहीं लगा कदों इलाज के संबंध कदों गलत राह लोगों ने वैदा वूदा ने पाता गलत हुंदा हुंदा बेचारा आप लाइन तो हिल गया प्लेयर नहीं सी इतनी लंबी बांह करके जो आउंदा सीगा ना ते दुनिया खुश हो जांदी सी करमा की भी गल हुंदी है कुछ टाइम मौका संभण की भी गल हुंदी है कुछ गलत गाइडेंस की भी गल हुंदी है वेले की गल है चलो फिर भी उदू बाद मैनू बड़ा दुख हुंदा सीगा यार कबड्डी जम्मी इंडिया की टोरंटो कप के उत्ते इंडिया की टीम जिहड़ी बनती है ना वह सिर्फ पार्टीसपेट वाली अच्छा कहते टोरंटो कप जीती नहीं सी ओके 1992-93 तो लैके 2010 तक कदे इंडिया की टीम टोरंटो कप ही नहीं जीती प्लेयर इंडिया के खेडते बलविंदर फिडू सब भी अगे जाके पर कदे अमेरिका की टीम च कदे किसी की टीम च जो जितना अमेरिका ने जितना कनेडा ने जितना पर कदे इंडिया नहीं जीतिया
ਤੇ ਮੇਰੀ ਦਿਲੀ ਇੱਛਾ ਸੀ ਯਾਰ ਟਰਾਂਟੋ ਕੱਪ ਕਦੇ ਇੰਡੀਆ ਜਿੱਤੀ। ਤੇ ਮੈਂ 2007 ਤੋਂ 7, 8, 9, 10 ਦੋ ਤਿੰਨ ਵਾਰ ਉਸੇ ਕੋਚ ਲੱਗਾ ਇੰਡੀਆ ਦੀ ਟੀਮ ਦਾ, ਪਰ ਮੇਰੀ ਇੱਛਾ ਪੂਰੀ ਨਹੀਂ ਸੀ ਹੋਈ। ਤੇ 10 ਦੇ ਵਿੱਚ ਵੀ ਸਾਡੇ ਨਾਲ ਉਹੀ ਖੇਡ ਦਰਾਈ ਜਾ ਰਹੀ ਸੀ। ਉਸ ਵਕਤ ਇੰਗਲੈਂਡ ਦੀ ਟੀਮ ਬਹੁਤ ਤਕੜੀ ਆ ਸੀ, ਜਿਹਦੇ ਵਿੱਚ ਪਾਲਾ ਜਲਵਾਲਪੁਰੀਆ, ਨੰਗਲ ਅੰਬੀਆਂ ਤਕੜੇ ਸਟਾਰ, ਰੇਡਰ ਵੀ ਸਟਾਰ ਸਾਰੀ। ਅਤੇ ਇਹ ਤਾਂ ਹੀ ਸੀ ਵੀ ਐਤਕੀ ਦਾ ਕੱਪ ਜਿਹੜਾ ਇੰਗਲੈਂਡ ਦਾ, ਕਿਉਂਕਿ ਸੀਰਾ ਸੰਮੀਪੁਰੀਆ ਉਹ ਟੀਮ ਲੈ ਕੇ ਆਈ ਸੀਗੀ। ਅਤੇ ਪਹਿਲਾਂ ਹੀ ਡਿਸਾਈਡਡ ਸੀ ਵੀ ਆਹ ਕੱਪ ਇੰਗਲੈਂਡ ਦਾ ਹੈ, ਓਕੇ, ਟੀਮ ਨੂੰ, ਟੀਮਾਂ ਨੂੰ ਦੇਖ ਕੇ। ਅਤੇ ਜਦੋਂ ਇੰਗਲੈਂਡ ਵਾਲਿਆਂ ਨੇ ਕੈਨੇਡਾ ਦੀਆਂ ਦੋਨੇ ਟੀਮਾਂ ਟਰਾਂਟੋ ਅਤੇ ਵੈਨਕੂਵਰ ਦੀਆਂ ਬਣਾ ਲਈਆਂ, ਅਤੇ ਮੈਂ ਇਹਨਾਂ ਨੂੰ ਹੱਸਦਿਆਂ ਨੇ ਕਿਹਾ, ਮੈਂ ਕਿਹਾ ਯਾਰ ਜੇ ਤੁਸੀਂ ਚੰਗੇ ਪਲੇਅਰ ਨਹੀਂ ਦੇਣੇ, ਘੱਟੋ ਘੱਟ ਜਿਹੜੇ ਮੇਰੇ ਅੰਬੀ ਠੂਰ ਦੇ ਪਲੇਅਰ ਆ ਉਹ ਤਾਂ ਮੈਨੂੰ ਦੇ ਦਿਉ, ਜਿਹਨਾਂ ਵਿੱਚ ਉਦੋਂ ਮੱਖਣ ਸੈਦੋ, ਅਮਨਾ ਠੂਰ, ਨੀਨਾ ਡਰੋਲੀ ਭਾਈ ਅਤੇ ਬੀਤਾ ਖੋਸਾ, ਚਾਰ ਪਲੇਅਰ ਸੀ। ਉਹ ਕਦੇ ਉਹਨਾਂ ਦੇ ਮਨ ਮਿਹਰ ਪਈ, ਕਹਿੰਦੇ ਲੈ ਲਾ ਯਾਰ, ਕਿਉਂਕਿ ਇਹਨਾਂ ਨੂੰ ਉਹ ਐਵਰੇਜ ਪਲੇਅਰ ਹੀ ਗਿਣਦੇ ਸੀ, ਮੇਰਾ ਪਲੇਅਰਾਂ ਨੂੰ ਐਵਰੇਜ ਪਲੇਅਰ ਹੀ ਗਿਣਦੇ ਸੀ, ਮੈਨੂੰ ਦੇਤੇ ਨਾਲ ਗਗਨ ਜੋਗੇ ਵਾਲੀ ਆ, ਜਗਮੀਤ ਪੜਾਣੇ ਵਾਲਾ, ਦੋ ਰੇਡਰ ਮੈਨੂੰ ਇਹ ਮਿਲ ਗਏ। ਅਤੇ ਉੱਥੇ ਕੁਛ ਥੋੜ੍ਹੀ ਮਾੜੀ ਮੋਟੀ ਉਹਨਾਂ ਦੀ ਕਸ਼ਮਕਸ਼ ਵੀ ਹੁੰਦੀ ਹੈ, ਉਹ ਮੇਰਾ ਇੱਕ ਦੋਸਤ ਹੀ ਹੈ, ਉਹਦੇ ਰਾਹੀਂ ਮੈਨੂੰ ਸੁੱਖਾ ਬਣਾ ਅਤੇ ਕਲਮਾ ਵਾਲਾ ਭਲਵਾਨ ਮੈਂ। ਅੱਛਾ, ਜਦੋਂ ਟੀਮ ਦੇ ਵਿੱਚ ਬੈਠੇ ਅਤੇ ਟੀਮ ਸਾਡੀ ਵੀ ਇਹ ਗੱਲ ਮੰਨੀ ਬੈਠੀ ਸੀ ਕਿ ਇੰਗਲੈਂਡ ਦੀ ਟੀਮ ਤਕੜੀ ਹੈ। ਅੱਛਾ, ਦਿਮਾਗ 'ਚ ਇਹਨਾਂ ਸੀ ਆਪਾਂ ਫਾਈਟ ਤਕੜੀ ਦੇਈਏ। ਮੈਂ ਕਿਹਾ ਵੀ ਫਾਈਟ ਨਹੀਂ, ਫਾਈਟਾਂ ਤਾਂ ਹੁੰਦੀਆਂ ਨੇ, ਰਿਸਪੈਕਟਫੁਲੀ ਹਾਰ ਮਿਲ ਜੇ, ਰਿਸਪੈਕਟਫੁਲੀ ਹਾਰ ਹੋਵੇ, ਰਿਸਪੈਕਟਫੁਲ ਹਾਰ ਮਿਲੇ। ਮੈਂ ਕਿਹਾ ਵੀ ਨਹੀਂ, ਮੈਂ ਤਾਂ ਕੱਪ ਜਿੱਤਣਾ। ਮੈਂ ਕਿਹਾ ਮੇਰੀ ਨਿਗਾਹ 'ਚ, ਮੈਂ ਕਿਹਾ ਦੂਜਿਆਂ ਦੀ ਨਿਗਾਹ 'ਚ ਹੋਊਗਾ ਵੀ ਇੰਗਲੈਂਡ ਜਿੱਤੀ ਬੈਠਾ, ਪਰ ਮੇਰੀ ਨਿਗਾਹ 'ਚ ਤਾਂ ਯਾਰ ਆਪਣੀ ਟੀਮ ਬਹੁਤ ਤਕੜੀ ਹੈ, ਆਪਣੀ ਟੀਮ ਵਰਗੀ ਤਾਂ ਟੀਮ ਹੀ ਨਹੀਂ, ਕਿੰਨੇ ਤਕੜੇ ਜਾਫੀ ਹੈ। ਮੈਂ ਕਿਹਾ ਤੁਹਾਡਾ ਨਾਂ ਘੱਟ ਆ ਕੋਈ, ਇਹਨਾਂ ਦੀ ਜਾਣੀ ਸੁੱਤੀ ਪਈ ਮੈਂਟੈਲਿਟੀ ਨੂੰ ਜਗਾਇਆ, ਓਕੇ, ਇਹਨਾਂ 'ਚ ਸਪਿਰਟ ਭਰੀ। ਮੈਂ ਕਿਹਾ ਖੇਡ ਖੇਡ ਉਹ ਹੁੰਦੀ ਹੈ ਜਿਹਦੇ 'ਚ ਇਹ ਨਾ ਪਤਾ ਵੀ ਹਾਰੂ ਕੌਣ ਅਤੇ ਜਿੱਤੂ ਕੌਣ, ਸਪੋਰਟਸਮੈਨਸ਼ਿਪ ਉਹ ਹੁੰਦੀ ਹੈ ਵੀ ਹਾਰ ਜਿੱਤ ਨੂੰ ਭੁੱਲ ਕੇ ਖੇਡ ਨੂੰ ਖੇਡ ਦੀ ਖਾਤਰ ਖੇਡਣਾ। ਹਾਰਾਂ ਜਿੱਤਾਂ ਤਾਂ ਗਰਾਊਂਡਾਂ 'ਚ ਹੁੰਦੀਆਂ, ਉਹ ਤਾਂ ਮਾਲਕ ਦੇ ਹੱਥ ਹੈ, ਪਰ ਤੁਹਾਡੇ 'ਚ ਇੰਨੀ ਸਪਿਰਟ ਹੋਣੀ ਚਾਹੀਦੀ ਹੈ ਵੀ ਲੜੋ ਅੰਤ ਤੱਕ, ਅੰਤ ਤੱਕ ਲੜਨਾ ਚਾਹੀਦਾ, ਖੇਡ ਅੰਤ ਤੱਕ ਲੜਨਾ ਹੀ ਸਿਖਾਉਂਦੀ ਹੈ, ਪੂਰੇ ਜੋਸ਼ ਦੇ ਨਾਲ ਤੇ ਲੋਕਾਂ ਨੂੰ ਦਰਸ਼ਕਾਂ ਨੂੰ ਖੁਸ਼ ਕਰੋ, ਪਤਾ ਲੱਗੇ ਵੀ ਖੇਡ ਗਰਾਊਂਡ 'ਚ ਬੜੇ ਹੈ। ਅਤੇ ਉਹ ਪਲੇਅਰਾਂ ਨੇ ਸਵਾਲ ਕੀਤਾ ਜੀ ਫਿਰ ਆਪਾਂ ਕਿਵੇਂ ਜਿੱਤ ਸਕਦੇ, ਮੈਂ ਭਾ ਕੇ ਕਾਗਜ਼ ਲੈ ਕੇ, ਕਾਗਜ਼ ਦੇ ਉੱਤੇ ਟਰਾਂਟੋ ਦੀ ਜਿਹੜੀ ਗਰਾਊਂਡ ਆ ਨਾ ਜਿੱਥੇ ਇਨਡੋਰ ਹੁੰਦਾ ਉਹ ਪੂਰੀ ਸਰਕਲ ਨਹੀਂ ਗਾ, ਜਿਵੇਂ ਆਪਾਂ ਇੱਥੇ ਪੂਰਾ ਸਰਕਲ ਲਾ ਲੈਂਦੇ ਹਾਂ ਨਾ, ਉਹ ਪੂਰਾ ਸਰਕਲ ਨਹੀਂ ਗਾ, ਇਸ ਲੋਟ ਪੂਰੀ ਗੋਲ ਨਹੀਂ ਗੀ, ਉਹ ਗਰਾਊਂਡ ਇਹਨਾਂ ਸਾਈਡਾਂ ਤੋਂ ਗੋਲ ਹੈ, ਇੱਧਰ ਪਿੱਛੋਂ ਗੋਲ ਆ, ਇੱਥੋਂ ਸਿੱਧੀ ਹੈ, ਓਕੇ, ਪੂਰੀ ਚੌਰਸ ਗਰਾਊਂਡ ਨਹੀਂ ਗੀ, ਇਸ ਕਰਕੇ ਜਦੋਂ ਪਲੇਅਰ ਉੱਥੇ ਭਜਦਾ ਨਾ ਇਹ ਗਰਾਊਂਡ ਤੋਂ ਗੋਲ ਗਾਈ ਤੋਂ ਭਜਦਾ, ਇੱਥੇ ਆ ਕੇ ਜਦੋਂ ਉਹਨੂੰ ਪੁਸ਼ ਪੈਂਦਾ ਅਤੇ ਉਹ ਸਿੱਧੀ ਹੋਣ ਕਰਕੇ ਬਾਹਰ ਨਿਕਲ ਜਾਂਦਾ, ਅਤੇ ਉੱਥੇ ਪੁਸ਼ ਦਾ ਫਾਇਦਾ ਉਠਾ ਕੇ, ਕਿਉਂਕਿ ਉੱਥੇ ਜ਼ਿਆਦਾ ਫੜ ਕੇ ਜੱਫੇ ਨਹੀਂ ਲੱਗਦੇ, ਉੱਥੇ ਪੁਸ਼ਾਂ ਦੇ ਨਾਲ ਇਹਦੇ ਜੱਫੇ ਜ਼ਿਆਦਾ ਲੈਂਦੇ ਆ, ਬਾਹਰ ਪਲੇਅਰ ਨੂੰ ਬਾਹਰ ਕੱਢਣ 'ਤੇ ਜ਼ਿਆਦਾ ਜੱਫੇ ਲੈਂਦੇ ਆ। ਮੈਂ ਪਲੇਅਰਾਂ ਨੂੰ ਇਹ ਚੀਜ਼ ਸਮਝਾਈ ਵੀ ਇਸ ਗੱਲ ਦਾ ਫਾਇਦਾ ਲੈ ਸਕਦੇ ਆ ਜਾਫੀ, ਅਤੇ ਰੇਡਰ ਇਸ ਗੱਲ ਦਾ ਫਾਇਦਾ ਲੈ ਸਕਦੇ ਆ ਕਿ ਤੁਸੀਂ ਰੇਡ ਜਿਹੜੀ ਹੈ ਉੱਤੋਂ ਦੀ ਜਿਹੜੀ ਆਪਾਂ ਹੱਥ ਲਾ ਕੇ ਉੱਤੋਂ ਦੀ ਭੱਜਣ ਵਾਲੀ ਨਹੀਂ ਪਾਉਣੀ, ਤੁਸੀਂ ਸਿੱਧਾ ਟੱਚ ਟੱਕ ਕੇ ਬੈਕ ਆਉਣਾ, ਓਕੇ, ਤਾਂ ਕਿ ਤੁਹਾਨੂੰ ਚੱਕਰ ਵਾਲੇ ਪਾਸੇ ਜਾਣਾ ਹੀ ਨਾ ਪਵੇ, ਗਰਾਊਂਡ ਤੁਹਾਨੂੰ ਮੈਕਸੀਮ ਸਿੱਧਾ ਰੱਖਣਾ ਜਾਫੀ ਨੂੰ ਅਤੇ ਸਿੱਧਾ ਟੱਚ ਲਾ ਕੇ ਮਗਰ ਹੀ ਆਉਣਾ। ਹੁਣ ਕਿਉਂਕਿ ਪਾਲਾ ਜਲਾਲਪੁਰੀਆ ਵੀ ਬਹੁਤ ਤਕੜਾ ਜਾਫੀ ਸੀ ਅਤੇ ਸੰਦੀਪ ਨੰਬਰ ਅੰਬੀਆਂ ਤਾਂ ਸਿਰਾ ਸੀਗਾ, ਪਰ ਜੇ ਇਹਨਾਂ ਦੇ ਉਧਰੇ ਪਾਸੇ ਚੜ੍ਹਣਗੇ ਮੇਰੇ ਰੇਡਰ ਤਾਂ ਹੀ ਮਾਰ ਖਾਣਗੇ, ਜੇ ਸਿੱਧੇ ਟੱਚ ਕਰਕੇ ਮੁੰਡਗੇ ਇੱਕ ਗਰਾਊਂਡ ਉਹ ਪੂਰੀ 75 ਫੁੱਟ ਨਹੀਂ, ਗਰਾਊਂਡ ਛੋਟੀ ਹੈ, ਅੱਛਾ, ਅਤੇ ਇਹਦਾ ਬੈਨੀਫਿਟ ਹੋਊਗਾ। ਰੇਡਰਾਂ ਨੂੰ ਬਕਾਇਦਾ ਡਾਇਗਰਾਮ ਬਣਾ ਕੇ ਸਮਝਾ ਦੀ, ਔਰ ਜਾਫੀਆਂ ਨੂੰ ਜਦੋਂ ਮੈਂ ਸੁੱਖਾ ਪੜ੍ਹਾ ਤੇ ਕਾਲਮਾ ਅਤੇ ਮੱਖਣ ਸੈਦੋ ਨੂੰ ਕਿਹਾ ਯਾਰ ਚਾਰ ਜਾਫੇ ਲਾ ਦਿਉ ਆਪਾਂ ਮੈਚ ਜਿੱਤ ਲਾਂਗੇ, ਅੱਛਾ, ਸਿਰਫ ਚਾਰ ਜੀ ਕਹਿੰਦੇ, ਜੱਫੇ ਦਾ ਅਸੀਂ ਵੱਧ ਲਾ ਦਾਂਗੇ, ਚਾਰਾਂ ਮੈਚਾਂ ਆਪਾਂ ਮੈਚ ਜਿੱਤਦੇ ਨਹੀਂ, ਮੈਂ ਕਿਹਾ ਆਪਾਂ ਚਾਰਾਂ ਮੈਚਾਂ ਨਾਲ ਮੈਚ ਜਿੱਤ ਜਾਣਾ, ਚਾਰ ਲਾ ਦਿਉ, ਇੰਨੇ ਕੁ ਬੂਸਟ ਕਰਕੇ ਗਰਾਊਂਡ 'ਚ ਵਾੜ ਦਿਉ। ਨਾਲ ਮੇਰੇ ਅਸਿਸਟੈਂਟ ਕੋਚ ਸੀਗਾ ਨਿੰਨੀ ਸਮਰਾਲਾ, ਗਰਾਊਂਡ ਦੇ ਵਿੱਚ ਵੜ ਗਏ, ਚੰਗੇ ਬੂਸਟ ਕੀਤੇ ਵੇ, ਮੈਚ ਸ਼ੁਰੂ ਹੋ ਗਿਆ, ਮੈਚ ਸ਼ੁਰੂ ਹੋ ਗਿਆ, ਮੁੰਡਿਆਂ ਨੇ ਫਾਲੋ ਕੀਤਾ ਕਿਉਂਕਿ ਹੁਣ ਨੀਨਾ ਹੋਇਆ ਅਤੇ ਅਮਨਾ ਠੂਰ ਹੋਇਆ,
ਇਹ ਬੀਤਾ ਹੋਇਆ ਇਹ ਤਾਂ ਮੇਰੇ ਆਪਦੇ ਟ੍ਰੇਨ ਸੀ ਇਹਨਾਂ ਨੂੰ ਤਾਂ ਮੇਰਾ ਸਿਖਾਇਆ ਸੀ ਕਿ ਇੱਥੋਂ ਜਾਣਾ ਅਤੇ ਟੱਚ ਇੱਥੇ ਮਾਰਨਾ ਪਰ ਸਾਡਾ ਸਾਥ ਜਗਮੀਤ ਪੜਾਣੇ ਨੇ ਅਤੇ ਗਗਨ ਨੇ ਵੀ ਦਿੱਤਾ ਗਗਨ ਵੀ ਤਕੜਾ ਸੀਗਾ ਉਸ ਵਾਰ ਆਪਦੇ ਜਾਣੇ ਗਗਨ ਇੱਕ ਤਕੜਾ ਰੇਡਰ ਦਿੱਤਾ ਸੀਗਾ ਬਹੁਤ ਸਿਆਣਾ ਰੇਡਰ ਸੀ ਬਹੁਤ ਸਿਆਣਾ ਰੇਡਰ ਸੀਗਾ ਇਹਨਾਂ ਨੇ ਜਾਣਾ ਸਿੱਧੇ ਟੱਚ ਮਾਰੀ ਆਉਣਾ ਜਾਣਾ ਸਿੱਧੇ ਟੱਚ ਮਾਰੀ ਆਉਣਾ ਹਾਫ ਟਾਈਮ ਦੇ ਵਿੱਚ ਸਾਡੇ ਦੋ ਤਿੰਨ ਕੁ ਜੱਫੇ ਸੀ ਅਤੇ ਛੀਆਂ ਸੱਤਾਂ ਪੁਆਇੰਟਾਂ ਦੀ ਲੀਡ ਸੀ ਅਤੇ ਸਾਡੇ ਰੇਡਰਾਂ ਨੂੰ ਜੱਫਾ ਹੀ ਕੋਈ ਨਹੀਂ ਹਾਫ ਟਾਈਮ ਦਾ ਓਕੇ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਾਰੇ ਮੈਚ ਇੱਕ ਰਿਕਾਰਡ ਆ ਹੁਣ ਰਿਕਾਰਡ ਬੋਲਦਾ ਕਈ ਵਾਰ ਲੋਕ ਕਹਿੰਦੇ ਯਾਰ ਗੱਪ ਮਾਰੀ ਜਾਂਦਾ ਛੀਹੀ ਮਾਰੀ ਜਾਂਦਾ ਜਿਹੜੇ ਟੋਰਾਂਟੋ ਕੱਪ ਮੈਚ ਹੁੰਦੇ ਆ ਔਨ ਰਿਕਾਰਡ ਆ ਅੱਜ ਉਹਨਾਂ ਦੀਆਂ ਮੂਵੀਆਂ ਹੈਗੀਆਂ ਸਾਰੇ ਮੈਚ ਇੱਕ ਜੱਫਾ ਜਗਮੀਤ ਪੜਾ ਨੇ ਅੱਛਾ ਉਹ ਵੀ ਡਬਲ ਡਬਲ ਟੱਚ ਦਾ ਨਾ ਹੋਇਆ ਚਲੋ ਸਾਡੇ ਅਗੇਂਸਟ ਇੱਕ ਜੱਫਾ ਔਰ ਜੱਫਾ ਹੀ ਕੋਈ ਨਹੀਂ ਕਿਸੇ ਪਲੇਅਰ ਅੱਛਾ ਉੱਥੇ ਮੈਨੂੰ ਬੀਤਾ ਕੋਸਾ ਰੋਕਣਾ ਪਿਆ ਕਿਉਂਕਿ ਪਲੇਅਰਾਂ ਦੇ ਵਿੱਚ ਫਿਰ ਬੈਸਟ ਨਿਕਲਣ ਦੀ ਵੀ ਹੁੰਦੀ ਹੈ ਵੀ ਅਸੀਂ ਬੈਸਟ ਨਿਕਲਣਾ ਬੀਤੀ ਨੂੰ ਕਹਿੰਦਾ ਕੋਈ ਜੱਫਾ ਸੀ ਪਰ ਖੜਿਆ ਤਾ ਮੈਂ ਕਿਹਾ ਚੱਲ ਤੂੰ ਹੋਣਾ ਅਤੇ ਅਮਨਾ ਗਗਨਾ ਅਤੇ ਆਪਣਾ ਡਰੋਲੀ ਅਤੇ ਜਗਮੀਰ ਪੜਾ ਚਾਲੀ ਲੀਡਰ ਸੀ ਔਰ ਅਸੀਂ ਮੈਚ ਬਹੁਤ ਸ਼ਾਨ ਦੇ ਨਾਲ ਜਿੱਤੇ ਇੰਨੀ ਸ਼ਾਨ ਨਾਲ ਉਹ ਮੈਚ ਜਿੱਤੇ ਕਿ ਦੁਨੀਆਂ ਦੰਗ ਰਹਿ ਗਈ ਵੀ ਕਿੱਥੇ ਇੰਗਲੈਂਡ ਦੀ ਟੀਮ ਅਤੇ ਕਿੱਥੇ ਇੰਡੀਆ ਦੀ ਟੀਮ ਪਹਿਲਾ ਮੈਚ ਸੀ ਦੂਜਾ ਮੈਚ ਵੀ ਜਿੱਤ ਲਿਆ ਤੀਜੇ ਮੈਚ ਦੇ ਵਿੱਚ ਫੇਰ ਫਾਈਨਲ ਹੋ ਨਤੀਜਾ ਫਾਈਨਲ ਹੁੰਦਾ ਜੀ ਤਿੰਨ ਮੈਚ ਖੇਡਣੇ ਪਏ ਅੱਛਾ ਫਾਈਨਲ ਹੋ ਗਿਆ ਤੀਜਾ ਤੀਜਾ ਫਾਈਨਲ ਸੀਗਾ ਤੀਜਾ ਮੈਚ ਸਾਡਾ ਵੈਨਕੂਵਰ ਦੇ ਨਾਲ ਫਾਈਨਲ ਸੀ ਅਤੇ ਮੈਨੂੰ ਸੀ ਮੈਚ ਜਿੱਤਣ ਨਾਲ ਵੀ ਅੱਜ ਦਾ ਕੱਪ ਇੰਡੀਆ ਜਿੱਤ ਜੀ ਅਤੇ ਪਲੇਅਰਾਂ ਦੇ ਦਿਮਾਗ 'ਚ ਥੋੜ੍ਹਾ ਜਿਹਾ ਹੁੰਦਾ ਜੀ ਅਸੀਂ ਬੈਸਟ ਰੇਡਰ ਵੀ ਨਿਕਲ ਜੀ ਹਿਸਟਰੀ ਬਣਦੀ ਆ ਨੀਨਾ ਚਾਹੁੰਦਾ ਸੀ ਨੀਨੇ ਦੀਆਂ ਰੇਡਾਂ ਵੀ ਵੱਧ ਪੁਆਈਆਂ ਅਮਨੇ ਦੀਆਂ ਅਠੂਰ ਵਾਲੇ ਦੀਆਂ ਵੀ ਕਟਾਂ ਲਾਈਆਂ ਨਿਕਲ ਜੇ ਪਰ ਕਿਉਂਕਿ ਚਾਰ ਰੇਡਰ ਸੀਗੇ ਤਕੜੇ ਇਹ ਚਾਰ ਹੀ ਇੱਕ ਦੂਜੇ ਤੋਂ ਚੜ੍ਹਦੇ ਤੋਂ ਚੜ੍ਹਦੇ ਸੀ ਦੂਜੇ ਪਾਸੇ ਰੇਡਰ ਦੋ ਸੀਗੇ ਉਹ ਕੁਦਰਤੀ ਗੱਲ ਆ ਦੋ ਰੇਡਰਾਂ ਦੇ ਵਿੱਚ ਰੇਡਾਂ ਵੱਧ ਆਉਣਗੀਆਂ ਚਾਰਾਂ 'ਚ ਘੱਟ ਆਉਣਗੀਆਂ ਉਹ ਜਦੋਂ ਇਹ ਕੈਲਕੂਲੇਸ਼ਨਾਂ ਕਰਕੇ ਵੱਧ ਪਾਉਣ ਲੱਗੇ ਉਦੋਂ ਨੂੰ ਰੇਡਰ ਡਿਸਾਈਡ ਹੋ ਚੁੱਕਾ ਸੀਗਾ ਵੈਨਕੂਵਰ ਦਾ ਰੇਡਰ ਡਿਸਾਈਡ ਹੋ ਚੁੱਕਾ ਹੈ ਪਰ ਇੰਡੀਆ ਨੇ 2010 ਦਾ ਕੱਪ ਉਹ ਜਿੱਤਣਾ ਉਹ ਮਾਣ ਦਾ ਸਿਹਰਾ ਇੰਡੀਆ ਨੂੰ ਮਿਲਣਾ ਜਿਹੜੀ ਮੇਰੀ ਖਾਹਿਸ਼ ਸੀ ਕਿ ਯਾਰ ਕਬੱਡੀ ਇੰਡੀਆ ਦੀ ਹੈ ਅਤੇ ਇੰਡੀਆ ਜਿੱਤਣਾ ਚਾਹੀਦਾ ਕਿਉਂਕਿ ਸਾਡੇ ਪਲੇਅਰ ਜਦੋਂ ਜਾਂਦੇ ਆ ਅਮੈਰੀਕਾ ਦੇ ਵਿੱਚ ਕਨੇਡਾ ਦੇ ਵਿੱਚ ਉੱਥੇ ਜਿਹੜਾ ਵੱਧ ਪੇ ਕਰਦਾ ਉੱਧਰ ਖੇਡ ਜਾਂਦੇ ਆ ਅਤੇ ਇੰਡੀਆ ਤਾਂ ਜਿੱਤਦਾ ਹੀ ਨਹੀਂ ਅਤੇ ਉਸ ਟਾਈਮ 'ਤੇ ਪਲੇਅਰਾਂ ਨੇ ਇੱਜ਼ਤ ਰੱਖੀ ਇੰਡੀਆ ਦੀ 2010 ਦਾ ਜਿਹੜਾ ਕੱਪ ਅਸੀਂ ਜਿੱਤਿਆ ਨਾ ਟੋਰਾਂਟੋ ਦਾ ਉਹ ਮੇਰਾ ਬੈਸਟ ਪਰਫਾਰਮੈਂਸ ਆ ਮੈਂ ਸਮਝਦਾ ਕਿ 2010 ਦੇ ਵਿੱਚ ਮਤਲਬ ਲੱਭੀ ਬੇਨੜਾ ਬੈਸਟ ਸੀ ਨਾ ਰੇਟਰ ਜੀ ਹਾਂਜੀ ਲੱਭੀ ਸੀਗਾ ਬੇਨੜਾ ਬੈਸਟ ਨਹੀਂ ਲੱਭੀ ਬੇਨੜਾ ਨਹੀਂ ਸੀਗਾ ਉਹ ਤਾਂ ਮੁੰਡੇ ਦਾ ਮੈਂ ਨਾਂ ਭੁੱਲ ਗਿਆ ਇਸ ਵਕਤ ਟੋਰਾਂਟੋ ਦਾ ਹੀ ਉੱਥੇ ਹੀ ਰਹਿੰਦਾ ਸੀਗਾ ਉੱਥੋਂ ਦੇ ਲੱਭੀ ਬੇਨੜਾ ਲੱਭੀ ਬੇਨੜੀ ਹੋਣੀ ਤਾਂ ਉਦੋਂ ਜੰਮੇ ਵੀ ਨਹੀਂ ਸੀਗੇ ਜੀ ਨਹੀਂ 2010 ਦੀ ਗੱਲ ਕਰ ਰਹੇ ਨਹੀਂ ਨਹੀਂ ਐਡੇ ਤਕੜੇ ਉਦੋਂ ਹੈ ਨਹੀਂ ਸੀ ਅੱਜ ਤੱਕ ਨਹੀਂ ਲੱਭੀ ਬੇਨੜਾ 2012 ਦਾ ਬੈਸਟ ਆ ਜੀ ਟੋਰਾਂਟੋ ਦਾ 2012 ਦਾ ਹੋਊਗਾ ਨਾ 12 ਦਾ 2012 ਦਾ ਹੋਊਗਾ 10 ਵਾਲਾ ਰੇਡਰ ਤੇ ਜਾਫੀ ਜਿਹੜੀ ਸਾਡੀ ਟੀਮ ਦਾ ਬੈਸਟ ਕੋਈ ਵੀ ਨਹੀਂ ਸੀਗਾ ਪਰ ਕੱਪ ਅਸੀਂ ਜਿੱਤ ਲਿਆ ਸੀ ਸਰ ਜਿਹੜੀ ਅੱਜ ਕੱਲ੍ਹ ਡੋਪ ਦੀ ਗੱਲ ਹੋ ਰਹੀ ਹੈ ਇੱਕ ਡਰੱਗ ਅਤੇ ਡੋਪ ਦਾ ਮੈਨੂੰ ਲੱਗਦਾ ਜਿਹੜੀ ਡਰੱਗ ਚੀਜ਼ ਅਲੱਗ ਚੀਜ਼ ਆ ਡੋਪ ਅਲੱਗ ਚੀਜ਼ ਆ ਹੈ ਨਾ ਸਾਡੀ ਅਤੇ ਇਹਦੇ ਇਹਨੂੰ ਆਪਾਂ ਕਿਵੇਂ ਨੱਥ ਪਾ ਸਕਦੇ ਹਾਂ ਮਤਲਬ ਵੀ ਤੁਸੀਂ ਇਹਨੂੰ ਕੀ ਕਰ ਰਹੇ ਹੋ ਜਿਹੜੇ ਤੁਸੀਂ ਮੀਟਿੰਗਾਂ ਹੋ ਰਹੀਆਂ ਅੱਜ ਕੱਲ੍ਹ ਪਹਿਲਾਂ ਸੈਮੀਨਾਰ ਇਹ ਨਹੀਂ ਪਤਾ ਡਰੱਗ ਕੀ ਆ ਡੋਪ ਕੀ ਆ ਅਤੇ ਸਪੋਰਟਸ ਮੈਡੀਸਨ ਕੀ ਹੈ ਸਾਨੂੰ ਤਾਂ ਅਦਾਰਿਆਂ ਦੇ ਵਿੱਚ ਸਪੋਰਟਸ ਮੈਡੀਸਨ ਦੀ ਬਾਬਤ ਪੜ੍ਹਾਇਆ ਗਿਆ ਹੈ ਕਿਉਂਕਿ ਪਲੇਅਰਾਂ ਦੀ ਇੰਜਰੀਆਂ ਹੁੰਦੀਆਂ ਉਹਨਾਂ ਨੇ ਕਿਵੇਂ ਠੀਕ ਹੋਣਾ ਉਹ ਸਪੋਰਟਸ ਮੈਡੀਸਨ ਆਉਂਦੀ ਹੈ ਪਲੇਅਰਾਂ ਨੂੰ ਤਿਆਰ ਕਿਵੇਂ ਕਰਨਾ ਉਹ ਸਪੋਰਟਸ ਮੈਡੀਸਨ ਆਉਂਦੀ ਹੈ ਜਿਹੜੀ ਡਰੱਗ ਹੈ ਉਹਨੂੰ ਅਸੀਂ ਨਸ਼ਾ ਕਹਿੰਦੇ ਹਾਂ ਜਿਵੇਂ ਫੀਮ ਹੋ ਗਈ ਪੋਸਟ ਹੋ ਗਿਆ ਇਸ ਤਰ੍ਹਾਂ ਨਿੱਕੀਆਂ ਮੋਟੀਆਂ ਗੋਲੀਆਂ ਹੋ ਗਈਆਂ ਇੱਕ ਜਿਹੜੀਆਂ ਬਲੱਡ ਨੂੰ ਤੇਜ਼ ਕਰਦੀਆਂ ਇਹ ਹੋ ਗਈਆਂ ਅਤੇ ਜਿਹੜੀ ਡੋਪ ਹੁੰਦੀ ਹੈ ਡੋਪ ਦੇ ਵਿੱਚ ਉਹ ਆ ਜਾਂਦੀਆਂ ਜਿਹੜੀਆਂ ਸਰੀਰ ਨੂੰ ਸਰੀਰ ਵਰਧਕ ਟੀਕੇ ਹੋ ਗਏ ਗੋਲੀਆਂ ਹੋ ਗਈਆਂ ਉਹਦੀਆਂ ਕਈ ਕਿੱਟਾਂ ਚੱਲਦੀਆਂ ਉਹਦੀ ਜਾਣਕਾਰੀ ਪੂਰੀ ਸਾਨੂੰ ਅੱਜ ਵੀ ਨਹੀਂ ਮੈਂ ਕੋਚ ਹੁੰਦੇ ਹੋਏ ਮੈਨੂੰ ਪੂਰੀ ਜਾਣਕਾਰੀ ਨਹੀਂ ਸਾਨੂੰ ਇਹ ਪਤਾ ਵੀ ਡੈਕਾ ਟੈਸਟ ਆ ਜਿਹੜਾ ਓਲੰਪਿਕ ਕਮੇਟੀ ਵੱਲੋਂ ਕੀਤੇ ਹੋਏ ਆ ਬੈਨ ਹੈ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਸਟੀਰਾਇਡ ਬੈਨ ਕੀਤੇ ਹੋਏ ਆ ਅਤੇ ਉਹਨਾਂ ਨੂੰ ਅਸੀਂ ਬੈਨ ਵਾਲਿਆਂ ਨੂੰ ਹੀ ਡੋਪ ਸਮਝਦੇ ਹਾਂ ਜਿਹੜੇ ਬੈਨ ਕਈ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੀਆਂ ਲਾਏ ਜਾ ਸਕਦੇ ਦਿੱਤੇ ਜਾ ਸਕਦੇ ਆ ਅਪਰੂਵੇਬਲ ਹੈ ਇਹ ਜ਼ਿਆਦਾ ਡਾਕਟਰਾਂ ਨੂੰ ਪਤਾ ਹੁੰਦਾ ਜਾਂ ਇਹਦੀ ਇੱਕ ਲੰਮੀ ਚੌੜੀ ਲਿਸਟ ਹੈ ਉਹ ਕਈਆਂ ਦੇ ਸਾਨੂੰ ਨਾਮ ਨਹੀਂ ਪੜ੍ਹ ਜਾਂਦੇ ਬਹੁਤ ਲੰਮੀ ਚੌੜੀ ਲਿਸਟ ਹੈ ਇਹ ਤਾਂ ਚੱਲਦੇ ਆ ਪਰ ਕਬੱਡੀ ਦੇ ਵਿੱਚ ਜਾਂ ਸਾਨੂੰ ਕੋਚਾਂ ਨੂੰ ਨਹੀਂ ਇੰਨਾ ਪਤਾ ਅਸੀਂ ਕੋਚ ਹੀ ਨਹੀਂ ਇੰਨੇ ਪੜ੍ਹੇ ਲਿਖੇ ਦੀ ਬਾਬਤ ਅਸੀਂ ਪਲੇਅਰਾਂ ਨੂੰ ਵੀ ਕੀ ਦੱਸ ਸਕਦੇ ਹਾਂ ਇਹਦੇ ਵਾਸਤੇ ਵੀ ਸਾਨੂੰ ਪਹਿਲੀ ਗੱਲ ਤਾਂ ਕੋਚਾਂ ਨੂੰ ਵੀ ਪੂਰੀ ਪੜ੍ਹਾਈ ਕਰਨੀ ਪੈਣੀ ਹੈ ਮੈਂ ਸਮਝਦਾ ਕਿ ਇਹ ਸਾਡੀ ਕਮਜ਼ੋਰੀ ਆ ਸਾਡੀ ਵੀਕਨੈਸ ਹੈ ਸਾਨੂੰ ਕਬੱਡੀ ਦੇ ਦਾਅ ਪੇਚ ਤਾਂ ਆਉਂਦੇ ਆ ਪਰ ਇਹਨਾਂ ਗੱਲਾਂ ਦਾ ਸਾਨੂੰ ਜ਼ਿਆਦਾ ਨਹੀਂ ਪਤਾ 2006 ਤੱਕ ਤਾਂ ਸਾਨੂੰ ਕੱਖ ਵੀ ਨਹੀਂ ਸੀ ਪਤਾ
क्योंकि जलों असी कबड्डी खेडे उदो चीज़ा होंदिया ही नहीं सी, होंदिया होणगियां सानू नहीं सी पता। तो उस बाद अज भी साढ़े च ज्ञान की घाट है, साढ़े नालों तो कई गलों का प्लेयरों भी ज्यादा ज्ञान है। इस करके मैं ये ज़्यादा नहीं कोई थोनू दस सकता, पर इन्ना जरूर है कि क्वालिफाइड डॉक्टर तो बगैर कोई मेडिसिन नहीं लेनी चाहिए, क्योंकि डॉक्टरों को पता जे तुम डॉक्टर दसोंगे जी मैं स्पोर्ट्समैन आते आया वो थोड़ा कदम भी नहीं देने। कई बार मेरी टीम के प्लेयर ने भी कहना जी आ गोटे च पानी आह कर दो आह कर दो, और डॉक्टर प्रेम में जाके कहना उन्हें कहना नहीं मक्खण सिंह मैं नहीं देगा, यह बैन है। इतने डॉक्टर सिद्धू है उन्हें कहना बैन है। इतों बच जाना ये लुधियाने जा वड़ने जलंधर जा वड़ने, इतों के मोगे के डॉक्टर हमदर्दी होंगी सी या टीम के मैंबर उत्थे कहे नहीं पता वो की देंदे की नहीं देंदे। कई बार साडे प्लेयर भी ये फसे आ, मैं यही कहना कि साडे प्लेयर नहीं फसे, साडे प्लेयर फसे आ अज्ञानता करके घाट करके जा कंपनी। वैसे हुण जद गुरजीत 2007 च ते की लोड़ सी डोप डब डग दी एडा तकड़ा सी पूरा स्टार सी, क्योंकि उदो मेहनत लगियां ग्राउंडां दे उत्ते मोटे घमेरे बब्बू वर्गे किन्ने थोड़े नीने वर्गे किड्डे तकड़े हुंदे सीगे मक्खण वर्गे किड्डे, उदो ग्राउंडां ते मेहनत लाउंदे। जिहड़े प्लेयर दो दो तीन तीन महीने ग्राउंडां लाउंदे आ उहनां नूं डोप ड्रग दी तां लोड़ ही नहीं पैंदी, खुराकां दी लोड़ पैंदी आ। हाँ जदों लोड़ों ज्यादा मैच होण लग जाण, रोज़ ही मैच होण लग जाण, उदों फिर सट्टां वी ज्यादा वधदियां, इंजरियां इंजरी दे नाल इह वी आउंदियां, जां जां जो वड्डे पाए जा के पढ़ाई दे लाके जो प्लेयर आउण लग। इस करके इहदा कोई कारण एक कारण नहींगा, वड्डे वड्डे नाम होना, लोड़ों ज्यादा मैच होने, अद्धी अद्धी रात तक खेडी जाना, यह कई कारण है। क्योंकि कबड्डी नूं असीं जिस मंच ते लियाना चाहुंदे आ उस पासे तोरन वास्ते सानूं थोड़ा जिहा पेंडू एरिया जां पेंडू मंच है वह घटाउणा पैणा, क्योंकि अजे साडी जिहड़ी गेम है ज्यादा पिंडां ही बड़ी गई है, ते पिंडां च तां बड़ी गई है इहदा वर्गीकरण कोई नहीं, इहदी ग्रेडेशन कोई नहीं, कोई नहीं प्लेयर केड़ा खेडूगा केड़ा नहीं खेडूगा। वड्डे प्लेयर जिहड़े टॉप दे प्लेयर जिहनूं उदों इक मैं तुहाडी तुहाडी गल टोकदा, इह ना बिट्टू दगाल दी जदों मैं उहदे नाल हुंदा सी उस बंदे ने ना कत्ती कत्ती हज़ार वाले कप छड्डते सी, मैं कहा भी क्यों छड्डे, वो कहिंदा मैं इस करके छड्डे क्योंकि ये होरां नूं जितने चाहिए, क्योंकि असीं तां हुण सानूं परमात्मा ने साडी सुन ली, जे असीं इह वी इहनां दे वी आह वी पैसे खोहण लग पए खोहण वाली गल्ल आ कत्ती हज़ार जितना, क्योंकि उत्थे नवें प्लेयर आउणगे जितणगे खेडणगे उहनां नूं इक प्राइज़ मिलेगा, इदां करके ਇਹ ਬੜੀ ਵਧੀਆ ਗੱਲ ਆ ਜੀ। ਜੇ ਸਾਰੇ ਪਲੇਅਰ ਇਹ ਸੋਚਣ ਵੀ ਛੋਟੇ ਕੱਪ ਜਿਹੜੇ ਆ 31,000 ਵਾਲੇ 51,000 ਵਾਲੇ ਨਵਿਆਂ ਮੁੰਡਿਆਂ ਨੂੰ ਖੇਡਣ ਦਿੱਤੇ ਜਾਣ, ਤਾਂ ਕਿ ਨਵੇਂ ਪਲੇਅਰ ਉੱਠਦੇ ਰਹਿਣ, ਨਵੀਂ ਪਨੀਰੀ ਨਾਲ ਜੁੜਦੀ ਰਹੇ। ਜਦੋਂ ਜਿਹੜੇ ਪਲੇਅਰ 5-5 ਲੱਖ ਵਾਲੇ 10-10 ਲੱਖ ਵਾਲੇ ਕੱਪ ਖੇਡਦੇ ਆ ਉਹਨਾਂ ਨੂੰ ਠੀਕ ਹੈ, ਇਹਨਾਂ 'ਤੇ ਨਹੀਂ ਆਉਣਾ ਚਾਹੀਦਾ, ਪਰ ਜਿਹੜੇ 31,000 ਵਾਲੇ 50,000 ਵਾਲੇ ਕੱਪ ਹੁੰਦੇ ਆ ਨਾ ਉੱਥੇ ਉਹ ਪ੍ਰਬੰਧਕਾਂ ਦੀ ਹੁੰਦੀ ਆ ਵੀ ਸਾਡੇ ਪਲੇਅਰ ਤਕੜਾ ਆਵੇ, ਹਰ ਕੋਈ ਚਾਹੁੰਦਾ ਵੀ ਸਾਡੇ ਮੰਗੀ ਵੀ ਆ ਜੇ, ਸਾਡੇ ਸੰਦੀਪ ਵੀ ਆ ਜੇ, ਸਾਡੇ ਲੁੰਦਰ ਵੀ ਆ ਜੇ, ਇੱਕ ਨਾ ਸਰ ਗੱਲ ਆ ਜਾਣ ਤੇ ਉਹ ਫਿਰ ਕੀ ਕਰਦੇ ਆ ਨਾ ਅੰਦਰ ਖਾਤੇ ਪਲੇਅਰਾਂ ਨੂੰ ਪੈਸੇ ਦੇ ਦਿੰਦੇ, ਨਾਮ 31-51 ਹੀ ਹੁੰਦਾ ਹੈ, ਪਲੇਅਰਾਂ ਨੂੰ ਅੰਦਰ ਖਾਤੇ ਪੈਸੇ ਦੇ ਦਿੰਦੇ ਯਾਰ ਤੂੰ ਸਾਡੇ ਖੇਡ ਤੋਂ ਇੰਨੇ ਪੈਸੇ ਲੈ ਲਾ, ਉਹ ਗਲਤ ਜਿਹੜੀ ਰੀਤ ਪਾਈ ਗਈ ਇਹ ਪ੍ਰਬੰਧਕਾਂ ਨੇ ਪਿਰਤ ਪਾਈ ਗਈ ਆ, ਇਹ ਪ੍ਰਬੰਧਕਾਂ ਨੇ ਪਾਈ, ਟੂਰਨਾਮੈਂਟ ਕਮੇਟੀਆਂ ਨੇ ਪਾਈ ਆ। ਹੁਣ ਕਿੰਨੇ ਪਿੰਡਾਂ 'ਚ ਕਿੰਨੀਆਂ ਟੂਰਨਾਮੈਂਟ ਕਮੇਟੀਆਂ, ਇਹਨਾਂ ਨੂੰ ਸਮਝਾਇਆ ਹੀ ਜਾ ਸਕਦਾ, ਸੈਮੀਨਾਰ ਲਾ ਕੇ ਲਾਇਆ ਜਾ ਸਕਦਾ, ਬੂਸਟ ਕੀਤਾ ਜਾ ਸਕਦਾ, ਇਸ ਪਲੇਟਫਾਰਮ 'ਤੇ ਲਿਆਂਦਾ ਜਾ ਸਕਦਾ, ਕੰਟਰੋਲ ਕਰਨਾ ਤਾਂ ਕੋਈ ਕਿਸੇ 'ਤੇ ਕੰਟਰੋਲ 'ਚ ਨਹੀਂ ਹੁੰਦੀਆਂ, ਪੇਂਡੂ ਕਮੇਟੀਆਂ ਕਿਸੇ ਦੇ ਕੰਟਰੋਲ 'ਚ ਨਹੀਂ ਆ ਸਕਦੀਆਂ, ਸਰਕਾਰਾਂ ਕਰ ਸਕਦੀਆਂ ਪਰ ਸਰਕਾਰਾਂ ਦਾ ਤਾਂ ਧਿਆਨ ਹੀ ਨਹੀਂ, ਸਰਕਾਰਾਂ ਨੂੰ ਤਾਂ ਆਪਦੀ ਵੋਟਾਂ ਤੋਂ ਵਿਹਲ ਨਹੀਂ ਮਿਲਦੀ, ਆਪਣੀ ਸਿਆਸਤ ਤੋਂ ਵਿਹਲ ਨਹੀਂ ਮਿਲਦੀ, ਇਸ ਕਰਕੇ ਕਰਨਾ ਕਿਸੇ ਦਾ ਸਾਨੂੰ ਹੀ ਪੈਣਾ, ਇਹ ਆਪ ਹੀ ਕਰਨਾ ਪੈਣਾ, ਕਬੱਡੀ ਵਾਲਾ ਕਬੱਡੀ ਦੇ ਪ੍ਰਸ਼ਾਸਕਾਂ ਨੂੰ ਕਰਨਾ ਪੈਣਾ, ਇਹਦਾ ਕੋਈ ਪੈਟਰਨ ਇਹਦਾ ਕੋਈ ਵਰਗੀਕਰਨ। ਇੱਕ ਨਾ ਸਰ ਜਦੋਂ ਮੈਂ ਉੱਡ ਹੁੰਦਾ ਸੀ ਮੈਂ ਤੁਹਾਨੂੰ ਕਈ ਵਾਰੀ ਦੇਖਿਆ ਹੈ ਨਾ ਵੀ ਤੁਸੀਂ ਅਕੈਡਮੀਆਂ ਦੇ ਮੈਚ ਖੇਡਣ ਜਾਂਦੇ ਹੈ ਨਾ, ਜਗਤਾਰ ਤੁਹਾਡੇ ਨੂੰ ਵੀ ਕੰਮ ਕਰਦੇ ਵੇਖਿਆ ਵੀ ਤੁਸੀਂ ਕਈ ਵਾਰੀ ਖੇਡਦੇ ਜਾਂਦੇ ਟੀਮ ਲੈ ਕੇ ਜਾਂਦੇ ਅੰਬੀ ਠੂਰ ਜਿੱਤ ਜਾਂਦੀ ਅਤੇ ਕਈ ਤੁਹਾਨੂੰ ਕੋਈ ਪਲੇਅਰ ਉੱਥੇ ਚੰਗਾ ਲੱਗਦਾ ਤੁਸੀਂ ਉਹਨੂੰ ਕਦੇ 1,000 ਜਾਂ 500 ਰੁਪਈਆ ਦਿੱਤਾ ਜਾਂ ਉਹਨੇ ਵੀ ਦਿੱਤਾ ਆਪਣੇ ਬਾਈ ਜਗਤਾਰ ਧਨੌਲੇ ਨੇ ਹੈ ਨਾ, ਮਤਲਬ ਵੀ ਸੀਰਾ ਪਿੱਥੋਂ ਵੀ ਮੈਂ ਪਿੱਛੇ ਜੇ ਵੇਖਿਆ ਵੀ ਉਹ 2-2, 3-3 ਰਮਣੇ ਔਲ ਖੜਨ ਦਿੰਦਾ ਹੁੰਦਾ ਸੀ ਵੀ ਤੁਸੀਂ ਨਵੇਂ ਮੁੰਡੇ ਹੋ ਤਕੜੇ ਹੋ ਜਾਓ ਹੈ ਨਾ, ਬਿੱਟੂ ਨੇ ਵੀ ਇੱਦਾਂ ਦਾ ਕੀਤਾ ਹੈ ਨਾ, ਮਤਲਬ ਵੀ ਉਹ ਮੈਨੂੰ ਲੱਗਦਾ ਹੁਣ ਪਲੇਅਰਾਂ ਦੇ ਵਿੱਚ ਉਹ ਹੈ ਨਹੀਂ ਵੀ ਕਿਸੇ ਦੇ ਕੰਮ ਆਉਣ ਵਾਲੀ ਗੱਲ, ਜੋ ਲੱਖ ਜਿੱਤ ਕੇ ਜੋ 2-3 ਹਜ਼ਾਰ ਰੁਪਈਆ ਦੂਜੇ ਨੂੰ ਦੇ ਦੇਣ ਨਵੇਂ ਮੁੰਡੇ ਨੂੰ ਤੁਹਾਨੂੰ ਲੱਗਦਾ ਵਧੀਆ, ਉਹ ਤੁਹਾਡੇ 'ਚ ਸੀਗੀਆਂ ਤਾਂ ਇਹ ਨਹੀਂ ਕਹਿ ਸਕਦਾ ਕਿ ਹੁਣ ਪਲੇਅਰਾਂ 'ਚ ਹੈ ਨਹੀਂ, ਨਹੀਂ ਇਹ ਨਹੀਂ ਗੱਲ, ਪਲੇਅਰਾਂ 'ਚ ਅੱਜ ਵੀ ਭਾਵਨਾ ਹੈਗੀ ਆ, ਵੱਡੇ ਪਲੇਅਰ ਅੱਜ ਵੀ ਛੋਟਿਆਂ ਪਲੇਅਰਾਂ ਨੂੰ ਪਿਆਰ ਕਰਦੇ ਆ ਜੀ ਜੀ, ਇਹ ਨਹੀਂ ਕੋਈ ਗੱਲ, ਜਿੰਨੇ ਵੱਡੇ ਪਲੇਅਰ ਆ ਛੋਟੇ ਪਲੇਅਰ ਨੂੰ ਪਿਆਰ ਕਰਦੇ, ਉਹਨਾਂ ਨੂੰ ਪਤਾ ਜੇ ਨਵੇਂ ਪਲੇਅਰ ਉੱਠਣਗੇ ਤਾਂ ਇਹ ਕਬੱਡੀ ਚੱਲੂਗੀ, ਪਲੇਅਰ ਅਜੇ ਐਡੇ ਸਵਾਰਥੀ ਨਹੀਂ ਹੋਏਗੇ, ਇਹ ਪ੍ਰਚਾਰ ਹੈ ਗਲਤ ਗੱਲਾਂ ਹੈ, ਸਿਰਫ ਅਤੇ ਸਿਰਫ ਪ੍ਰਬੰਧ ਦੀ ਘਾਟ ਹੈ, ਇਹਨੂੰ ਅੱਡ ਅੱਡ ਨਹੀਂ ਕੀਤਾ ਜਾ ਰਿਹਾ, ਇਹਦਾ ਵਰਗੀਕਰਨ ਨਹੀਂ ਕੀਤਾ ਜਾ ਰਿਹਾ,
इन्हों ठीक तरीके किया जाए बूस्ट किया जाए उन्होंने समझाया जाए। मैं नहीं कहता भी कोई प्लेयर कहूगा मैं प्लेयर नहीं उठन देना, सारे प्लेयर आपके छोटे प्लेयर प्यार कर रहे हैं, पर छोटे प्लेयर मौका घट मिल रहा वह कारण साड़ी लोगों से जी परत पै गई भी तकड़े प्लेयर ही खटाने वाला कारण ही है। छोटे प्लेयर खड़ा के राजी नहीं, तीन दिन का टूरनामेंट कोई करा के राजी नहीं, एक दिन का कराते वे सद लो चार अकैडमियां खड़ा के तोड़ दो, निके प्लेयर किधर जा टूरनामेंट कर जित गया अगले टूरनामेंट का योगदान नहीं हों पिंड अगले टूरनामेंट टीम नहीं होंगी प्लेयर ओह होंगे जानी प्लेयर दियां पक्कियां टीमां नहीं गईयां तीन प्लेयर प्लेयर की कोई पक्की टीम नहीं बनती। प्लेयर एक पिंड प्योर पिंड हो एक वध तो वध प्लेयर हो पक्की टीम हो उही टीमां खेडण ते जिहड़े प्लेयर अंदर खाते पैसे दिते जांदे देने बंद करने चाहिए। जे प्लेयर अंदर खाते पैसे दिंदे आ पैसे तो तुसीं उदों ही बाहले खर्च कर दिंदे आ ते फिर दी वड्डा टूरनामेंट करा लो प्लेयर के उत्ते खर्च तो उही 10-15 लाख कर दिंदे आ आल ओपन सद के ते फिर तुसीं फैडरेशन दे वड्डा मैच करा लो वड्डियां 4-8-7 टीमां सद लो ते वधिया मैच देखो फिर सारे मैच वधिया देखो दो चार मैच वध तो वध की है ये 16 या 32 टीमां सद दी आ मैच एक या दो चंगी ना ते जे वड्डे मैच होण 8 टीमां सदियां होण ते सारे प्लेयर होणगे ते सत्ते दे सत्ते मैच तगड़े होण सारे प्लेयर होणगे सारे प्लेयर होण इस करके इत्थे थोड़ी जी फर्क हैगा। पर मैं समझदा प्लेयरां नूं इस पासे लाउण दी लोड है, ये प्लेयरां नूं गलत राह ते असीं आप लाया असी अंदर अंदर खाते पैसे दे दें आ चक तू 50,000 आ चक तू 30,000 टीम लेके आ वह दो प्लेयर लेके आ जाते वह 50 या 30,000 दो प्लेयर को रह जाता तो दूजा बेचारे मिलता कख नहीं ऐ धक्का हो रहा प्लेयर तो गलत तरीके धक्का करवाया जा रहा। पर मैनू यह लगता सर जी मतलब भी जिमें हम असं मैं कदम कदम सोचता हूँ भी जिम्मे हम प्रमोटर पैसे ला रहे जो कोई मतलब प्लेयर पैसे दते जा रहे हैं भी तू मेरे वाल 5 लाख च खेड 6 लाख च खेड उस तो बाद जिमें हम असं क्रिकेट के वेने भी विराट कोहली रैनू एक बार पैसे दते हैं भी 1 करोड़ रुपया लैड़ा तू साडे वालों खेडना जिन्ने वे माण सम्मान होंगे जिनी वो कमाई करता है उस तो बाद वह सारी उन्होंने मिलती है। पर हूँ इधर की होंगे कि जो कमेटियां कितना पैसे भी दिदियां उन्होंने मैं टीम बना ली मैं उन्होंने 30,000 रुपया देता भी आह 30,000 रुपया तुहाडा हो गया तुसीं टीम बना के लैके आओ वो 30,000 ही उन्हों का होना चाहिए जो जित जाते 30,000 भी लै जाते दूसरा भी लै जाते फलाना भी लै जाते जो बंदा प्रमोटर जिन्ना चिर वो जी चीज़ चो इनपुट नहीं हैगी तुसीं पैसे ला के जो रिकवर नहीं होंगी वो चीज़ वो किन्ना चिर मतलब चलो इस करके उन्होंने कई प्रमोटर ज फिल्मों के भी कहने भी कई प्रोड्यूसर इस चक्कर के वेस्ट हो गए प्रोडक्शन हाउस ही इस तरह खत्म हो गए। देखो जी तुम गल कर रहे हैं थोड़ा जो इशारा मैं समझ गया जी जी तुम गल कर रहे गेम को प्रोफेसनल करने की जिहड़ियां गेमां दे विच एग्रीमेंट हुंदे ना प्लेयर नाल करोड़ का हो गया 50,000 लाख का हो गया वह प्रोफेसनल हुंदे आ उहदे विच प्लेयर नूं उही मिलना हुंदा जो उहदे नाल एग्रीमेंट हो गया बाकी सारा कुछ उहनां दा हुंदा उहदे च उह लोक कमाईयां भी करदे आ उहनूं असीं प्रोफेसनलिज्म कहिंदे आ उहदे नाल दोवें तरां कमा रही आ। पर साडी जिहड़ी कबड्डी आ ना इह जे प्रोफेसनल नहीं साडी कबड्डी दा नामागरी पई आ कबड्डी दे विच जिन्ने प्रमोटर पैसा ला रहे आ उह कोई कमाई वास्ते नहीं ला रहे उह सिर्फ नां दी खातर ला रहे आ डिमांड उठ रही है प्रोफेसनल होनी चाहिए है प्रोफेसनल होगी तो कबड्डी होर तरक्की होगी क्योंकि कोई भी गेम है उसके दो स्वरूप होंगे एक होंगे अमेच्योर एक होंगी प्रोफेसनल अमेच्योर होंगी है जी बगैर पैसे तो ना की खातर गेम की खातर खेली जाती है अमेच्योर कबड्डी फैडरेशन प्रोफेसनल कबड्डी फैडरेशन पैसे वाली चलनिया दोनों चाहिए पर कबड्डी तो हम मिक्स रलगड हुई है ना ही अमेच्योर है ना प्रोफेसनल है यही तो मैं कहना कि वर्गीकरण की लड़ है क्लासीफिकेशन की लड़ है इतने ग्रेडेशन की लड़ है सब तो वही लड़ है ग्रेडेशन की लड़ है हाल तक लेकिन अमेच्योर कबड्डी कि प्रोफेसनल कबड्डी कि ए ग्रेड के प्लेयर कि बी के सी के ठीक है ये 5 लाख वाले कि 5 लाख तो उत्ते वाले कि एग्रीमेंट वाले कि साढ़े मुकाबले के उत्ते देखो एक टाइम सगा कि सर्कल स्टाइल कबड्डी की किन्नी चढ़ाई से नैशनल स्टाइल कबड्डी कोई पुछता नहीं पर उन्होंने कबड्डी ऑर्गेनाइज कर लिया सिस्टम अडोप्ट कर लिया तो अज नैशनल स्टाइल कबड्डी कितने गई तो साढ़े प्लेयर पुछते ही नहीं जो प्रोफेसनल कबड्डी हो जाऊगी ना प्रोफेसनल गेम हो जाती है तो प्लेयर की शरेआम बोली लगती है एक थान से पंडाल के प्लेयर इकट्ठे कर ले जाते हैं उत्थे उन्होंने ऑक्शन होंगी है ऑक्शन के उत्ते टीम बनाई जाए तो सारे प्रोफेसनल मैच तो फिर वो नहीं हों कि प्रोफेसनल प्लेयर खरीद ले किसी पिंड जाके खेल लगे
ਉਹ ਇਹ ਵੀ ਬੈਨ ਕਰਦੇ ਆ ਕਿ ਤੁਸੀਂ ਸਾਡੇ ਮੈਚ ਹੀ ਖੇਡਣੇ ਆ, ਜਿੱਥੇ ਉਹ ਬਾਡੀ ਦੇ ਮੈਚ ਹੋਣਗੇ ਉਹੀ ਖੇਡਦੇ, ਪ੍ਰੋਫੈਸ਼ਨਲ ਦੂਜੇ ਮੈਚ ਨਹੀਂ ਖੇਡ ਸਕਦੇ। ਇਸ ਤਰ੍ਹਾਂ ਦੀ ਇਹਦੀ ਲੋੜ ਹੈ, ਇੱਕ ਦਿਨ ਆਉਣਾ ਹੈ, ਇਸ ਪਾਸੇ ਸਾਨੂੰ ਤੁਰਨਾ ਪੈਣਾ। ਹੁਣ ਮੇਰੇ ਜਿਵੇਂ ਹੁਣ ਬਾਹਰੋਂ ਮੇਰੀ ਗੱਲ ਹੁੰਦੀ ਰਹਿੰਦੀ ਹੈ ਪ੍ਰਮੋਟਰ ਨੂੰ, ਉਹਨਾਂ ਟੀਮਾਂ ਬਣਾਉਣੀਆਂ ਬੰਦ ਕਰਤੀਆਂ ਕਈਆਂ ਨੇ। ਮੈਂ ਕਿਹਾ ਕਾਰਨ ਕਹਿੰਦੇ ਜਦੋਂ ਕਰੋਨਾ ਆਇਆ, ਕਰੋਨਾ ਨੇ ਸਾਨੂੰ ਅਕਲ ਦਿੱਤੀ। ਜਦੋਂ ਅਸੀਂ 70-80 ਲੱਖ ਰੁਪਈਆ ਦਿੰਦੇ ਸੀ, ਸ਼ਨੀ ਤੇ ਐਤਵਾਰ ਮੈਚ ਹੁੰਦੇ ਆ ਉੱਥੇ, ਅਸੀਂ ਫੈਮਿਲੀ ਨੂੰ ਟਾਈਮ ਨਹੀਂ ਦਿੰਦੇ। ਹੁਣ ਅਸੀਂ ਆਪਦੇ ਘਰ ਵੀ ਲੈ ਲਏ ਵੀ ਅਸੀਂ ਅੱਜ ਸੋਚ ਰਹੇ ਹਾਂ ਵੀ ਜੇ ਅਸੀਂ ਇੱਕ ਟੀਮ 'ਤੇ 50 ਲੱਖ ਰੁਪਈਆ ਲਾਤਾ ਤਾਂ ਸਾਨੂੰ ਉਹਦਾ ਕੀ ਬੈਨੀਫਿਟ ਆ? ਵੀ ਅਸੀਂ ਉਹ ਤੁਹਾਨੂੰ ਪਤਾ ਜੀ ਉੱਥੇ ਕਿਵੇਂ ਵਿਚਾਰੇ ਮਿਹਨਤ ਕਰਦੇ ਆ ਪ੍ਰਮੋਟਰ, ਹੈ ਨਾ? ਇੱਦਾਂ ਕਰਕੇ ਅਤੇ ਇਹਦਾ ਮੈਨੂੰ ਲੱਗਦਾ ਵੀ ਜੇਕਰ ਅਸੀਂ ਥੋੜ੍ਹਾ ਜਿਹਾ ਇਹ ਡੀ ਪੀ ਸਰ ਮਤਲਬ ਇਹਦੇ ਵੱਲ ਝੁਕਾਅ ਹੋਵੇ, ਪਲੇਅਰਾਂ ਨਾਲ ਇੱਕ ਸਿੱਧੀ ਹੋਵੇ, ਤੁਸੀਂ 10 ਲੱਖ ਲੈਣਾ ਇੱਦਾਂ ਹੋਵੇ, ਜੋ 12 ਲੱਖ ਕਮਾ ਕੇ ਦੇਵੇ ਉਹ 2 ਲੱਖ, ਇੱਦਾਂ ਦਾ ਮੈਨੂੰ ਲੱਗਦਾ ਬੈਟਰ ਹੋਊਗਾ। ਕਿਉਂਕਿ ਉਹਨੂੰ ਤਾਂ ਸੇਵ ਕਰਤਾ ਨਾ ਜੀ ਬੰਦੇ ਨੂੰ, ਵੀ ਤੇਰਾ ਤਾਂ ਪੱਕਾ ਹੀ ਹੋ ਗਿਆ। ਦੇਖੋ ਜੀ, ਅੱਜ ਤੱਕ ਜਿੰਨੇ ਨਾਂ ਦੀ ਖਾਤਰ ਪ੍ਰਮੋਟਰ ਉੱਠੇ ਆ ਅਤੇ ਜਿੰਨਾਂ ਪ੍ਰਮੋਟਰਾਂ ਨੇ ਕੰਮ ਕੀਤਾ ਹੁਣ ਤੱਕ ਕਬੱਡੀ ਦੀ ਖਾਤਰ, ਕਈ ਕੰਗਾਲ ਹੋ ਗਏ ਜੀ, ਇੰਨਾ ਪੈਸਾ ਲਟਾਤਾ ਉਹਨਾਂ ਦਾ ਬਣਿਆ ਹੀ ਕੱਖ ਜੀ, ਕਿਉਂਕਿ ਉਹ ਇਕੱਲੇ ਨਾਂ ਦੀ ਖਾਤਰ ਹੀ ਸੀ ਅਤੇ ਇਸ ਕਰਕੇ ਪ੍ਰਮੋਟਰ ਵੀ ਘੱਟਦੇ ਜਾਂਦੇ ਆ। ਹੁਣ ਦੇ ਨਵੇਂ ਪਲੇਅਰ ਸੋਚਦੇ ਆ, ਪਹਿਲਾਂ ਉਦੋਂ ਵੀ ਲੋਕਾਂ ਦੇ ਦਿਮਾਗਾਂ 'ਚ ਸੀ ਵੀ ਸ਼ਾਇਦ ਪਤਾ ਨਹੀਂ ਕਿੰਨਾ ਕੁ ਕਮਾਉਂਦੇ ਆ, ਬਾਹਰੋਂ ਆ ਕੇ NRI ਭਰਾ ਲਾਉਂਦੇ ਸੀ, ਟੂਰਨਾਮੈਂਟਾਂ ਦੇ ਉੱਤੇ ਪੈਸਾ ਲਾਉਂਦੇ ਸੀਗੇ, ਉਹ ਕਮਾਉਂਦੇ ਨਹੀਂ ਸੀ, ਉਹ ਸਿਰਫ ਇੱਕ ਨਾਂ ਦੀ ਖਾਤਰ, ਆਪਣੀ ਗੇਮ ਦੀ ਖਾਤਰ, ਆਪਣੇ ਸ਼ੌਕ ਦੀ ਖਾਤਰ, ਸ਼ੌਕ ਦੀ ਖਾਤਰ ਗੇਮ ਲਾ ਰਹੇ ਸੀ। ਹੁਣ ਉਹ ਰੁਝਾਨ ਘੱਟਦਾ ਜਾਂਦਾ। ਦੂਜੀ ਗੱਲ, ਪੰਜਾਬ ਦੇ ਵਿੱਚ ਜਿਹੜਾ ਹੁਣ ਆ ਗਿਆ, ਆਹ ਕੀ ਕਹਿ ਸਕਦੇ ਹਾਂ ਇਹਨਾਂ ਨੂੰ, ਗੈਂਗਸਟਰ, ਪੰਜਾਬੀ ਦੇ ਵਿੱਚ ਤਾਂ ਕੁਛ ਹੋਰ ਕਹਿੰਦੇ, ਭੈੜਾ ਲੱਗਦਾ, ਚਲੋ ਆਪਾਂ ਗੈਂਗਸਟਰ ਹੀ ਕਹਿ ਲਓ, ਗੈਂਗਸਟਰਵਾਦ ਆ ਗਿਆ, ਜਾਂ ਸਰਕਾਰਾਂ ਦੇ ਲੀਡਰਾਂ ਦੀਆਂ ਧਮਕੀਆਂ ਆ ਗਈਆਂ, ਸਰਕਾਰ ਬਾਹਰ NRI ਵੀਰਾਂ ਨੂੰ ਪੈ ਗਈ ਵੀ ਤੁਸੀਂ ਕਿੱਥੋਂ ਪੈਸਾ ਲਿਆਉਂਦੇ ਆ, ਡਰੱਗ ਦਾ ਪੈਸਾ ਲਿਆਉਂਦੇ ਆ, ਤੁਹਾਨੂੰ ਚੈੱਕ ਕਰਾਂਗੇ। ਉਹ ਵਿਚਾਰੇ ਉਹਨੂੰ ਹੀ ਹੱਟਦੇ ਜਾਂਦੇ ਆ, ਅਗਲੇ ਕਹਿੰਦੇ ਅਸੀਂ ਕੀ ਲੈਣਾ ਇੰਨਾ ਪੈਸਾ ਲਾ ਕੇ। ਇਹ ਕਬੱਡੀ ਵਾਸਤੇ ਮਾੜੀਆਂ ਗੱਲਾਂ ਨਾ, ਕਿਉਂਕਿ ਉਹ ਸਰਕਾਰੀ ਲੀਡਰਾਂ ਨੂੰ ਵੀ, ਜਿਹੜੇ ਸਿਆਸੀ ਲੀਡਰਾਂ ਨੂੰ ਵੀ ਲੱਗਦਾ ਵੀ ਇਹਨਾਂ ਬੰਦਿਆਂ ਦਾ ਨਾਂ ਸਾਡੇ ਨਾਲੋਂ ਵੱਧ ਬਣਦੇ। ਉਹ ਭਲਾ ਨਿਰੋਲ ਇੱਕ ਨਾਂ ਦੀ ਖਾਤਰ ਅਤੇ ਆਪਦੇ ਗੇਮ ਦੇ ਸ਼ੌਕ ਦੀ ਖਾਤਰ ਆਪਾਂ ਫੂਕ ਕੇ ਵਿਚਾਰੇ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰਕੇ ਇੱਥੇ ਲੈ ਕੇ ਆਉਂਦੇ ਆ, ਪਰ ਉਹਨਾਂ ਦੀ ਜਿਹੜੀ ਰੰਗਤ ਗਲਤ ਦਿੱਤੀ ਜਾਣ ਲੱਗੀ ਉਹ ਘਟਣ ਲੱਗ ਗਈ। ਹੁਣ ਤਾਂ ਲੋੜ ਹੀ ਬਣ ਗਈ ਕਿ ਇਸ ਗੇਮ ਨੂੰ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਲਿਜਾਇਆ ਜਾਵੇ, ਜੇ ਬਚਾਉਣਾ ਹੈ ਤਾਂ, ਜੇ ਕਬੱਡੀ ਬਚਾਉਣੀ। ਪਹਿਲਾ ਸਟੈਪ ਇਹਦਾ ਇਹ ਹੈ ਕਿ ਇਹਨੂੰ ਡੋਪ ਲੈਸ ਕੀਤਾ ਜਾਵੇ, ਠੀਕ ਹੈ, ਡਰੱਗ ਤੋਂ ਬਚਾਇਆ ਜਾਵੇ, ਕਿਉਂਕਿ ਅਜੇ ਨਾਂ ਦੇ ਚੱਕਰ ਦੇ ਵਿੱਚ ਹੀ ਕਈ ਵਾਰ ਹੁਣ ਪਲੇਅਰ ਵੀ ਮੈਂ ਵੇਖਿਆ ਉਹ ਜੇ ਡੋਪ 'ਚ ਗਿਰਸੇ ਉਹ ਪੈਸੇ ਦੀ ਖਾਤਰ ਨਹੀਂ, ਕਈ ਵਾਰ ਨਾਂ ਦੀ ਖਾਤਰ ਹੀ ਜਾਣੀ, ਤਕੜਾ ਹੋਣ ਦੀ ਖਾਤਰ ਹੀ ਮੇਰਾ ਨਾਂ ਬਣ ਜੇ, ਯਾਰ 4 ਜਣ ਖੇਡਣ ਲੱਗ ਗਏ ਲੈ ਇਸ ਪਾਸੇ ਜਾਣ, ਐਜੂਕੇਸ਼ਨ ਦੀ ਘਾਟ ਹੈ ਸਰ, ਨਾਂ ਬਣਾਓ ਸਨਮਾਨ ਦੇ ਨਾਲ। ਇੱਕ ਮੈਂ, ਤੁਸੀਂ ਤਾਂ ਬੜੇ ਸੁਲਝੇ ਹੋਏ ਬੰਦੇ ਹੋ, ਮਤਲਬ ਵੀ ਜਿਹੜੇ ਸਾਡੇ ਕਬੱਡੀ ਦੇ ਪਲੇਅਰ ਨੂੰ ਭੁੱਲਿਆ ਜਾ ਰਿਹਾ, ਮਤਲਬ ਵੀ ਜਿਹੜੇ ਬੰਦੇ ਵੱਡਾ ਵੱਡਾ ਖੇਡੇ, ਹੈ ਨਾ, ਉਹਨਾਂ ਨੂੰ ਭੁੱਲ ਗਏ, ਜਿਵੇਂ ਤੁਸੀਂ ਐਡੀ ਤਗੜੀ ਕਬੱਡੀ ਖੇਡੀ, ਨਵੇਂ ਮੁੰਡਿਆਂ ਨੂੰ ਅਸੀਂ ਪੁੱਛਦੇ ਹਾਂ, ਹੈ ਨਾ, ਅਤੇ ਉਹ ਕਾਰਨ ਕੀ ਹੈ? ਇਹ ਸਾਡੀ ਅਣਗਹਿਲੀ ਆ ਪੱਤਰਕਾਰਾਂ ਦੀ, ਕੀ ਰੀਜ਼ਨ, ਕੀ ਰੀਜ਼ਨ ਕੀ ਹੈ ਇਹਦਾ? ਦੇਖੋ ਜੀ, ਹਮੇਸ਼ਾ ਹੀ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ, ਵਕਤ ਦੇ ਨਾਲ ਪੁਰਾਣੇ ਨੂੰ ਭੁੱਲ ਹੀ ਜਾਂਦੇ ਆ, ਜੇ ਨਵੇਂ ਪੱਤੇ ਨਿਕਲ ਆਉਂਦੇ ਆ ਤਾਂ ਪੁਰਾਣੇ ਡਿੱਗ ਪੈਂਦੇ ਆ। ਚੰਗੀ ਗੱਲ ਹੋਵੇ ਜੇ ਨਾ ਭੁਲਾਇਆ ਜਾਵੇ ਤਾਂ, ਉਹਨਾਂ ਦੇ ਨਾਵਾਂ ਨੂੰ ਸਾਂਭ ਕੇ ਰੱਖਿਆ ਜਾਵੇ, ਪਰ ਕਿਹੜੇ ਨਾਂ ਸਮਝਦੇ ਆ ਜਿਹੜੇ ਨਾਲ ਤੁਰੇ ਫਿਰਦੇ ਆ? ਚੰਦ ਅਸੀਂ ਅੱਜ ਗਰਾਊਂਡ 'ਤੇ ਤੁਰਦੇ ਫਿਰਦੇ ਹਾਂ, ਨਾਲ ਤੁਰੇ ਫਿਰਦੇ ਹਾਂ, ਸਾਡਾ ਨਾਂ ਕੱਲ੍ਹ ਨੂੰ ਜਦੋਂ ਅਸੀਂ ਬਹਿ ਕੇ ਸਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ। ਇਹ ਤਾਂ ਸਦਾ ਤੋਂ ਬਣਿਆ ਹੀ ਆਇਆ ਇਸ ਤਰ੍ਹਾਂ ਦਾ, ਕੋਈ ਕਿਉਂਕਿ ਆਪਣਾ ਕੋਈ ਇਤਿਹਾਸ ਨਹੀਂ ਲਿਖਦੇ ਗੇ, ਕੋਈ ਇਤਿਹਾਸ ਸਾਂਭ ਕੇ ਨਹੀਂ ਰੱਖਦੇ, ਇਸ ਤਰ੍ਹਾਂ ਦੀ ਗੇਮ ਦੇ ਵਿੱਚ ਹੈ ਨਹੀਂ। ਅਜੇ ਤਾਂ ਹੋਰ ਹੀ ਬਹੁਤ ਬੁਰਾਈਆਂ, ਤਾਂ ਬਹੁਤ ਵੱਡੀ ਗੱਲ ਕੀਤੀ ਆ ਤੁਸੀਂ, ਇਸ ਲੈਵਲ ਤੱਕ ਪਹੁੰਚਣ ਵਾਸਤੇ ਤਾਂ ਬਹੁਤ ਟਾਈਮ ਲੱਗੂਗਾ। ਮੈਂ ਕਦੇ ਕਦੇ ਕੋਸ਼ਿਸ਼ ਕਰੂੰਗਾ ਜੀ ਕਿ ਮੈਂ ਇੱਕ ਰਿਕਾਰਡ ਬੁੱਕ ਲਿਖਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਟੋਟਲ, ਅਤੇ ਪਰ ਉਹਦੇ ਵਾਸਤੇ ਮੈਨੂੰ ਇੱਕ ਥੋੜ੍ਹੀ ਜਿਹੀ ਇਹ ਚਾਹੀਦਾ ਕਿ ਬਈ ਮੇਰੇ ਨਾਲ ਸਹਿਚਾਰ ਹੋਵੇ ਪਲੇਅਰਾਂ ਦਾ, ਹੈ ਨਾ, ਮੈਨੂੰ ਇਮਾਨਦਾਰੀ ਨਾਲ ਦੱਸਣ ਬੰਦੇ ਵੀ ਮੈਂ ਇੰਨਾ ਹੀ ਕੁਛ ਕੀਤਾ ਭਾਈ, ਮੈਂ ਇੰਨਾ ਹੀ ਕੁਛ ਕੀਤਾ, ਅਤੇ ਉਹਦੀ ਨਿੱਕੀ ਨਿੱਕੀ ਬਾਇਓਡਾਟਾ ਹੋਵੇ ਉਹਨਾਂ ਦੇ ਵਿੱਚ, ਇੱਕ ਇੱਕ ਪੇਜ ਮਿਲੇ ਉਹਨੂੰ, ਹੈ ਨਾ, ਇੱਕ ਗ੍ਰੰਥ ਲਿਖਿਆ ਜਾਵੇ ਕਬੱਡੀ ਦਾ। ਮੈਂ ਕੋਸ਼ਿਸ਼ ਕਰੂੰ, ਦੇਖੋ ਜੇ ਕੋਈ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਆ, ਠੀਕ ਆ, ਅਤੇ ਜੇ ਕੋਈ ਬੂਸਟ ਕਰੂਗਾ ਆਪਦੇ ਆਪ ਨੂੰ ਵਧਾ ਚੜਾ ਕੇ ਦੱਸੂਗਾ, ਫੜਿਆ ਜਾਊਗਾ, ਉਹਦੇ ਪਤਾ ਲੱਗ ਜੂਗਾ, ਜੇ ਕੋਈ ਝੂਠ ਮਾਰੂਗਾ ਪਤਾ ਲੱਗ ਜੂਗਾ ਕਿੱਥੇ ਜਾਊਗਾ। ਬੇਸ਼ੱਕ ਇਤਿਹਾਸ ਨਹੀਂ ਲਿਖਿਆ ਕਬੱਡੀ ਦਾ, ਇਤਿਹਾਸ ਅਣਲਿਖਿਆ, ਪਰ ਲੋਕਾਂ ਦੇ ਮਨਾਂ 'ਚ ਤਾਂ ਹੈਗਾ, ਲੋਕ ਤਾਂ ਜਾਣਦੇ ਆ। ਹੁਣ ਮੈਂ ਕਈ ਵਾਰ ਆਮ ਹੀ ਗੱਲ ਕਰਦਾ ਹੁੰਦਾ ਅਤੇ ਆ ਫੇਸਬੁੱਕਾਂ 'ਤੇ ਜਾਂ ਹੋਰਾਂ ਦੇ ਉੱਤੇ ਸਾਡੇ ਜਿਹੜੇ ਫੋਲੋਅਰ ਬਹੁਤ ਘੱਟ ਆ, ਕਿਉਂਕਿ ਨਾ ਤਾਂ ਸਾਨੂੰ ਫੇਸਬੁੱਕ ਆਉਂਦੀ ਨਾ ਯੂਟਿਊਬ ਆਉਂਦੀ। ਦੂਜੀ ਗੱਲ ਵੀ ਅਸੀਂ ਜਦੋਂ ਕਬੱਡੀ ਖੇਡੀ ਹੈ
ਤੇ ਸਾਡੇ ਜ਼ਿਆਦਾ ਨਹੀਂ ਤਾਂ 60-70% ਪ੍ਰਸ਼ੰਸਕ ਸਾਨੂੰ ਵੇਖਣ ਵਾਲੇ ਦੁਨੀਆਂ ਹੀ ਛੱਡ ਕੇ ਜਾ ਚੁੱਕੇ ਆ ਤੇ ਨਵਿਆਂ ਨੇ ਤਾਂ ਸਾਨੂੰ ਦੇਖਿਆ ਹੀ ਨਹੀਂ ਨਵਿਆਂ ਦੇ ਵਿੱਚ ਸਾਨੂੰ ਤਾਂ ਯਾਦ ਕਰਨ ਵਾਲੇ ਉਹੀ ਆ ਜਿਹਨਾਂ ਨੂੰ ਅਸੀਂ ਕੋਚਿੰਗ ਦਿੱਤੀ ਆ ਸਾਨੂੰ ਜਿਹੜੇ ਪਲੇਅਰ ਅਸੀਂ ਪ੍ਰੋਡਿਊਸ ਕੀਤੇ ਆ ਪੈਦਾ ਕੀਤੇ ਆ ਅਸੀਂ ਉਹਨਾਂ ਦੇ ਰਾਹੀਂ ਲੋਕਾਂ ਦੇ ਸਾਹਮਣੇ ਆ ਆਪਦੀ ਗੇਮ ਰਾਹੀਂ ਨਹੀਂ ਸਾਡੀ ਗੇਮ ਵਾਲਾ ਕੰਮ ਤਾਂ ਖਤਮ ਹੈ ਕਿਉਂਕਿ ਸਾਡੀ ਗੇਮ ਵੇਖਣ ਵਾਲੇ ਤਾਂ ਬਹੁਤ ਘੱਟ ਹੈ ਹੁਣ ਇੱਕ ਮੈਂ ਗੱਲ ਕੀਤੀ ਸੀ ਉਹਦੇ ਮੁਹੰਮਦ ਸਦੀਕ ਵਾਲੀ ਤੂੰਬੀ ਖੜਕਾਉਣ ਵਾਲੀ ਤੇ ਇੱਕ ਪਲੇਅਰ ਮੈਨੂੰ ਮਿਲਿਆ ਉਹ ਵਾਕਿਆ ਕੀ ਸੀ ਜੀ ਕਹਿੰਦਾ ਜੀ ਸਰ ਜੀ ਵਾਕਿਆ ਰਿਪੋਰਟ ਬਣਾਉਣ ਦੀ ਲੋੜ ਨਹੀਂ ਉਹ ਸੱਚੀ ਸੀ ਇੱਕ ਪਲੇਅਰ ਇੱਕ ਮੈਨੂੰ ਮਿਲਿਆ ਬੰਦਾ ਬਜ਼ੁਰਗ ਵੱਡੀ ਦਾ ਕਹਿੰਦਾ ਮੱਖਣ ਸਾਹਿਬ ਤੂੰ ਗੱਲ ਸਹੀ ਗਈ ਮੈਂ ਕਹਿੰਦਾ ਉੱਥੇ ਹਾਜ਼ਰ ਸੀ ਉਹਦੇ ਅੱਛਾ ਤੇ ਜੇ ਮੈਂ ਗੱਲ ਕੀਤੀ ਉਹ ਹਾਜ਼ਰ ਸੀ ਤਾਂ ਉਹਨੂੰ ਪਤਾ ਉਹ ਗਵਾਹੀ ਭਰਦੇ ਆ ਤੇ ਗਲਤ ਗੱਲਾਂ ਕਰਕੇ ਅਸੀਂ ਗਲਤ ਗੱਲਾਂ ਕਰਕੇ ਲੋਕਾਂ ਤੋਂ ਕੋਟੀ ਖਾਵਾਂਗੇ ਨਫ਼ਰਤ ਦੇ ਪਾਤਰੀ ਬਣਾਂਗੇ ਅਸੀਂ ਗਲਤ ਗੱਲ ਕਾਹਤੋਂ ਕਰਾਂਗੇ ਪੂਰਾ ਜ਼ਿੰਦਗੀ ਦੀਆਂ ਇੱਕ ਸੱਚਾਈਆਂ ਹੁਣ ਕਈ ਮੇਰੇ ਬੰਦੇ ਇਸ ਤਰ੍ਹਾਂ ਦੇ ਵੀ ਮੈਨੂੰ ਮਿਲੇ ਕਰਾ ਲਓ ਬਾਦਲਾਂ ਤੋਂ ਬਣਾ ਵਰਲਡ ਕੱਪ ਅੱਛਾ ਜੇ ਤੁਸੀਂ ਬਾਦਲਾਂ ਨੂੰ ਨਿੰਦੀ ਜਾਂਦੇ ਉਹ ਮੈਂ ਕਿਹਾ ਮੈਂ ਬਾਦਲਾਂ ਨੂੰ ਨਿੰਦਣ ਵਾਲੀ ਗੱਲ ਨਹੀਂ ਮੈਂ ਵਕਤ ਦੀ ਗੱਲ ਕਰ ਰਿਹਾ ਵੀ ਕੋਈ ਟਾਈਮ ਸੀ 1974 ਦਾ ਤੇ ਅੱਜ 217 ਦਾ ਮੈਂ ਕਿਹਾ ਉਦੋਂ ਆਹ ਟਾਈਮ ਸੀ ਬਾਦਲਾਂ ਨੂੰ ਨਿੰਦਣ ਵਾਲੀ ਗੱਲ ਨਹੀਂ ਇਹ 'ਚ ਕੋਈ ਡਾਊਟ ਨਹੀਂ ਤੇ ਜੇ ਕਬੱਡੀ ਦੇ ਵਿੱਚ ਵਰਲਡ ਕੱਪ ਕਰਾਏ ਤਾਂ ਬਾਦਲੇ ਨਹੀਂ ਕਰਾਏ ਜਾਂ ਬਾਦਲਾਂ ਤੋਂ ਬਿਨਾਂ ਨਹੀਂ ਕਰਾਈ ਮੈਂ ਕੋਈ ਬਾਦਲਾਂ ਦੀ ਵਡਿਆਈ ਕਰਨ ਵਾਸਤੇ ਜਾਂ ਬਾਦਲਾਂ ਦੀ ਨਿੰਦਿਆ ਕਰਨ ਵਾਸਤੇ ਇੰਟਰਵਿਊ ਤੇ ਨਹੀਂ ਆਇਆ ਮੈਂ ਤਾਂ ਕਬੱਡੀ ਦੀ ਗੱਲ ਕਰਨ ਵਾਸਤੇ ਆਇਆ ਵੀ ਕਬੱਡੀ ਕੀ ਹੈ ਉਹ ਐਂਗਲ ਬਦਲ ਦਿੰਦੇ ਆ ਮੇਰਾ ਕੋਈ ਐਂਗਲ ਕਿਸੇ ਪਾਸੇ ਨਹੀਂ ਜੇ ਮੈਂ ਕਿਹਾ ਵੀ ਹੁਣ ਕਬੱਡੀ ਵਾਸਤੇ ਬੱਬੂ ਮਾਨ ਦੇ ਖਾੜੇ ਲਾਉਣੇ ਪੈਂਦੇ ਮੈਂ ਕਿਹਾ ਬੱਬੂ ਮਾਨ ਨੂੰ ਨਿੰਦਾ ਨਹੀਂ ਬੱਬੂ ਮਾਨ ਆਪਦੇ ਥਾਂ 'ਤੇ ਮਸ਼ਹੂਰ ਆ ਉਹ ਆਪਦੇ ਥਾਂ 'ਤੇ ਇੱਕ ਗਾਥਾ ਹੈ ਲੋਕ ਹੈ ਲੋਕ ਉਹਨੂੰ ਜਾਣਦੇ ਆ ਕੋਈ ਮੈਂ ਬੱਬੂ ਮਾਨ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਗਾਇਕਾਂ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਗਾਇਕ ਆਪਣੀ ਥਾਂ ਦੇ ਉੱਤੇ ਆ ਗੇਮ ਆਪਣੀ ਥਾਂ ਦੇ ਉੱਤੇ ਆਪੋ ਆਪਣੇ ਪਿੱਲਰਾਂ 'ਤੇ ਖੜਨ ਕਿਸੇ ਨੂੰ ਕਿਸੇ ਦਾ ਆਸਰਾ ਨਾ ਲੈਣਾ ਪਵੇ ਵੀ ਗੇਮ ਕੋਈ ਮਾੜੀ ਨਹੀਂ ਮੈਂ ਤਾਂ ਉਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਵੀ ਇੱਕ ਟਾਈਮ ਆਹ ਸੀ ਕਿ ਲੋਕ ਕਬੱਡੀ ਨੂੰ ਇੰਨਾ ਪ੍ਰੇਮ ਕਰਦੇ ਸੀ ਵੀ ਜੇ ਕਬੱਡੀ ਵੇਂਦੇ ਤਾਂ ਉਸ ਟਾਈਮ ਕਬੱਡੀ ਵੇਂਦੇ ਆ ਜੇ ਗਾਇਕੀ ਵੇਂਦੇ ਗਾਇਕੀ ਵੇਂਦੇ ਆ ਤੇ ਅਸੀਂ ਵੀ ਇਹ ਸਟੈਂਡ ਲੈਂਦੇ ਸੀ ਯਾਰ ਜਾਂ ਗੀਤ ਸੁਣ ਲਓ ਗਾਉਣ ਵਾਲਾ ਸੁਣ ਲਓ ਜਾਂ ਕਬੱਡੀ ਵੇਖ ਲਓ ਇੱਕ ਟਾਈਮ ਤਾਂ ਦੋ ਸਵਾਦ ਕਿਉਂ ਪਰ ਇੱਕ ਗੱਲ ਇਹ ਵੀ ਹੈ ਸਰ ਜਦੋਂ ਆਪਾਂ ਫੈਡਰੇਸ਼ਨ 'ਚ ਜਾਂਦੇ ਹੁੰਦੇ ਸੀ 2013-14 ਦੇ ਵਿੱਚ ਜਦੋਂ ਮੈਂ ਗਿਆ ਜਦੋਂ ਉੱਥੇ ਦਿੜਬੇ ਉਹ ਗੁਰਦਾਸ ਮਾਨ ਆਇਆ ਸੀ ਇੱਕ ਵਾਰੀ ਹੈ ਨਾ ਭਾਅ ਜੀ ਆਏ ਸੀ ਉਦੋਂ ਜਦੋਂ ਗੁਰਦਾਸ ਮਾਨ ਆਇਆ ਅਤੇ ਸਾਡਾ ਆਪਣਾ ਫਾਈਨਲ ਮੈਚ ਨਹੀਂ ਹੋਇਆ ਉਹ ਮੈਚ ਫਾਈਨਲ ਮੈਚ ਨਹੀਂ ਸੀ ਹੋਇਆ ਉਦੋਂ ਦੇਖੋ ਜੀ ਗੁਰਦਾਸ ਮਾਨ ਮੇਰਾ ਕਲਾਸ ਫੈਲੋ ਆ ਮੇਰਾ ਦੋਸਤ ਹੈ ਮੈਂ ਕੋਈ ਗੁਰਦਾਸ ਮਾਨ ਦੇ ਅਗੇਂਸਟ ਨਹੀਂ ਠੀਕ ਹੈ ਉਹਦੀ ਆਪਦੀ ਕਲਾ ਹੈ ਉਹਨੇ ਆਪਦੀ ਕਲਾ ਆਪਦੀ ਫਨ ਦੇ ਵਿੱਚ ਅਲੱਗ ਹੋਣਾ ਚਾਹੀਦਾ ਨਾ ਬਣਾਇਆ ਠੀਕ ਹੈ ਪਰ ਮੈਂ ਇਹ ਕਹਿੰਦਾ ਵੀ ਇਹ ਕਲਾ ਉਹਨਾਂ ਦੀ ਕਲਾ ਸਾਡੀ ਕਬੱਡੀ 'ਤੇ ਹਾਵੀ ਪਈ ਜਾਂਦੀ ਹੈ ਲੋਕਾਂ ਦੇ ਵਿੱਚ ਗਾਇਕਾਂ ਦਾ ਰੁਝਾਨ ਜ਼ਿਆਦਾ ਹੋ ਗਿਆ ਗਾਇਕਾਂ ਦਾ ਰੁਝਾਨ ਰੱਖਣ ਮੈਂ ਲੋਕਾਂ ਦੇ ਗਾਇਕਾਂ ਦੇ ਰੁਝਾਨ ਦੇ ਅਗੇਂਸਟ ਨਹੀਂ ਸੁਣਨ ਗਾਉਣ ਵਾਲਿਆਂ ਨੂੰ ਅਸੀਂ ਕਦੋਂ ਕਹਿੰਦੇ ਨਾ ਸੁਣੋ ਪਰ ਅੱਡੋ ਅੱਡੀ ਥਾਂ ਥਾਂ ਦਾ ਵੰਡ ਲਓ ਇੱਕ ਥਾਂ 'ਤੇ ਮਿਕਸਅਪ ਨਾ ਕਰੋ ਵੀ ਉਹਦੇ ਜੇ ਕਬੱਡੀ ਦਾ ਟੂਰਨਾਮੈਂਟ ਕਰਾਇਆ ਤਾਂ ਉੱਥੇ ਕਬੱਡੀ ਕੋਈ ਹੋ ਗਈ ਮੇਰਾ ਕਹਿਣ ਦਾ ਮਤਲਬ ਇਹ ਹੈ ਜੇ ਖਾਲਾ ਲਵਾਇਆ ਤਾਂ ਖਾਲਾ ਹੀ ਲਵਾਓ ਇੱਕ ਪਾਸੇ ਉਹ ਨਾ ਇਹ ਨਾਲ ਵਿੱਚ ਕਬੱਡੀ ਦੇ ਵਿੱਚ ਦੂਜੇ ਗਾਉਣ ਵਾਲੇ ਚੰਗਾ ਨਹੀਂ ਲੱਗਦਾ ਕਿਉਂਕਿ ਜਦੋਂ ਕਬੱਡੀ ਦੇ ਗਰਾਊਂਡ ਦੇ ਵਿੱਚ ਪਲੇਅਰ ਖੇਡਦਾ ਤਿਆਰ ਹੋ ਕੇ ਵਾਰਮ ਅਪ ਹੋ ਕੇ ਖੇਡਦਾ ਉਹਦਾ ਮਾੜਾ ਜਿਹਾ ਧਿਆਨ ਪਾਸੇ ਗਏ ਤਾਂ ਸੱਟ ਵੱਜਣ ਦਾ ਚਾਂਸ ਹੈ ਅਤੇ ਇੱਕ ਪਲੇਅਰ ਦੇ ਸੱਟ ਵੱਜ ਗਈ ਲੱਤ ਬਾਂਹ ਟੁੱਟ ਗਈ 3 ਮਹੀਨੇ 3 ਮਹੀਨੇ ਮੰਜੇ 'ਤੇ ਪੈਣਾ ਇਹ ਮੈਨੂੰ ਪਤਾ ਹੈ ਮੈਂ ਕਬੱਡੀ ਖੇਡਦੇ ਵੇਲੇ ਘੱਟੋ ਘੱਟ 7-8 ਵਾਰ ਹੱਡੀਆਂ ਤੜਵਾਈਆਂ ਅਤੇ ਹੱਡੀ ਤੜਾ ਕੇ 3 ਮਹੀਨੇ ਮੰਜੇ 'ਤੇ ਕਿਵੇਂ ਲੰਘਦੇ ਆ ਮੈਂ ਬਹੁਤ ਚੰਗੀ ਤਰ੍ਹਾਂ ਹੰਡਾਇਆ ਲਲਕਰਾ ਹੁਣ ਮੈਂ ਕਮੈਂਟਰੀ ਦੇ ਵਿੱਚ ਲਲਕਲੇ ਬਾਲਦੇ ਆ ਮੈਂ ਲਲਕਲਿਆਂ ਦੇ ਕਿਉਂ ਉਲਟ ਹੈ ਮੈਂ ਬਹੁਤ ਵਾਰ ਕਿਹਾ ਕਿ ਨਾ ਮੇਰੀ ਅਮਰੀਕ ਉਸੇ ਨਾਲ ਗੱਲ ਹੋਈ ਮੈਂ ਕਿਹਾ ਯਾਰ ਗਲਤ ਕਰਦੇ ਆ ਉਹ ਕਹਿੰਦਾ ਜੀ ਪਸੰਦ ਹੀ ਲੋਕ ਲਲਕਲਿਆਂ ਨੂੰ ਕਰਦੇ ਆ ਸਾਨੂੰ ਸਾਦੇ ਹੀ ਤਾਂ ਅਸੀਂ ਲਲਕਲੇ ਮਰਾਉਂਦੇ ਹਾਂ ਮੈਂ ਕਿਹਾ ਯਾਰ ਭਲਵਾਨੀ ਜੇ ਲਲਕਲੇ ਮਰਾਉਣੇ ਕਿਹਦੇ 'ਤੇ ਮਰਵਾ ਰਿਹਾ ਮੂਹਰਲੇ ਪਲੇਅਰ ਜਿਹੜੇ 'ਤੇ ਲਲਕਲਾ ਮਾਰਿਆ ਉਹ ਵੀ ਤਾਂ ਭਲਵਾਨ ਹੈ ਇੱਕ ਭਲਵਾਨ ਨੂੰ ਤੁਸੀਂ ਸ਼ਾਬਾਸ਼ ਦੇ ਰਹੇ ਦੂਜੇ 'ਤੇ ਲਲਕਲਾ ਮਾਰਿਆ ਤਾੜੀਆਂ ਮਾਰੋ ਬੂਸਟ ਕਰੋ ਜਾਂ ਤਗੜਾ ਉਹਨੂੰ ਪੈਸੇ ਦਿਓ ਕੁਛ ਹੋਰ ਕਰੋ ਕੋਈ ਹੋਰ ਤਰੀਕੇ ਆ ਆ ਇਕੱਲੇ ਲਲਕਲੇ ਫੋਕੇ ਮਾਰ ਕੇ ਯਾਰ ਇੱਕ ਮਾੜੇ ਪਲੇਅਰ ਦਾ ਕਝੂੰਬਰ ਕੱਢ ਰਹੇ ਚੰਗੀ ਗੱਲ ਮੈਂ ਕਮੈਂਟਰੀ ਦੇ ਵਿੱਚ ਜਿਹੜੇ ਲਲਕਲੇ ਮਾਰਨੇ ਆ ਪਾ ਉਹ ਕਰਤਾ ਉਹ ਕਰਤਾ ਮੈਂ ਇਹਨਾਂ ਦੇ ਅੱਜ ਵੀ ਅਗੇਂਸਟ ਹੈ ਇਹ ਨਹੀਂ ਚਾਹੀਦੀਆਂ ਉਹ ਵੀ ਭਲਵਾਨ ਹੈ ਭਲਵਾਨਾਂ ਦੀ ਇੱਜ਼ਤ ਕਰਨੀ ਚਾਹੀਦੀ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਆ ਤਗੜਾ ਮਾੜਾ ਹੁੰਦਾ ਰਹਿਣਾ ਕਬੱਡੀ ਪੈਣੀ ਪੈਣੀ ਆ ਰੇਡ ਨਿਕਲਣੀ ਜੱਫਾ ਤਾਂ ਲੱਗਣਾ ਰੇਡਰ ਨੇ ਵੀ ਭੱਜਣਾ ਉਹਨੂੰ ਬੈਕਅਪ ਕਰੋ ਯਾਰ ਪਰ ਇੰਨਾ ਬੈਕਅਪ ਨਾ ਕਰੋ ਕਿ ਦੂਜੇ ਨੂੰ ਡਿਮੋਰਲਾਈਜ਼ ਕਰੋ ਜੇ ਦੂਜੇ ਨੂੰ ਡਿਮੋਰਲਾਈਜ਼ ਕਰਦੇ ਆ ਉਹਨੂੰ ਨਿਰਾਸ਼ਾਜਨਕ ਦਿੰਦੇ ਆ ਉਹਦੀ ਪਰ ਕਬੱਡੀ ਦੇ ਵਿੱਚ ਸਹੀ ਮਿਹਨਤ 'ਚ ਸਹੀ ਜੀ ਸਪੋਰਟਸਮੈਨਸ਼ਿਪ ਖਤਮ ਹੋ ਰਹੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਕਮੈਂਟਰੀ ਦਾ ਵੀ ਯੋਗਦਾਨ ਹੈ ਜਿਹੜੀ ਇਹ ਜ਼ਿਆਦਾ ਸਾਰਿਆਂ ਦੇ ਯੋਗਦਾਨ ਹੈ ਜੀ ਕਿਉਂਕਿ ਸਪੋਰਟਸਮੈਨ ਕੀ ਸ਼ਿਪ ਹੁੰਦੀ ਸਪੋਰਟਸਮੈਨ ਪਿਆਰ ਦੀ ਭਾਵਨਾ ਹੁੰਦੀ ਹੈ ਸਹਿਯੋਗ ਦੀ ਇੱਕ ਦੂਜੇ ਦੀ ਮਦਦ ਕਰਨ ਦੀ ਠੀਕ ਹੈ ਵੇਲੇ ਵੇਲੇ ਕੰਮ ਆਉਣ ਦੀ ਆਪ ਤੋਂ ਛੋਟੇ ਨੂੰ ਤਾਂ ਠਾਉਣ ਦੀ ਅਤੇ ਪਿਆਰ ਦਾ ਸੰਦੇਸ਼ ਦਿੰਦੀ ਹੈ ਜੋੜਨ ਦਾ ਦਿੰਦੀ ਹੈ ਅੱਜ ਅਸੀਂ ਗੇਮ ਦੇ ਆਸੇ ਟੁੱਟ ਰਹੇ ਇੱਕ ਦੂਜੇ ਨਾਲ ਲੜਾਈਆਂ ਕਰ ਰਹੇ ਲੜਨਾ ਤਾਂ ਗੇਮ ਸਿਖਾਉਂਦੀ ਨਹੀਂ
ਕੰਪੀਟੀਸ਼ਨ ਸਪਰਟ ਹੋਣਾ ਤੇ ਲੜਨਾ ਦੋ ਅੱਡ ਅੱਡ ਗੱਲਾਂ। ਕੰਪੀਟੀਸ਼ਨ ਸਪਰਟ ਕੇ ਆਪਣੀ ਯੋਗਤਾ ਨੂੰ, ਆਪਣੀ ਗੇਮ ਨੂੰ, ਆਪਣੀ ਕਲਾ ਨੂੰ ਵੱਧ ਤੋਂ ਵੱਧ ਜੋਸ਼ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਨਾ, ਲੋਕਾਂ ਨੂੰ ਪਸੰਦ ਆਉਣਾ ਤੇ ਧੱਕਾ ਮੁੱਕੀ ਹੋਣਾ, ਲੱਤੋ ਲੱਤੀ ਹੋ ਜਾਣਾ ਕੋਈ ਗੱਲਾਂ, ਇਹ ਕੋਈ ਸਪੋਰਟਸਮੈਨ ਹੈ? ਇਹ ਗਲਤ ਗੱਲ ਹੈ। ਇਹ ਗਲਤ ਗੱਲਾਂ ਦੇ ਨਾਲ ਅਸਲੀ ਸਪੋਰਟਸਮੈਨ ਸ਼ਬ ਭਾਵਨਾ ਖਤਮ ਹੋ ਗਈ ਤੇ ਫਿਰ ਸਪੋਰਟਸ ਦਾ ਕੀ ਮਤਲਬ? ਫਿਰ ਤਾਂ ਸਪੋਰਟਸ ਖਤਮ ਹੋ ਗਈ। ਇਸ ਤਰ੍ਹਾਂ ਦੀਆਂ ਭਾਵਨਾਵਾਂ ਨਹੀਂ ਚਾਹੀਦੀਆਂ। ਹੁਣ ਇੱਕ ਮੇਰਾ ਦੋਸਤ ਆ ਜੀ, ਕਬੱਡੀ ਦਾ ਵੱਡਾ ਨਾਂ ਜੀ, ਲੋਕ ਵੇਟ ਕਰਦੇ ਉਹਦੀ ਖੇਡ ਖੇਡ ਵੇਖਣ ਵਾਸਤੇ। ਉਹ ਵੀ ਅੱਜ ਕੱਲ੍ਹ ਅਸਲਾ ਲਸੰਸ ਬਣਾ ਰਿਹਾ। ਔਰ ਮੈਂ ਉੱਧਰ ਫਿਰ ਇੱਕ ਦਿਨ ਸੋਚਿਆ ਵੀ ਜਿੱਦਣ ਬੰਦਾ ਲੰਗੋਟਾ ਸਿਉਂਦਾ ਜੀ, ਉਹਦੀ ਮਾਂ ਸਿਉਂਦੀ, ਤਾਂ ਉਸ ਦਿਨ ਉਹਨੂੰ ਅਸਲੇ ਦਾ ਲਸੰਸ ਵੀ ਜਿਹੜਾ ਹੈਗਾ ਉਹ ਅਪਲਾਈ ਕਰ ਦੇਣਾ ਚਾਹੀਦਾ। ਉਦੋਂ ਨਹੀਂ ਸੀ ਹੁੰਦੀਆਂ ਇਹ ਚੀਜ਼ਾਂ, ਜਦੋਂ ਆਪਣਾ ਹੈ ਨਾ ਉਦੋਂ ਮਤਲਬ ਵੀ ਬੜਾ ਪ੍ਰੇਮ ਸੀ, ਮਤਲਬ ਬੰਦੂਕ ਦੀ ਲੋੜ ਪੈ ਰਹੀ ਅੱਜ ਕੱਲ੍ਹ ਕਬੱਡੀ ਦੇ ਵਿੱਚ। ਵੇਖੋ ਜੀ, ਮੈਂ ਉਹ ਟਾਈਮ ਦੇਖਿਆ ਦਾਰੇ ਪਹਿਲਵਾਨ ਦੇ ਨਾਲ ਕੁਸ਼ਤੀ ਲੜਦਾ ਹੁੰਦਾ ਸੀਗਾ ਸਾਧੂ ਦਾਸ, ਸੈਦੋ ਦਾ ਸੰਤ, ਗੋਰਾ ਨਿਸ਼ੋ, ਕਈ ਥਾਵਾਂ ਤੇ ਉਹ ਸਕਾਟਲੈਂਡ ਦਾ, ਇੰਗਲੈਂਡ ਦਾ ਅੰਗਰੇਜ਼ ਬਣ ਕੇ ਕੁਸ਼ਤੀਆਂ ਲੜੀਆਂ। ਚਲੋ ਉਹ ਪ੍ਰੈਕਟਿਸ ਸੀਗੇ ਅਤੇ ਉਹ ਜਦੋਂ ਚੱਟਾ ਚਾਦਰਾ ਚਿੱਟੇ ਕੱਪੜੇ ਪਾ ਕੇ ਪਿੰਡ ਵਿੱਚ ਦੀ ਲੰਘਦਾ ਹੁੰਦਾ ਜੀ, ਇੰਨਾ ਸੋਹਣਾ ਸੁਨੱਖਾ ਲੋਕ ਅਤੇ ਲੋਕ ਗਲੀਆਂ ਦੇ ਵਿੱਚ ਖੜ ਖੜ ਕੇ ਵੇਹਦੇ ਹੁੰਦੇ ਸੀਗੇ ਵੀ ਸੰਤ ਚੱਲੇ। ਉਹ ਸੀਗੀ ਇੱਜ਼ਤ ਪਲੇਅਰਾਂ ਦੀ। ਮੈਂ ਸਰਵਿਸ ਸੀ, ਮੇਰੇ ਨਾਲ ਚਾਰ ਹੀ ਜਾਫੀ ਹੁੰਦੇ ਸੀ, ਪੰਜਵਾਂ ਰੇਡਰ ਮੈਂ ਸੀ, ਛੁੱਟੀ ਨਹੀਂ ਸੀ ਮਿਲਦੀ ਹੁੰਦੀ। ਮੇਰੇ ਕੋਲ ਜੱਦੀ ਮੋਟਰਸਾਈਕਲ ਹੁੰਦਾ ਸੀ ਅਤੇ ਮੈਂ 1/3 ਛੁੱਟੀ ਲੈ ਕੇ ਮੈਚ 'ਤੇ ਜਾਣਾ ਬਠਿੰਡੇ ਦੇ ਵਿੱਚ, ਬਹੁਤ ਮੈਚ ਲਾਏ ਪੱਤੋ ਹੁੰਦਾ ਸੀ ਮੈਂ, ਅਤੇ ਦੂਰੋਂ ਹੀ ਆਵਾਜ਼ ਸੁਣ ਕੇ ਮੋਟਰਸਾਈਕਲ ਦੀ, ਕਿਉਂਕਿ ਟਾਵਾਂ ਟਾਵਾਂ ਉਦੋਂ ਹੁੰਦਾ ਸੀਗਾ ਅਤੇ 5-10 ਕਿਲੋਮੀਟਰ ਤੋਂ ਆਵਾਜ਼ ਸੁਣ ਜਾਣੀ ਸੀ ਅਤੇ ਮੇਰੇ ਪਲੇਅਰਾਂ ਨੇ ਕਹਿੰਦਾ ਜੀ ਕੱਢ ਦਿਉ ਸਾਡਾ, ਜਿਹਦੇ ਨਾਲ ਮਰਜ਼ੀ ਮੈਚ ਡੀ ਪੀ ਸਾਹਿਬ ਆ ਗਏ। ਅਤੇ ਉਹ ਵੀ ਟਾਈਮ ਸੀ ਜਦੋਂ ਲੋਕ ਖੜ੍ਹੇ ਵੇਹਦੇ ਹੁੰਦੇ ਸੀਗੇ ਵੀ ਮੱਖਣ ਡੀ ਪੀ ਨੂੰ ਵੇਖਣਾ ਸੀ। ਇਹ ਦਿਨ ਜਿਹੜੇ ਅੱਜ ਮੇਰੇ ਛੋਟੇ ਭਰਾ ਮੰਗੀ ਹੋਣਾ 'ਤੇ ਆਏ ਆ, ਉਹਨਾਂ ਨੂੰ ਖੜ ਖੜ ਵੇਖਦੇ ਆ, ਵੇਖਣਾ ਬਣਦਾ ਵੀ ਆ, ਇਹ ਸਾਰੇ ਟਾਈਮ ਨਾਲ ਸਾਰਿਆਂ 'ਤੇ ਆਏ ਆ। ਫਿੱਡੂ ਹੋਣਾਂ 'ਤੇ ਵੀ ਆਏ ਆ, ਫਿੱਡੂ ਨੂੰ ਵੀ ਵੇਖਦੇ ਹੁੰਦੇ ਸੀ, ਛੱਬੇ ਨੂੰ ਵੀ ਵੇਖਦੇ ਹੁੰਦੇ ਸੀਗੇ, ਬੜੇ ਪਲੇਅਰ ਕਿਹਦਾ ਕਿਹਦਾ ਨਾਂ ਲਵਾਂ, ਠੀਕ ਆ। ਅਤੇ ਅੱਜ ਆਪਣਾ ਪ੍ਰਿੰਸ ਕਹਿੰਦੇ ਆ, ਉਹ ਤਕੜਾ, ਦੂਜਾ ਡੀ ਟੀ ਓ ਇਹ ਤਕੜਾ, ਮੱਖਣ ਮੱਖੀ ਹੋਣੀ ਹੈਗੀ ਆ ਤਕੜੇ, ਇਹਨਾਂ ਨੂੰ ਵੀ ਵੇਖਦੇ ਆ। ਇਹ ਦਿਨ ਜਵਾਨੀ ਦੇ ਸਾਰਿਆਂ 'ਤੇ ਆਉਂਦੇ ਆ, ਹਰੇਕ ਨੇ ਵੇਖੇ ਹੁੰਦੇ, ਠੀਕ ਆ। ਬੜੀ ਖੁਸ਼ੀ ਦੀ ਗੱਲ ਆ ਜਦ ਲੋਕ ਖੜ ਖੜ ਵੇਖਦੇ ਆ, ਐਡਾ ਇੱਜ਼ਤ ਮਾਣ। ਇਹ ਸਨਮਾਨ ਅਸਲ ਇਹ ਪ੍ਰਾਪਤੀ ਹੈ, ਇਹ ਪ੍ਰਾਪਤੀ ਨਹੀਂ ਕਿ ਕਿਹਨੂੰ ਮੋਟਰਸਾਈਕਲ ਮਿਲਿਆ ਅਤੇ ਕਿਹਨੂੰ ਕਾਰ ਮਿਲੀ। ਹੁਣ ਇੱਕ ਬੰਦੇ ਨੇ ਮੈਨੂੰ ਕਮੈਂਟ ਕੀਤਾ, ਕਹਿੰਦਾ ਯਾਰ ਤੂੰ ਕਹਿੰਦਾ ਕਬੱਡੀ ਜਿਹੜੀ ਆ ਗਰੀਬ ਹੋ ਰਹੀ ਹੈ, ਕਬੱਡੀ ਦਾ ਨਾਂ ਸਮਾਜ ਕਿੱਥੇ ਗਰੀਬ ਹੋ ਰਹੀ ਆ, ਕਹਿੰਦਾ 1.5 ਕਰੋੜ ਦੀਆਂ ਕਾਰਾਂ ਦੀ ਜਾਂਦੀ ਵੀ। ਨੋ ਡਾਊਟ ਕੋਈ ਕਿਸੇ ਨੂੰ 1.5 ਕਰੋੜ ਦੀ ਕਾਰ ਦੇਵੇ, ਕਿਸੇ ਨੂੰ 2 ਕਰੋੜ ਦੀ ਦੇਵੇ, ਪੈਸਾ ਲਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਉਹਨਾਂ ਪੈਸੇ ਲਾਉਣ ਵਾਲਿਆਂ ਨੂੰ ਮੈਂ ਇੱਕ ਗੱਲ, ਇੱਕੋ ਕੁਐਸਚਨ ਹੈ ਕਿ ਕੀ 1 ਜਾਂ 2 ਪਲੇਅਰਾਂ ਨੂੰ 1.5 ਕਰੋੜ ਦੀ 2 ਕਰੋੜ ਦੀ ਕਾਰ ਦੇਣ ਨਾਲ ਕਬੱਡੀ ਦਾ ਵਿਕਾਸ ਹੋਜੂ? ਇੱਕ ਉਹਨਾਂ ਬੰਦਿਆਂ ਦਾ ਨਾਂ ਜ਼ਰੂਰ ਹੋਜੂ ਕਿ ਫਲਾਨਿਆਂ ਨੇ ਫਲਾਨੇ ਪਲੇਅਰ ਨੂੰ ਆਹ ਦਿੱਤੀ ਆ, ਕਾਰ ਦਿੱਤੀ ਆ, ਉਹਨਾਂ ਦਾ ਨਾਂ ਜ਼ਰੂਰ ਬਣ ਜੂ, ਰੈਕਾਰਡ ਜ਼ਰੂਰ ਬਣ ਜੂ, ਪਰ ਕੀ ਸਮੁੱਚੀ ਕਬੱਡੀ ਦਾ ਵਿਕਾਸ ਹੋਜੂ? ਕੀ ਇਹ ਖੇਡ ਸਾਰਿਆਂ ਪਲੇਅਰਾਂ ਵਾਸਤੇ ਆ? ਕੀ ਸਾਰੇ ਪ੍ਰਮੋਟਰ 1.5 ਕਰੋੜ ਦੀਆਂ ਕਾਰਾਂ ਦੇ ਸਕਦੇ ਆ? ਕੰਮ ਸਾਨੂੰ ਉਹ ਕਰਨੇ ਚਾਹੀਦੇ ਜਿਹੜੇ ਯੋਗ ਆ, ਜਿਹਦੇ ਨਾਲ ਸਾਡੀ ਕੌਮ, ਜਿਹਦੇ ਨਾਲ ਸਾਡੀ ਸਭਤਾ, ਜਿਹਦੇ ਨਾਲ ਸਾਡੀ ਬੋਲੀ, ਜਿਹਦੇ ਨਾਲ ਸਾਡਾ ਦੇਸ਼ ਤੇ ਜਿਹਦੇ ਨਾਲ ਸਾਡਾ ਕਲਚਰ ਤਰੱਕੀ ਕਰੇ। ਸਾਡਾ ਕਲਚਰ ਜੁਝਾਰੂ ਆ, ਜੁਝਾਰੂ ਕਲਚਰ ਦੇ ਵਿੱਚੋਂ ਅੱਜ ਪੰਜਾਬ ਹਰੇਕ ਗੱਲ ਦੇ ਚੁੱਕੇ ਆ। ਕਿਉਂ? ਕਿਉਂਕਿ ਇੱਥੇ ਕਬੱਡੀ ਵਰਗੀਆਂ ਗੇਮਾਂ, ਇੱਥੇ ਕੁਸ਼ਤੀ ਵਰਗੀਆਂ ਗੇਮਾਂ, ਇਹ ਰਿਸਕੀ ਗੇਮਾਂ ਕਰਦਾ, ਰਿਸਕੀ ਦਿਮਾਗ ਦੇ, ਰਿਸਕੀ ਪਲੇਅਰ ਹੈਗੇ ਆ। ਅੱਜ ਇਹਨਾਂ ਨੂੰ ਅਸੀਂ ਪੈਸਾ ਨਾ ਤੋਲਣ ਲੱਗ ਗਏ, ਜਦ ਅਸੀਂ ਪੈਸਾ ਨਾ ਤੋਲਾਂਗੇ ਤਾਂ ਸਾਡੇ ਦਿਮਾਗਾਂ 'ਚੋਂ ਰਿਸਕ ਹੌਲੀ ਹੌਲੀ ਖਤਮ ਹੋ ਜਾਣਾ, ਅਸੀਂ ਐਡੇ ਜੁਝਾਰੂ ਨਹੀਂ ਖੇਡਣਾ। ਜੇ ਜੁਝਾਰੂਪਣ ਰੱਖਣਾ ਤਾਂ ਸਾਨੂੰ ਸਪੋਰਟਸਮੈਨ ਰੱਖਣੀ ਪੈਣੀ, ਅਤੇ ਸਪੋਰਟਸਮੈਨ ਰੱਖਣੀ ਇਹਨੂੰ ਪੈਸੇ ਨਾ ਤੋਲੋ। ਪੈਸੇ ਤਾਂ ਯਾਰ ਫੁੱਟਬਾਲ ਦੇ ਵਿੱਚ, ਹਾਕੀ ਦੇ ਵਿੱਚ, ਕ੍ਰਿਕਟ ਦੇ ਵਿੱਚ ਕਿੰਨੇ ਆ? ਕਰੋੜਾਂ ਅਰਬਾਂ। ਪਰ ਉਹਨਾਂ ਲੋਕਾਂ ਨੇ ਆਪਦੀ ਜ਼ਮੀਰ ਨੂੰ ਜਿਉਂਦਾ ਰੱਖਿਆ। ਸਾਡਾ ਜ਼ਿਆਦਾ ਤਬਕਾ, ਸਾਡੇ ਕਿਸੇ ਵੀ ਕਬੱਡੀ ਵਾਲੇ ਪਲੇਅਰ ਨੂੰ ਅੰਗਰੇਜ਼ੀ 'ਚ ਇੰਟਰਵਿਊ ਦੇਣੀ ਪੈ ਜਾਂਦੀ ਤਾਂ ਵਕਤ ਪੈ ਜਾਂਦਾ। ਕਿੰਨਾ ਕੁ ਪੜ੍ਹਿਆ ਲਿਖਿਆ ਜੀ, ਕਿੰਨੇ ਕੁ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਗਏ ਆ? ਇਹ ਐਜੂਕੇਸ਼ਨ ਦੀ ਘਾਟ ਸਭ ਤੋਂ ਵੱਡੀ ਰੁਕਾਵਟ ਹੈ ਸਾਡੀ ਗੇਮ ਦੇ ਵਿੱਚ। ਸਰ ਮੈਨੂੰ ਇਹ, ਮੈਂ ਇਹ ਸੋਚ ਰਿਹਾ ਤੁਹਾਡੀ ਗੱਲਾਂ 'ਚ ਮੈਨੂੰ ਲੱਗਿਆ ਕਿ ਜਿਹੜਾ ਪਲੇਅਰ ਹੈ ਉਹਦੀ ਕਬੱਡੀ ਦੀ ਜਿਹੜੀ ਸ਼ੁਰੂਆਤ ਹੈ ਉਹ 45 ਜਾਂ ਅਸੀਂ ਕੱਲ੍ਹ ਵੀ ਗੱਲ ਕਰੀ ਸੀ 45 ਜਾਂ 50 ਕਿਲੋ ਘੱਟੋ ਘੱਟ ਵਜਨ ਹੋਣਾ ਚਾਹੀਦਾ, ਕਿਉਂਕਿ ਜਿਹੜਾ 50 ਕਿਲੋ ਵਜਨ ਖੇਡੂਗਾ ਉਦੋਂ ਤੱਕ ਬੱਚੇ ਨੂੰ ਸੂਹ ਆ ਜਾਂਦੀ ਹੈ ਅਤੇ ਉਹਨੂੰ ਇੱਕ ਲਿਆਕਤ ਵੀ ਆ ਜਾਂਦੀ ਹੈ ਕਿ ਮੈਂ ਗਰਾਊਂਡ 'ਚ ਕਿਵੇਂ ਰਹਿਣਾ, ਕਿਵੇਂ ਵਿਚਰਨਾ, ਸੰਸਕਾਰ 'ਚ ਬਣ ਜਾਂਦੇ ਨੇ ਉਦੋਂ ਤੱਕ। ਕੋਈ ਜਿਹੜਾ 35-36 ਕਿਲੋ ਲਾਉਂ, ਕੱਲ੍ਹ ਮੈਂ ਸੁੱਖੇ ਕੋਲ ਸੀ, ਸੁੱਖਾ ਕਹਿੰਦਾ ਵੀ ਆਹ ਮੇਰਾ ਬੱਚਾ 35 ਕਿਲੋ ਦਾ ਹੈ ਨਾ, ਅਤੇ ਇਹ ਤਾਂ ਹੁਣ ਜਾ ਹੀ ਨਹੀਂ ਸਕਦਾ, ਬੱਸ 'ਤੇ ਵੀ ਚੜ੍ਹ ਕੇ ਜਾ ਸਕਦਾ ਇਹ ਬੰਦਾ। ਅਤੇ ਉਹ ਜਿਹੜੀ ਮੈਨੂੰ ਲੱਗਦਾ ਵੀ ਜਿਹੜੀ ਥੋੜ੍ਹੀ ਜਿਹੀ ਲੇਟ ਗਰਾਊਂਡ ਦੇ ਵਿੱਚ ਆਵੇ ਪਲੇਅਰ,
थोड़ा लेट ग्राउंड के आए उदक सीख ले अपने आप को संभालने का उन्होंने वल आ जाए तो उत्तों बाद मैं लगता वो बेस्ट रहूगा। ये तो टैक्टस है जी, पहली गल तो ये एल वी जो 35-40-45 किलो वाले खेलते प्लेयर उन्होंने वेखने वाले दर्शक किन्ने कहते दर्शक भी उदो जाते यार फाइनल मैच वाले चलोंगे जे खिलाड़ियों स्पोर्ट्समैन की भावना आनी है साढ़े दर्शकों के भी ये चीज़ लियानी पैनी है भी 45 किलो वाला भी प्लेयर है 35 किलो वाला भी प्लेयर है उन्होंने भी बूस्ट करना है कि 35-45 किलो वाले के जफ्फे के उ लख लख लगता वेख्या व्डिया मैचों के लख लख ला दें एक जफ्फे का लख एक टीम के चार बंदे खड़े है कि तकड़े जाफी तो ला दा जो फलाना जाफी जफ्फा लाऊगा तो मैं लख रुपया देऊंगा वो एक साधारण जाफी खड़ा वो नामी जाफी तो जफ्फा नहीं लगता जब साधारण ला दिता भी नामी ला दे तो लख देने तैयार है जब साधारण नहीं लाया की दें एक भावना काम करती है जफ्फा तो वह भी है उन्होंने 5 रुपये भी नहीं देने तैयार क्यों आ भावना जी है जे वो ही लाऊगा तो देनी है ये थोड़ा मैं दस दिना पॉइंट ये पिछले की गल पी शायद तुम्हें पता हो इस गल का कि असी उस प्लेयर से पैसे लाने जोड़ा साड़ी गांव फैडरेशन वालों खेलता वो मतलब साड़ी टीम वालों खेलता जे थले खेलता उस तो बाद कई प्लेयर तो पैसे वो मिलते भी नहीं क्योंकि उन्होंने पता होता भी मान लो भी मैं थोड़ा प्लेयर हाँ तुम मैंने कहता भी गुरप्रीत सिंह जी एक रेट मुड़ूगा मैं 1,00,000 रुपये दूंगा तुम मैंने देने ही नहीं तू मैनू जे तू ये गुरप्रीत सिंह जी ने ही देने हैं ये गुरजीत तू तू नहीं देने क्योंकि गुरजीत तू तो आप ही टाई अप होया वा थोड़ा भी मैं तेन देने तेरा बुलाना भाई तो जे अस समुची गेम तो नहीं ना आप कर रहे असं चंद बंद कर रहे वो आप नहीं आप हो ही नहीं रहा आप नहीं हो रहा कई बार देने नहीं देने कई बार मिलते भी नहीं कला ना की खातर फिर गलत गल है ना बोगस है जे बोगसपना तो भी माड़िया गल मैं थोड़ा दसदा मैंने जिंदगी तक आपका संतू वाले मैच हुई है अच्छा आपकी जवानी में मैंने कोई जफ्फा नहीं लग रहा उदो की हों एक भाई ने लाता भी जो मक्खन डीपी में जफ्फा लाऊगा मैं 10 किलो घ्यो दू क्योंकि उदो साडा लोगों से यह हों पैसे ना दौ बी खुराक दी तो हूँ उन्हें यह सोच के लाता भी इन्हू कड़ा जफ्फा लगना मैनू कड़ा 10 किलो देने पैने 10 किलो घ्यो देना पैना सोच के लाता मैं भी फॉलो कर गया भी इन्हें क्यों लाया 10 किलो तो मैं की किया थोड़ी जी फिर बेईमानी मैं भी की तो मैं भी पहलियां कौड़ियां पौंदे च वो प्लेयर नूं कहता मैं यार जो बंदे ने 10 किलो लाया ना मैं कहा खाली जान नहीं देना तो 10 किलो लेना है मैं कहा 10 किलो लेना तकड़े होवो तुसीं वह तकड़े तुकड़े बेचारे होए पर उन्होंने जफ्फा नहीं लगा अंत फिर मैनू की करना पाया मैनू जान के जफ्फा खाना पाया भी इन्हू तो 10 किलो मिले वो बिच वड़ के किसी प्लेयर तो जान पुज के मैं जफ्फा खाधा उन्होंने 10 किलो दौन की खातर वो बाद च मेरे को आया कहना भाई 5 किलो तू ले जा मैं नहीं 5 किलो की लोड़ नहीं यार खा तकड़ा हो तू कई बार ऐ भी करना पैदा कई बार मुक्त वाले होंगे भी एनू जरा लगना ला दो ये आपका नाम बनाने वाले होंगे इन्हों तो बचने की भी लड़ है जहाँ कोई जिमें भाई मैं 10 किलो दवाए कोई ढंग टीपा इस तरह कटो ये मुक्त वाले का कोई जे मुफ्त च आपका नाम बनाते उन्होंने भी कटना बनता है पहली गल तो सू आप ही इंसानियत सोचनी चाहिए है यार आप सारी कबड्डी की खातर सारे प्लेयर की खातर टीम के जिन्हें आए हरेक प्लेयर की इज्जत करिए हरेक कुछ ना कुछ देखिए जे हरेक प्लेयर कुछ ना कुछ मिलेगा गेम तो ही जी रहूगी साडा कल्चर ता ही जो साडे बाबे नानक ने सू वंड के खाना सिखाया तो असी वंड तक वंड के तो खाते नहीं तो खोह के खाने लग गए अच्छा मैं लगता किरत भी उही होंगी है जिदे असी आप कमाई करते हैं तो दूजे का भी भला हो किरत है नहीं एक दिन यह बीमारियां लगदियां पैसा भी सारा लग जाता सेहत भी चली जाती है सर मैनू जिमें हुण मैं तुहानूं देखदा जां जगतार धनौले नूं देखदा जां कई प्लेयर नूं देखदा उन्होंने बड़ा अच्छा है ना परमात्मा ने बड़ा कुछ बनवाता कबड्डी दे विच्चों है ना पर जिहड़े हुण कई प्लेयर कहिंदे सानूं पुछिया नहीं जा रहा साडे नाल धक्का हो गया साडा मुल नहीं पिया मैनूं लगदा कि असीं बहुत तगड़ा खेडे हाँ बट वो कितने कितने जाके कितने कितने मां खेड नाल चीट करदे किसे भी तरीके नाल ते जिहड़ी उह बेईमानी आ उन्हां नूं उह अगे नहीं आउण दे रही तुहानूं लगदा इह ईमानदारी जरूरी है कबड्डी दे विच्च देखो जी तुम गल जगतार धनौले की की जगतार धनौले अर्गे जाफी घर घर नहीं जाते छोटे कद का होने के बावजूद भी उस बंदे ने ना बनाया क्योंकि उन्हों का खानदान भलवानी से बहुत घट लोगों को पता कि उन्हों का खानदान भलवानी से 3 तीजी पीढ़ी का भलवान से बड़ी ईमानदारी बड़ी सख्त मेहनत के नाल बंदे तह चढ़े है
ਉਹ ਵੀ ਟੋਰਾਂਟੋ ਕੱਪ ਦਾ ਬੈਸਟ ਜਾਫੀ 1995 ਚ ਠੀਕ ਹੈ ਇਸ ਕਰਕੇ ਜਿਸ ਪਲੇਅਰ ਦਾ ਤੁਸੀਂ ਨਾਮ ਲਿਆ ਬੜੇ ਇੱਜ਼ਤ ਮਾਣ ਵਾਲਾ ਤੇ ਬੜੇ ਸਨਮਾਨ ਵਾਲਾ ਪਲੇਅਰ ਹੈ ਜਿੱਥੋਂ ਤੱਕ ਗੱਲ ਕੀਤੀ ਤੁਸੀਂ ਵੀ ਬਹੁਤ ਪਲੇਅਰ ਕਹਿੰਦੇ ਸਾਨੂੰ ਪੁੱਛਿਆ ਕਿਸੇ ਨੇ ਲੋਕ ਪੁੱਛਦੇ ਗੇਮ ਨੂੰ ਤੇ ਗੇਮ ਥੋੜ੍ਹੀ ਜਿਹੀ ਇੰਨੀ ਸੱਚੀ ਸੁਚੀ ਹੋਊਗੀ ਨਾ ਤੇ ਉਹਦਾ ਮੁੱਲ ਪਊਗਾ ਹੀ ਪਊਗਾ ਪਲੇਅਰ ਨੂੰ ਨਹੀਂ ਕੋਈ ਪੁੱਛਦਾ ਮੇਰੀ ਗੱਲ ਨੂੰ ਦੁਬਾਰਾ ਫਿਰ ਥੋੜ੍ਹਾ ਜਿਹਾ ਧਿਆਨ ਦਿਓ ਮੈਂ ਕਹਿੰਦਾ ਕੋਈ ਪਲੇਅਰ ਨੂੰ ਨਹੀਂ ਪੁੱਛਦਾ ਪਲੇਅਰ ਦੀ ਗੇਮ ਨੂੰ ਪੁੱਛਦੇ ਆ ਪਲੇਅਰ ਤੇ ਪਲੇਅਰ ਦੀ ਗੇਮ ਦੋ ਗੱਲਾਂ ਵੱਖ ਹੈ ਪਲੇਅਰ ਨੂੰ ਉਦੋਂ ਪੁੱਛਿਆ ਜਾਂਦਾ ਹੈ ਜਦੋਂ ਉਹਦੇ ਕਿਸੇ ਨਾਲ ਸੰਬੰਧ ਹੈ ਉਹਦੇ ਲਿੰਕ ਹੈ ਉਹਦਾ ਰਿਸ਼ਤੇਦਾਰ ਹੈ ਉਹਦੀ ਗੇਮ ਨੂੰ ਜਦੋਂ ਪੁੱਛਦੇ ਹਾਂ ਗੇਮ ਨੂੰ ਅੰਦਰੋਂ ਪ੍ਰਵੋਕ ਹੋ ਕੇ ਪੁੱਛਦਾ ਬੰਦਾ ਖੁਸ਼ ਹੋ ਕੇ ਪੁੱਛਦਾ ਯਾਰ ਆਹ ਗੇਮ ਪਸੰਦ ਲੱਗੀ ਠੀਕ ਹੈ ਉਹ ਗੇਮ ਨੂੰ ਪੁੱਛਦਾ ਮੈਂ ਤੁਹਾਨੂੰ ਦੱਸਦਾ ਤੁਸੀਂ ਕਹੋਗੇ ਫਿਰ ਕਿਉਂਕਿ ਹੁਣ 25-30 ਸਾਲ ਕਬੱਡੀ ਖੇਡੀ ਆ ਬੜਾ ਲੰਮਾ ਚੌੜਾ ਇਤਿਹਾਸ ਹੈ ਮੈਂ ਆਪਦੀ ਮਗਰਲੀ ਉਮਰ ਦੇ ਵਿੱਚ ਦੜਬੇ ਮੈਚ ਹੋ ਰਿਹਾ ਸੀ ਸੌਰੀ ਹੰਬੜੀ ਅੱਛਾ ਜੀ ਹੰਬੜੀ ਮੈਚ ਦੇ ਹੋ ਰਿਹਾ ਸੀ ਅਤੇ ਹੰਬੜੀ ਮੈਚ ਦੇ ਵਿੱਚ ਬੜਾ ਤਕੜਾ ਮੈਚ ਅਤੇ ਉਦੋਂ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਹਾਂਜੀ ਜੀ ਜੀ ਮੈਚ ਚੱਲ ਰਿਹਾ ਸੀ ਬੜਾ ਤਕੜਾ ਮੈਚ ਵੇਖ ਕੇ ਅਤੇ ਜਦੋਂ ਉੱਥੇ ਕੋਈ ਭਾਈ ਬੋਲਿਆ ਨਹੀਂ ਵੀ ਇਹ 42 ਸਾਲ ਤੋਂ ਉੱਤੇ ਆ ਮੱਖਣ ਡੀਪੀ ਅਤੇ ਉਹ ਪਤਾ ਨਹੀਂ ਮੁੱਖ ਮੰਤਰੀ ਦੇ ਕੀ ਦਿਮਾਗ 'ਚ ਆਈ ਅਤੇ ਗੇਮ ਵੀ ਖੈਰ ਮੇਰੀ ਚੰਗੀ ਚੱਲ ਰਹੀ ਸੀਗੀ ਅਤੇ ਉਹਨੇ ਕਿਹਾ ਵੀ ਆਹ ਬੰਦਾ ਮੁੱਖ ਮੰਤਰੀ ਨੇ ਕਿਹਾ ਸੱਦੋ ਇਹਨੂੰ ਸਨਮਾਨਿਤ ਕਰਦਾ ਅਤੇ ਹੰਬੜੀ ਗਰਾਊਂਡ ਤੋਂ ਚੱਲਦੀ ਗੇਮ 'ਚੋਂ ਮੈਚ ਰੋਕ ਕੇ ਕਿਉਂਕਿ ਮੁੱਖ ਮੰਤਰੀ ਤੁਹਾਨੂੰ ਪਤਾ ਟਾਈਮ ਥੋੜ੍ਹਾ ਹੁੰਦਾ ਛੇਤੀ ਜਾਣਾ ਹੁੰਦਾ ਅਤੇ ਰੋਕ ਕੇ ਮੈਨੂੰ ਉਹਨਾਂ ਨੇ ਸਟੇਜ 'ਤੇ ਬੁਲਾ ਲਿਆ ਅਤੇ ਹੁਣ ਸਕਿਉਰਿਟੀ ਪੱਖ ਤੋਂ ਉਹਨਾਂ ਨੇ ਕਵਰ ਖੇਡਦਿਆਂ ਨਿੱਕਰ ਹੀ ਪਾਈ ਹੁੰਦੀ ਆ ਤਿੰਨਾਂ ਥਾਵਾਂ 'ਤੇ ਭਰਾਵੋ ਨਿੱਕਰ ਫੋੜੀ ਅੱਛਾ ਸਕਿਉਰਿਟੀ ਵਾਲਿਆਂ ਨੇ ਕਦੇ ਇੱਧਰ ਲਾ ਲੈਣ ਕਦੇ ਇੱਧਰ ਲਾ ਲੈਣ ਮੈਂ ਬੜੀ ਬੇਇੱਜ਼ਤੀ ਜੀ ਮਹਿਸੂਸ ਕੀਤੀ ਮੈਂ ਕੀ ਖੇਡ ਆ ਯਾਰ ਫੀਸ ਵਾਲਾ ਬੇਇੱਜ਼ਤੀ ਕਰੀ ਜਾਂਦੇ ਆ ਚਿੱਤਰਾਂ ਆਏ ਹਾਂ ਅਸੀਂ ਕਦੇ ਅੱਗੇ ਪਿੱਛੇ ਮਾਰੀ ਜਾਂਦੇ ਆ ਅਤੇ ਮੈਂ ਸਟੇਜ 'ਤੇ ਆ ਕੇ ਆਈ ਆ ਕੇ ਖੜ ਗਿਆ ਅਤੇ ਸਾਡੇ CM ਬੇਅੰਤ ਸਿੰਘ ਜੀ ਕਹਿੰਦੇ ਉਹ ਭਲਵਾਨਾ ਹਾਸਤਾ ਮਿਲਾ ਲਾ ਮੈਨੂੰ ਕਹਿੰਦੇ ਭਲਵਾਨਾ ਹਾਸਤਾ ਮਿਲਾ ਲਾ ਮੈਂ ਕਿਹਾ CM ਸਾਹਿਬ ਮੈਂ ਤਾਂ ਗੁੱਸੇ ਹਾਂ ਤੁਹਾਡੇ ਨਾਲ ਮੈਨੂੰ ਕਹਿੰਦੇ ਕਿਉਂ ਮੈਂ ਕਿਹਾ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਨ ਵਾਸਤੇ ਸਿੱਧਾ ਕਿ ਮੇਰਾ ਸਨਮਾਨਿਤ ਕਰਨ ਵਾਸਤੇ ਸੱਚ ਅੱਛਾ ਹੁਣ CM ਨੂੰ ਇਕੱਲਾ ਇਹ ਨਹੀਂ ਵੀ ਪ੍ਰਕਾਸ਼ ਸਿੰਘ ਬਾਦਲ ਮੇਰੇ ਵੇਲੇ CM ਸਰਜੀਤ ਸਿੰਘ ਬਰਨਾਲਾ ਵੀ ਸੀ ਗਿਆਨੀ ਜੈਲ ਸਿੰਘ ਵੀ ਸੀ ਬੜੇ CM ਦੇ ਨਾਲ ਸਾਡੇ ਵਾਹ ਪੈਂਦੇ ਰਹੇ ਆ 6-7 CM ਦੇ ਟਾਈਮ 'ਤੇ ਕਬੱਡੀ ਖੇਡੀ ਆ ਅਕਸਰ 25-30 ਸਾਲ ਕਬੱਡੀ ਖੇਡਣੀ ਆ ਅਤੇ 5-6 ਮੁੱਖ ਮੰਤਰੀ ਜਾਂ ਦੇਖੀ ਆ ਅਤੇ ਸਾਰਿਆਂ ਨਾਲ ਕੜੇ ਝੜੇ ਹੋਏ ਆ ਮੈਂ ਕਿਹਾ ਸਰਦਾਰ ਬੇਅੰਤ ਸਿੰਘ ਜੀ ਮੈਂ ਤਾਂ ਗੁੱਸੇ ਹਾਂ ਤੁਹਾਡੇ ਨਾਲ ਮੈਂ ਨਹੀਂ ਮਿਲਣਾ ਮੈਂ ਕਿਹਾ ਮੇਰੀ ਤਾਂ ਬੇਇੱਜ਼ਤੀ ਕਰਤੀ ਤੁਸੀਂ ਅਤੇ ਉੱਥੇ ਇੱਕ ਬੰਦਾ ਬੈਠਾ ਕਹਿੰਦਾ ਮੱਖਣਾ ਜਾਣਦਾ ਕਿਹਦੇ ਨਾਲ ਗੱਲ ਕਰ ਰਿਹਾ ਤੂੰ ਮੈਂ ਕਿਹਾ ਹਾਂ ਬਜ਼ੁਰਗੋ ਮੈਂ ਜਾਣਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦ ਬੇਅੰਤ ਸਿੰਘ ਨਾਲ ਗੱਲ ਕਰ ਰਿਹਾ ਪਰ ਮੈਂ ਆਪਦੀ ਗੱਲ 'ਤੇ ਸਹੀ ਹਾਂ ਮੈਂ ਕਿਹਾ ਕੀ ਕਰ ਦੇਣਗੇ ਬੇਅੰਤ ਸਿੰਘ ਮੈਨੂੰ ਵੱਧ ਤੋਂ ਵੱਧ ਮੈਨੂੰ ਮਰਾ ਦੇਣਗੇ ਨਾ ਮੈਂ ਕਿਹਾ ਆਹੀ ਕਰਾ ਸਕਦੇ ਮੈਨੂੰ ਮਰਾ ਦੇਣਗੇ ਮੈਂ ਚੱਕ ਕੇ ਜੇਲ੍ਹ 'ਚ ਰੱਖ ਲੈਣਗੇ ਪਰ ਮੈਂ ਕਿਹਾ ਮੇਰਾ ਮੱਖਣ ਚਰਕ ਦਾ ਨਾ ਹੋਜੂ ਕਬੱਡੀ ਖੇਡ ਕੇ ਵੀ ਨਾ ਹੁੰਦਾ ਉਵੇਂ ਵੀ ਹੋਜੂ ਮੈਂ ਕਿਹਾ ਅਸੀਂ ਜਿੱਦੇ ਮਰਾਂਗੇ ਕਬੱਡੀ ਦੀ ਗਰਾਊਂਡ 'ਚ ਹੀ ਮਰਾਂਗੇ ਅਸੀਂ ਗੇਮ ਦੇ ਤੱਕ ਤੋਂ ਬੋਲ ਰਹੇ ਹਾਂ ਮੈਂ ਕਿਹਾ ਸਾਡੀ ਗੇਮ ਦੀ ਬੇਇੱਜ਼ਤੀ ਹੋ ਰਹੀ ਯਾਰ ਨਹੀਂ 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 ਮੈਨੂੰ ਜੱਫੀ ਜੀ 'ਚ ਲੈ ਕੇ ਚੱਲ ਯਾਨੀ ਇਸ ਤਰ੍ਹਾਂ ਦੀਆਂ ਗੱਲਾਂ ਇਹ ਉਹਨਾਂ ਦਿਨਾਂ ਦੀ ਗੱਲ ਆ ਬੇਅੰਤ ਸਿੰਘ ਨੂੰ ਮੇਰੇ ਕਹਿਣ ਦੀ ਜਦੋਂ ਬੇਅੰਤ ਸਿੰਘ ਉਹਨਾਂ ਨੇ ਅਕਾਲੀਆਂ ਨੂੰ ਧੁੰਨ ਦੂੰ ਕਿਉਂਕਿ ਸਿਆਸੀ ਲੋਕਾਂ ਦੀ ਭਾਵਨਾ ਆਹ ਹੁੰਦੀ ਆ ਉਸ ਭਾਵਨਾ ਨੂੰ ਅਸੀਂ ਸਪੋਰਟਸਮੈਨਸ਼ਿਪ ਭਾਵਨਾ ਦੇ ਨਾਲ ਜਵਾਬ ਦਿੱਤਾ ਅਸੀਂ ਸਪੋਰਟਸਮੈਨਾਂ ਦੀ ਭਾਵਨਾ ਨਾਲ ਜਵਾਬ ਦਿੱਤਾ ਸਾਨੂੰ ਕਦੇ ਕੋਈ ਡਰ ਨਹੀਂ ਲੱਗਿਆ ਹੈਗਾ ਸਾਨੂੰ ਨਾ ਕਿਸੇ ਮੁੱਖ ਮੰਤਰੀ ਤੋਂ ਕਦੇ ਡਰ ਲੱਗਿਆ ਨਾ ਕਦੇ ਕਿਸੇ ਖਾਸ ਨਾਲ ਜਿੱਥੇ ਸੱਚ ਹੈ ਜੋ ਸੱਚ ਨੂੰ ਡਰ ਹੀ ਨਹੀਂ ਹੈਗਾ ਨਾ ਕਦੇ ਗੈਂਗਸਟਰ ਤੋਂ ਲੱਗਾ ਨਹੀਂ ਡਰਾਉਂਦੇ ਬਥੇਰੇ ਆ ਪਰ ਇਹ ਤੁਹਾਡੇ 'ਤੇ ਕਿਤੇ ਡਰਦੇ ਕਿ ਨਹੀਂ ਡਰਦੇ ਮੈਂ ਅੱਜ ਉਦਾਹਰਨ ਤੁਹਾਨੂੰ ਦਿੰਦਾ ਨਾ ਮੈਂ ਤੁਹਾਨੂੰ ਮੱਖਣ ਮੱਖੀ ਦੀ ਉਦਾਹਰਨ ਦਿੱਤੀ ਯਾਰ ਵੀ ਇੱਕ ਸ਼ੇਰ ਪੋਤਾ ਅੱਜ ਪੰਜਾਬ ਦੇ ਵਿੱਚ ਜੋ ਚੱਲਦਾ ਗੈਂਗਸਟਰ ਜਦੋਂ ਕੋਈ ਹੋਣਾ ਉਹਨੇ ਕਹਿਣਾ ਸਰ ਜੀ ਆਪਾਂ ਕਿਸੇ ਤੋਂ ਘੱਟ ਹੈ ਉਹ ਬੰਦੇ ਨੇ ਜੁਰਤ ਦਿਖਾਈ ਉਹ ਨਹੀਂ ਡਰਿਆ ਸਾਰੇ ਪਲੇਅਰ ਇਹ ਜੁਰਤ ਨਹੀਂ ਦਿਖਾਉਂਦੇ ਕੇਰਾਂ ਏਕਮ ਠੂਰ ਨੂੰ ਵੀ ਦੋ ਤੱਕ ਚੱਕਣ ਆਪੇ ਸੀਗੇ ਬੜੀ ਜੁਰਤ ਨਾਲ ਅਸੀਂ ਚੱਕ ਕੇ ਲੈ ਕੇ ਜਾਂਦਾ ਉਹ ਕੀ ਹਾਦਸਾ ਸੀ ਮਾੜਾ ਬਸ ਕੋਈ ਹਾਦਸਾ ਸੀਗਾ ਕੋਈ ਇਸ ਤਰ੍ਹਾਂ ਦੀ ਧਮਕੀ ਪਲੇਅਰਾਂ ਦੀ ਜਾਂ ਕਿਸੇ ਦੀ ਹੁੰਦੀ ਸੀਗੀ ਪਰ ਉਹਦੇ ਪੁਲਿਸ ਆ ਕੇ ਮੈਨੂੰ ਕਹਿੰਦੀ ਕਹਿੰਦੀ ਵੀ ਏਕਮ ਠੂਰ ਨੂੰ ਤੂੰ ਬਾਹਰ ਕੱਢ ਦੇ ਸਾਨੂੰ ਧਮਕੀ ਮਿਲੀ ਹੈ ਵਧਣੀ ਪੁਲਿਸ ਸੀਗੀ ਅਤੇ ਮੈਂ ਕਿਹਾ ਵੀ ਅਸੀਂ ਮੈਚ ਹਾਰ ਜਾਵਾਂਗੇ ਉਹ ਕਹਿੰਦੇ ਮੈਚ ਹਾਰਦਾ ਹਰ ਜਾ ਤੈਨੂੰ ਮੈਚ ਨਹੀਂ ਚਾਹੀਦਾ ਮੈਂ ਕਿਹਾ ਵੀ ਤੁਸੀਂ ਪਾਸੇ ਹਟ ਜਾਓ ਮੈਂ ਤਾਂ ਜੱਫੇ ਲਵਾਉਣੇ ਹੈ ਔਰ ਏਕਮ ਨੇ ਜੱਫੇ ਲਵਾਏ ਵੀ ਅਤੇ ਮੈਨੂੰ ਕਹਿੰਦੇ ਅਸੀਂ ਛੱਡ ਕੇ ਨੇ ਮੈਂ ਕਿਹਾ ਨਹੀਂ ਅਸੀਂ ਆਪੇ ਲੈ ਜਾਵਾਂਗੇ ਮੈਂ ਆਪਦੀ ਗੱਡੀ 'ਚ ਪਾ ਕੇ ਲੈ ਕੇ ਮੋਗੇ ਲੈ ਕੇ ਆਇਆ ਡਰ ਤਾਂ ਦਿਮਾਗ 'ਚ ਹੁੰਦਾ ਪਰ ਅਸੀਂ ਆਪਦੀ ਜੁਰਤ ਨਾਲ ਲੈ ਕੇ ਆਈ ਆਪਦੇ ਪਲੇਅਰ ਨੂੰ ਬਚਾਇਆ ਏਕਮ ਠੂਰ ਜਿਉਂਦਾ ਪੁੱਛ ਲਓ ਮੱਖਣ ਚੱਕਣ ਵਾਲੇ ਮੈਂ ਬਿਮਾਰ ਸੀਗਾ ਫਿਰ ਵੀ ਗੱਡੀ 'ਚ ਪਾ ਕੇ ਡਰਾਈਵ ਔਰ ਮੇਰੇ ਦਿਮਾਗ 'ਚ ਵੀ ਜਿਹੜਾ ਮੂਹਰੀ ਹੋ ਕੇ ਰੁਕੂਗਾ ਉੱਤੇ ਚੜਾ ਦਾਂਗੇ ਮਾਰ ਦੇਣਗੇ ਵੱਧ ਤੋਂ ਵੱਧ ਭੂਤ ਜਨੂਨ ਹੀ ਇੰਨਾ ਸਵਾਰ ਸੀ ਕਿਉਂਕਿ ਅਸੀਂ ਸਪੋਰਟਸਮੈਨ ਹੈ ਸਪੋਰਟਸਮੈਨ ਦੀ ਭਾਵਨਾ ਨਾਲ ਗਰਾਊਂਡਾਂ 'ਚ ਆਉਣੇ ਉਹ ਯਾਰ ਜੇ ਸਾਨੂੰ ਖਿਡਾਰੀਆਂ ਨੂੰ ਮਾਰਨਾ ਹੈ ਤਾਂ ਤੁਹਾਡੀ ਮਰਜ਼ੀ ਮਾਰ ਦਿਉ ਅਸੀਂ ਕਿਹਦਾ ਕੀ ਮਾੜਾ ਕਰਦੇ ਹਾਂ ਪਰ ਕਿਉਂਕਿ ਮੈਂ ਖਾੜਕੂਵਾਦ ਵੇਖਿਆ ਕਦੇ ਕਿਸੇ ਖਾੜਕੂ ਨੇ ਕਦੇ ਕਿਸੇ ਸਾਨੂੰ ਅੱਜ ਤੱਕ ਧਮਕੀ ਨਹੀਂ ਸੀ ਦਿੱਤੀ ਔਰ ਅੱਜ ਤੱਕ ਇਹ ਗੈਂਗਸਟਰਾਂ ਦੀ ਵੀ ਪਿੱਠ ਸੁਣਦੀ ਹੈ ਸਾਨੂੰ ਕਦੇ ਕਿਸੇ ਗੈਂਗਸਟਰ ਦੀ ਧਮਕੀ ਨਹੀਂ ਆਈ ਕਿਸੇ ਗੈਂਗਸਟਰ ਦੀ ਧਮਕੀ ਨਹੀਂ ਆਈਗੀ ਸਾਰੇ ਇੱਜ਼ਤ ਕਰਦੇ ਆ
एक हौगा बनाया उन्हों का नाँ लैके गलत वर्त वरत्या जाता बिच बहुत दलाल बैठे आ जे गैंगस्टर भी बदनाम कर रहे हैं कई गैंगस्टर पैसे लाते हैं चलो उन्होंने लाने चाहिए या नहीं लाने चाहिए वक्रा पॉइंट है कबड्डी जी का पैसा लगता कबड्डी खेडदे सी तो किसी सिस्टम की वजह करके उन्होंने एक गलती हो गई और उस गलती इन्ना उन्होंने खत्म किया लोगों ने चक्या बदनाम किया सजावां भी भुगत भुगत रहे बेचारे पर उन्होंने अंदर जी प्लेयर बन की इच्छा सी कबड्डी प्रेम पूरी नहीं हुई पर उन्होंने एको भावना के बिना उल्टा है होर मैं किसी गल के उल्ट नहीं गैंगस्टरां दी उन्हां दी इक भावना दे उल्ट है कि वह सारे पंजाब दे प्लेयर कट्ठे करदे सारे खरीद के भी मेरी कोई टीम जिते हर थां दे उत्ते सपोर्ट्समैन भावना दिखाउण वह पंज जां सत प्लेयर चुण बाकियां टीमां च भी प्लेयर जाणदे एक टीम दे विच 20-25 प्लेयर कट्ठे कर लैणे इह कोई सपोर्ट्समैन दी फिर खेडणगे की देण पैसे देण बाकियां नूं वी देण उह बाकी प्लेयर नहीं उह 5-7 टीमां बना देण ना बनाउण इक टीम ला देण होर पासे पैसा क्योंकि होर दा कोई पैसा ला नहीं रहा प्लेयरां नूं तां पैसे चाहिए बेचारियां नूं ओह कोई लावे सानू नहीं इहदे नाल कोई फर्क कौन लाउंदा कौन नहीं लाउंदा पर उहनूं स्पोर्ट्समैनशिप ना लावे खेड भावना ना पैसा लावे असीं किसे पैसे नूं माड़ा नहीं कहिंदे गए पर जिहड़ा पैसा स्पोर्ट्समैनशिप की भावना नाल आ रहा जिहड़ा गेम की तरक्की वास्ते आ रहा उहनूं जीआ आ जिहड़ा गेम की बर्बादी वास्ते आया गलत तरीके नाल आ रहा वह माड़ा है जां किसी भी बंदे सारे चंगे माड़े आ हरेक बंदे नूं सुधरन का मौका मिलना चाहिए हरेक बंदे का आपदा आपदा शौक हुंदा गल उठी सी कमिकर ओल्क कमिकर दी वी कमिकर आया वह कमिकर बंदा बन के गया कबड्डी कमिकर ने सारे काम छड्डते कमिकर आया 2-3 साल मेरे नाल रहा उहदे च बदलाव देख लो वह बंदे ने कदे किसी नूं धमकी नहीं दित्ती सी वह बंदा सही पै गया सीगा ते बाद च कबड्डी तो पासा भी वट गया क्योंकि कहिंदे जी प्लेयरां दा कोई रवाज ही नहीं रह गया एवें मैं गुस्सा करूँगा कहते मैं पासे जाना वह निकल जी गया पर जे चंगी भावना ना सी हमने चंगा काम कर दिया तो जी आया हरेक बंदे नूं अपनियां गलतियां छड्ड के सही पासे सही लाइन ते आउण दा अख्तियार है ओ यार खाड़कूआं दा सरकार नौकरियां दिंदी रही है इह वी सुधार नागरिक बन के जिउ ते जे इह साडे चार भरा है साडे ही भरा है पता नहीं ओह किहड़ी मजबूरी करके इस राह पए है जां की गल करके गए है ते जे ओह प्यार नाल स्पोर्ट्समैनशिप इज्जत भावना नाल लाउंदे आ ते सानूं उहनां नूं नफ़रत नाल नहीं देखणा चाहीदा उहनां नाल गल करनी चाहीदी है उहनां नूं देखणा चाहीदा वी चंगे पासे पैसा लाओ कोई 2-4 प्लेयर ते ना लाओ वह माड़ी भावना उदों हुंदी आ जदों असीं होल्ड करन पैंदे आ कि मेरा ही कब्जा हो क्योंकि गेमां आ किहो जिहियां गेमां किसे इक दियां नहीं आ गेमां सारिआं दियां इहदे च सपोर्ट्स फॉर आल सारिआं दा सन्मान सारिआं दी इज्जत हरेक खेडण वाले की इज्जत छोटा तो छोटा प्लेयर अज जां ग्राउंड च आ गया उहदी भी इज्जत होनी चाहीदी आ इस तरह का माहौल सिरजना चाहीदा असीं तां कामयाब हुण छोटे प्लेयर की आपां गल करदे आ सर ना मैं कई टूर्नामेंट ते जाना उत्थे मतलब बी वे प्लेयर जिम्मे 1.5 लाख रुपया रखता बुलट मोटरसाइकिल बिस्ट जा फीरेटर करता टीमों को किराया भी लख लख दिता और इदा दिते और उस बाद रेडा से भी मोटरसाइकिल लगते हैं है ना एक 3 रेडा तो 1 मोटरसाइकिल पर जोड़े 65-55 वाले मुंडे आ वो उत्थे किराए में भी तरस रहे होंगे वो कई बार मेरे ब्लॉग के आके बोलते भी भाजी सूँ किराया नहीं दिता किराया नहीं दिता और मैं उन्होंने कई बार यू आप किमें नजिठा जा सकता इस चीज़ को यही गल तो यही तो अपील मैं कर रहा सर जी कि कबड्डी नूं जिउंदा किवें रखोगे जो थले वाली पनीरी नूं तां किराया नहीं मिल रहा थले वाले का कोई बैच वेखण नूं तैयार नहीं उतले नूं कल्ले ने मोटरसाइकिल दिओगे 5-4 साल नूं ब्रेक लग जूगी नवें प्लेयर कित्थों आउणगे जिन्हां नूं अज असीं मोटरसाइकिल करोड़ां रुपया अरबां रुपया दे रहे किन्ने साल 3-4 साल उस तों बाद की बनूगा कबड्डी का उन्हां नूं बुढ़े होए नूं खड़ाऊंगे कि मुड़ के सानूं कहोगे कोचां नूं तुसीं लंगोटे ला के ग्राउंडां च आओ जी हुण ये नवें प्लेयर पैदा करने आ जिउंदे रखण वास्ते नवी पीढ़ी का ख्याल रखना करना पैणा जिन्ना चर असीं नवीं पीढ़ी का ख्याल नहीं रखते नवीं पीढ़ी का ख्याल यही करांगे कि जिन्ना तुसीं पैसा वड्डियां ते ला रहे जिन्ने मोटरसाइकिल जे तुसीं वड्डियां नूं 15 मोटरसाइकिल लै रहे हैं तो 3-4 मोटरसाइकिलों का खर्चा छोटियां ते भी कर दो छोटियां नूं भी दिओ कुछ इहनूं असीं गेम फॉर आल कहिंदे आ चाहे कबड्डी आ चाहे हाकी आ चाहे फुटबाल आ पार्टीसपेट करना खेडना खेडना खेड है खेडना ही खेड है जितना खेड नहीं कल्ली जित मगर जाना इहदा भावना ही गलत है जितना जित बहुत जरूरी है पर जित की भावना रखनी हर थां मैं ही जितां खेड की भावना तो पासे हट के ये होनी चाहिए आ मैं वधिया खेड भावना नाल खेड के जितां सारे तगड़े प्लेयर पंजाब दे 20-25 एक पासे कर लो जिहनूं मर्जी जीती जाओ कुट्टी जाओ दूजे नूं कादी खेड है ये भावना ही गलत है लड़ाई इस भावना दे उल्टा इत्थे पूछ करन दी लोड़ है कि तुसीं
सारे पंजाब किन्ने प्लेयर आ उन्हां दीआं 15 20 25 टीम बनाओ सारिया प्लेयर टीमों बूस्ट करो जिहड़ा थोड़ा पैसा जिहड़ी फैडरेशन चली सी फैडरेशन की चलिया सी 8 टीम खेडदियां सी इहदे च कोई शक नहीं कि हरजीत बाजे खान दे मरन तो बाद फैडरेशन करके कबड्डी इत्थों तक गई है ते जे 8 टीमां खेडदे सी प्लेयर ते हरेक टीम नूं कोई पार्टिसिपेट कोई ना कोई दे के तोड़दे सी ਉਹ ਜ਼ਿਆਦਾ ਪਲੇਅਰਾਂ ਦੇ ਵਿੱਚ ਪੈਸਾ ਜਾਂਦਾ ਸੀ ਅਤੇ ਹੁਣ ਆ 3 ਬਾਰੋਂ ਨਾਲ ਉਹ 5-7 ਪਲੇਅਰਾਂ ਦੀ ਜੇਬ 'ਚ ਪੈਸਾ ਜਾਂਦਾ ਉਹ 5-7 ਤਾਂ ਧਨਾੜ ਬਣ ਜਾਣਗੇ ਅਤੇ ਦੂਜੇ ਕਿੱਧਰ ਨੂੰ ਜਾਣਗੇ ਫਿਰ ਕਬੱਡੀ ਖਤਮ ਹੋ ਜੂ ਕੱਲ੍ਹ ਜੋ ਖਤਮ ਹੋ ਜਾਊ ਉਦੋਂ ਕੀ ਕਰੋਗੇ ਉਦੋਂ ਕਿਹਨੂੰ ਖਿਡਾਓਗੇ ਅੱਜ ਕਹਿੰਦੇ ਜੀ ਕਬੱਡੀ 20-25 ਪਲੇਅਰਾਂ ਦੀ ਖੜੀ ਹੈ ਕੀ ਕੋਈ ਟੂਰਨਾਮੈਂਟ 20-25 ਪਲੇਅਰਾਂ ਨਾਲ ਕਾਮਯਾਬ ਹੋ ਜੂ ਕਿਸੇ ਟੂਰਨਾਮੈਂਟ 'ਤੇ ਖੇਡਣ ਵਾਸਤੇ 50-60-70-80 ਪਲੇਅਰ ਚਾਹੀਦੇ ਤੋ ਜੇ 20 ਕੋਈ ਖੇਡ ਗਏ ਤਾਂ ਦੂਜੇ 40 ਕਿੱਥੋਂ ਲਿਆਓਗੇ ਤੇ ਉਹ 2 ਸਾਲਾਂ 'ਚ ਖਤਮ ਹੋਣਗੇ ਇਹ ਸਾਡੀ ਗੇਮ ਖਤਮ ਹੋਊਗੀ ਇਸ ਨੂੰ ਪਹਿਲਾਂ ਹੀ ਅਹਿਸਾਸ ਕਰੋ ਅਤੇ ਉਹਨੂੰ ਕਿਵੇਂ ਜਿਉਂਦਾ ਰੱਖਣਾ ਉਹਦੀ ਵਾਸਤੇ ਸੋਚੋ ਉਹਦੇ ਵਾਸਤੇ ਸੋਚਣ ਦਾ ਇਹੀ ਆ ਕਿ ਸਪੋਰਟਸ ਫਾਰ ਆਲ ਐਂਡ ਸਪੋਰਟਸਮੈਨਸ਼ਿਪ ਦੀ ਭਾਵਨਾ ਖੇਡ ਦੀ ਭਾਵਨਾ ਵੀ ਇੱਕ ਵਾਰੀ ਤੁਹਾਡਾ ਮੈਨੂੰ ਲੱਗਦਾ ਉੱਥੇ ਅਨੰਦਪੁਰ ਸਾਹਿਬ ਵੀ ਕੁਛ ਹੋਇਆ ਸੀ ਹੈ ਨਾ ਕੁਛ ਨਵਾਂ ਜਿਹਾ ਕੁਛ ਹੋਇਆ ਸੀ ਉੱਥੇ ਕਿਉਂਕਿ ਕਈ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ ਕਿ ਵੀ ਫੈਡਰੇਸ਼ਨਾਂ ਦੇ ਮੈਚ ਇਸ ਕਰਕੇ ਨਹੀਂ ਹੋ ਰਹੇ ਕਿਉਂਕਿ ਉੱਥੇ ਜਿਹੜੇ ਪਲੇਅਰਸ ਨੇ ਸਾਡੇ ਕੋਲ ਘੱਟ ਨੇ ਹੈ ਨਾ ਸਟਾਰਸ ਘੱਟ ਨੇ ਇਸ ਕਰਕੇ ਪਿੰਡ ਵਾਲਿਆਂ ਦੀ ਮਜਬੂਰੀ ਬਣ ਗਈ ਕਿ ਉਹਨਾਂ ਨੇ ਪਲੇਅਰ ਦੇਖਣੇ ਆ ਵੱਡੇ ਵੇਖਣੇ ਚਾਹੁੰਦੇ ਆ ਉਹ ਅਤੇ ਇਹਦੇ ਬਾਰੇ ਤੁਹਾਡਾ ਕੀ ਵਿਜ਼ਨ ਹੈ ਉਹ ਮਾਰਚ 2021 ਦਾ ਅਨੰਦਪੁਰ ਦਾ ਟੂਰਨਾਮੈਂਟ ਹੀ ਹੈ ਅਨੰਦਪੁਰ ਦੇ ਮੇਲੇ ਵਿੱਚ ਜਿਹੜੇ ਇੰਗਲੈਂਡ ਵਾਲੇ ਸੀਰੀ ਹੋਣੀ ਕਰਾਉਂਦੇ ਆ ਉਹ ਪੰਜਾਬ ਚੈਂਪੀਅਨਸ਼ਿਪ ਡਿਸਟ੍ਰਿਕਟ ਵਾਈਜ਼ ਮੈਚ ਕਰਾਉਂਦੇ ਆ ਜਦੋਂ ਡਿਸਟ੍ਰਿਕਟ ਵਾਈਜ਼ ਮੈਚ ਹੁੰਦੇ ਆ ਉਦੋਂ ਫਿਰ ਕੋਈ ਆਪਸ਼ਨ ਨਹੀਂ ਰਹਿ ਜਾਂਦੀ ਕਿਸੇ ਕੋਲ ਵੀ ਫਲਾਨਾ ਪਲੇਅਰ ਮੇਰੀ ਟੀਮ 'ਚ ਖੇਡੂ ਫਲਾਨਾ ਹਰੇਕ ਪਲੇਅਰ ਨੂੰ ਆਪਦੇ ਜ਼ਿਲ੍ਹੇ 'ਚ ਖੇਡਣਾ ਪੈਂਦਾ ਅਤੇ ਜ਼ਿਲ੍ਹੇ 'ਚ ਜਦੋਂ ਖੇਡਦੇ ਆ ਉਹਦੇ ਵਿੱਚ ਆਪਣੇ ਕੋਲ ਜਲੰਧਰ ਜ਼ਿਲ੍ਹਾ ਤਕੜਾ ਕਪੂਰਥਲਾ ਤਕੜਾ ਜ਼ਿਆਦਾ ਜਲੰਧਰ ਕਪੂਰਥਲਾ ਫਸਟ ਸੈਕਿੰਡ ਥਰਡ ਆਉਂਦੇ ਰਹੇ ਆ ਫਸਟ ਦਾ ਨਾਮ ਵੀ ਹੁੰਦਾ 6 ਲੱਖ 8 ਲੱਖ ਇਸ ਤਰ੍ਹਾਂ ਅਤੇ ਉਹ ਮੈਚ ਦੇ ਵਿੱਚ ਜਲੰਧਰ ਵਾਲੇ ਜਾਂ ਕਪੂਰਥਲੇ ਵਾਲੇ ਕਿਤੇ ਉਹ ਫਸਟ ਆ ਗਏ ਕਿਤੇ ਉਹ ਆ ਗਏ ਬਾਕੀ ਜ਼ਿਲ੍ਹੇ ਪਰ ਉਹ ਫਿਰ ਵੀ ਬਾਕੀ ਜ਼ਿਲ੍ਹਿਆਂ ਨੂੰ ਪਾਰਟੀਸਪੇਟ ਚੰਗਾ ਦਿੰਦੇ ਆ ਕਿਸੇ ਨੂੰ ਇਹ ਨਹੀਂ ਲੱਗਦਾ ਕਿ ਯਾਰ ਸਾਡੇ ਨਾਲ ਧੱਕਾ ਹੋਇਆ ਅਤੇ ਐਤਕੀ ਜਿਹੜੀ ਮਾਰਚ 21 'ਚ ਹੋਇਆ ਇਹ ਆਮ ਹੀ ਕੁਐਸਚਨ ਉਠਾਇਆ ਗਿਆ ਕਿ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਪਲੇਅਰ ਹੈ ਆਮ ਹੀ ਕਿਉਂਕਿ ਪੰਜਾਬ ਕਬੱਡੀ ਫੈਡਰੇਸ਼ਨ ਮੁੱਢ ਤੋਂ ਹੀ ਇਹਨਾਂ ਗੱਲਾਂ ਦੇ ਵਿਰੋਧ 'ਚ ਰਹੀ ਹੈ ਕਿ ਪਲੇਅਰਾਂ ਨੂੰ ਯਾਰ ਖਰੀਦ ਕੇ ਜਾਂ ਖੜਾ ਕੇ ਨਹੀਂ ਨਵੇਂ ਤਿਆਰ ਕਰਕੇ ਖਿਡਾਉਣੇ ਚਾਹੀਦੇ ਆ ਨਵੇਂ ਪਲੇਅਰ ਚਾਹੀਦੇ ਅਤੇ ਕੁਦਰਤੀ ਗੱਲ ਹੈ ਵੀ ਦੂਜੀਆਂ ਫੈਡਰੇਸ਼ਨਾਂ ਕੋਲ ਪ੍ਰਮੋਟਰ ਜ਼ਿਆਦਾ ਆ ਜਾਂ ਇਹ ਕਹਿ ਲਓ ਵੀ ਜਿਹੜੇ ਪਲੇਅਰ ਚੱਲਦੇ ਆ ਜਦੋਂ ਅਸੀਂ ਤਕੜੇ ਹੁੰਦੇ ਸੀ ਸਾਡੇ ਨਾਲ ਪ੍ਰਮੋਟਰ ਜੁੜੇ ਸੀ ਅਤੇ ਨਵੇਂ ਪਲੇਅਰ ਜਿਵੇਂ ਸੰਦੀਪ ਨੰਗਲ ਵਗੈਰ ਕੇ ਮੰਗੀ ਵਰਗੇ ਉਹ ਅੱਜ ਕੱਲ੍ਹ ਟੌਪ 'ਤੇ ਆ ਅਤੇ ਉਹਨਾਂ ਨੇ ਪ੍ਰਮੋਟਰ ਵੱਧ ਜੁੜਨੇ ਹੀ ਜੁੜਨੇ ਆ ਅਤੇ ਉਹਨਾਂ ਨੇ ਜਿਹੜੀ ਫੈਡਰੇਸ਼ਨ ਬਣਾਈ ਉਹ ਬੇਸ਼ੱਕ ਸਟਰਗਲ ਦੇ ਵਿੱਚੋਂ ਡੋਪ ਵਾਲੇ 'ਚੋਂ ਨਿਕਲ ਕੇ ਫੈਡਰੇਸ਼ਨ ਆਈ ਅਤੇ ਡੋਪ ਟੈਸਟ ਹੋਣੇ ਚਾਹੀਦੇ ਆ ਜਾਂ ਨਹੀਂ ਹੋਣੇ ਚਾਹੀਦੇ ਜਾਂ ਕਿਵੇਂ ਹੋਣੇ ਚਾਹੀਦੇ ਆ ਚਲੋ 3 ਫੈਡਰੇਸ਼ਨ ਆ ਗਈ ਅਸੀਂ ਵੈਲਕਮ ਕਿਹਾ ਅਤੇ ਪਲੇਅਰ ਇੱਕ ਪਾਸੇ ਇਕੱਠੇ ਹੋਣੇ ਵੀ ਸ਼ੁਰੂ ਹੋ ਗਏ ਕਿਉਂਕਿ ਇਹਨਾਂ ਦੀ ਮੁੱਢ ਦੀ ਡਿਮਾਂਡ ਸੀ ਕਿ ਪਿੰਡ ਦੇ ਜਾਂ ਟੂਰਨਾਮੈਂਟ ਆ ਯਾਰ ਬਾਹਲੇ ਚਿਰ ਦੇ ਤੁਸੀਂ ਲੱਖ 1.5 ਲੱਖ ਲੱਖ ਵਾਲੇ 75 ਵਾਲੇ ਕਰਾਈ ਜਾਂਦੇ ਆ ਸਾਡਾ ਧਿਆਨ ਸੀਗਾ ਵੀ ਛੋਟੇ ਵੀ ਜਾਂ ਛੋਟੇ ਪਿੰਡ ਆ ਉਹ ਵੀ ਟੂਰਨਾਮੈਂਟ ਕਰਾ ਲੈਣ ਇਹ ਕਹਿਣ ਤੁਸੀਂ ਨਾਮ ਜਿਹੜਾ 5 ਲੱਖ ਜਾਂ 3 ਲੱਖ ਕਰਨਾ ਚਾਹੀਦਾ ਚਲੋ ਉਹ ਅਸੀਂ 5-3 ਵਾਲੀ ਗੱਲ 'ਚ ਨਹੀਂ ਪਏ ਗਏ ਇਹਨਾਂ ਨੇ ਸਾਥੋਂ ਪਾਸੇ ਹੋ ਕੇ ਆਪ ਉਹ ਗੇਮ ਖੇਡ ਲਈ ਫੈਡਰੇਸ਼ਨ ਬਣਾ ਕੇ 5-3 ਲੱਖ ਲੋਕਾਂ ਨੇ ਬਥੇਰਿਆਂ ਨੇ ਮੈਚ ਬੁੱਕ ਕੀਤੇ ਕਿਉਂਕਿ ਲੋਕ ਬਥੇਰੇ 5-3 ਲੱਖ ਦੇਣ ਵਾਲੇ ਵੀ ਸੀ ਚੰਗੇ ਪਲੇਅਰਾਂ ਨੂੰ ਵੇਖਣ ਵਾਲੇ ਪੈਸਾ ਲਾਉਣ ਵਾਲੇ ਬਹੁਤ ਆ ਭਲਾ 20 ਲੱਖ ਨਾਮ ਰੱਖ ਲਓ ਪਿੰਡਾਂ ਦੇ ਲੋਕ ਬਥੇਰੇ ਆ ਪਰ ਅਸੀਂ ਸੀਗਾ ਕਬੱਡੀ ਫਾਰ ਆਲ ਜ਼ਿਆਦਾ ਪਲੇਅਰ ਖੇਡਣ ਨਾਮ ਭਲਾ ਘੱਟ ਹੋਵੇ ਜ਼ਿਆਦਾ ਪਿੰਡਾਂ ਦੀ ਟੂਰਨਾਮੈਂਟ ਹੋਵੇ ਅਸੀਂ ਉਸ ਸਿਧਾਂਤ 'ਤੇ ਕੰਮ ਕਰਦੇ ਸੀਗੇ ਸਾਡੇ ਹਿਸਾਬ ਨਾਲ ਕਬੱਡੀ ਜ਼ਿਆਦਾ ਖਿਲਾਰਾ ਸੀ ਜ਼ਿਆਦਾ ਪਲੇਅਰ ਤੱਕ ਖੇਡੀ ਸੀ ਜ਼ਿਆਦਾ ਪਿੰਡਾਂ ਤੱਕ ਖੇਡੀ ਸੀ ਅਤੇ ਜਦੋਂ ਵੱਡੇ ਨਾਮ ਰੱਖਾਂਗੇ ਪਿੰਡ ਵੀ ਘੱਟ ਗਏ ਪਲੇਅਰ ਵੀ ਇੱਕ ਥਾਂ 'ਤੇ ਵਰਗੀ ਕਰ ਲਓ ਉਹੀ ਪ੍ਰੋਫੈਸ਼ਨਲਿਜ਼ਮ ਵੱਲ ਨੂੰ ਗੱਲ ਜਾਣ ਵਾਲੀ ਸ਼ੁਰੂ ਗੱਲ ਹੋ ਗਈ ਜਦੋਂ ਪ੍ਰੋਫੈਸ਼ਨਲਿਜ਼ਮ ਨਾਲ ਸਾਰੇ ਪਲੇਅਰ ਤਾਂ ਹੁਣ ਜਿਹੜੇ ਜਿਹੜਾ ਏ ਜਾਂ ਬੀ ਗ੍ਰੇਡ ਦਾ ਸੀ ਗ੍ਰੇਡ ਦਾ ਪਲੇਅਰ ਆ ਉਹ ਤਾਂ ਪ੍ਰੋਫੈਸ਼ਨਲ ਨਹੀਂ ਨਾ ਬਣਨਾ ਉਹਨੂੰ ਤਾਂ ਕਹਿ ਨਾ ਖਰੀਦਣਾ ਉਹਨਾਂ ਛੋਟਿਆਂ ਪਲੇਅਰਾਂ ਨੂੰ ਤਾਂ ਮਿਹਨਤ ਕਰਨੀ ਪੈਣੀ ਹੈ ਵੱਡਿਆਂ ਪਲੇਅਰਾਂ ਦੇ ਬਰਾਬਰ ਜਾਣ ਵਾਸਤੇ ਅਤੇ ਇੱਧਰ ਜਾ ਵੜੇ ਉਹ ਐਤਕੀ ਕੀ ਚਾਨਚੱਕ ਹੋਇਆ ਕਿਸੇ ਨੇ ਮੇਰੇ ਕੋਲ ਸਵਾਲ ਕਰਤਾ ਜਾਂ ਤੁਸੀਂ ਕਰਤਾ ਵੀ ਤੁਹਾਡੇ ਕੋਲ ਪਲੇਅਰ ਘੱਟ ਆ ਮੈਂ ਕਿਹਾ ਜੀ ਕੋਈ ਸ਼ੱਕ ਨਹੀਂ ਸਾਡੇ ਕੋਲ ਪਲੇਅਰ ਘੱਟ ਹੈ ਪਰ ਅਸੀਂ ਸਟਾਰ ਪੈਦਾ ਕਰਨ ਵਾਲੇ ਹੈ ਸਾਡੀ ਫੈਡਰੇਸ਼ਨ ਸਟਾਰ ਪੈਦਾ ਕਰਦੀ ਅਸੀਂ ਸਟਾਰ ਖਰੀਦਦੇ ਨਹੀਂ ਉਹਦੀ ਜਿਉਂਦਾ ਜਾਗਦਾ ਤਸਦੀ ਜਿਹੜੀ ਮਿਸਾਲ ਆਈ ਸਾਹਮਣੇ ਉਹ ਅਨੰਦਪੁਰ 2021 ਕਬੱਡੀ ਕੱਪ ਵੇਖ ਲਓ ਕੱਢ ਕੇ ਸਾਰੇ ਕੋਈ ਇੱਕ ਰੈਕੋਰਡ ਹੈ ਜਿਹਦੇ ਵਿੱਚ
सुरजन चट्ठे की फेडरेशन भी पार्टीसपेट कर रही है, मेजर लीग भी कर रही है, पंजाब कबड्डी सारे पंजाब के प्लेयर उस खेड रहे। वो कुदरती की होया कि संगरूर की टीम के ज़्यादा प्लेयर वो आ गए जिहड़े पंजाब कबड्डी फेडरेशन दे, ते सारे नवें प्लेयर, मैक्सीमम प्लेयर नवें, यानी ये कह सकते हैं कि 80% प्लेयर नवें प्लेयर, वह सारे पंजाब कबड्डी फेडरेशन दे सी। ते उहदे विच मैच पहला मैं सैमीफाइनल होया मंगी होना दे नाल, मंगी होनी संदीप होनी होना पूरे स्टार सी, ते कुदरती गल आ भी स्टारा ने जितना हुंदा, पर उत्थे रब की ओह जी मेहर हुई कि जी फगवाड़े की टीम मानक की टीम के खेलते ही सारे प्लेयर ज़्यादा, तो संगरूर के सी, तो संगरूर ने बाजी पलटती, बाजी पलटती, एक दो पॉइंटा रौला भी पिया, तो मंगी होनी हार मनन भी तैयार नहीं सी क्योंकि हार जरनी बहुत औखी होंगी है, तो तगड़िया प्लेयर तो बाली होंगी है, पर चलो धन्यवाद करते हैं मुड़के मंगी होना का, दोबारा मूविया माविया देखिया रीचेक करके ये मन गए, कहें हाँ जी हार गए, तो संगरूर फाइनल चले, संगरूर फाइनल च चला गया। नवें प्लेयर तो स्टारा का हारना निराशाजनक तो होंगे ही है, पर नवें प्लेयर वास्ते बूस्टिंग भी होंगे, तो फाइनल दे तरन तारण के नाल मक्खण मक्खी उन्हां दा मैच आ गया, तो यह भी सारी स्टारा की भरी टीम सी, जो स्टारा की भरी टीम सी तो ये जो भी मैच पूरा खड़कमा लगा, एक एक पॉइंट से रौला पैंदा, एक एक पॉइंट से रौला पैंदा सी। जिहड़ा क्वेश्चन तुसीं करदे आ मक्खण मक्खी वाला, की गल हो गई सी जी मक्खण मक्खी नाल? मक्खण मक्खी मेरा बहुत प्यारा लाडला खिडारी है, कोई शक नहीं, पर जे मैं गल मैं थोनों टोरंटो वाली दसी है निर्भय तेकम वाली, भी मैं तो जी टीम नाल है उहदी सपोर्ट करनी है, इत्थे हुण टीम की सपोर्ट नहीं सी, कोई मक्खण मक्खी का विरोध नहीं सी, मैं ओवरऑल इंचार्ज हाँ ग्राउंड का, मेरे रैफरी लाए है, अंपायर लाए है, अंपायरिंग करते उन्हां तों कोई गलती हो सकती है, जे गलती हो सकती है तो प्लेयर ने रौला पा के जरा रिव्यू भी लेना होंगे, दोबारा भी वेखना होंगे, राइट भी उन्होंने राइट भी है। वो एक प्लेयर एक पॉइंट योजा हो आया कि वह पॉइंट मक्खण मक्खी दिता, पर मैं जमा बैक से खड़ा तो मैं वेखा भी पॉइंट मक्खण मक्खी का नहीं गा, पॉइंट जाफी का, मैं उसे इतराज करता, इतराज करके मक्खण मक्खी ने रिव्यू मंग लिया, रिव्यू मंगया तो वो मैं उत्थे सही साबित होया, मक्खण दे अगेंस्ट गया पॉइंट, चलो गुरु चेले का सी इन्नी की इज्जत करता बेचारा चौपड़िया नहीं बोलिया। कुछ चिर बाद दूजे बाद दोबारा घटना फिर यही वापर गई, हुण जिहड़े शगैरदा कि तुहानूं मैं दस्सिया भी एक बहुत डेयरिंग स्टैप शगैरदा मेरा, वह कहिंदा कोच साहब तुहाडा तां हक ही नहीं बनता जदों अंपायर खड़े आ रैफरी खड़े आ ते तुसीं कदों बार बार दखल दिंदे आ, तुसीं दखल नहीं दे सकते। जिस गल ते उह सही भी सी, जिथों तक उन्होंने पढ़ाया गया है कि जे रैफरियां च डिस्प्यूट है, अंपायर च डिस्प्यूट है तो रैफरी फैसला दे, आम इथों तक चलता कि अंपायर च डिस्प्यूट हो रैफरी फैसला कर दिंदा, तो वह तिना च दो एक पासे हो जाए मन लिया जाता, पर इत्थे वह कई बदकिस्मती मैंने वो जी महसूस हुई, ना तो अंपायर च डिस्प्यूट होया तो ना रैफरी च होया, पर पॉइंट फिर गलत सी मेरे मुताबिक। मैं कहा वेख मक्खण सिंह पुत तू मेरा आपदा है, तो मैं भी चाहना कि तू जिते, तेरे ना प्यार है, तेरी चढ़ाई हो, तू मेरा चेला है, पर मक्खण च रखा कहो जा भी मैं इंसाफ भी नहीं करना चाहना किसी ना धक्का बना हो, भी जे तो रिव्यू ले ला, जे तो मैं गलत होया तो तू सही है, मैं गांह नूं दखल नहीं दिंदा गा, तो पर मैनू पता भी गलत है। वो दोबारा जो फिर रिव्यू लिया वापस लिया तो उत्थे फिर मैं ठीक पाया गया। अच्छा जी, तो मेरे उस दखल करके उन्होंने दो पॉइंटा करके ही जिहड़ी है संगरूर की टीम विनर करार दित्ती, जो मैं दखल ना दिंदा तो संगरूर विनर नहीं सी हुंदा। पर जदों असीं टूरनामेंट कराउंदे, टूरनामेंट तो फिर इंसाफ कराउणा चाहिए ना, उत्थे मैं तो मेरी जमीर नहीं मन्नी गई, पहला मैं आउट ऑफ दी वे जाके दखल दिता, पर सारी ओवरऑल नहीं, पर तुसी इंचार्ज तुसी तुसी मेन हुंदा, मेरा दखल देना बणदा सीगा, मेरा सीनियर कोच सरदूल सिंह जिन्हां दी मैं बहुत इज्जत करदा, मेरा कोच रहा मैनूं सिखाउण वाला, वह भी मैनूं कहिंदा यार मक्खण ए मैच नहीं सिरे लगना, मैं कहा कोच साहब तुसी सिखाया सानूं सच ते लड़ना, अज थोड़ा चेला सच से लड़ रहा है, एक टूरनामेंट तीन चेले कट्ठे हो गए रोक क्या रहे हैं, तीन चेले जी, तीन चेले वो मेरा गुरु से, मैं गांह गुरु चेले कट्ठे हो गए, मैं भी फिर सच से लड़ना, तो इंसाफ तो यही है भी कोच साहब जे तो मैं गलत होया तो मैं इदू बाद दखल नहीं दिता, जब लिया तो वो सही पाया गया, वो देना पैना, तो उत्थे फिर मैं जरूर गया भी आह देख लो पंजाब कबड्डी फेडरेशन ये स्टार पैदा कर दी है, इन्होंने प्लेयर संगरूरद नवयान
ਇਹ ਪੰਜਾਬ ਕਬੱਡੀ ਫੈਡਰੇਸ਼ਨ ਦੇ ਮੈਜੋਰਟੀ ਪਲੇਅਰ ਕੋਈ ਨਹੀਂ ਜਾਣਦਾ। ਅੱਜ ਇਹਨਾਂ ਨੇ ਸਟਾਰ ਹਰਾਤੇ, ਇਤਿਹਾਸ ਹੈ ਸਾਰਿਆਂ ਦੇ ਸਾਹਮਣੇ, ਰਿਕਾਰਡ ਹੈ, ਕੋਈ ਝੂਠੀ ਗੱਲ ਨਹੀਂ ਜੀ। ਅਤੇ ਤੁਸੀਂ ਚੈੱਕ ਕੇ ਰਿਕਾਰਡ ਕੱਢ ਕੇ ਵੇਖ ਸਕਦੇ ਹੋ ਅਤੇ ਸੰਗਰੂਰ ਦੀ ਨਵੀਂ ਟੀਮ, ਪਹਿਲੀ ਵਾਰ ਹੋਇਆ ਕਿ ਜਲੰਧਰ ਅਤੇ ਕਪੂਰਥਲਾ ਨਹੀਂ ਜਿੱਤੇ, ਸੰਗਰੂਰ ਜਿੱਤੇ। ਡੀ ਪੀ ਸਾਹਿਬ, ਮਤਲਬ ਵੀ ਸਿਖਰਾਂ ਤੱਕ ਪਹੁੰਚਣ ਦੇ ਲਈ ਕੋਈ ਵੀ ਪਲੇਅਰ ਇਕੱਲਾ ਨਹੀਂ ਪਹੁੰਚਦਾ, ਉਹਦੇ ਪਿੱਛੇ ਇੱਕ ਘਾਲਣਾ ਹੁੰਦੀ, ਉਹਦੇ ਮਾਪਿਆਂ ਦੀ, ਉਹਦੀ ਮਾਂ ਦੀ, ਉਹਦੇ ਫਾਦਰ ਦੀ। ਤੁਹਾਡਾ ਇੱਕ ਪਿਤਾ ਦੇ ਨਾਲ ਕਿੱਦਾਂ ਦਾ ਰਿਲੇਸ਼ਨ ਸੀਗਾ ਇਸ ਸਪੋਰਟਸ ਨੂੰ ਲੈ ਕੇ? ਦੇਖੋ ਜੀ, ਇਹ 'ਚ ਕੋਈ ਦੋ ਰਾਇਆ ਨਹੀਂ ਕਿ ਕੋਈ ਵੀ ਆਪ ਪਲੇਅਰ ਨਹੀਂ ਬਣਦਾ, ਮਾਂ ਪਿਓ ਦਾ ਯੋਗਦਾਨ ਹੁੰਦਾ, ਕੋਚ ਦਾ ਯੋਗਦਾਨ ਹੁੰਦਾ, ਯਾਰਾਂ ਦੋਸਤਾਂ ਦਾ ਯੋਗਦਾਨ ਹੁੰਦਾ, ਨਾਲ ਦੇ ਸਾਥੀਆਂ ਦਾ ਯੋਗਦਾਨ ਹੁੰਦਾ। ਹੁਣ ਤੁਸੀਂ ਗੱਲ ਮੇਰੇ ਪਿਤਾ ਦੀ ਕੀਤੀ, ਵੀ ਮੇਰੀ ਗੇਮ ਜਿਹੜੀ ਉਹ ਫੁੱਟਬਾਲ ਸੀ, ਸਾਈਕਲਿੰਗ ਸੀ। ਸਾਡੇ ਪਿੰਡ ਮੰਡੀ ਲੱਗਦੀ ਹੁੰਦੀ ਸੀ ਝਿੜਕ, ਅਤੇ ਇੱਥੇ ਨਛੱਤਰ ਟਾਂਡੀਆ, ਇੱਕ ਬਹੁਤ ਤਕੜਾ ਕਬੱਡੀ ਦਾ ਖਿਡਾਰੀ ਹੋਇਆ ਆਲਮਾਲੇ ਦਾ, ਅਤੇ ਉਹਦਾ ਤਾਇਆ ਹੁੰਦਾ ਸੀ ਅਤੇ ਉਹਨੇ ਝੰਡੀ ਫੇਰਤੀ ਸੀ ਝਿੜਕ ਦੀ ਮੰਡੀ 'ਤੇ, ਉਹਨੇ ਝੰਡੀ ਫੇਰਤੀ ਸੀ। ਜਾਂ ਝੰਡੀ ਫੇਰਦੀ ਸੀ ਅਤੇ ਸਾਰੇ ਮੇਰੇ ਬਜ਼ੁਰਗ ਨੇ ਝੰਡੀ ਫੜ ਲਈ, ਅਤੇ ਮੈਂ ਉਦੋਂ ਲੁਧਿਆਣੇ ਐੱਮ ਏ ਕਰਦਾ ਸੀ। ਅਤੇ ਜਦ ਮੈਂ ਆਇਆ, ਕਹਿੰਦਾ ਪੁੱਤ ਮੈਂ ਝੰਡੀ ਫੜ ਲਈ ਅਤੇ ਅਗਲੀ ਮੰਡੀ ਦੇ ਉੱਤੇ ਉਹਨਾਂ ਦੀ ਟੀਮ ਨਾਲ ਖੇਡਣਾ। ਉਹ ਮੈਂ ਕਿਹਾ ਚਾਚਾ ਤੂੰ ਕੀ ਕੀਤਾ? ਮੈਂ ਆਪਦੇ ਪਿਓ ਨੂੰ ਚਾਚਾ ਕਹਿੰਦਾ ਸੀ। ਉਹ ਮੈਂ ਕਿਹਾ ਮੈਨੂੰ ਤਾਂ ਕਬੱਡੀ ਦਾ ਊੜਾੜਾ ਨਹੀਂ ਆਉਂਦਾ, ਤੂੰ ਇਹ ਕੰਮ ਕੀ ਕੀਤਾ? ਕਹਿੰਦਾ ਮੈਨੂੰ ਨਹੀਂ ਪਤਾ, ਮੈਂ ਫੜ ਲਈ, ਪੂਰਾ ਕਰਨਾ ਨਾ ਕਰਨਾ ਤੇਰੀ ਮਰਜ਼ੀ, ਆਪਦੇ ਪਿਓ ਦੀ ਇੱਜ਼ਤ ਰੱਖ। ਫਿਰ ਮੈਂ ਗੌਰਮੈਂਟ ਕਾਲਜ ਲੁਧਿਆਣਾ ਦੇ ਵਿੱਚ ਲੋਕਾਂ ਨੂੰ ਚਾਹ ਪਿਆ ਪਾ ਕੇ ਕਬੱਡੀ ਦੇ ਦਾਗ, ਉੱਥੇ ਕਬੱਡੀ ਦੀ ਟੀਮ ਦੇਖੀ, ਉਹਨੂੰ ਚਾਹ ਪਿਆਉਣੀ ਕਿ ਉਹਨੂੰ ਖੋਣਾ ਵੀ ਮੈਨੂੰ ਕਬੱਡੀ ਦੱਸੋ, ਕਿਉਂਕਿ ਕਬੱਡੀ ਬਾਬਤ ਨਹੀਂ ਸੀ। ਇਸ ਤਰ੍ਹਾਂ ਕਰਕੇ ਮਾੜੀ ਮੋਟੀ ਕਬੱਡੀ ਦੇ ਪੰਜ ਚਾਰ ਦਾ ਪੇਜ ਸਿੱਖੇ, ਦਾ ਪੇਜ ਸਿੱਖ ਕੇ ਅਤੇ ਅਗਲਾ ਸਾਲ ਜਦੋਂ ਆਇਆ ਅਤੇ ਇੱਕ ਮੇਰੇ ਪਿੰਡ ਦਾ ਹੁੰਦਾ ਸੀਗਾ ਬਲਦੇਵ ਸਿੰਘ ਬਾਸੋ ਕਹਿੰਦੇ ਹੁੰਦੇ ਸੀਗੇ, ਅਤੇ ਮੈਂ ਕਿਹਾ ਯਾਰ ਘਰ ਰੇਡਾ ਦਾ, ਮੈਂ ਕਿਹਾ ਤੂੰ ਜਾਫੀ, ਉਹ ਜਾਫੀ ਲੈ ਕੇ ਆ ਗਿਆ ਡਰੋਲੀ ਵਾਲੇ ਗਰਿਆਲ ਨੂੰ। ਗਰਿਆਲ ਚੰਗਾ ਖਿਡਾਰੀ ਸੀਗਾ ਪਰ ਮੈਂ ਨਹੀਂ ਸੀ ਦੇਖਿਆ ਕਿਉਂਕਿ ਮੈਂ ਤਾਂ ਕਬੱਡੀ 'ਚ ਆਇਆ ਹੀ ਨਹੀਂ ਸੀ, ਅਤੇ ਜਾਂ ਮੈਨੂੰ ਦੇਖਿਆ ਜੀ ਆਹ, ਕਹਿੰਦਾ ਜਾਫੀ ਆ ਤੇਰਾ ਅਤੇ ਤੂੰ ਕਬੱਡੀਆਂ ਪਾ। ਮੈਂ ਵੇਖਿਆ ਵੀ ਬੜਾ 18-19 ਸਾਲ ਦਾ ਗੋਰਾ ਨਿਸ਼ੋ ਜਿਹਾ ਮੁੰਡਾ, ਵੀ ਉਹਦੇ ਲੱਫੜ ਮਾਰੋ ਕੰਨ ਦੇ ਉੱਤੇ, ਅਤੇ ਮੈਨੂੰ ਪਤਾ ਪੰਜੇ ਦੀਆਂ ਪੰਜੇ ਉਂਗਲਾਂ ਖੜ ਜਾਣ, ਇੰਨਾ ਨਾਜ਼ੁਕ ਜਿਹਾ ਗਰਿਆਲ ਵੇਖ ਕੇ। ਮੈਂ ਕਿਹਾ ਯਾਰ ਇਹ ਕੀ ਕਰੂਗਾ, ਮੈਂ ਕਿਹਾ ਗੱਲ ਬਣਨੀ ਨੀਗੀ। ਅਤੇ ਉਹ ਜੈ ਸਿੰਘ ਵਾਲੀ ਦੀ ਟੀਮ ਆ ਗਈ, ਢਾਂਡੀ ਹੁਣੀ ਨਹੀਂ ਆਏ, ਉਹ ਤਾਂ ਢਾਂਡੀ ਦਾ ਤਾਂ ਜੈ ਸਿੰਘ ਵਾਲੀ ਦੀ ਟੀਮ ਲੈ ਕੇ ਆ ਗਿਆ। ਪਰ ਮੈਂ ਕਿਹਾ ਹੁਣ ਖੇਡਣ ਤੋਂ ਬੜਾ ਮਜਬੂਰੀ ਕੋਈ ਨਹੀਂ, ਆਪਸ਼ਨ ਕੋਈ ਨਹੀਂ ਸੀ, ਅਤੇ ਜਾਂ ਵੇਖਾਂ ਵੀ ਜਿਹੜਾ ਜਾਵੇ ਉਹਨੂੰ ਗਰਿਆਲ ਢਾ ਕੇ ਉੱਤੇ ਬੈਠਾ, ਜਿਹੜਾ ਜਾਵੇ ਉਹ। ਮੈਂ ਕਿਹਾ ਖੋਰਾ ਜਿਹਾ ਜਵਾਕ, ਕਮਾਲ ਕਰਤੀ ਗਰਿਆਲ ਨੇ ਜੀ। ਅੱਛਾ। ਅਤੇ ਮੈਂ ਵਧੀਆ ਰੇਡਾਂ ਮਾਰੀਆਂ, ਚੱਲ ਅਸੀਂ ਜਿੱਤ ਗਿਆ, ਉੱਥੋਂ ਮੇਰਾ ਕਬੱਡੀ ਦਾ ਸਫ਼ਰ ਮੇਰੇ ਪਿਓ ਨੇ ਝੰਡੀ ਫੜ ਕੇ ਸ਼ੁਰੂ ਕਰਵਾਇਆ। ਚਲੋ, ਉਦੋਂ ਬਾਅਦ ਮੇਰੇ ਪਿਓ ਇੱਕ ਭਲਵਾਨ ਸੀ, ਉਹਦੀ ਵਰਸ਼ਨ ਸੀ ਵੀ ਜਦੋਂ ਜਿੰਨਾ ਚਿਰ ਕਿਸੇ ਪਲੇਅਰ ਦੇ ਉੱਤੇ ਕੋਈ ਮੌਤ ਨਹੀਂ, ਮੌਤ ਦਾ ਮਤਲਬ ਉਹਨੂੰ ਕੋਈ ਤਿਆਰ ਕਰਨ ਵਾਲਾ ਨਹੀਂ, ਉਹ ਪਲੇਅਰ ਨਹੀਂ ਬਣ ਸਕਦਾ। ਮੇਰਾ ਪਿਓ ਮੈਨੂੰ ਆਪ ਦੁੱਧ ਦੇ ਵਿੱਚ ਪਾ ਕੇ ਘਿਓ ਪਿਆਉਂਦਾ, ਆਪ ਖੁਰਾਕ ਦਿੰਦਾ। ਉਹ ਕਈ ਵਾਰ ਮੇਰੀ ਮਾਂ ਨੇ ਕਦੇ ਦੁੱਧ ਘਿਓ ਪਾਉਣਾ, ਤੈਨੂੰ ਪਤਾ ਬੁੜੀਆਂ ਦੇ ਬਾਹਲੇ ਵੱਡੇ ਦਿਲ ਨਹੀਂ ਹੁੰਦੇ ਗੇ, ਜਿੰਨੇ ਭਲਵਾਨਾਂ ਨੇ ਉਹਨੂੰ ਕੀ ਪਤਾ ਕੀ ਭਲਵਾਨੀ ਕੀ ਹੁੰਦੀ ਆ ਵਿਚਾਰੀਆਂ ਨੂੰ, ਅਤੇ ਘੱਟ ਹੋਣਾ ਅਤੇ ਪਿਓ ਨੇ ਮੇਰੇ ਨਾਲ ਲੜਨਾ, ਸਾਲਿਆ ਬੁੜੀਆਂ ਦੇ ਹੱਥੋਂ ਖੁਰਾਕ ਖਾ ਕੇ ਭਲਵਾਨ ਬਣੇਗਾ ਤੂੰ, ਇਹ ਬੁੜੀਆਂ ਦੇ ਹੱਥੋਂ ਖਾ ਕੇ, ਇਹ ਬੁੜੀਆਂ ਤੋਂ ਚੋਰੀ ਖਾਈ ਦੀ ਹੈ, ਇਹਨਾਂ ਦਾ ਤਾਂ ਕਹਿੰਦਾ ਪਰਛਾਵਾਂ ਨਹੀਂ ਪੈਣ ਦੇਣਾ ਚਾਹੀਦਾ। ਅਤੇ ਮੈਂ ਜਿੱਥੇ ਜਾਂਦਾ ਸੀ ਹਰ ਥਾਂ 'ਤੇ ਮੋਟਰਸਾਈਕਲ ਮਗਰ ਬਹਿ ਕੇ ਮੇਰੇ ਜਾਂਦਾ ਸੀ, ਸਾਰੀ ਦੁਨੀਆ ਜਾਣਦੀ ਸੀ ਆ ਮੱਖਣ ਡੀਪੀ ਦਾ ਪਿਓ ਆ। ਅਤੇ ਉਹਦੀ ਸਿਫਤ ਸੀ, ਉਹਨੇ ਮੇਰੇ ਉੱਤੇ ਪੈਸੇ ਲਾਉਣੇ ਵੀ ਜਿਹੜਾ ਮੇਰੇ ਮੁੰਡੇ ਨੂੰ ਫੜੂਗਾ ਨਾ ਮੈਂ ਉਹਨੂੰ ਪੈਸੇ ਦੇਣੇ ਆ, ਅਤੇ ਲਾਲਾ ਤਲਵੰਡੀ ਭਾਈ ਵਾਲਾ, ਇਹ ਜਦੋਂ ਕਿਤੇ ਮੈਨੂੰ ਜੱਫਾ ਇਹ ਲਾਉਂਦਾ ਹੁੰਦਾ ਸੀ, ਅਤੇ ਉਦੋਂ 50 ਰੁਪਏ ਹੀ ਬਹੁਤ ਹੁੰਦੇ ਸੀ, ਉਹਨੇ ਪ੍ਰਤੀ ਜੱਫਾ 50 ਰੁਪਏ ਲਾਲੇ ਨੂੰ ਦੇਣੇ। ਲਾਲੇ ਨਾਲ ਜਿਹੜਾ ਮੇਰਾ ਪ੍ਰੇਮ ਹੈ ਅਤੇ ਇਹੀ ਹੈ, ਅੱਜ ਕੱਲ੍ਹ ਤਾਂ ਹੁੰਦਾ ਨਾ ਆਪਦੇ ਨੂੰ ਦਿੰਦੇ ਆ, ਅਤੇ ਮੇਰਾ ਪਿਓ ਜਿਹੜਾ ਮੈਨੂੰ ਢਾਉਂਦਾ ਉਹਨੂੰ ਲਾਉਂਦਾ ਤਾਂ। ਉਹ ਬਥੇਰੇ ਲੋਕਾਂ ਨੇ ਕਹਿਣਾ ਯਾਰ ਪਿਓ ਉਹਦਾ ਆਉਂਦਾ ਉਹਦੇ ਨਾਲ, ਉਹਦੀ ਉਲਟੀ ਚੱਲੀ ਜਾਂਦਾ। ਉਹ ਉਲਟ ਨਹੀਂ, ਉਹ ਮੈਨੂੰ ਕੜਾ ਕਰਦਾ ਸੀ, ਮੈਨੂੰ ਤਕੜਾ ਕਰਦਾ ਸੀ। ਅਤੇ ਇੱਕ ਦਿਨ ਉਹ ਜੀ ਭਾਵਨਾ ਉਹਨੇ ਮੇਰੇ ਵਿੱਚ ਭਰੀ, ਉਦੋਂ ਗੁੱਟ ਫੜਨਾ, ਗੁੱਟ ਫੜਨ ਵਾਲੀ ਗੱਲ, ਉਹਨੇ ਕਹਿਣਾ ਯਾਰ ਪੁਰਾਣੇ ਟਾਈਮ 'ਚ ਜੀਟਰ ਟਰੈਕਟਰ ਹੁੰਦਾ ਸੀ, ਉਹਨੇ ਕਹਿਣਾ ਤੈਨੂੰ ਤਾਂ ਜੀਟਰ ਟਰੈਕਟਰ ਨਾਲ ਬੰਨ੍ਹ ਗਿਆ ਨਾ ਗੁੱਟ ਤੇਰਾ, ਅਤੇ ਤੂੰ ਜੀਟਰ ਟਰੈਕਟਰ ਖਿੱਚ ਕੇ ਲੈ ਜੀ। ਯਾਨੀ ਮੇਰੇ ਪਿਓ ਨੇ ਮੇਰੇ 'ਚ ਉਹ ਜੀ ਭਾਵਨਾ ਭਰੀ ਕਿ ਗੇਮ ਦੀ ਦੁਨੀਆਂ ਦੇ ਵਿੱਚ ਤੈਥੋਂ ਤਕੜਾ ਕੋਈ ਹੈ ਹੀ ਨਹੀਂ, ਇਹ ਸੋਚ ਕੇ ਵੱਢਣਾ, ਮਤਲਬ ਕਿ ਡਰ ਨਾਂ ਦੀ ਚੀਜ਼ ਖਤਮ ਕੀਤੀ। ਆਮ ਤੌਰ 'ਤੇ ਡਰ ਲੱਗਦਾ ਹੁੰਦਾ ਯਾਰ ਫਲਾਨਾ ਤਕੜਾ ਫਲਾਨਾ ਤਕੜਾ, ਮੇਰੇ ਗਿਣੇ ਹੁੰਦੇ ਸੀ ਵੀ ਆਹ ਜਾਫੀ ਮੇਰੇ ਤੋਂ ਤਕੜੀ ਹੈ, ਪਰ ਉਹਨੇ ਕਹਿਣਾ ਨਹੀਂ ਤੈਥੋਂ ਕੋਈ ਤਕੜਾ ਨਹੀਂ, ਤੂੰ ਸਭ ਤੋਂ ਤਕੜਾ। ਇਸ ਤਰ੍ਹਾਂ ਦੀ ਭਾਵਨਾ ਦੇ ਨਾਲ ਇਹ ਭਾਵਨਾ ਮੇਰੇ ਪਿਓ ਨੇ ਲਿਆਂਦੀ, ਅਤੇ ਇਹ ਮਾਂ ਪਿਓ ਦੀ ਦੇਣੀ ਹੈ ਇਸ ਮੁਕਾਮ ਤੱਕ ਪਹੁੰਚਣ ਵਾਸਤੇ। ਤੁਹਾਡੀ ਆਪਣੇ ਮਾਤਾ ਦੇ ਨਾਲ ਕੋਈ ਯਾਦਗਿਰੀ ਘਟਨਾ ਜਿਹੜੀ ਅੱਜ ਵੀ ਤੁਹਾਨੂੰ ਯਾਦ, ਮਾਵਾਂ ਠੰਡੀਆਂ ਛਾਵਾਂ ਵਾਲੀ ਗੱਲ ਹੈ, ਕੋਈ ਅੱਜ ਵੀ ਤੁਹਾਨੂੰ ਮਾਂ ਨੂੰ ਮਿਸ ਕਰਦੇ ਹੋ ਵੀ ਆਹ ਮੈਨੂੰ ਮਾਤਾ ਦੀ ਆਹ ਗੱਲ ਯਾਦ ਆਉਂਦੀ ਹੈ, ਕਦੇ ਜਦੋਂ ਮੇਰੇ ਘਰ 'ਚ ਇੱਧਰ ਕੀ ਘਟਨਾ ਵਾਪਰੀ, ਜਦੋਂ ਇੱਧਰ ਕੀ ਮੂਵਮੈਂਟ ਵਾਪਰਦੀ ਆ, ਹੈ ਨਾ, ਜਦੋਂ ਅਸੀਂ ਕਦੇ ਚਿੜੀਆਂ ਨੂੰ ਦਾਣੇ ਪਾਉਂਦੇ ਸਾਨੂੰ ਆਪਦਾ ਬਾਪੂ ਯਾਦ ਆਉਂਦਾ ਜੀ, ਹੈ ਨਾ, ਉਹ ਕੋਈ ਇੱਦਾਂ ਦੀ ਮਾਤਾ ਦੀ ਕੋਈ ਗੱਲ?
माता मेरी बहुत मेहनती सी ठीक है ते ओदी गल एक घटना मैनू जमा नहीं भुलदी जो छोटे स्कूल च पढ़ते हाई स्कूल दे विच उदों नहीं पता हुंदा भी चोरी की है ते दूजा की है ते उन्हां दिनां दे विच गर्मियां च टमाटर बड़े स्वाद लगते सी नूण ला के खाण ते इन्ने क अमीर असीं नहीं सीगे गए पैसे नाल उह खरीद के खा सके ते असीं मेरे गुआंढ अमरनाथ बाणिया हुंदा सी उहदी वाइफ सीलो हुंदी सी ते उहदे कोलों धक्के नाल जां चोरी चुक के टमाटर खा जाणे अच्छा जी स्वाद लगने चक के खा जाने तो एक दिन फिर उन्होंने सीलो नूं पता लग गया तो उन्हें मेरी माता नूं दस्या भी तेरा मुंडा भाई मेरे टमाटर चक के खा गया मैं फिर की सी उहदे सामने मेरी माँ ने ढा लिया मैनू उत्थे सारे लोगों के सामने दुकान ते ढा के सट के उत्ते बह गई मेरे ते कुटिया मैनू वह कुट मैनू अज तक नहीं भुलती माँ ने सिखाया भी पुत चोरी नहीं करनी कि खो के नहीं खाना ये माँ ये माँ की देन सी हड्डा च वसी भी आ बथेरे लोग अज भी कई कहने वाले आ लोगों का हक खाते पर मक्खन च रखने अज तक किसी का हक नहीं खाधा आपका हक छड्डिया नहीं किसी का खाधा नहीं कई कमेंट करते हैं भी प्लेयर के खाधे वह खाधे यो खाधे मैं अज भी बांह खड़ी करके कहना मेरा मेरे कोई खेडिया प्लेयर कह दे कोई एक रुपया दे के बाहर गया होगी कोई कह दे मक्खन डीबी ने मेरा पैसा नपया किसी का हक नहीं खाधा वध दिते होंगे हाँ आपका हक छड्डिया नहीं क्योंकि कनेडा दे विच ये गल हुई सी कामरेडा दे विच वो कहते भी सारे कोच कोई किन्ने पैसे दिंदा कोई किन्ने पैसे दिंदा तू टीम ते किन्ने पैसे लाउंदा तो मेरा जवाब से भी मैं टीम से कोई पैसे नहीं लाता कोई मैं प्रमोटर नहीं मैं कोई लैंडलॉर्ड नहीं मैं तो दिहाड़ी करना मैं तो आप मेहनत करना कई हूँ दिहाड़ी करना मेहनत करता जी गौर सरकारी नौकरी दिहाड़ियाँ ही यार वो तो भी कहें इन्ने पैसे लेना दिहाड़ी करता इन्होंने गलों से भी इतराज करते फुद्दू जे बंदे हटते नहीं हो जे कमेंट कर लो तो मैं समझना भी अभी तो आपकी मेहनत करते हैं पर नाले जिहड़ी मां ने आपके पुत नूं चोरी करते वेले कुटिया होवे ओह नहीं कर सकदा आपका हिस्सा लैनी अज तक नहीं भुलदा अज तक नहीं भुलदा वो माँ की याद अज तक नहीं भुलदी वो माँ ने कुट के सिद्धा किया कि किसी का हिस्सा नहीं खाना चोरी नहीं करनी एडू वड्डी माँ की दात की हो सकती है तो प्यो ने सिखाया पुत सबर पैसे का कोई अंत नहीं फादर साहब की भी कोई कोई अंत नहीं पैसे का कोई अंत नहीं सबर करना पैना है जो तू सबर कर लेगा खड़ जाएगा किसी गल मैं प्यो के कहते सबर किया सबर दे खड़ा तो वह सबर की मत मैं लाले तलवंडी दी जाए अज पुछ लो जिन्ना सबर लाले तलवंडी जा शायद मेरे च भी है वो एक गल कहूगा गुरु आ जी तू गल सिखा दी ना मैं सबर सब तो वीड्डी चीज कोई अंत नहीं भड़कना जिनी मर्जी भजे तुरे फिर पैसे मगर जिन्ना मर्जी भजे एक दिन थोड़ा सबर करना ही पैना मैं आपकी रिटायरमेंट तो बाद कोई जॉब नहीं की कोई कम नहीं शुरू किया क्योंकि सबर है बहुत कमा लिया बहुत खा लिया खाधा पीता नहीं मुकता असी कोई अडानी अबानी नहीं बनना अभी तो जिंदगी वधिया तरीके जीनी वधिया तरीके जिंदगी जी रही रब की पूरी मेहर परमात्मा की पूरी मेहर मेहनत करके खाधी वधिया ऐश की जिंदगी जीने रब ने वधिया जिंदगी कोई घट नहीं किसी पासे कोई घट नहीं साडे मन से कोई बोझ नहीं कदे किसी का माड़ा नहीं जे माड़ा नहीं किया जिनी योग है जे किसी का हैल्प कर सकते हैं तो की है एदू वो मैं तेन कुछ नहीं कह सकता माँ प्यो की याद में माँ प्यो तो सदा ही आपके मन च वसते हैं चंगी गल सिखा के गए यही सानू कबड्डी दे विच भी इसे करके जिहड़ी लियाकत है तुहाडी है ना ते ओह हमेशा ही बनी रहेगी देखो जी मैं आपदे बच्चे आ मेरे दो बच्चे आ मुंडा मैं उन्हां नूं मेहनत करन नूं सिखाई आ कम करन नूं सिखाया मेहनत दी आदत पाई आ वाइफ आ मेरी जद मेरा विआह होया कॉलेज पढ़दी सी ते मैं भी कर सकदा सीगा घर दे विच 25-25 30-30 बंदे दीआं रोटियां पकाउणियां ने शिकायत भी करनी कई बार निक्के हुंदिआं नूं हुंदा ही आ मैनूं भी समझ नहीं सी पर मेरे दिमाग से यार इन्ना बंदा दीआं रोटियां पकाउ इहनूं मेहनत करन दी आदत पई इहनूं मेहनत करन दी आदत पई अज इहदे साथ नहीं इत्थे तक गए क्योंकि इक मेहनत ही सफलता दी कुंजी आपदा हत्थीं करके अज भी आपदे हत्थीं करदे आ सामने तुहानूं गैलरी दिखदी जांदी आ ना अज भी इह वी कोई इह मेरे कोल कोई पैसे दी घाट मैं आप पेंट कीती वेला टाइम लग जांदा आहा तुसीं आप पेंट कीती आप पेंट कीती वेला टाइम है की करना कोई ना कोई कम कर लेना इन वाइफ न आदत है लगी रही गमले गमले सारे आप पेंट की पेंटर तो भी यार मेरे सामने गुआढ़ी
ਤੁਹਾਡੇ ਬੱਚੇ ਅੱਜ ਕੱਲ ਕਿੱਥੇ ਜੀ? ਸਾਹਮਣੇ ਗੁਆਂਢੀ ਪੂਰੇ ਲੈਣ ਲਾਡ ਆ। ਉਹ ਕਈ ਵਾਰ ਮਜ਼ਾਕ ਕਰਨਗੇ ਯਾਰ ਪੈਸੇ ਕਿੱਥੇ ਲਿਆਉਣੇ ਆ, ਆਦਤ ਪੈ ਗਈ ਹੱਥੀਂ ਕੰਮ ਕਰਨ ਦੀ। ਉਹ ਜਿਵੇਂ ਕਹਿੰਦੇ ਨੇ ਜੱਟਾਂ ਦੇ ਪੁੱਤਾਂ ਨੇ ਘਾਹ ਖੁੱਤਣਾ ਹੀ ਖੁੱਤਣਾ। ਬਈ ਜਿੱਥੇ ਸਾਨੂੰ ਘਾਹ ਦਿਸ ਗਿਆ, ਬੂਟਾ ਦਿਸ ਗਿਆ, ਯਾਰ ਅਸੀਂ ਪੱਟਣ ਪੈਣਾ ਹੀ ਪੈਣਾ ਯਾਰ, ਘਾਹ ਤੋਂ ਖੜਾ ਉਹ ਕੰਮ ਅਸੀਂ ਆਦਤ ਛੱਡ ਨਹੀਂ ਸਕਦੇ, ਸਾਨੂੰ ਮੁੱਢ ਤੋਂ ਬਾਅਦ। ਜਿਹੜੇ ਬੰਦੇ ਜੜ੍ਹਾਂ ਬੂਟਿਆਂ ਦੀਆਂ ਲਾਉਂਦੇ ਅਤੇ ਜਿਹੜੇ ਗਲਤ ਬੂਟੇ ਦੀ ਜੜ੍ਹ ਪੱਟਦੇ ਆ, ਉਹਨਾਂ ਦੀ ਜਾੜੀ ਜ਼ਿੰਦਗੀ 'ਚ ਲੱਗਦੀ ਹੈ। ਦੇਖੋ ਜੇ ਤਾਂ ਪਰਮਾਤਮਾ ਵੇਂਦਾ, ਅਸੀਂ ਤਾਂ ਆਪਦੀ ਲਗਨ ਨਾਲ ਕੰਮ ਕਰੀਏ। ਅੱਛਾ, ਤੁਹਾਡੇ ਮਾਤਾ ਜੀ ਦਾ ਨਾਂ ਕੀ ਸੀ ਜੀ? ਕੁਲਵੰਤ ਕੌਰ ਜੀ। ਅਤੇ ਪਿਤਾ ਜੀ ਦਾ ਨਾਂ ਜੀ? ਸਰਦਾਰ ਕਰਤਾਰ ਸਿੰਘ ਮੱਲ। ਅਤੇ ਤੁਹਾਡੇ ਨਾਨਕੇ ਕਿੱਥੇ ਜੀ? ਗਾਲਬ ਕਲਾਂ। ਇਹ ਕਿਹੜੇ ਪਾਸੇ ਰਹਿ ਗਏ ਜੀ? ਇਹ ਗਾਲਬ ਕਲਾਂ ਅਜੀਤਵਾਲ ਤੋਂ ਅਗਲੇ ਪਾਸੇ। ਅੱਛਾ, ਅਤੇ ਉਹ ਤੁਹਾਡੇ ਜਿਹੜੇ ਮਾਮੇ ਅਤੇ ਮਾਮੇ ਨਾਲ ਕੋਈ ਜੋ ਨਾਨਕੇ ਜਾਂਦੇ ਹੋਣਗੇ ਉੱਥੋਂ? ਚਾਲ ਗੋਤ ਆ ਜੀ ਉਹਨਾਂ ਦਾ। ਹਾਂਜੀ, ਚਾਲ ਗੋਤ ਆ, ਚਾਲਾਂ ਦੀ ਪੱਤੀ ਵੱਜਦੀ ਉੱਥੇ। ਅਤੇ ਤੁਹਾਡਾ ਕੀ ਗੋਤ ਆ ਜੀ? ਸਾਡਾ ਸਿੱਧੂ ਹੈ। ਸਿੱਧੂ? ਹਾਂਜੀ, ਮੱਖਣ ਡੀਪੀ ਚੜਕ ਸਿੱਧੂ। ਹਾਂਜੀ। ਅਤੇ ਤੁਹਾਡੇ ਮਾਮਿਆਂ ਦੇ ਨਾਲ ਕੋਈ ਨਾਨਕੇ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਵਾਲੀਆਂ ਗੱਲਾਂ ਹੁੰਦੀਆਂ ਸੀ ਉਦੋਂ ਜ਼ਮਾਨੇ ਦੀਆਂ? ਬੜਾ ਜੀ, ਬੜਾ ਮਾਮਿਆਂ ਦੇ ਨਾਲ। ਤੁਹਾਡੇ ਮਾਮਾ ਜੀ ਦਾ ਨਾਂ ਲੈ ਕੇ ਕੋਈ ਉਹਨਾਂ ਦੀ ਗੱਲ? ਮੇਰਾ ਮਾਮਾ ਸਰਦਾਰਾ ਸਿੰਘ ਸੀ। ਹਾਂਜੀ, ਉਹ ਵੀ ਕੋਈ ਬਾਹਲੇ ਅਮੀਰ ਨਹੀਂ ਸੀਗੇ, ਮਿਹਨਤ ਕਰਨ ਵਾਲੇ ਬੰਦੇ ਸੀ। ਉਹਨਾਂ ਦੇ ਨਾਲ ਜਾਣਾ, ਨਾਨਕ ਸਰ ਦਾ ਮੇਲਾ ਦੇਖਣਾ, ਜਾਂ ਕਈ ਵਾਰ ਜਾਣਾ ਉੱਥੇ ਖੇਤਾਂ ਦੇ ਵਿੱਚ, ਉਹਨੀ ਦਿਨੀ ਕਮਾਦ ਹੁੰਦਾ ਸੀ ਅਤੇ ਸਾਡੇ ਵੱਲ ਘੱਟ ਹੁੰਦਾ ਸੀ, ਉਹ ਕਮਾਦ ਛੰਗ ਛੁੰਗਣ ਜਾਂਦੇ ਹੁੰਦੇ ਸੀ, ਨਾਲ ਜਾਣਾ ਗੰਨੇ ਚੁੱਪਣੇ। ਇਸ ਤਰ੍ਹਾਂ ਦੀਆਂ ਗੱਲਾਂ ਬਥੇਰੀਆਂ ਯਾਦਾਂ ਰਹੀਆਂ। ਕੋਈ ਖਾਸ ਜੀ ਗੱਲ ਜਿਹੜੀ ਅੱਜ ਵੀ ਮਾਮਾ ਨੂੰ ਯਾਦ ਕਰਦੇ ਹੋ, ਮਾਮਾ ਜੀ ਨਾਲ ਦੇ ਨੂੰ, ਵੀ ਯਾਰ ਆਹ ਮੇਰੇ ਮਾਮਾ ਜੀ ਨੇ ਮੈਨੂੰ ਸਿਖਾਇਆ, ਜਿਵੇਂ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਪੈਸੇ ਲਾਉਂਦੇ ਸੀ, ਮਾਤਾ ਦੀ ਉਹ ਗੱਲ, ਇਸ ਤਰ੍ਹਾਂ ਦੀ ਕੋਈ ਯਾਦਗਾਰ ਆਪਾਂ ਨੂੰ ਤੁਹਾਡੇ ਪਰਿਵਾਰ? ਮਾਮੇ ਦੀ ਖਾਸ ਗੱਲ ਇਹ ਹੈ ਜੀ, ਕਿਹੜਾ ਸਾਡਾ ਗੁਆਂਢੀ ਇੱਕ ਬਹੁਤ ਲੈਣ ਲਾਟ ਸੀਗਾ, 25-30 ਕਿੱਲੇ ਦਾ ਮਾਲਕ ਸੀਗਾ, ਅਤੇ ਉਹ ਮੇਰੇ ਫਾਦਰ ਸਾਹਿਬ 'ਤੇ ਬਹੁਤ ਲੱਗਦਾ ਸੀ ਗੁਆਂਢ ਦੇ ਵਿੱਚ, ਕਿਉਂਕਿ ਮੇਰਾ ਫਾਦਰ ਭਲਵਾਨ ਸੀਗਾ। ਅਤੇ ਜਿੱਥੇ ਤਾਂ ਮੇਰੇ ਫਾਦਰ ਨੇ ਢਾ ਲੈਣਾ ਅਤੇ ਉਹਨੇ ਚੁੱਪ ਕਰਕੇ ਅੰਦਰ ਵੜ ਜਾਣਾ, ਅਤੇ ਜਿੱਦੇ ਕਿਤੇ ਮੇਰੇ ਫਾਦਰ ਨੇ ਢਹਿ ਜਾਣਾ ਅਤੇ ਉਹਨੇ ਸਭ ਤੋਂ ਪਹਿਲਾਂ ਘੋੜੀ 'ਤੇ ਜਾਂਦਾ ਹੁੰਦਾ ਸੀ, ਉਹਨਾਂ ਨੇ ਘੋੜੀ ਕਿਤੇ ਕਿਣਤੀ ਹੁੰਦੀ ਸੀ, ਉਹਨੇ ਘੋੜੀ 'ਤੇ ਜਾਣਾ ਅਤੇ ਘੋੜੀ ਭਜਾ ਕੇ ਸਭ ਤੋਂ ਪਹਿਲਾਂ ਪਿੰਡ ਆਉਣਾ, ਅਤੇ ਪਿੰਡ ਆਉਣ ਤੋਂ ਪਹਿਲਾਂ ਉਹਨੇ ਬਾਹਰ ਪਾਣੀ ਪੂਣੀ ਛਿਲਕ ਕੇ ਅਤੇ ਟੇਬਲ ਲਾ ਕੇ ਅਤੇ ਦਾਰੂ ਦੀ ਬੋਤਲ ਕੱਢ ਕੇ ਅਤੇ ਲਾਲ ਖਲੇ ਮਾਰਨੇ, ਹੂੰ ਵੱਡਾ ਮੱਲ ਦਾਰੂ ਬਹਿ ਕੇ ਪੀਣੀ, ਬੜਾ ਤੰਗ ਕੀਤਾ ਸੀ। ਅਤੇ ਕਿਉਂਕਿ ਜਦੋਂ ਜਿੱਤਣਾ ਢੋਲ ਡੰਗਾਰੇ ਵੱਜਦੇ ਹੁੰਦੇ ਹੁੰਦੇ ਸੀ ਅਤੇ ਬੜਾ ਤੰਗ ਕੀਤਾ ਸੀ, ਅਤੇ ਉਹ ਮੇਰਾ ਮਾਮੇ ਨੇ ਵੇਖਿਆ, ਕਹਿੰਦਾ ਯਾਰ ਸਾਡੇ ਜੱਟ ਨੇ ਬੜਾ ਤੰਗ ਕੀਤਾ, ਖਾਣ ਖਾਈਏ ਤਾਂ ਭਲਵਾਨ ਨੂੰ ਵਧਣ ਨਹੀਂ ਦਿੰਦਾ ਗਾ, ਭੜੋਈਏ ਨੂੰ ਮੇਰੇ ਨੂੰ। ਉਹ ਫਿਰ ਮੇਰਾ ਮਾਮਾ ਅਤੇ ਇੱਕ ਮੇਰਾ ਫੁੱਫੜ ਹੁੰਦਾ ਸੀਗਾ ਸਰਵਣ ਜਾਲੇ ਤੋਂ। ਅੱਛਾ ਜੀ। ਫਿਰ ਇਕੱਠੇ ਹੋ ਕੇ ਆ ਗਏ ਇੱਕ ਦਿਨ ਇਹ ਕੋਠੇ 'ਤੇ ਬੈਠੇ ਸੀਗੇ ਅਤੇ ਉਹ ਬਾਹਰ 'ਚ ਖੜਾ ਲੜਕੜੇ ਖਾਊ ਪਾਈ ਜਾਂਦਾ ਸੀਗਾ, ਅਤੇ ਫਿਰ ਇਹਨਾਂ ਨੇ ਕੋਠੇ ਤੋਂ ਸਿੱਧੀਆਂ ਛਾਲਾਂ ਮਾਰੀਆਂ ਉਹਦੇ ਘਰ, ਸਿੱਧੀਆਂ ਮਾਰੀਆਂ ਅਤੇ ਭੜਕਾਤਾ, ਚੰਗਾ ਮਾਜਿਆ ਜੀ ਉਹਦੇ ਘਰ ਵੜ ਕੇ, ਭੜਕਾ ਕੇ ਭੱਜ ਗਏ। ਉਹ ਸਰਦਾਰ ਵਰਿਆਮ ਸਿੰਘ ਹੁੰਦਾ ਸੀ ਹਰੀ ਕੇ ਲੈਣ ਲਾਡ, ਅੱਜ ਕੱਲ੍ਹ ਜ਼ਮੀਨ ਜ਼ਮੂਨ ਵੀ ਉਹਨੇ ਚੰਗੀ ਦਾਨ ਕੀਤੀ ਹੈ, ਪਰ ਉਹਨੂੰ ਫਿਰ ਲਾਈਨ 'ਤੇ ਲਿਆਤਾ ਅਤੇ ਮਾਮੇ ਨੇ ਫਿਰ ਇਹ ਸਿਖਾਇਆ ਵੀ ਜੇ ਬਾਈ ਕਿਤੇ ਬੁਆਈ ਕਿਸੇ ਦੀ ਹੱਥ ਚੱਕੀ ਹੋਈ ਆ ਕੰਮ ਕਰਨਾ ਪਵੇ, ਆਹ ਕੰਮ ਵੀ ਕਰਨਾ ਪਵੇ, ਹਰੇਕ ਹਥਿਆਰ ਦੱਸੇ ਗਏ ਹੈ। ਫਿਰ ਮਾਮੇ ਨੇ ਦੱਸਿਆ ਜੀ। ਫਿਰ ਤੁਹਾਡੇ ਕੋਲ ਪੁਰਾਣੀਆਂ ਤਸਵੀਰਾਂ ਹੈਗੀਆਂ ਨੇ ਜੀ ਮਾਤਾ ਜੀ ਦੀ ਕੋਈ ਤੁਹਾਡੇ ਕੋਲ, ਜਾਂ ਫਾਦਰ ਸਾਹਿਬ ਦੀ? ਮਾਤਾ ਅਤੇ ਫਾਦਰ ਸਾਹਿਬ ਦੀ ਤਸਵੀਰ ਮੈਂ ਦਿਖਾ ਦਿੰਦਾ ਤੁਹਾਨੂੰ, ਕੋਈ ਨਹੀਂ ਪਹਿਲੀ ਫੋਟੋ ਹੀ ਲੈਣੀ ਹੈ ਮਾਤਾ ਦੇ ਜੀ। ਆ ਮਾਤਾ ਨੇ ਡੀਬੀ ਸਾਹਿਬ ਨੂੰ ਜਦੋਂ ਕੁੱਟਿਆ, ਡੀਬੀ ਸਾਹਿਬ ਰਾਹ 'ਚ ਆ ਗਏ ਅਤੇ ਫਾਦਰ ਸਾਹਿਬ ਸਾਡੇ ਇਹਨਾਂ ਦੇ ਜੀ, ਅਤੇ ਸਾਡੀ ਬਹੁਤ ਤਕੜੀ ਸੀ। ਅੱਛਾ ਜੀ। ਬਹੁਤ ਕੰਮ ਅਸੀਂ ਤਿੰਨ ਨੂੰ ਹਾਂ ਹੈ ਨਾ। ਹਾਂਜੀ, ਸਾਡੇ ਤਿੰਨਾਂ ਤੋਂ ਵੀ ਜ਼ਿਆਦਾ ਕੰਮ ਕਰਦੇ ਸੀ ਬੇਬੇ ਸਾਡੀ। ਓਕੇ ਜੀ। ਹਾਂ, ਅਤੇ ਸਾਨੂੰ ਦੱਸਦੀ ਹੁੰਦੀ ਸੀ, ਕਹਿੰਦੀ ਕਪਾਹ ਚੁਗਣ ਜਾਣਾ ਅਤੇ ਐਡੀ ਪੰਡ ਚੱਕ ਕੇ, ਕਹਿੰਦੀ ਐਡਾ ਖਾਲ ਛਾਲ ਮਾਰ ਕੇ ਟੱਪ ਜਾਂਦੇ ਸੀ ਅਤੇ ਆ ਕੇ ਮੁੜ ਕੇ ਪੰਜ ਛੇ ਛੇ ਧਾਰਾਂ ਚੋਣੀਆਂ ਅਤੇ ਘਰ ਦਾ ਕੰਮ ਕਰਨਾ, ਵੀ ਬਹੁਤ ਤਕੜੀ ਸੀ। ਤੁਹਾਡੀ ਕੋਈ ਗੱਲ ਹੈ ਉਹਨਾਂ ਨਾਲ ਜਦੋਂ ਨੌ ਸੱਸ ਦੀ ਇੱਕ ਮਾਂ ਅਤੇ ਧੀ ਦਾ ਰਿਸ਼ਤਾ ਬਣ ਜਾਂਦਾ? ਨਹੀਂ, ਮੇਰੇ ਨਾਲ ਤਾਂ ਬਹੁਤ ਪਿਆਰ ਕਰਦੀ ਸੀ। ਕੋਈ ਗੱਲ ਦੱਸੋ, ਕਿਉਂਕਿ ਐਕਚੁਲੀ ਇਹਨਾਂ ਨਾਲ ਬਹੁਤ ਪਿਆਰ ਸੀਗਾ ਅਤੇ ਫਿਰ ਮੇਰੇ ਨਾਲ ਵੀ ਸੀਗਾ, ਮੇਰੇ ਮੂੰਹ 'ਤੇ ਨਹੀਂ ਸੀ ਜਿਵੇਂ ਕਹਿੰਦੀ, ਅਤੇ ਮੈਨੂੰ ਜਿਵੇਂ ਦੂਜਿਆਂ ਕੋਲ ਜਾ ਕੇ ਕਹਿਣਾ ਲੈ ਕੁਲਵੰਤ ਤਾਂ ਮੇਰੇ ਵਾਸਤੇ ਬਾਜ਼ਾਰ ਗਈ ਸਬਜ਼ੀ ਵਾਂਗੂ ਚੀਜ਼ ਖਰੀਦ ਲਿਆਉਂਦੀ ਆ, ਇੰਨਾ ਕੁਛ ਹੈਗਾ ਮੇਰੇ ਕੋਲ, ਫਿਰ ਵੀ ਮੇਰੇ ਵਾਸਤੇ ਐਵੇਂ ਸੂਟ ਚੱਕੀ ਆਉਂਦੀ ਆ। ਮੈਂ ਜਦੋਂ ਵੀ ਮਤਲਬ ਮੈਨੂੰ ਐਂ ਹੁੰਦਾ ਸੀ ਵੀ ਕਿਤੇ ਜਾਣਾ, ਮੈਨੂੰ ਐਂ ਹੁੰਦਾ ਸੀ ਬੀਜੀਆਂ ਵਾਸਤੇ ਕੁਛ ਲੈ ਕੇ ਜਾਣਾ, ਹੋਰ ਕਿਸੇ ਵਾਸਤੇ ਲਿਆਵਾਂ ਚਾਹੇ ਨਾਲ ਜਾਵਾਂ, ਅਤੇ ਮੇਰੇ ਨਾਲ ਪਿਆਰ ਬਹੁਤ ਕਰਦੇ ਸੀ, ਸੰਦੂਕ ਖਾਉਂਦਾ ਖੋਲ੍ਹ ਕੇ ਹੋਰ ਕਿਸੇ ਨੂੰ ਨਹੀਂ ਦਿਖਾਉਂਦੇ, ਮੈਨੂੰ ਦਿਖਾਉਂਦੇ ਸੀ। ਜੀ ਜੀ। ਤੇ ਆਹ ਤਸਵੀਰ ਕਿੰਨੇ ਕਿਹੜੇ ਸਾਲਾਂ ਦੀ ਹੈ ਡੀਪੀ ਸਾਹਿਬ? ਇਹ ਸਾਡੀ 2002 ਦੀ ਹੈ ਮੇਰੇ ਹਿਸਾਬ ਨਾਲ। ਓਕੇ। ਹਾਂਜੀ।
ਤੇ ਆਹ ਬੇਟੇ ਦੀ ਤਸਵੀਰ ਇਹ ਇਹ ਦੋਤਾ ਹੈ ਮੇਰਾ ਦੋਤਾ ਅੱਛਾ ਜੀ ਹਾਂਜੀ ਬੇਟੀ ਦਾ ਲੜਕਾ ਜੀ ਜੀ ਤੇ ਪੁਰਾਣੀਆਂ ਯਾਦਾਂ ਲੀਪੀ ਸਾਹਿਬ ਥੋੜ੍ਹਾ ਜਿਹਾ ਮਨ ਵੀ ਮੈਂ ਥੋੜ੍ਹਾ ਜਿਹਾ ਭਰਾਤਾ ਅਤੇ ਸੋਰੀ ਨਾ ਬੇਬੇ ਤਾਂ ਸਾਡੀ ਨੂੰ ਇੱਕ ਇਹਨਾਂ ਨਾਲ ਗਿਲਾ ਬੇਬੇ ਜ਼ਰੂਰ ਕਰਦੇ ਨੇ ਕਹਿਣਾ ਜਿੱਦਣ ਮੈਂ ਮਰੀ ਇਹਨੂੰ ਕਿਤੇ ਕਿਤੋਂ ਕੌਡੀ ਤੋਂ ਹੀ ਲੱਭ ਕੇ ਲਿਆਉਣਾ ਪੈਣਾ ਮੇਰੀ ਮਦਰ ਢਿੱਲੀ ਹੋ ਗਈ ਕਿਉਂਕਿ ਮੇਰੀ ਮਦਰ ਨੂੰ ਇਹ ਮੇਰੀ ਵਾਈਫ ਤੇ ਇਹਨਾਂ ਦੀ ਮਦਰ ਇਹਨਾਂ ਨੇ ਜ਼ਿਆਦਾ ਸਾਡਾ ਵੱਡਾ ਯਾਦਵਿੰਦਰ ਮੇਰਾ ਵੱਡਾ ਭਰਾ ਸੀਗਾ ਜਗਮੇਲ ਉਹ ਬਹੁਤ ਸਮਝਦਾ ਸੀ ਯਾਦਵਿੰਦਰ ਨੇ ਸਮਝਿਆ ਪੋਤੇ ਨੇ ਜਣੀ ਤੇ ਮੈਂ ਸਵੇਰੇ ਮੈਂ ਵੈਸੇ ਡਿਊਟੀ ਤੇ ਜਾਂਦੀ ਸੀ ਪਰ ਉਹਨਾਂ ਨੂੰ ਐਂ ਹੁੰਦਾ ਸੀ ਵੀ ਮੈਂ ਮੈਨੂੰ ਇਹੀ ਨਵਾ ਕੇ ਜਾਵੇ ਤੇ ਮੇਰੇ ਕੱਪੜੇ ਬਦਲ ਕੇ ਮੈਨੂੰ ਐਂ ਬਦਲ ਜਾਵੇ ਹੁਣ ਤਾਂ ਕੰਮ ਵਾਲੀ ਵੀ ਇੱਕ ਰੱਖੀ ਹੋਈ ਸੀ ਪਰ ਸਾਡਾ ਮੁੰਡਾ ਵੀ ਬਹੁਤ ਸਮਝਦਾ ਸੀ ਜਿਹੜਾ ਵਿਚਾਲੜੇ ਬਾਈ ਜੀ ਦਾ ਮੁੰਡਾ ਯਾਦਵਿੰਦਰ ਤੇ ਪਰ ਫਿਰ ਮੈਂ ਅੱਧੀ ਛੁੱਟੀ ਫਿਰ ਆ ਜਾਣਾ ਕਿਉਂਕਿ ਮੈਂ ਪੈਂਡੀ ਸਕੂਲ 'ਚ ਸੀਗੀ ਇਸ ਕਰਕੇ ਫਿਰ ਮੈਂ ਅੱਧੀ ਛੁੱਟੀ ਫਿਰ ਆ ਜਾਣਾ ਸਾਰੀ ਛੁੱਟੀ ਫਿਰ ਮਤਲਬ ਆ ਹੀ ਜਾਣਾ ਸੀ ਜਿਹੜੇ ਉਹਨਾਂ ਨੂੰ ਆਏ ਰਹਿੰਦਾ ਸੀਗਾ ਮੇਰੀ ਮਦਰ ਨੂੰ ਥੋੜ੍ਹਾ ਜਿਹਾ ਤਾਂ ਉਹਦੇ ਨਾਲ ਜਿਵੇਂ ਸਹੇਲੀਆਂ ਵਾਲਾ ਪਿਆਰ ਸੀ ਉਹਦਾ ਉਹਨੇ ਕਹਿਣਾ ਮੇਰੇ ਕੋਲ ਰਵੇ ਇਹ ਅੱਛਾ ਤੁਸੀਂ ਢੁੱਡੀ ਕੇ ਸੀ ਉਦਣ ਜੀ ਉਹ ਮਾੜੀ ਦੱਸੋਗੇ ਥੋੜ੍ਹਾ ਵਰਨਣ ਨਾਲ ਜੀ ਗੱਲ ਥੋੜ੍ਹੀ ਹਾਂ ਤਾਂ ਢੁੱਡੀ ਕੇ ਟੂਰਨਾਮੈਂਟ 26 ਜਨਵਰੀ ਦੇ ਉੱਤੇ 26 ਜਨਵਰੀ 26 ਜਨਵਰੀ ਤੋਂ ਟੂਰਨਾਮੈਂਟ ਸ਼ੁਰੂ ਹੁੰਦਾ 28 ਜਨਵਰੀ 28 ਤਰੀਕ ਸੀ ਠੀਕ ਹੈ ਜੀ 28 ਜਨਵਰੀ ਮੈਂ ਢੁੱਡੀ ਕੇ ਟੂਰਨਾਮੈਂਟ ਦੇ ਜਦੋਂ ਬਿਮਾਰ ਹੋਏ ਡਿੱਗੇ ਪ੍ਰੈਕਟਿਸ ਕਰਨਾ ਉੱਠ ਜਾਣਾ ਫਿਰ ਸਕੂਲ ਚਲੇ ਜਾਣਾ ਫਿਰ ਸ਼ਾਮ ਨੂੰ ਫਿਰ ਗਰਾਊਂਡ ਚ ਤੇ ਨਹੀਂ ਮੈਚ ਤੇ ਘਰੇ ਤਾਂ ਬਹੁਤ ਘੱਟ ਵੜਦੇ ਸੀ ਤੇ ਸਾਰੇ ਡੀਪੀ ਸਾਹਿਬ ਤੁਹਾਡੇ ਵਾਂਗੂ ਮਾਵਾਂ ਦੀ ਇੱਜ਼ਤ ਕਰਨ ਔਰ ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਤਸਵੀਰ ਸਾਂਭੀ ਹੋਈ ਆ ਹੈ ਨਾ ਕਈਆਂ ਕੋਲ ਤਸਵੀਰ ਵੀ ਨਹੀਂ ਹੈਗੀ ਇਹਦੇ ਮਾਂ ਪਿਓ ਦੀ ਇਹ ਪੁਰਾਣੇ ਜੇ ਅਸੀਂ ਬੰਦੇ ਨੇ ਅਸੀਂ ਤਾਂ ਅਲੱਗ ਅਲੱਗ ਪਰ ਅਸੀਂ ਇਕੱਠੀ ਕਰਵਾ ਲਈ ਜੀ 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 ਹਾਂਜੀ ਗੱਲ ਆਪਾਂ ਕਰਦੇ ਹਾਂ ਪੈਸੇ ਦੀ ਠੀਕ ਹੈ ਪੈਸਾ ਉਹ ਹੁੰਦਾ ਜਿਹੜਾ ਆਪਦਾ ਇਮਾਨਦਾਰੀ ਨਾਲ ਕਮਾਇਆ ਹੋਵੇ ਸਾਰੀ ਦੁਨੀਆਂ ਨੂੰ ਪਤਾ ਇਮਾਨਦਾਰ ਜਿਹੜਾ ਪੈਸਾ ਮੁੱਕਦਾ ਨਹੀਂ ਜਾਂ ਨਜਾਇਜ਼ ਤਰੀਕੇ ਨਾਲ ਪੈਸਾ ਕਮਾਇਆ ਹੋਵੇ ਨਾ ਉਹ ਬੜਾ ਜਲਦੀ ਜਾਂਦਾ ਤੇ ਹਰੇਕ ਬੰਦਾ ਆਪਦੀਆਂ ਬੁਰਾਈਆਂ ਨਹੀਂ ਦੱਸਦਾ ਗਾ ਗੋਣੀ ਦੱਸਦਾ ਮੈਂ ਤੈਨੂੰ ਆਪਦੀ ਬੁਰਾਈ ਦੱਸਣ ਲੱਗਾ ਵੀ ਮੈਨੂੰ ਵੀ ਥੋੜ੍ਹੀ ਜਿਹੀ ਲਲਕ ਪੈ ਗਈ ਸੀ ਕਿ ਜੂਆ ਖੇਡਣ ਦੀ ਅੱਛਾ ਤਿੰਨ ਪੱਤੇ ਹੁੰਦੇ ਆ ਨਾ ਤਿੰਨ ਪੱਤੇ ਟ੍ਰੇਲ ਦੇ ਵਿੱਚ ਉਹ ਪਾ ਕੇ ਉਹ ਮੇਰੇ ਪਿੰਡ ਦਾ ਸਰਪੰਚ ਸੀਗਾ ਖੇਡਦੇ ਸੀ ਦੀਵਾਲੀ 'ਤੇ ਅਤੇ ਕਈ ਵਾਰ ਘਰੋਂ ਵੀ ਚੋਰੀ ਜਾ ਕੇ ਇਹਨਾਂ ਨੇ ਘਰ ਦੀਵਾਲੀ ਵਾਲੇ ਦਿਨ ਡਿੱਗੀ ਜਾਣਾ ਅਤੇ ਅਸੀਂ ਉੱਥੇ ਜੂਆ ਖੇਡਦੇ ਹੁੰਦੇ ਸੀ ਪਰ ਉਹਦੇ 'ਚ ਕੁਦਰਤੀ ਪਰਮਾਤਮਾ ਵਾਂਗੂੰ ਇੰਨੀ ਲੱਕ ਤੇਜ਼ ਸੀ ਨਾ ਮੇਰੀ ਮੈਂ ਕਦੇ ਹਰਿਆ ਨਹੀਂ ਸੀ ਜੂਏ 'ਚ ਵੀ ਜੂਏ 'ਚ ਕਦੇ ਨਹੀਂ ਸੀ ਹਰਿਆ ਦੀਵਾਲੀ 'ਤੇ ਖੇਡਣਾ ਚੱਲਣਾ 5-4 ਦਿਨ ਮੁੜ ਕੇ ਸਾਡੇ ਇੱਕ ਚਰਨੀ ਚੌਧਰੀ ਮੇਰਾ ਸਟਾਫਰ ਹੁੰਦਾ ਸੀਗਾ ਉਹਨੇ ਗਾਲਾਂ ਕੱਢ ਕੇ ਹਟਾ ਲੈਣਾ ਸਾਲਿਆ ਜੂਏ 'ਚ ਹੀ ਰਹਿਣਾ ਚੱਲ ਗੇਮ ਕੌਣ ਖੇਡੂਗਾ ਪਤਾ ਉਦੋਂ ਲੱਗੂ ਜੇ ਲੱਤਾਂ ਤਾਂ ਕਰਤੀਆਂ ਤੇਰੀਆਂ ਫਿਰ ਹੱਥ ਉੱਠ ਜਾਣਾ ਅਤੇ ਇਮਾਨਦਾਰੀ ਨਾਲ ਗੱਲ ਕਰਦਾ ਪਰ ਮੈਂ ਕਦੇ ਜੂਏ ਦਾ ਪੈਸਾ ਘਰੇ ਨਹੀਂ ਸੀ ਲਿਆਂਦਾ ਵਰਤਿਆ ਨਹੀਂ ਸੀ ਕਾਰਨ ਜੀ ਕਾਰਨ ਕਿ ਬੇਈਮਾਨੀ ਦਾ ਪੈਸਾ ਮੈਂ ਨਹੀਂ ਸੀ ਚਾਹੁੰਦਾ ਆਪਦੀ ਜ਼ਿੰਦਗੀ 'ਚ ਵਰਤਣਾ ਜੂਏ ਦਾ ਪੈਸਾ ਮੈਂ ਪਾਸੇ ਹੀ ਰੱਖਦਾ ਸੀ ਉਹਦੇ ਵਿੱਚੋਂ ਕੋਈ ਪੁੰਨ ਦਾਨ ਕਰ ਦੇਣਾ ਸਾਡੇ ਪਿੰਡ 5 ਪੀੜਾ ਪਿੰਡ ਹੈ ਉਹਦੇ ਬਾਬਿਆਂ ਦੀਆਂ ਜਗ੍ਹਾ ਬਣੀਆਂ ਉੱਥੇ ਉਹਨਾਂ ਦੀਆਂ ਕੰਧਾਂ ਘਟਾ ਦੀਆਂ ਕੋਈ ਕਵਰਾ ਪਾਤਾ ਇਸ ਤਰ੍ਹਾਂ ਉਹ ਕਰਦੇ ਕਰਦੇ ਮੇਰੇ ਕੋਲ 4-5 ਲੱਖ ਰੁਪਈਆ ਜੂਏ ਦਾ ਜੁੜ ਗਿਆ ਇਹ ਗੱਲ ਹੈਗੀ ਆ 1992-93 ਦੀ ਅੱਛਾ 92-93 'ਚ 4-5 ਲੱਖ ਮਹੀਨੇ ਰੱਖਦਾ ਅਤੇ ਉਹ ਸਾਡੇ ਜਿੱਥੇ ਜੂਆ ਖੇਡਦੇ ਸੀ ਨਾ ਉੱਥੇ ਹੁੰਦਾ ਸੀਗਾ ਵੀ ਤਾਂ ਇੱਥੇ ਪ੍ਰਾਈਡ ਹੋਟਲ ਹੁੰਦਾ ਜੀ ਉਹਦੇ 'ਚ ਜਾਂਦੇ ਹੁੰਦੇ ਸੀ ਅਤੇ ਘੱਟੋ ਘੱਟ 50,000 ਤੁਹਾਡੇ ਕੋਲ ਕੈਸ਼ ਚਾਹੀਦਾ ਓਕੇ 50,000 ਵੇਖ ਕੇ ਫਿਰ ਬੈਠਣ ਦਿੰਦੇ ਸੀ ਅਤੇ ਪ੍ਰਾਈਡ 'ਚ ਅਸੀਂ ਬੈਠੇ ਸੀਗੇ 4-5 ਮੇਰੇ ਪਿੰਡ ਦੇ ਮੁੰਡੇ ਸੀਗੇ ਅਤੇ ਮੈਂ ਪੈਸੇ ਹਾਰ ਗਿਆ ਪੈਸੇ ਮੈਂ ਹਾਰ ਗਿਆ ਅਤੇ ਉਹ ਮੇਰਾ ਵੀ ਜੀ ਕਰੇ ਵੀ ਹੁਣ ਹੋਰ ਲਿਆਉਣੇ ਆ ਮੈਂ ਜਿਨ੍ਹਾਂ ਦੇ ਪੈਸੇ ਜਿੱਤੇ ਸੀਗੇ ਉਹ ਮੈਨੂੰ ਆਉਣ ਨਾ ਦੇਣ ਅਤੇ ਮੇਰਾ ਲੈਂਟਰ ਪੈ ਰਿਹਾ ਸੀਗਾ ਕੋਠੀ ਦਾ ਜਿਹੜੀ 'ਚ ਬੈਠੇ ਹੈ ਅੱਛਾ 92 ਦੀ ਗੱਲ ਹੈ ਅਤੇ ਸੀਮੈਂਟ ਮੁੱਕ ਗਿਆ ਅੱਛਾ ਜੀ ਜਦ ਸੀਮੈਂਟ ਮੁੱਕ ਗਿਆ ਅਤੇ ਇੱਥੇ ਸਾਡੇ ਹੁੰਦਾ ਸੀਗਾ ਗੁਆਂਢ ਸੀਮੈਂਟ ਦੀ ਦੁਕਾਨ ਗਿੱਲ ਰੋਡ ਦੇ ਉੱਤੇ ਅਤੇ ਮੈਂ ਸੀਮੈਂਟ ਚੁਕਾਉਣਾ ਹੀ ਉਹ ਕਹਿੰਦਾ ਬਾਈ ਤੂੰ ਆਪ ਆ ਜਾ ਕੌਣ ਹੈ ਮੈਂ ਤੈਨੂੰ ਫੋਨ 'ਤੇ ਨਹੀਂ ਜਾਣਦਾ
ਕਿਉਂਕਿ ਮੈਂ ਨਵਾਂ ਨਵਾਂ ਸੀ, ਮੈਨੂੰ ਕਿਹੜਾ ਮੁੱਕੇ ਜਾਣਦਾ ਸੀ, ਅਤੇ ਸੀਮੈਂਟ ਲੈ ਜਾ ਜਿੰਨਾ ਮਰਜ਼ੀ ਮੇਰੇ ਕੋਲ ਹੈਗਾ। ਉਹ ਮੈਨੂੰ ਛੱਡ ਕੇ ਜੂਆ ਛੱਡ ਕੇ ਆਉਣਾ ਦੇਣ, ਕਹਿਣ ਤੂੰ ਸਾਡੇ ਪੈਸੇ ਜਿੱਤਿਆ ਜਾ ਨਹੀਂ ਸਕਦਾ। ਉਧਰੋਂ ਮੇਰਾ ਕੰਮ ਖੜਾ ਮਿਸਤਰੀ ਲੱਗੇ, ਤੈਨੂੰ ਪਤਾ ਲੈਂਟਰ ਪੈਂਦਾ ਕਿੱਡਾ ਵੱਡਾ ਕੰਮ ਹੋਵੇ, ਅਤੇ 40-50 ਬੋਰੀਆਂ ਸੀਮੈਂਟ ਦੀਆਂ ਚਾਹੀਦੀਆਂ। ਮੈਨੂੰ ਇੰਨਾ ਗੁੱਸਾ ਆਇਆ ਆਪਦੇ ਜੂਏ ਦੀ ਲੱਤ ਦੇ ਉੱਤੇ, ਮੈਂ ਕਿਹਾ ਵੀ ਆਹ ਚੱਕੋ 50,000 ਜਿਹੜਾ ਮੇਰੇ ਕੋਲ ਪਿਆ, ਚੱਕੋ ਆਹ ਸਾਰੇ ਪੈਸੇ ਚੱਕ ਲਓ ਅਤੇ ਮੈਨੂੰ ਜਾਣ ਦਿਓ, ਮੈਂ ਤਾਂ ਸੀਮੈਂਟ ਲੈ ਕੇ ਦੇਣਾ। ਮੈਨੂੰ ਕਹਿੰਦੇ ਨਹੀਂ, ਤੇਰੇ ਕੋਲ 3-3.5 ਲੱਖ ਹੋਰ ਹੈ। ਮੈਂ ਕਿਹਾ ਵੀ ਮੈਂ ਉਹ ਵੀ ਦੇ ਦਿੰਦਾ। ਅੱਛਾ, ਮੈਂ ਕਿਹਾ ਮੇਰੇ ਕੋਲ ਤਾਂ 80 ਪਿਆ, ਅਤੇ ਮੈਂ ਜੂਆ ਛੱਡ ਕੇ ਵਿੱਚ ਨਾਲ ਉਹਨਾਂ ਨੂੰ ਲੈ ਆਇਆ, ਬਿਠਾ ਲਿਆ ਆ, ਆ ਕੇ ਸੀਮੈਂਟ ਦੀਆਂ ਬੋਰੀਆਂ ਲੈ ਕੇ ਦਿੱਤੀਆਂ, ਅਤੇ ਘਰੇ ਜਿਹੜਾ ਮੇਰੇ ਪਾਸੇ ਪਿਆ ਸੀਗਾ ਨਾ 3-3.5 ਲੱਖ ਰੁਪਇਆ, ਮੇਰੇ ਘਰੇ ਕਿਸੇ ਨੂੰ ਨਹੀਂ ਪਤਾ, ਮੇਰੀ ਵਾਈਫ ਨੂੰ ਵੀ ਨਹੀਂ ਪਤਾ, ਕੋਲੇ ਬੈਠੀ ਆ, ਇਹਨਾਂ ਨੂੰ ਪਤਾ। ਮੈਂ ਚੱਕ ਕੇ ਪੈਸੇ ਸਾਰੇ ਉਹਨਾਂ ਦੇ ਮੂਹਰੇ ਢੇਰੀ ਲਾ ਦੀ, ਮੈਂ ਕਿਹਾ ਚੱਕੋ ਆਪਦੇ ਪੈਸੇ ਲੈ ਜਾਓ, ਅੱਜ ਤੋਂ ਬਾਅਦ ਮੈਨੂੰ ਜੂਏ ਨੂੰ ਨਾ ਕਿਉਂ। ਅੱਛਾ, ਉਦੋਂ ਬਾਅਦ ਜੂਏ ਦੀ ਲੱਤ ਛੱਡਤੀ, ਕਿਉਂਕਿ ਉਹ ਪੈਸਾ ਕਿਹੜਾ ਮੈਂ ਵਰਤਣਾ ਹੁੰਦਾ ਸੀ, ਉਹ ਤਾਂ ਇੱਕ ਜੂਆ ਖੇਡਣ ਵਾਸਤੇ ਰੱਖਿਆ ਸੀ, ਅਤੇ ਜੇ ਹਰਾ ਦਾ ਮੁੱਕੇ ਉਹਦਾ ਵੱਧ ਹੀ ਜਾਂਦਾ ਸੀ। ਉਦੋਂ ਬਾਅਦ 93 ਦੇ ਵਿੱਚ ਮੇਰੀ 42 ਸਾਲ ਦੀ ਉਮਰ ਸੀ। ਓਕੇ, 42 ਸਾਲ ਦੀ ਉਮਰ ਦੇ ਵਿੱਚ ਮੈਂ ਵੈਨਕੂਵਰ ਕਬੱਡੀ ਖੇਡਣ ਵਾਸਤੇ ਜਾ ਵੜਿਆ ਸਰੀ ਕਲੱਬ ਲਈ, ਅਤੇ ਉੱਥੇ ਜਦ ਮੈਂ ਗਿਆ, ਉਦੋਂ ਪਹਿਲਾਂ ਮੇਜਰ ਚਿੜਕ ਜਾ ਕੇ ਆਇਆ ਸੀ 1999 ਦੇ ਵਿੱਚ, ਉਦੋਂ ਮੈਂ ਇੰਗਲੈਂਡ ਸੀਗਾ, ਅਤੇ ਮੈਂ ਮੇਜਰ ਨੂੰ ਭੇਜਤਾ ਸੀਗਾ, ਅਤੇ ਮੇਰੀ ਮਾਸੀ ਦੇ ਮੁੰਡੇ ਨੇ ਇਹਦੀ ਚੰਗੀ ਮਦਦ ਕੀਤੀ ਸੀ। ਜੀ ਜੀ, ਉੱਥੇ ਲੋਕ ਮਦਦ ਕਰਦੇ ਆ, ਬਹੁਤ ਇੱਜ਼ਤ ਕਰਦੇ ਸੀ, ਅਤੇ ਉਹ ਬਾਅਦ 'ਚ ਕਈ ਵਾਰ ਹੁੰਦਾ ਵੀ ਲੋਕਾਂ ਨੇ ਪੈਸੇ ਦਿੱਤੇ ਹੁੰਦੇ ਆ, ਜਦੋਂ ਇੱਧਰ ਆਉਣਾ, ਹੁਣ ਮੇਜਰ ਨੂੰ ਕਦੇ ਨਹੀਂ ਪਤਾ ਸੀ ਕਿਹਨੇ ਪੈਸੇ ਦਿੱਤੇ ਕਿਹਨੇ ਨਹੀਂ ਦਿੱਤੇ। ਇੱਥੋਂ ਤੱਕ ਕਿ ਕੁਦਰਤੀ ਮੇਰੇ ਮਾਸੜ ਦੀ ਡੈਥ ਹੋ ਗਈ, ਅਤੇ ਇਹ ਮੇਰੇ ਮਾਸੜ ਦੀ ਡੈਥ 'ਤੇ ਵੀ ਮੇਜਰ ਤੋਂ ਕਦੇ ਭੋਗ 'ਤੇ ਨਾ ਜਾਗਿਆ ਗਿਆ, ਅਤੇ ਮੇਰੇ ਮਾਸੀ ਦੇ ਮੁੰਡੇ ਨੇ ਗੁੱਸਾ ਕੀਤਾ, ਕਹਿੰਦਾ ਯਾਰ ਮੈਂ ਇਹਦੀ ਇੰਨੀ ਮਦਦ ਕੀਤੀ ਅਤੇ ਪਿਓ ਦੇ ਭੋਗ 'ਤੇ ਨਹੀਂ ਆਇਆ, ਅਤੇ ਮੈਂ ਕਿਹਾ ਵੀ ਤੁਹਾਨੂੰ ਕਿਹੜਾ ਇੱਥੇ ਠੇਕਾ ਲੈ ਕੇ ਦਿੱਤਾ ਸੀ, ਮਦਦ ਕਰੋ ਨਾ ਕਰਦੇ, ਤੁਸੀਂ ਚਾਹ ਨਾ ਕੀਤੀ ਹੈ, ਨਹੀਂ ਆਇਆ ਤਾਂ ਗੁੱਸਾ ਨਹੀਂ ਕਰਨਾ ਚਾਹੀਦਾ, ਅਤੇ ਉਹਨੇ ਇਸ ਗੱਲ ਦਾ ਗੁੱਸਾ ਰੱਖਿਆ। ਅਤੇ ਜਦੋਂ ਮੈਂ 93 'ਚ ਗਿਆ, ਅਤੇ ਪਹਿਲੇ ਦਿਨ ਉੱਥੇ ਇਕੱਠ ਹੋਇਆ, ਅਤੇ ਇਕੱਠ ਦੇ ਵਿੱਚ ਮੇਰੀ ਮਾਸੀ ਦੇ ਮੁੰਡੇ ਨੇ ਖੜ੍ਹੇ ਹੋ ਕੇ ਸਭ ਤੋਂ ਪਹਿਲਾਂ ਕਿਹਾ, ਕਹਿੰਦਾ ਵੀ ਮੇਰੀ ਮਾਸੀ ਦਾ ਮੁੰਡਾ ਆਇਆ ਖੇਡਣ, ਅੱਗੇ ਮੇਜਰ ਚੈੱਕ ਦੀ ਮਦਦ ਕੀਤੀ, ਤੁਸੀਂ ਦਿੱਤੇ ਇੰਨੇ ਪੈਸੇ, ਪਰ ਮੇਰੀ ਮਾਸੀ ਦਾ ਮੁੰਡਾ ਅੱਜ ਕਬੱਡੀ ਖੇਡਣ ਆਇਆ ਕਨੇਡਾ, ਇਹ ਆਪਦੀ ਕੋਠੀ ਪਾ ਕੇ ਆਇਆ। ਅੱਛਾ, ਇਹਦੀ ਕੋਠੀ ਤਿਆਰ ਹੈ, ਇਹਨੂੰ ਪੈਸਿਆਂ ਦੀ ਲੋੜ ਨਹੀਂ, ਅਤੇ ਜੇ ਆ ਮੱਖਣ ਚੜਕ ਦੇ ਨਾਂ 'ਤੇ ਪੈਸੇ ਇਕੱਠੇ ਕਰੂਗਾ, ਮੈਂ ਉਹਦਾ ਦੁਸ਼ਮਣ ਹਾਂ, ਇਹਦੇ ਨਾਂ 'ਤੇ ਕੋਈ ਪੈਸਾ ਨਾ ਇਕੱਠਾ ਕਰੇ। ਅੱਛਾ, ਉਹਨੇ ਲਲਕਾਰ ਕੇ ਕਹਿਤਾ, ਕਹਿੰਦਾ ਜੇ ਕੋਈ ਇਹਨੂੰ ਹੈਲਪ ਦੀ ਲੋੜ ਆ ਮੈਂ ਕਰੂੰਗਾ, ਕੋਈ ਇਹਦੇ ਨਾਂ 'ਤੇ ਪੈਸਾ ਨਾ ਇਕੱਠਾ ਕਰਿਓ। ਚਲੋ, ਉੱਥੇ ਮੇਰੇ ਸਟੂਡੈਂਟ ਬਹੁਤ ਸੀ, ਮੇਰੇ ਕੋਲ ਪੜ੍ਹ ਕੇ ਗਏ ਸੀਗੇ, ਅਜੀਤ ਖੋਟੇ ਵਰਗੇ, ਭਿੰਦੀ ਭੁੰਦੀ ਵਰਗੇ, ਜੋਧੇ ਵਰਗੇ, ਅਤੇ ਮੈਂ ਵੀ ਇਹਨਾਂ ਨੂੰ ਉੱਠ ਕੇ ਗਿਆ। ਉਹ ਕੋਈ $500 ਪਾ ਰਿਹਾ ਸੀਗਾ, ਕੋਈ 400 ਪਾ ਰਿਹਾ ਸੀਗਾ, ਮੈਂ ਉੱਠ ਕੇ ਗਿਆ ਸੀ, ਮੈਂ ਕਿਹਾ ਗੱਲ ਸੁਣ ਲਓ ਭਰਾਵੋ, $35-40 ਹੈਗੇ ਆ, $500 ਨਾਲ ਪੈਸੇ ਬਹੁਤ ਜ਼ਿਆਦਾ ਬਣ ਜਾਣੇ ਆ। ਮੈਂ ਕਿਹਾ ਵੀ ਤੁਸੀਂ ਅੱਗੇ ਮੇਜਰ ਚੈੱਕ ਨੂੰ ਪੈਸੇ ਦਿੱਤੇ ਤਾਂ ਤੁਹਾਡੇ ਜੋਧੇ ਗਾਲਾਂ ਕੱਢਦੇ ਆ ਵੀ ਸਾਡੀ ਢੂਈ ਮਾਰ ਕੇ ਲੈ ਗਿਆ, ਵੀ ਤੁਹਾਨੂੰ ਦਿੱਤੇ ਪੈਸੇ ਚੁੱਭਦੇ ਆ, ਤੁਸੀਂ ਕਿਹੜਾ ਔਖੇ ਹੋ ਕੇ ਕਮਾਉਂਦੇ ਆ, ਅਤੇ ਮੈਨੂੰ ਪੈਸੇ ਬੇਸ਼ੱਕ ਨਾ ਦਿਓ, ਪਰ ਅਗਲੀ ਵਾਰ ਮੈਂ ਆਵਾਂ ਮੈਨੂੰ ਏਅਰਪੋਰਟ 'ਤੇ ਚਾਹੀਦੇ ਰਿਸੀਵ ਕਰਨ ਵਾਲੇ, ਗਾਲਾਂ ਕੱਢਦੇ ਨਹੀਂ ਚਾਹੀਦੇ, ਮੈਨੂੰ ਉਹ ਬੰਦੇ ਚਾਹੀਦੇ ਆ ਜਿਹੜੇ ਚਾਹ ਨਾ ਵੀ ਮੱਖਣ ਡੀਬੀ ਦੁਬਾਰਾ ਖੇਡਣ ਆਏ ਤਾਂ ਅਗਲੀ ਵਾਰ ਏਅਰਪੋਰਟ 'ਤੇ ਹੋਣ ਖੜ੍ਹੇ, ਮੈਨੂੰ ਉਹ ਚਾਹੀਦੇ, ਮੈਨੂੰ ਪੈਸੇ ਨਹੀਂ ਚਾਹੀਦੇ। ਉਹ ਕਹਿੰਦੇ ਯਾਰ ਪਹਿਲਾ ਬੰਦਾ ਜਾਂ ਤੂੰ ਪੈਸੇ ਨੂੰ ਧੱਕੀ ਜਾਂਦਾ, ਮੈਂ ਕਿਹਾ ਵੀ ਨਹੀਂ ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੈਨੂੰ ਪਿਆਰ ਦੀ ਲੋੜ ਹੈ। ਫਿਰ ਵੀ ਚੰਗੀ ਮਦਦ ਕੀਤੀ ਉਸ ਟਾਈਮ ਉਹਨਾਂ ਨੇ, ਜਦਕਿ ਮੇਰੀ 42 ਸਾਲ ਦੀ ਉਮਰ ਸੀ ਉਸ ਵੇਲੇ। 42 ਸਾਲ ਦੀ ਉਮਰ ਦੇ ਵਿੱਚ ਇੱਕ ਮੈਚ 47 ਕੌਡੀਆਂ ਪੈ ਗਈਆਂ ਸੀ, 2 ਵਾਰ ਓਵਰ ਟਾਈਮ ਮਿਲਿਆ ਸੀ, ਦੂਜੇ ਪਾਸੇ ਜੁਆਰੇ ਹੋਣੀ ਸੀ, ਲੱਖਾ ਸੀ, ਲੱਖਾ ਰੇਡਾ ਪਾਉਂਦੇ, ਲੱਖਾ ਤੋਂ 20 ਸਾਲ ਦਾ ਸੀ, ਮੇਰੇ 22 ਸਾਲ ਦਾ ਸੀ, ਮੇਰੇ ਤੋਂ 20 ਸਾਲ ਛੋਟਾ ਸੀ, ਗਾਜੀਪੁਰੀਆ ਲੱਖਾ 22 ਸਾਲ ਦੀ ਉਮਰ 'ਚ ਸੀ, ਔਰ ਮੇਰਾ ਰਿਕਾਰਡ ਮੈਚ ਆ ਜ਼ਿੰਦਗੀ ਦਾ ਸਭ ਤੋਂ ਤਕੜਾ ਮੈਚ। ਉਦੋਂ ਬਾਅਦ ਟਾਸ, ਉਦੋਂ ਟਾਸ ਪਾ ਕੇ ਫੈਸਲਾ ਕਰਦੇ ਸੀ ਹਾਰ ਜਿੱਤ ਦਾ, ਉਦੋਂ ਬਾਅਦ 1.5 ਪੁਆਇੰਟ ਚੱਲਿਆ, ਉਦੋਂ ਪਹਿਲਾਂ 1.5 ਪੁਆਇੰਟ ਨਹੀਂ ਸੀ ਹੁੰਦਾ। 1.5 ਪੁਆਇੰਟ ਕਿਹੜੇ ਸਨ 'ਚ ਚੱਲਿਆ ਸਰ ਜੀ, ਮੇਰੇ ਦਿਮਾਗ 'ਚ ਚੱਲਦਾ ਸੀ 93 ਤੋਂ ਬਾਅਦ ਦੀ ਗੱਲ, 93 'ਚ ਮੇਰਾ ਲਾਸਟ ਇੰਟਰਨੈਸ਼ਨਲ ਮੈਚ ਕਨੇਡਾ ਹੋਇਆ, ਟਰਾਂਟੋ ਕੱਪ ਜਾਂ ਹੋਰ ਨਹੀਂ, ਟਰਾਂਟੋ ਕੱਪ ਨਹੀਂ, ਵੈਸੇ ਵੈਨਕੂਵਰ ਮੈਚ ਸੀਗਾ। ਓਕੇ, ਵੈਨ ਟਰਾਂਟੋ ਕੱਪ ਮਾੜਾ ਵਰਣਨ ਨਾਲ ਦੱਸੋ, ਥੋੜ੍ਹੀ ਜਿਹੀ ਵਿਸਥਾਰ ਨਾਲ ਗੱਲ ਦੱਸੋ, ਇਹ ਹਿਸਟਰੀ ਜਿਹੜੀ ਹੈਗੀ 1.5 ਨੰਬਰ ਦੀ, ਥੋੜ੍ਹੀ ਵਿਸਥਾਰ ਨਾਲ ਦੱਸੋ। ਵੈਨਕੂਵਰ ਜਦੋਂ ਸਾਡਾ ਲੱਖੇ ਜਵਾਰੀ ਹੋਣਾ ਦੇ ਨਾਲ ਮੈਚ ਹੋਇਆ ਨਾ, ਉਹਦੇ ਟੀਮ 'ਚ ਕਿਹੜੇ ਕਿਹੜੇ ਪਲੇਅਰ ਸੀ ਉਧਰ ਨਾਲ? ਉਹ ਬਾਹਲੇ ਤਾਂ ਮੈਂ ਬਰੀਕੀ 'ਚ ਉਦੋਂ ਜਾ ਨਹੀਂ ਸਕਦਾ, ਅਤੇ ਮੈਨੂੰ ਉਦੋਂ ਮੇਰੇ ਪਿੰਡ ਦਾ ਮੁੰਡਾ ਸੀਗਾ ਪੀਟਰ ਚੜਕ, ਜਿਹੜੀ ਟੀਮ ਵੱਲੋਂ ਮੈਂ ਖੇਡਣ ਗਿਆ ਸੀਗਾ, ਅਤੇ ਉਹ ਤਾਂ ਟੀਮ ਸਾਡੀ ਸੌਦਾਗਰ ਹੋਣਾ ਦੀ ਸੀ, ਨਹੀਂ ਖੇਡੀ ਸੀ, ਇਹਨਾਂ ਨੇ ਮੈਨੂੰ ਚੱਕ ਕੇ ਹੋਰ ਟੀਮ 'ਚ ਖੜਾਤਾ ਸੀ, ਅਤੇ ਉੱਥੇ ਡਬਲ ਦੂਰੀ ਰੇਡ ਪਾ ਰਿਹਾ ਸੀ ਮੈਂ, ਇੱਕ ਮੁੰਡਾ
एक पौंदा ही मैं लगातार दो पौंदा सी, 20-25 का पूरा मैच हो गया, पॉइंट बराबर बराबर सी। अच्छा। फिर 10-10 मिनट देते पॉइंट बराबर बराबर, फिर 5-5 मिनट देते फिर पॉइंट बराबर, तीन बार ओवर टाइम होया ते उदो 72-72 पॉइंट दे 72-73 पॉइंट दे मैच जाने सी। अच्छा। ते उत्थे मैं तुहानू दसदा वी उत्थे मेरियां 47 कबड्डियां सी, 47 विच 46 पॉइंट सी, एक जफा लगा सी मैनू। ओह किन्ने ने लाया सी? ओह नागरा नागरा जिहड़ा लखे दे नाल दूजा कबड्डी पा रहा सीगा, अजकल इंग्लैंड है सीरे समीपुरी दे नाल। अच्छा। वह भी रेडर सी, उहने मूहरे जाके एक जफा लाया सी, उह मेरे वाल फड़े गए सी, उहदा वालां च हथ पै गया सी, जफा लग गया सी। ते उह मेरी मासी दे पुत्त ने मैनू कहा, तां पहला वादा ही पुत्त कहिंदा तूं अड़ब बहुत है, ते लोक इत्थे कनेडा दी अड़बाई पसंद नहीं करदे। कुदरती रब की किस्मत यह जी हुई कि जो वाला हाथ पै गया, चलो जफा लग गया, पॉइंट उधर देता, तो मैं उन्होंने नागरे थापी दिती। वह थापी देने लोगों ने इन्ना जड़ी किया भी जे पॉइंट जे जाफी ने जफा लाया मक्खन डीपी शाबाश देख गया, तो उस पॉइंट से हार जित हुई। निम्रता ने जितना निम्रता उस पॉइंट से मैच लूज कर गया, वह जित गए, बट रॉकी ऑफ द मैच का खिताब मैंने उत्थे मिलया। तो जब मैं बाहर निकलिया मेरे नाँ दियां फोटोआं ਉੱਥੇ ਅਮੈਰੀਕਾ ਤੋਂ ਆਏ ਸੀਗੇ, ਮੇਰੇ ਨਾਂ ਦੀਆਂ ਫੋਟੋਆਂ ਉਹਨਾਂ ਨੇ ਬਣੈਣਾ 'ਤੇ ਛਾਪ ਕੇ ਅਤੇ 500 ਬਣੈਣ ਖੜੇ ਪੈ ਰਹੇ ਇਸ ਟਾਈਮ 'ਤੇ ਸੇਲ ਕੀਤੀ, ਜਿਹੜੀ ਬਣੈਣਾਂ ਜਿੰਨੀਆਂ ਸੇਲ ਹੋਈਆਂ ਉਹਦਾ ਜਿੰਨੇ ਵੀ ਡਾਲਰ ਵੱਟੇ ਉਹ ਸਾਰੇ ਉਹਨਾਂ ਨੇ ਮੈਨੂੰ ਦਿੱਤੇ। ਅੱਛਾ। ਉਸ ਟਾਈਮ ਦੇ ਉੱਤੇ ਜਟਕਾ ਬੁੱਧੀ ਸੀ, ਜਟਕਾ ਉਹੀ ਸਾਡੇ 'ਚ ਜੱਟਵਾਦ ਸੀਗਾ। ਅਮੈਰੀਕਾ ਤੋਂ ਆਈ ਸੀ ਚੰਗੀ ਪਾਰਟੀ, ਉਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਜਿਹੜੀ ਨਿੱਕਰ ਪਾ ਕੇ ਤੂੰ ਖੇਡਿਆ ਪੈਸੇ ਬੋਲ ਕਿੰਨੇ ਲੈਣੇ, ਨਿੱਕਰ ਦੇ ਦੇ ਸਨ। ਅੱਛਾ ਜੀ। ਮੈਂ ਕਿਹਾ ਵੀ ਇਹ ਨਿੱਕਰ ਨਹੀਂ ਤੁਹਾਨੂੰ ਮੈਂ, ਉਹ ਨਿੱਕਰ ਵੀ ਮੇਰੇ ਕੋਲ ਪਈ ਅੱਜ ਤੱਕ ਸਾਂਭ ਕੇ ਜੀ, ਬਿਲਕੁਲ। ਉਹ ਕਹਿੰਦੀ ਤੇ ਨਿੱਕਰ ਦੀ ਨਿਲਾਮੀ ਨਹੀਂ, ਅੱਜ ਕੱਲ੍ਹ ਤਾਂ ਕਿੰਨੇ ਕਰੈਕਟਰ ਵਾਲਿਆਂ ਦੀ ਜਰਸੀ ਵੇਚ ਲਈ ਦੂਜੀ, ਉਹ ਤਾਂ ਪਤਾ ਹੀ ਨਹੀਂ ਸੁਣਦਾ ਇਹਨਾਂ ਗੱਲਾਂ ਦਾ। ਮੈਂ ਉਹ ਨਿੱਕਰ ਨਹੀਂ ਦਿੱਤੀ, ਮੈਂ ਕਿਹਾ ਵੀ ਅਸੀਂ ਆਪਦੀ ਨਿੱਕਰ ਜਿਹੜੀ ਪਾ ਕੇ ਖੇਡਿਆ ਮੈਂ ਦੇਣੀ ਆਪਦੀ ਇੱਜ਼ਤ ਦੇਣੀ, ਜੇ ਕੱਲਾ ਪੈਸੇ ਮਗਰ ਜਾਣਾ ਹੁੰਦਾ ਤੇ ਨਿੱਕਰ ਲਾ ਕੇ ਫੜਾ ਦਿੰਦਾ, ਤੇ ਉਹ ਮੈਨੂੰ $15,000-20,000 ਦੇਣ ਨੂੰ ਤਿਆਰ ਸੀ ਉਸ ਵਕਤ। ਉਹ ਕਹਿੰਦੇ ਪੈਸੇ ਬੋਲ ਜਿੰਨੇ ਮਰਜ਼ੀ ਪਰ ਆਹ ਨਿੱਕਰ ਸਾਨੂੰ ਦੇ ਦੇ ਜਿਹੜੀ ਪਾ ਕੇ ਖੇਡਿਆ। ਇੱਥੋਂ ਤੱਕ ਕਰੇ ਸੀ, ਪਰ ਮੈਂ ਨਿੱਕਰ ਨਹੀਂ ਦਿੱਤੀ। ਮੈਂ ਕਿਹਾ ਨਿੱਕਰ ਆਪਦੀ ਮੈਂ ਸਾਂਭ ਕੇ ਰੱਖਣੀ, ਮੈਂ ਕਿਹਾ ਨਿੱਕਰ ਨਹੀਂ ਦੇਣੀ। ਜਾਣੀ ਲੋਕਾਂ ਦੇ ਵਿੱਚ ਇੰਨੀ ਕਰੇਜ਼ ਹੁੰਦੀ ਸੀ, ਇਸ ਤਰ੍ਹਾਂ ਸਨਮਾਨਿਤ ਕਰਦੇ ਸੀ। ਅਤੇ ਉਹ ਬਣੈਣਾ ਵੀ ਉਹ ਕਹਿੰਦੇ ਤੇਰੀ ਕਮਾਈ ਹੈ, ਤੇਰੀਆਂ ਫੋਟੋਆਂ ਨੂੰ ਲੋਕਾਂ ਨੇ ਪਿਆਰ ਕੀਤਾ ਯਾਰ, ਇਹ ਸੇਲ ਕਰਕੇ ਤੈਨੂੰ ਦਿੱਤੀਆਂ। ਉਸ ਟਾਈਮ 'ਤੇ ਜਾਣੀ ਜਦੋਂ $4,000-5,000 ਦੀ ਖੇਡਦੇ ਸੀਗੇ, ਅਤੇ ਮੈਂ 20-25 ਲੱਖ ਉਸ ਵਕਤ 1993 'ਚ 42 ਸਾਲ ਦੀ ਉਮਰ 'ਚ ਕਿਸ ਗੱਲ ਨੂੰ ਦਿੱਤਾ? ਉਹ ਕਹਿੰਦੇ ਯਾਰ 42 ਸਾਲ ਦੀ ਉਮਰ 'ਚ ਇੰਨਾ ਸਟੈਮਿਨਾ, ਇੰਨੀਆਂ ਕਬੱਡੀਆਂ, ਉਹ ਕਹਿੰਦੇ 5-7 ਕਬੱਡੀਆਂ ਪਾ ਕੇ ਖੜ੍ਹ ਜਾਂਦੇ ਆ, ਉਹ ਯਾਰ 45-46-47 ਕਬੱਡੀਆਂ ਪਾਉਣੀਆਂ, ਔਰ ਵੀ ਨੋਨ ਸਟਾਪ। ਆ 15 ਦਿਨ ਹੋ ਗਏ ਮੇਰੇ ਭਤੀਜੇ ਦਾ ਫੋਨ ਆਇਆ ਉੱਥੋਂ, ਆ ਮੇਰੀ ਇੰਟਰਵਿਊ ਪਾਉਣ ਕੇ, ਕਹਿੰਦਾ ਚਾਚਾ ਮੈਂ ਤੇਰਾ ਖੂਨ ਬੋਲਦਾ। ਉਹ ਮੈਨੂੰ ਸਮਝ ਨਾ ਲੱਗੀ, ਉਹ ਮੈਂ ਕਿਹਾ ਕੌਣ ਹੈ? ਉਹ ਚਾਚਾ ਤੇਰਾ ਖੂਨ ਬੋਲਦਾ, ਤੂੰ ਯਾਦ ਕਰ ਜਦੋਂ ਤੂੰ 47 ਕਬੱਡੀਆਂ ਪਾਈਆਂ ਉਹ ਕਿਵੇਂ ਪਾਈਆਂ, ਤੇਰੀ ਸੇਵਾ ਅਸੀਂ ਕਰਦੇ ਹੁੰਦੇ, ਤੇਰੀ ਮਾਲਸ ਕਰਦੇ ਹੁੰਦੇ ਸੀ। ਉਹ ਮੈਂ ਕਿਹਾ ਹੈਪੀ? ਕਹਿੰਦਾ ਹਾਂ, ਕਿਉਂਕਿ ਜਦੋਂ ਪ੍ਰੈਕਟਿਸ ਕਰਕੇ ਥੱਕ ਜਾਣਾ ਤਾਂ ਉਹਨਾਂ ਨੇ ਮੇਰੀ ਮਸਾਜ ਕਰਨੀ, ਨਹਾਉਣਾ ਧੋਣਾ। ਉੱਥੇ ਐਰਸਪੋਰਟ ਦੀਆਂ ਗਰਾਊਂਡਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕਿੰਨੇ ਗੇੜੇ ਦੇਣੇ, ਕਿੰਨੀ ਮਿਹਨਤ ਕਰਨੀ। 42 ਸਾਲ ਦੀ ਉਮਰ ਦੇ ਵਿੱਚ ਇੰਨੀ ਮਿਹਨਤ ਕੋਈ ਖਾਲਾ ਜੀ ਦਾ ਵੜਾ ਨਹੀਂ। ਅਤੇ ਉਦੋਂ ਬਾਹਰ ਆਣ ਕੇ ਵੀ ਇੱਥੇ ਮੇਰਾ ਮੈਚ ਹੋਇਆ ਕੰਨੀਆਂ ਦੇ ਵਿੱਚ, ਉਦੋਂ ਇਹਦੇ ਗਾਗੋ ਹੋਣਾ ਦੀ ਅਤੇ ਭੀਮੇ ਹੋਣਾ ਦੀ ਚੜ੍ਹਾਈ ਹੁੰਦੀ ਸੀਗੀ, ਅਤੇ ਮੇਰੇ ਚਰੈਕ ਦਾ ਮੁੰਡਾ ਡਿਮਰਾ ਉਹ ਥਾਪਗਾਂ ਦੇ ਉਹਨਾਂ ਹਟੇ, ਕਿਉਂਕਿ ਭੀਮਾ ਕਿਸੇ ਦਾ ਗੁੱਟ ਛੱਡਦਾ ਹੀ ਨਹੀਂ ਸੀ। ਅੱਛਾ। ਭੀਮਾ ਦੀਨੇ ਦਾ ਐਡਾ ਤਕੜਾ ਸੀਗਾ, ਜਿਹਨੂੰ ਗੁੱਟੋਂ ਫੜ ਲੈਂਦਾ ਛੱਡਦਾ ਹੀ ਨਹੀਂ ਸੀ। ਅਤੇ ਇਹਨੇ ਗੁੱਟ ਫੜਨਾ ਅਤੇ ਮੈਂ ਪੱਟ ਕੇ ਆਏ ਮਾਰਨਾ, ਕਹਿੰਦਾ ਯਾਰ ਜਿਵੇਂ ਗਾਜਰ ਪੱਟੀ ਦੀ ਐਂ ਪੱਟ ਕੇ, ਕਹਿੰਦਾ ਜੱਟਾ ਮੰਨ ਗਏ ਯਾਰ ਵਾਕਈ ਕਿ ਇੰਗਲੈਂਡ ਤੂੰ ਕਨੇਡਾ ਕਾਹਦਾ ਖੇਡ ਰਹੀ ਆ, ਤਿਆਰੀ ਕਰਕੇ ਆਇਆ। ਮੈਂ ਕਿਹਾ ਕਰੀ ਤਿਆਰੀ ਗਏ ਉੱਥੇ? ਉੱਥੇ ਮੁੰਡਾ ਮੰਦਰ ਸੀ ਮੇਰੇ ਪਿੰਡ ਦਾ, ਉਹ ਵਿਚਾਰੇ ਦਾ ਇੱਕ ਹੱਥ ਕੱਟਿਆ ਸੀ, ਉਹ ਇੱਕ ਹੱਥ ਕੱਟੇ ਨਾਲ ਵੀ ਮੇਰੀ ਇੰਨੀ ਸੇਵਾ ਕੀਤੀ, ਇੰਨੀ ਤਿਆਰੀ ਕਰਾਤੀ, 42 ਸਾਲ ਦੀ ਉਮਰ 'ਚ ਵੀ ਜਵਾਨ ਕਰਤਾ ਉਹਨਾਂ ਨੇ ਮੈਂ। ਅਤੇ ਉਦੋਂ ਬਾਅਦ ਵੀ ਮੈਂ 6-7 ਸਾਲ ਆ ਕੇ ਕਬੱਡੀ ਖੇਡੀ ਆ, 49 ਸਾਲ ਦੀ ਉਮਰ ਤੱਕ ਕਬੱਡੀ ਖੇਡੀ। ਲਾਸਟ ਤੁਸੀਂ ਮੈਚ ਕਿੱਥੇ ਖੇਡੋ, ਤੁਹਾਨੂੰ ਜਿੰਨਾ ਕੁ ਯਾਦ ਆ ਲਾਸਟ ਮੈਚ? ਲਾਸਟ ਮੈਚ ਤਾਂ 40 ਸਾਲ ਦਾ ਮੈਚ ਸੀਗਾ, ਅਤੇ ਲਾਲੇ ਦੇ ਨਾਲ ਮੈਂ ਗਿਆ ਸੀਗਾ ਇੱਧਰ ਫਿਰੋਜ਼ਪੁਰ ਦੇ ਵਿੱਚ, ਅਤੇ ਸਾਧੂ ਦਾਸ ਸੰਤ ਉਹਨਾਂ ਦਾ ਮੇਲਾ ਲੱਗਦਾ, ਮੈਨੂੰ ਪਿੰਡ ਦਾ ਨਾਂ ਕਹਿਣੀ ਕੀ ਆ ਭੁੱਲ ਗਿਆ, ਜਲਾਲਾਬਾਦ ਦੇ ਕੋਲ ਹੈ। ਉੱਥੇ 40 ਸਾਲ ਦਾ ਮੈਚ ਖੇਡੀ ਸੀ, ਅਤੇ ਉੱਥੇ ਵੀ ਵੇਖੋ ਕੀ ਹੋਇਆ, ਜਲੰਧਰ ਦੇ ਨਾਲ ਮੈਚ ਚੱਲ ਰਿਹਾ ਸਾਡਾ, ਮੋਗੇ ਦੀ ਟੀਮ ਹਾਰ ਰਹੀ ਹੈ। ਕਈ ਵਾਰ ਕਰਾਮਾਤਾਂ ਇਹੋ ਜਿਹੀਆਂ ਹੋ ਜਾਂਦੀਆਂ, ਅਤੇ ਅਸੀਂ 6-7 ਪੁਆਇੰਟ ਪਿੱਛੇ ਹਾਂ, ਅਤੇ ਉਹ ਸੰਤਾਂ ਨੇ ਮੈਚ ਰੋਕ ਲਿਆ, ਰੋਕ ਕੇ ਕਹਿੰਦਾ
आ के कहिंदे मखण सिंह किवें, मैं ठीक हाँ। कहिंदा ठीक, मैच आ हर रही टीम, मैं कोई नहीं संत जी, हार जित तां हुंदी हुंदी आ। कहिंदे फिर कर दईए रब रब। संत कहिंदे रब रब कर दईए, मैं कहा जी कर दो, मैं ना समझा रब रब। कहिंदे जा रब रब पाओ कोटियां। ਉਹ ਬਈ ਰੱਬ ਰੱਬ ਕਾਹਦਾ ਸੰਤਾਂ ਨੇ ਕੀਤਾ। ਉਦੋਂ ਬਾਅਦ ਉਹ ਜਲੰਧਰ ਦੇ ਟੀਮ ਪੁਆਇੰਟ ਉਨੀ ਰਹਿ ਗਏ, ਅਗਲੀਆਂ ਬਾਰਾਂ ਕੋਟੀਆਂ 'ਚ ਅਸੀਂ ਮੈਚ ਜਿੱਤ ਗਏ। ਉਹਨਾਂ ਦੇ ਜਿੱਥੇ ਜਿੱਥੇ ਖੜੇ ਸੀ ਪੁਆਇੰਟ, ਉੱਥੇ ਨਾ ਉਹਨਾਂ ਦਾ ਕੋਈ ਰੇਡਰ ਮੁੜਿਆ ਅਤੇ ਨਾ ਉਹਨਾਂ ਦਾ ਕੋਈ ਸਟਾਫ ਰੱਖੀ ਜਿਹੜੇ ਕਿ ਸਾਨੂੰ ਜਿੱਤ ਰਹੇ ਸੀ। ਉਹ ਸੰਤ ਸਾਧੂ ਦਾਸ ਦੀ ਮੈਂ ਇੱਜ਼ਤ ਕਰਦਾ, ਮੈਂ ਕਿਹਾ ਵਾਕਈ, ਕਿਉਂਕਿ ਉਹ ਸੰਤ ਨੂੰ ਇਹ ਸ਼ੌਕ ਸੀ, ਉਹ ਸਾਥੋਂ ਗੋਡੀ ਹੱਥ ਨਹੀਂ ਸੀ ਲਾਉਂਦਾ ਦਾ। ਅੱਛਾ। ਉਹਨੂੰ ਇਹ ਸ਼ੌਕ ਹੁੰਦਾ ਸੀਗਾ ਵੀ ਕਬੱਡੀ ਵਾਲੇ ਨੂੰ ਇੱਕ ਲਾਈਨ 'ਚ ਪਾ ਕੇ ਆਪ ਨੰਗੇ ਪੈਰੀਂ ਮੀਟ ਸ਼ਰਾਬ ਡੇਰੇ 'ਤੇ ਵਰਤਦਾ ਸੀਗਾ, ਪਲੇਅਰਾਂ ਨੂੰ ਆਪ ਰੋਟੀ ਖਵਾਉਂਦਾ ਸੀ। ਉਹਦਾ ਵੱਡਾ ਨਾਮ ਹੀ ਹੈ, ਪੈਸੇ ਤਾਂ ਦਿੰਦਾ ਹੀ ਦਿੰਦਾ ਸੀ। ਉਹ ਕਹਿੰਦਾ ਵੀ ਜਿੰਨੇ ਪਲੇਅਰ ਆ ਬਈ, ਮੈਂ ਤੁਹਾਡੀ ਹੱਥੀਂ ਸੇਵਾ ਕਰਨੀ ਹੈ। ਲੋਕ ਸਾਧੂਆਂ ਦੀ ਸੇਵਾ ਕਰਦੇ, ਉੱਥੇ ਸਾਧੂ ਪਲੇਅਰਾਂ ਦੀ ਸੇਵਾ ਕਰਦਾ ਸੀ। ਕਬੱਡੀ ਦਾ ਮਿਆਰ ਸੀ ਇਹ, ਕਬੱਡੀ ਦਾ ਜਾਣੀ ਆ ਮਿਆਰ ਸੀ, ਪਲੇਅਰਾਂ ਨੂੰ ਪਾ ਕੇ ਨਾ, ਅਤੇ ਉਹ ਆਪ ਸੇਵਾ ਕਰਦਾ ਹੁੰਦਾ ਸੀ, ਆਪ ਰੋਟੀ ਖਵਾ ਕੇ ਤੋੜ ਦਿੰਦਾ ਸੀ। ਇਸ ਤਰ੍ਹਾਂ ਦੇ ਵੀ ਸੰਤ ਪਏ ਹੋਏ ਸੀ। ਉਹਨਾਂ ਸੰਤਾਂ ਨਾਲ ਸਾਡੀਆਂ ਯਾਰੀਆਂ ਸੀਗੀਆਂ, ਉਹਨਾਂ ਸੰਤਾਂ ਨਾਲ ਨਹੀਂ ਸੀ ਜਿਹੜੀ ਆਪ ਤਰ੍ਹਾਂ, ਉਹ ਜਿਹੜੇ ਪਲੇਅਰਾਂ ਦੀ ਸੇਵਾ ਕਰਦੀ, ਪਲੇਅਰਾਂ ਦੀ ਇੱਜ਼ਤ ਕਰ। ਉੱਥੇ ਸਾਰੇ ਭੁਪਿੰਦਰ ਘਲੋਟੀ ਵਰਗੇ, ਆਪਣੀ ਤਾਂ ਮਾਰ ਕੇ ਸਾਰੇ ਪਲੇਅਰ ਖੇਡੇ ਆ। ਅੱਛਾ। ਉਹ ਮੈਂ ਨਾਂ ਨਹੀਂ ਮੈਨੂੰ ਯਾਦ ਆਇਆ, ਲਾਲਾ ਉੱਥੇ ਵਿਚਾਰਾ ਭਗਤ ਤਾਂ ਚੰਗਾ, ਫਿਰੋਜ਼ਪੁਰ ਦੇ ਵਿੱਚ ਆਏ, ਬੜਾ ਤਕੜਾ। ਪਰ ਉਦੋਂ ਬਾਅਦ ਤੁਸੀਂ ਮੈਚ ਖੇਡੇ, ਕਿਹੜੇ ਸਣ ਦੀ ਗੱਲ ਸੀ ਜੀ? ਇਹ ਤਾਂ ਸਮਝ ਲਓ 99 ਦੀ ਗੱਲ ਹੈ, 1999 ਤੱਕ। ਅੱਛਾ। ਪਰ ਦੁੱਲਾ ਸੁਰਖਾਪੁਰੀ 1998 'ਚ ਬਾਹਰ ਜਾਂਦਾ। ਉਹ ਦੁੱਲੇ ਸੁਰਖਪੁਰੀ ਦੇ ਸਾਥੋਂ ਵਿਚਾਰੇ ਮਗਰੋਂ ਜੰਮੇ ਆ ਨਾ, ਅਤੇ ਨਹੀਂ ਜੰਮੇ ਨਹੀਂ, ਉਹ 98 'ਚ ਜਾਂਦਾ ਬਾਹਰ। ਹਾਂਜੀ ਹਾਂ। ਤੁਸੀਂ ਦੁੱਲੇ ਦੇ ਬਰਾਬਰ ਵੀ ਇੱਕ ਸਾਲ ਖੇਡ ਗਏ। ਉਹ ਨਹੀਂ, ਉਹ ਜਦ ਮੈਂ 99 'ਚ ਖੇਡਿਆ ਨਾ, ਉਹ 40 ਸਾਲੇ ਮੈਚ ਸੀ। ਹਾਂ। ਉਹ ਜਦੋਂ ਮੈਂ ਖੇਡਿਆ 40 ਸਾਲੇ ਮੈਚ ਸੀ। ਹਾਂ, ਐਵੇਂ ਮੈਂ ਕਹਿ ਦੇਵਾਂ, ਮੈਂ ਦੁੱਲੇ ਹੁਣਾਂ ਨਾਲ ਖੇਡਿਆ, ਸੁਰਖਪੁਰੀ ਆ ਨਾ, ਇਹਨਾਂ ਨਾਲ ਨਹੀਂ ਖੇਡਿਆ। ਨਹੀਂ, ਸਮਕਾਲੀ 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 ਚਲੋ ਵਿਚਾਰੇ ਦੁੱਲੇ ਹੁਣਾਂ ਨਾਲ ਤਾਂ ਕਿਹੜਾ ਦੁੱਲੇ ਨਾਲ ਗੱਲ ਸੀ, ਦੁੱਲੇ ਨਾਲ ਵੀ ਕੋਈ ਕਿਹੜਾ ਮਾੜੀ ਮਾੜੀ ਕਿਸੇ ਗੱਲ 'ਤੇ ਮੱਖਣ ਦੀ ਟੀਮ 'ਚ ਖਹਿਬਾਜ਼ੀ ਹੋ ਗਈ ਸੀਗੀ, ਅਤੇ ਦੁੱਲਾ ਮਾੜਾ ਲੱਗਾ ਸੀ ਕਰਨ, ਕਿਉਂਕਿ ਜਵਾਨੀ ਦਾ ਜੋਸ਼ ਹੁੰਦਾ। ਮੈਂ ਕਿਹਾ ਦੁੱਲਿਆ ਬਾਅਦ 'ਚ ਗੱਲ ਕਰੀ, ਮੱਖਣ ਡੀਪੀ ਨੇ ਇੰਡੀਆ ਦੀ, ਮੈਂ ਕਿਹਾ 6-7 ਵਾਰ ਕਪਤਾਨੀ ਕੀਤੀ, ਕਿਤੇ ਇੰਡੀਆ ਦੀ ਟੀਮ ਦਾ ਕੈਪਟਨ ਬਣ, ਉਸ ਤੋਂ ਬਾਅਦ ਗੱਲ ਕਰੀ। ਮੈਂ ਕਿਹਾ ਵੀ ਤੁਸੀਂ ਕਿਤੇ ਇੰਡੀਆ ਦੀ ਟੀਮ ਦਾ ਕੈਪਟਨ ਬਣ ਕੇ ਬਹੁਤ ਤਕੜਾ ਦੁੱਲਿਆ, ਤੂੰ ਤਕੜਾ, ਕੋਈ ਸ਼ੱਕ ਨਹੀਂ, ਦੁੱਲਾ ਬਹੁਤ ਤਕੜਾ ਪਲੇਅਰ ਸੀ, ਕੋਈ ਸ਼ੱਕ ਨਹੀਂ, ਪਰ ਕਈ ਵਾਰ ਮੌਕੇ ਦੀ ਗੱਲ ਹੁੰਦੀ ਹੈ। ਮੈਂ ਕਿਹਾ ਵੀ ਤੈਨੂੰ ਕਦੇ ਇੰਡੀਆ ਦੀ ਟੀਮ ਦਾ ਕੈਪਟਨ ਬਣਨ ਦਾ ਮੌਕਾ ਤਾਂ ਨਹੀਂ ਮਿਲਿਆ, ਅਤੇ ਮੈਂ ਕਿਹਾ ਮੱਖਣ ਜਿਹੜਾ 1982 'ਚ ਇੰਗਲੈਂਡ ਜਿਹੜੀ ਇੰਡੀਆ ਦੀ ਟੀਮ ਗਈ ਹੈ ਨਾ, 28 ਦਾ ਸਾਹਨੇ ਵਾਲੇ ਕੈਂਪ ਲਾ ਕੇ, ਉਹ ਟੀਮ ਦਾ ਕੈਪਟਨ ਬਣ ਗਈ ਹੈ। 82 'ਚ ਮੈਂ ਕਿਹਾ ਕੈਪਟਨ ਸੀਗਾ, ਮੈਂ 83 'ਚ ਵੀ ਕੈਪਟਨ ਸੀਗਾ, ਅਤੇ 85 'ਚ ਵੀ ਕੈਪਟਨ ਸੀ, 87 'ਚ ਕੈਪਟਨ, 99 ਕੈਪਟਨ ਸੀ, ਮੈਂ ਬਹੁਤ ਵਾਰ ਇੰਡੀਆ ਦੀ ਕਪਤਾਨੀ ਕੀਤੀ। ਅਤੇ ਮੈਂ ਕਿਹਾ ਵੀ ਤੁਸੀਂ ਤਾਂ ਕਦੇ ਇੰਡੀਆ ਦੀ ਕਪਤਾਨੀ, ਇੰਡੀਆ ਦੀ ਟੀਮ ਦੇ ਮੈਂਬਰ ਜ਼ਰੂਰ ਬਣਿਆ, ਪਰ ਕਪਤਾਨੀ ਮੌਕਾ ਨਹੀਂ। ਮੈਂ ਕਿਹਾ ਠੀਕ ਹੈ, ਸਾਡਾ ਵੀ ਨਾਂ ਸੀ ਯਾਰ ਦੁੱਲਿਆ, ਅਤੇ ਉਹ ਬਾਅਦ 'ਚ ਦੁੱਲਾ ਕਹਿੰਦਾ ਕੋਈ ਸਾਹਿਬ ਸੋਰੀ, ਵੀ ਮੈਂ ਤੁਹਾਨੂੰ ਗੁੱਸੇ 'ਚ ਕਿਹਾ ਗਿਆ। ਇੰਨੇ ਨਾਈਸ ਮੁੰਡੇ, ਬਾਅਦ 'ਚ ਬਹੁਤ ਪਿਆਰ ਕਰਦੇ ਰਹੇ, ਬੜੀ ਇੱਜ਼ਤ ਕੀਤੀ ਦੁੱਲੇ ਹੁਣਾਂ ਨੇ। ਪਰ ਹੁਣ ਦੇ ਯੁੱਗ 'ਚ ਦੁੱਲੇ ਹੁਣੀ ਇੱਕ ਸਿੰਬਲ ਹੈ, ਜਿਵੇਂ ਸਾਡੇ ਵੇਲੇ, ਮੈਂ ਨਹੀਂ ਕਹਿੰਦਾ ਗਾ ਕਿ ਮੈਂ ਬੜਾ ਤਕੜਾ ਸੀ, ਸਾਡੇ ਨਾਲ ਫਿੱਡੂ ਜ਼ਿਆਦੇ ਤਕੜਾ ਸੀ, ਫਿੱਡੂ ਦਾ ਨਾਂ ਜ਼ਿਆਦੇ ਸੀ, ਕਿਉਂਕਿ ਫਿੱਡੂ ਪ੍ਰੋਫੈਸ਼ਨਲ ਸੀਗਾ, ਅਸੀਂ ਪ੍ਰੋਫੈਸ਼ਨਲ ਨਾਲ ਨੌਕਰੀ ਕਰਦੇ ਸੀ, ਇਹ ਦਿਨ ਪਰ ਰਾਤ ਉੱਧਰ ਖੇਡਣ 'ਚ ਰਹਿੰਦੇ ਸੀ। ਬੇਸ਼ੱਕ ਕਈ ਮੈਚਾਂ ਦੇ ਵਿੱਚ ਮੈਂ ਫਿੱਡੂ ਤੋਂ ਵੀ ਤਕੜਾ ਖੇਡਿਆ ਹੋਊਗਾ, ਪਰ ਓਵਰਆਲ ਜੇ ਵੇਖੀਏ ਤਾਂ ਫਿੱਡੂ ਸਟਾਰ ਸੀ, ਫਿੱਡੂ ਵਰਗਾ ਕੋਈ ਤਕੜਾ ਨਹੀਂ। ਉਦੋਂ ਪਹਿਲਾਂ ਪ੍ਰੀਤਾ ਦੇਵੀ ਤਕੜੀ ਸੀ, ਉਦੋਂ ਬਾਅਦ ਦੁੱਲੇ ਹੋਣੀ ਤਕੜੇ, ਹੁਣ ਜਿਹੜਾ ਦੁੱਲਾ ਹੁਣ ਵੀ ਦੁੱਲਾ ਚੱਲ ਰਿਹਾ, ਉਹ ਵੀ ਮੰਗੀ ਦੇ ਪਿੰਡ ਵਾਲਾ, ਉਹ ਵੀ ਤਕੜਾ, ਮੰਗੀ ਹੋਣੀ ਤਕੜੇ ਆ, ਆਪਣੇ ਇਹ ਪ੍ਰਿੰਸ ਹੋਣੀ ਤਕੜੇ ਆ, ਪਲੇਅਰ ਤਾਂ ਟਾਈਮ ਟਾਈਮ 'ਤੇ ਤਕੜੇ ਹੋਏ ਆ, ਔਰ ਸਾਰਿਆਂ 'ਚ ਨਿਮਰਤਾ, ਇਹਨਾਂ ਵਿੱਚ ਨਿਮਰਤਾ, ਪੂਰਾ ਪਿਆਰ ਹੈ, ਪੂਰਾ ਝੁਕਾ ਹੈ। ਆ ਜਿਹਨੂੰ DTO ਕਹਿੰਦੇ ਆ, ਬੜਾ ਬੜਾ ਨਾਈਸ ਮੁੰਡਾ, ਅਰਸ਼ ਚੋਲਾ। ਇਹ ਫੈਡਰੇਸ਼ਨ ਦੇ ਮੈਚ 'ਚ ਇੱਕ ਵਾਰ ਅਸੀਂ 6-7 ਵਾਰ ਇਹਦਾ ਟੈਸਟ ਕੀਤਾ, ਡੋਪ ਟੈਸਟ, ਇੱਕ ਵਾਰ ਵੀ ਡੋਪ 'ਚ ਨਹੀਂ ਆਇਆ। ਅਰਸ਼ ਸਾਨੂੰ ਹੁੰਦਾ ਸੀਗਾ ਕੋਈ ਕਰਦਾ ਹੋਊਗਾ, ਪਰ ਇਹਦਾ 6-7 ਵਾਰ ਇੱਕ ਸੀਜ਼ਨ 'ਚ ਆਇਆ, ਕਦੇ ਆਏ, ਔਰ ਕਦੇ ਇਹਨਾਂ ਨੇ ਜਵਾਬ ਨਹੀਂ ਸੀ ਦਿੱਤਾ, ਅਸੀਂ ਡੋਪ ਨਹੀਂ ਦੇਣਾ, ਕਦੇ ਵੀ ਇਹਨਾਂ ਨੇ ਜਵਾਬ ਨਹੀਂ। ਜਦੋਂ ਡੋਪ ਹੋਣਾ, ਇਹ ਭਗਵਾਨਪੁਰੇ ਦੀ ਟੀਮ ਦੇ ਵਿੱਚ ਹੁੰਦੇ ਸੀਗੇ, ਜਦੋਂ ਡੋਪ ਦੇਣਾ ਸਭ ਤੋਂ ਪਹਿਲਾਂ ਸੈਂਪਲ ਦਿੰਦੇ ਸੀ, ਯਾਨੀ ਸਾਨੂੰ ਕੋਈ ਇਸ ਤਰ੍ਹਾਂ ਦਾ ਅੱਤੜ ਪਲੇਅਰ ਮਿਲਿਆ ਹੀ ਨਹੀਂ ਜਿਹਨੇ ਸਾਨੂੰ ਨਾ ਕੀਤੀ। ਕਾਰਨ, ਅਸੀਂ ਖੁਦ ਵੀ ਪਲੇਅਰ ਸੀ, ਪਲੇਅਰਾਂ ਨਾਲ ਪਲੇਅਰਾਂ ਨੂੰ ਡੀਲ ਕਰਦੀ, ਸਾਨੂੰ ਪਿਆਰ ਕਰਦੀ ਸੀ, ਅਤੇ ਜੇ ਝਿੜਕ ਦਿੰਦੇ ਸੀ, ਸਾਡੀ ਝਿੜਕ ਮੰਨਦੇ ਸੀ। ਮੰਗੀ ਵਰਗੇ ਵਿਚਾਰੇ ਹੁਣ ਵੀ ਮੰਗਦੇ ਆ, ਇੱਕ ਥਾਂ 'ਤੇ ਮੈਂ ਮੰਗੀ ਦੀ ਉਲਟ ਬੋਲ ਗਿਆ, ਮੰਗੀ ਸ਼ੰਗੀ ਵਰਗੇ, ਕਹਿੰਦਾ ਜੀ ਕੋਈ ਸਾਹਿਬ ਨੇ ਪਿਆਰ ਨਾ ਕੀਤਾ, ਇਹ ਮਹਾਨਤਾ ਮੰਗੀ ਉਹਨਾਂ ਦੀ, ਠੀਕ ਹੈ। ਇਹ ਦਿੜਬੇ ਵਾਲਾ ਮੁੰਡਾ ਕਿੰਨਾ ਵਧੀਆ ਮੁੰਡਾ, ਬਹੁਤ ਵਧੀਆ ਮੁੰਡਾ, ਅਤੇ ਇਹ ਬੜੇ ਵਧੀਆ ਮੁੰਡੇ ਆ। ਇਹ ਐਵੇਂ ਕਈ ਵਾਰ ਨਾ ਬਦਨਾਮੀ ਜ਼ਿਆਦਾ ਕਰੀ ਜਾਂਦੇ, ਵੀ ਐਂ ਕਰਦੇ, ਉਹ ਕਰਦੇ, ਯੋ ਕਰਦੇ, ਉਹ ਨਵਿਆਂ ਮੁੰਡਿਆਂ ਨੂੰ ਲੱਗਦਾ, ਨਵਿਆਂ ਮੁੰਡਿਆਂ ਨੂੰ ਸਟਰਗਲ ਕਰਨੀ ਪੈਂਦੀ ਹੈ, ਪਰ ਇਹ ਨਵਿਆਂ ਮੁੰਡਿਆਂ ਦਾ ਸਾਥ ਦੇਣ ਨੂੰ ਤਿਆਰ ਆ, ਪਿਆਰ ਨਾਲ ਉਹਨਾਂ ਨੂੰ ਦੇਣ ਨੂੰ ਤਿਆਰ ਆ। ਉਹਦਾ ਮਾਹੌਲ ਹੀ ਕਿਹੋ ਜਿਹਾ ਬਣ ਗਿਆ ਕਿ ਲੋਕ ਤਕੜਿਆਂ ਨੂੰ ਵੇਖਣ ਲੱਗ ਗਏ, ਮਾੜਿਆਂ ਨੂੰ, ਲੋਕਾਂ ਨੇ ਆਪਦੀ ਥਿੰਕਿੰਗ ਚੇਂਜ ਕਰ ਲਈ। ਮਤਲਬ ਜਦੋਂ ਉੱਥੇ ਇੱਕ ਜਿਹੜਾ ਦੂਜੀ ਕਬੱਡੀ ਕਦੋਂ ਬੰਦ ਹੁੰਦੀ ਹੈ ਜੀ,
ਤੁਹਾਡੇ ਤੋਂ ਪਹਿਲਾਂ ਹੀ ਸੀ ਮੈਨੂੰ ਲੱਗਦਾ ਹੈ ਨਾ ਦੂਜ ਪਹਿਲਾਂ ਤਾਂ ਖੁੱਲ੍ਹੀਆਂ ਕਬੱਡੀਆਂ ਹੁੰਦੀਆਂ ਸੀ ਲਗਾਤਾਰ ਪਾਉਂਦੇ ਪਹਿਲਾਂ ਹੁੰਦੀ ਸੀ ਜੀ ਚੁੱਪ ਕਬੱਡੀ ਹੁੰਦੀ ਸੀ ਇਹ ਅੰਮ੍ਰਿਤਸਰ ਵਾਲੀ ਕਬੱਡੀ ਹੁੰਦੀ ਸੀ ਢੇਰੀ ਵਾਲੀ ਕਬੱਡੀ ਹੁੰਦੀ ਸੀ ਅੱਜ ਅੰਮ੍ਰਿਤਸਰ ਟੌਪ 'ਤੇ ਆ ਕਿਉਂ ਅੰਮ੍ਰਿਤਸਰ ਇਹ ਮਾਝਾ ਕਹਿੰਦੇ ਆਪਾਂ ਇਹਨਾਂ ਨੂੰ ਅੰਮ੍ਰਿਤਸਰ ਧਰਨ ਦਾ ਇਹ ਪਹਿਲਾਂ ਵੀ ਟੌਪ 'ਤੇ ਹੁੰਦੇ ਸੀ ਪਹਿਲਾਂ ਵੀ ਤਕੜੇ ਹੁੰਦੇ ਸੀ ਪਰ ਸਰਕਲ ਸਟਾਈਲ 'ਚ ਤਕੜੇ ਨਹੀਂ ਸੀ ਕਿਉਂਕਿ ਚੁੱਪ ਕਬੱਡੀ ਖੇਡਦੀ ਸੀ ਅਤੇ ਜਦ ਇਹ ਸੰਤ ਇੱਥੋਂ ਵਾਲੇ ਵੱਜਦੇ ਆ ਘਰਿਆਲੇ ਵਾਲੇ ਅਤੇ ਸੰਤਾਂ ਨੇ ਮੱਖਣ ਮੱਖੀ ਗੋਪੀ ਕੈਰੋ ਹੋਣੀ ਅਤੇ ਇੱਕ ਮੁੰਡਾ ਜਾਫੀ ਸੀਗਾ ਕੀ ਨਾਂ ਉਹਦਾ ਪਰ ਇਹ ਬਾਰਡਰ 'ਤੇ ਹੈਗਾ ਅਤੇ ਇਹ ਮੇਰੇ ਕੋਲ ਛੱਡ ਕੇ ਗਏ ਆ ਅਤੇ ਇਹਨਾਂ ਨੇ ਨਾ ਇਹ ਸਰਕਲ ਸਟਾਈਲ ਵਧੀਆ ਤਰੀਕੇ ਨਾਲ ਸਿੱਖ ਲਈ ਇਲਾਕੇ 'ਚ ਜਾ ਵੜੇ ਦੁਬਾਰਾ ਹੁਣ ਸਰਕਲ ਸਟਾਈਲ 'ਤੇ ਆ ਗਏ ਅੱਜ ਅਰਸ਼ ਚੋਹਲਾ ਸਾਹਿਬ ਹੋਣੀ ਸਭ ਤੋਂ ਤਕੜੇ ਆ ਅਤੇ ਪੂਰੀ ਤਕੜੀ ਤਰਨ ਤਾਰਨ ਦੀ ਟੀਮ ਪੂਰੀ ਤਕੜੀ ਹੈ ਅਤੇ ਅੱਜ ਇਹ ਕਬੱਡੀ 'ਚ ਕਿਉਂਕਿ ਇਹ ਖੇਡਣ ਲੱਗ ਗਏ ਹੁਣ ਚੁੱਪ ਕਬੱਡੀ ਹੁਣ ਵੀ ਚੱਲਦੀ ਆ ਪਰ ਹੁਣ ਤੂੰ ਦੇਖੋ ਵੀ ਉਹ ਲੋਕ ਉੱਧਰਲੇ ਲੋਕ ਇੱਕ ਮੈਚ 'ਤੇ ਹੀ ਸਬਰ ਕਰਦੇ ਆ ਸ਼ਾਮ ਨੂੰ ਸ਼ੋਅ ਮੈਚ ਹੀ ਹੁੰਦਾ ਉਹ ਜਿੰਨਾ ਇਸੇ ਕੱਪ ਦਾ ਨਾਮ ਹੈ ਇਹਨਾਂ ਦੇ ਇੱਕ ਮੈਚ 'ਤੇ ਮਿਲ ਜਾਂਦਾ ਅੱਜ ਬਥੇਰੀ ਕਿਉਂਕਿ ਇਹ ਕਬੱਡੀ ਖੇਡਦੇ ਕਬੱਡੀ ਨੂੰ ਪਿਆਰ ਕਰਦੇ ਅੱਜ ਵੀ ਦਿਲੋਂ ਪਿਆਰ ਕਰਦੇ ਆ ਮਿਹਨਤ ਕਰਦੇ ਆ ਮਿਹਨਤ ਦੇ ਨਾਲ ਹੀ ਇੱਕ ਗੱਲ ਮੈਂ ਤੈਨੂੰ ਜ਼ਰੂਰ ਦੱਸੂਗਾ ਹੋਰ ਰਹਿ ਗਈ ਵੀ ਮੈਂ ਮੇਰੀ ਪੋਸਟਿੰਗ ਪੱਤੋ ਸੀਗੀ ਪੱਤੋ ਦਾ ਪਹਿਲਾਂ ਮੈਂ ਚਾਹੁੰਦਾ ਸੀ ਪੱਤੋ ਦੀ ਟੀਮ ਤਕੜੀ ਬਣੀ ਉਦੋਂ ਤਾਂ ਅੱਖੀ ਨਹੀਂ ਲੱਗੇ ਪੱਤੋ ਦੀ ਅਤੇ ਮੈਂ ਘੋਲੀਏ ਖੇਡਣ ਲੱਗ ਗਿਆ ਕਿਉਂਕਿ ਮੇਰੇ ਆਪਦੇ ਪਿੰਡ ਦੀ ਟੀਮ ਨਹੀਂ ਸੀ ਹੁੰਦੀ ਬਲਦੇਵ ਘੋਲੀਏ ਥਾਣੇ ਵਰਗਿਆਂ ਨੇ ਮੈਨੂੰ ਆਪਦੀ ਟੀਮ 'ਚ ਵਾਲ ਲਿਆ ਅਤੇ ਚੰਗੀ ਟੀਮ ਬਣ ਗਈ ਉਹ ਪੱਤੋ ਵਾਲੇ ਫਿਰ ਇਸ ਗੱਲ ਦੀ ਈਰਖਾ ਕਰਨ ਲੱਗ ਗਏ ਅਤੇ ਧੂਲਕੋਟ ਕਿਹੜਾ ਇੱਕ ਸਾਡਾ ਮੈਚ ਸੀ ਅਤੇ ਉਦੋਂ ਸੇਵਕ ਤਕੜਾ ਸੀਗਾ ਅਤੇ ਘੁੱਗੀ ਉਹ ਘੁੱਗੀ ਸਰਪੰਚ ਵੀ ਬਣਿਆ ਰਿਹਾ ਪੱਤੋ ਦਾ ਉਹ ਵੀ ਤਕੜਾ ਸੀ ਉਹ ਖੇਡੇ ਅਤੇ ਉਸ ਮੈਚ 'ਚ ਧੂਲਕੋਟ 'ਚ ਘੁੱਗੀ ਮੈਨੂੰ ਦੋ ਕਿ ਤਿੰਨ ਜੱਫੇ ਲਾ ਗਿਆ ਲਗਾਤਾਰ ਠੀਕ ਹੈ ਉਹ ਕੁਛ ਤਾਂ ਮੈਂ ਇਹਨਾਂ ਦੇ ਪਿੰਡ ਲੱਗਾ ਸੀ ਕੁਛ ਝੇਪ ਸੀ ਕੁਛ ਸੀ ਵੀ ਤਕੜੇ ਕੁਛ ਗੁੱਸੇ 'ਚ ਖੇਡਦੇ ਸੀ ਵੀ ਸਾਡੇ ਪਿੰਡ ਨਹੀਂ ਖੇਡਦਾ ਸਾਨੂੰ ਮਾੜੇ ਕਹਿੰਦਾ ਅਤੇ ਜਾਂ ਤਾਂ ਮੇਰੇ ਨਾਲ ਮੇਰਾ ਭਰਾ ਜਾਂਦਾ ਹੁੰਦਾ ਸੀ ਪੈਕ 'ਤੇ ਅਤੇ ਜਾਂ ਮੇਰਾ ਪਿਓ ਜਾਂਦਾ ਹੁੰਦਾ ਸੀ ਉਹ ਘਟਨਾ ਦੀ ਗੱਲ ਤਾਂ ਤੈਨੂੰ ਦੱਸਣ ਲੱਗਾ ਵੀ ਅੱਗੇ ਘਟਨਾ ਮੇਰਾ ਵੱਡਾ ਭਰਾ ਮੇਰੇ ਨਾਲ ਸੀ ਜਦੋਂ ਮੈਨੂੰ ਤਿੰਨ ਜੱਫੇ ਲੱਗ ਗਏ ਅਤੇ ਉਹ ਗਰਾਊਂਡ 'ਚ ਆ ਗਿਆ ਗੁੱਸੇ ਦਾ ਲਾਲ ਪੀਲਾ ਹੋਇਆ ਆ ਕੇ ਕਹਿੰਦਾ ਭੈਣ ਜੋਧਾ ਤਿੰਨ ਮਹੀਆਂ ਕਹਿੰਦਾ ਪੁੱਛੋ ਵੱਢ ਕੇ ਖਾ ਗਿਆ ਤੈਨੂੰ ਅਤੇ ਕਹਿੰਦਾ ਜੱਫੇ ਖਾਈ ਜਾਂਦੇ ਵੀ ਤਿੰਨ ਮਹੀਆਂ ਦਾ ਦੁੱਧ ਪਿਆਤਾ ਤੈਨੂੰ ਅਤੇ ਜੱਫੇ ਖਾਈ ਜਾਂਦਾ ਗੁੱਸੇ ਦੇ ਵਿੱਚ ਮੈਨੂੰ ਗਾਲਾਂ ਕੱਢੀਆਂ ਉਹਨੇ ਆਣ ਕੇ ਗਰਾਊਂਡ ਦੇ ਵਿੱਚ ਉਹ ਅਗਲੀ ਗੋਭੀ ਗਿਆ ਉਹ ਜਾਂ ਗੁੱਸਾ ਚੜਿਆ ਘੁੱਗੀ ਨੇ ਮੇਰੇ ਲੱਖ 'ਤੇ ਮਾਰਿਆ ਉਹ ਗੁੱਸੇ ਦੇ ਵਿੱਚ ਆਹ ਮਾਰਿਆ ਚਰਾਵਾਂ ਘੁੱਗੀ ਕਿਤੇ ਡਿੱਗ ਪਿਆ ਜੀ ਪਾਸੇ ਫਾੜ ਦੇਣੇ ਜੋ ਸਿਰ ਪਰ ਨੇ ਵੱਜਿਆ ਬੇਹੋਸ਼ ਹੋ ਗਿਆ ਚੱਲ ਮੈਂ ਤਾਂ ਨਿਕਲ ਆਇਆ ਅਤੇ ਅੱਧਾ ਪਿੰਡ ਮੇਰੇ ਭਰਾ ਦੇ ਮਗਰ ਪੈ ਗਿਆ ਕੁੱਟਣ ਕਹਿੰਦੇ ਭੈਣ ਜੋ ਤਾਂ ਸਾਂਝ ਇੰਨਾ ਜ਼ੋਰ ਆ ਅਤੇ ਆਪਦੇ ਭਰਾ ਨੂੰ ਗੁੱਸਾ ਚੜਾ ਕੇ ਬੰਦਾ ਮਰਾ ਤਾ ਉਹ ਘਟਨਾ ਮੈਨੂੰ ਅਜੇ ਯਾਦ ਆ ਮੈਂ ਕਿਹਾ ਭਰਾਵੋ ਨਾ ਆਇਆ ਕਰੋ ਅਤੇ ਉਹ ਕਹਿੰਦੇ ਜੇ ਤੈਨੂੰ ਗੁੱਸਾ ਨਾ ਚੜਾਈਏ ਤੂੰ ਖੇਡਦਾ ਨਹੀਂ ਅਤੇ ਜੇ ਗੁੱਸੇ 'ਚ ਖੇਡਦਾ ਸੀ ਤਾਂ ਅਗਲੇ ਦੇ ਸੱਟ ਵੱਜਦੀ ਸੀ ਅਤੇ ਫਿਰ ਲੋਕ ਮੈਨੂੰ ਅੜਬ ਕਹਿੰਦੇ ਸੀ ਅਤੇ ਜੇ ਆਪਦੇ ਹੱਕ ਦੀ ਖਾਤਰ ਲੜਦਾ ਸੀ ਅਤੇ ਕਹਿੰਦੇ ਮੱਖਣ ਡੀ ਵੀ ਰੌਲਾ ਪਾਉਂਦਾ ਅੱਜ ਕਿਸਾਨ ਦਿੱਲੀ ਰੌਲਾ ਪਾਉਂਦੇ ਹੱਕ ਦੀ ਖਾਤਰ ਰੌਲਾ ਪਾਉਂਦੇ ਕੀ ਕਿਸਾਨ ਰੌਲੀ ਹੈ ਹੱਕ 'ਤੇ ਲੜਨਾ ਆਪਣਾ ਜਾਇਜ਼ ਹੈ ਇਹ ਤਾਂ ਨਫ਼ਰਤ ਕਰਨ ਵਾਲੇ ਜਾਂ ਦੂਜੇ ਬੰਦੇ ਹੁੰਦੇ ਆ ਫਲਾਨਾ ਵਾਲਾ ਰੌਲੀ ਆ ਰੌਲੀ ਕਹਿਣਾ ਤਾਂ ਬਹੁਤ ਸੌਖਾ ਤੁਸੀਂ ਗਰਾਊਂਡ 'ਚ ਲੰਗੂਠਾ ਲਾ ਕੇ ਗਵੜ ਕੇ ਤਾਂ ਵੇਖੋ ਤੁਹਾਨੂੰ ਪਤਾ ਲੱਗੂਗਾ ਤਾਂ ਤੁਹਾਡਾ ਹੱਕ ਮਾਰਿਆ ਜਾਂਦਾ ਹੱਕ 'ਤੇ ਲੜਨ ਵਾਲੇ ਨੂੰ ਰੌਲੀ ਨਹੀਂ ਕਹਿ ਸਕਦੇ ਹੱਕ 'ਤੇ ਲੜਨ ਵਾਲੇ ਨੂੰ ਜੁਝਾਰੂ ਕਹਿ ਸਕਦੇ ਸੰਘਰਸ਼ ਵੀ ਕਹਿ ਸਕਦੇ ਅਤੇ ਅੱਜ ਕਬੱਡੀ ਦੇ ਵਿੱਚ ਕਬੱਡੀ ਦੀਆਂ ਪਰਾਈਆਂ ਸੰਘਰਸ਼ ਨਾਲ ਹੀ ਦੂਰ ਜਾਣੀਆਂ ਲੜਾਈ ਨਾਲ ਦੂਰ ਜਾਣੀਆਂ ਹਿੰਮਤ ਨਾਲ ਜ਼ਰੂਰ ਜੁਣੀਆਂ ਮੈਂ ਉਦੇ ਵੀ ਇਹ ਬੋਲਿਆ ਸੀਗਾ ਕਿ ਕੌਣ ਬੰਨੂਗਾ ਬਿੱਲੀ ਦੇ ਗਲ ਟੱਲੀ ਇਹ ਸਾਨੂੰ ਆਪ ਹੀ ਬੰਨਣੀ ਪੈਣੀ ਸਾਨੂੰ ਪਲੇਅਰਾਂ ਨੂੰ ਬੰਨਣੀ ਪੈਣੀ ਆਪ ਹੀ ਹਿੰਮਤ ਕਰਨੀ ਪੈਣੀ ਸਰ ਇੱਕ ਵਾਰੀ ਜਗਤਾਰ ਧਨੌਲਾ ਮੈਨੂੰ ਇੱਕ ਦਿਨ ਗੱਲ ਹੋਈ ਸੀ ਪਤਾ ਨਹੀਂ ਕਿਤੇ ਨਾਲ ਉਹਨੂੰ ਦੱਸਿਆ ਵੀ ਜਗਤਾਰ ਧਨੌਲਾ ਇੱਕ ਵਾਰੀ ਖੇਡਣ ਆਇਆ ਤਾਂ ਭਿੰਡਰ ਨਾਲ ਸੀਗਾ ਅਤੇ ਤੁਸੀਂ ਉੱਥੇ ਕਿਹਾ ਵੀ ਮਤਲਬ ਵੀ ਜਿਵੇਂ ਆਪਣਾ ਤੁਹਾਡਾ ਸਟਾਈਲ ਹੁੰਦਾ ਸੀ ਖੇਡਣ ਦਾ ਵੀ ਮਾਰ ਰਹੇ ਤੇ ਹਨਾ ਧੌਲ ਇੱਦਾਂ ਕਰਕੇ ਯਾਦ ਆ ਗਈ ਤੁਹਾਨੂੰ ਗੱਲ ਅਤੇ ਉਦੋਂ ਬਾਅਦ ਬੱਬੂ ਪੜਾਣੇ ਦਾ ਜ਼ਿਕਰ ਚੱਲਿਆ ਵੀ ਤੁਹਾਨੂੰ ਜਿਵੇਂ ਤੂੰ ਪਛਾਣ ਕਰਾਈ ਸੀ ਜਗਤਾਰ ਆਪਦੀ ਉਵੇਂ ਬੱਬੂ ਪੜਾਣਾ ਅੱਜ ਕਰਾਊਗਾ ਹੈ ਨਾ ਉਹ ਕਿਵੇਂ ਸੀ ਗੱਲ ਦੱਸਿਆ ਜੀ ਉਹ ਗੱਲ ਆਏ ਸੀ ਵੀ ਮੇਰੀ ਕਬੱਡੀ ਛੱਡੀ ਵੀ ਸੀਗੀ ਇਕੱਲੀ ਸੀ ਚੱਲਦਾ ਟੂਰਨਾਮੈਂਟ ਅੱਛਾ ਜੀ ਬਿਜਲੀ ਬੋਰਡ ਦਾ ਅਤੇ ਇੱਧਰ ਚੈਨੇ ਹੋਣਾ ਦੀ ਟੀਮ ਬਣਾਈ ਵੀ ਸੀ ਹਰਜੀਤ ਬਰਾੜ ਵਰਗਿਆਂ ਦੀ ਅਤੇ ਹੁਣ ਹਰਜੀਤ ਬਰਾੜ ਹੋਣਾ ਨਾਲ ਹਰਜੀਤ ਨਾਲ ਮੈਂ ਖੇਡਿਆ ਇੱਕ ਦੋ ਮੈਚ ਪਰ ਮੇਰੀ ਟੀਮ ਛੱਡੀ ਜੀ ਸੀ ਅਤੇ ਇਹ ਇਕੱਲੀ ਮੈਚ 'ਚ ਹਰੀ ਜਾਂਦੀ ਸੀ ਉਹ ਜਗਤਾਰ ਜਵਾਗੜਾ ਜਿਹਾ ਸੀ ਅਤੇ ਇੱਧਰ ਬਿੱਲਾ ਭਿੰਡਰ ਦੂਜਾ ਸਾਰਾ ਇਹ ਜਦੋਂ ਜਾਣ ਇਹਨਾਂ ਨੂੰ ਫੜ ਲੈਣ ਜਦੋਂ ਜਾਣ ਫੜ ਲੈਣ ਅਤੇ ਮੈਨੂੰ ਗੁੱਸਾ ਆ ਗਿਆ ਬਾਹਰ ਖੜ੍ਹੇ ਨੇ ਲੰਗੋਟਾ ਲਾ ਕੇ ਹਾਫ ਟਾਈਮ 'ਚ ਹਾਫ ਟਾਈਮ ਤੋਂ ਪਹਿਲਾਂ ਮੈਂ ਵੀ ਵੜ ਗਿਆ ਗਰਾਊਂਡ 'ਚ ਅਤੇ ਮੇਰੇ ਪਿੰਡ ਦੇ ਨਿੰਮੀ ਵਰਗੇ ਸੀਗੇ ਚਾਰੇ ਪੰਜੇ ਉਹ ਮੈਨੂੰ ਕਹਿੰਦੇ ਯਾਰ ਭੈਣ 'ਚ ਮੈਂ ਕਿਹਾ ਨਹੀਂ ਯਾਰ ਪੰਜ ਚਾਰ ਗੋਡੀਆਂ ਦਾ ਪਾਊਂਗਾ ਤਕੜਾ ਹੋ ਗੁੱਸੇ 'ਚ ਛੱਡੀ ਛੜਾਈ ਗੋਡੀ 'ਚੋਂ ਮੈਂ ਵੜ ਗਿਆ ਅਤੇ ਮੈਂ ਜੀ
ਚੰਗੀਆਂ ਵਧੀਆ ਕੌਡੀਆਂ ਪਾਈਆਂ ਜੋ ਵਧੀਆ ਕੌਡੀਆਂ ਪਾਈਆਂ ਕੌਡੀ ਜੀ ਚੱਲ ਪਈ ਤੇ ਬੜਾ ਜੋਗ ਜੇ ਜਾ ਕੇ ਤੇ ਜਗਤਾਰ ਗੇੜੇ ਨੇ ਹਰੇਕ ਦੀ ਖੁੱਚ ਚ ਵੜ ਜੇ ਗੇੜੇ ਨੇ ਹਰੇਕ ਦੀ ਖੁੱਚ ਚ ਵੜ ਜੇ ਤੇ ਮੈਂ ਬਿੱਲੇ ਹੁਣਾਂ ਨੂੰ ਗਾਲਾਂ ਕੱਢਣ ਲੱਗਾ ਭੈਣ ਦੇ ਨੂੰ ਮਾਰੋ ਚਲਾ ਕੇ ਜਵਾਕ ਜਿਹਾ ਫੜੀ ਜਾਂਦਾ ਤੇ ਹੁਣ ਜਗਤਾਰ ਫਿਰ ਜਗਤਾਰ ਹੀ ਸੀ ਠੀਕ ਆ ਤੇ ਇਹ ਇਹਨੇ ਗੁੱਸਾ ਨਹੀਂ ਕੀਤਾ ਤੇ ਮੈਂ ਪੰਜ ਛੇ ਵਾਰ ਜਦੋਂ ਭੱਜਿਆ ਤੇ ਛੇਵੀਂ ਸੱਤਵੀਂ ਵਾਰ ਜੀ ਇਹ ਮੇਰੀ ਖੁੱਚ ਨੂੰ ਵੜ ਗਿਆ ਨੇ ਮੈਨੂੰ ਵੀ ਫੜ ਲਿਆ ਤੇ ਮੈਂ ਥੱਪ ਵੀ ਦੇ ਕੇ ਆਇਆ ਕਹਿੰਦਾ ਕੋਚ ਸਾਹਿਬ ਕਹਿੰਦਾ ਮੰਨ ਗਿਆ ਤੁਹਾਨੂੰ ਕਹਿੰਦਾ ਕਹਿੰਦਾ ਅਸੀਂ ਤਾਂ ਕਹਿੰਦਾ ਜਵਾਨੀ 'ਚ ਪਰ ਕਹਿੰਦਾ ਤੁਹਾਡੇ ਗੁੱਸੇ ਨੂੰ ਮੰਨ ਗਿਆ ਵਾਕਈ ਗੁੱਸੇ ਨਾਲ ਖੇਡਣਾ ਬਣਦਾ ਕਹਿੰਦਾ ਐਵੇਂ ਕਹਿੰਦਾ ਸਾਡੇ ਡਰੀ ਜਾਂਦੇ ਰਹਿੰਦੇ ਆ ਜਗਤਾਰ ਨੇ ਵੀ ਉਦੋਂ ਮੇਰੀ ਗੱਲ ਦੀ ਪ੍ਰਸ਼ੰਸਾ ਕੀਤੀ ਭਲਾ ਮੈਨੂੰ ਜੱਫਾ ਲਾ ਗਿਆ ਸੀਗਾ ਪਰ ਤਾਂ ਮੈਂ ਕਹਿੰਦਾ ਵੀ ਗੁੱਸੇ ਬਣਾ ਤਾਂ ਕਬੱਡੀ ਖੇਡ ਹੀ ਨਹੀਂ ਹੁੰਦੀ ਜਗਤਾਰ ਨੂੰ ਹੱਸਦਾ ਸੀਗਾ ਮੈਂ ਕਿਹਾ ਬੱਬੂ ਜਗਤਾਰ ਜਿਵੇਂ ਤੇਰੀ ਉੱਥੇ ਟਰੋਲੀ ਮੈਂ ਪਛਾਣ ਕਰਾਈ ਸੀ ਅੱਜ ਦੱਸੂਗਾ ਬੱਬੂ ਪੜਾਣਾ ਵੀ ਮੈਂ ਵੀ ਮੱਖਣ ਟੀਵੀ ਦਾ ਚੀਲਾ ਠੀਕ ਹੈ ਤੇ ਬੱਬੂ ਨੇ ਇੱਜ਼ਤ ਰੱਖੀ ਆ ਵਿਜੇ ਭਿੰਡਰ ਨੇ ਰੱਖੀ ਆ ਮੋਠਾ ਰੱਖਿਆ ਸੀਰਾ ਤਕੜਾ ਸੀ ਜਸ ਤਕੜਾ ਸੀ ਬਥੇਰੇ ਤਕੜੇ ਖਿਡਾਰੀ ਸੀ ਗੋਰਾ ਗੋਲੇ ਵਾਲੀਆ ਤਕੜਾ ਸੀਗਾ ਗੁਰਜੀਤ ਤਕੜਾ ਸੀ ਬਥੇਰਾ ਇਹਨਾਂ ਨੇ ਤੁਹਾਡੀ ਨਜ਼ਰ ਦੇ ਵਿੱਚ ਜਿਹੜੀ ਹੁਣ ਤੁਸੀਂ ਜਿਹੜੇ ਚੇਲੇ ਪੈਦਾ ਕੀਤੇ ਨੇ ਨਾ ਤੁਹਾਡੇ ਸਾਰੇ ਚੇਲੇ ਅੱਛੇ ਨੇ ਹੈ ਨਾ ਪਰ ਸਭ ਤੋਂ ਸਿਖਰ ਕਿਹਨੇ ਕੀਤਾ ਕਬੱਡੀ ਦੇ ਵਿੱਚ ਰੇਡਰਾਂ ਦੇ ਵਿੱਚ ਸਾਰੇ ਹੀ ਤਕੜੇ ਨੇ ਬਈ ਰੇਡਰਾਂ ਦੇ ਵਿੱਚ ਸਿਖਰ ਤਾਂ ਜਿੱਦਾਂ ਗੁਰਜੀਤ ਨੇ ਕੀਤਾ ਕੀਤਾ ਹੀ ਕੀਤਾ ਨੀਨੇ ਡਰੋਲੀ ਨੇ ਕੀਤਾ ਬੀਤੇ ਨੇ ਕੀਤਾ ਬੀਤੇ ਦੀ ਬਾਬਤ ਤਾਂ ਮੈਂ ਲਲਕਾਰ ਕੇ ਕਹਿੰਦਾ ਹੁੰਦਾ ਜਿੱਥੇ ਮਰਜ਼ੀ ਟੈਸਟ ਲੈ ਲਓ ਡੋਪਲੈਸ ਆ ਉਹ ਬੰਦਾ ਨਸ਼ੇ ਦੇ ਨੇੜੇ ਨਹੀਂ ਸੀ ਜਾਂਦਾ ਨੀਨਾ ਵੀ ਬਹੁਤ ਸਿਆਣਾ ਸੀਗਾ ਨੀਨੇ ਨੇ ਵੀ ਕੀਤਾ ਨੀਨੇ ਨੇ ਵਰਲਡ ਕੱਪ ਦੇ ਵਿੱਚ ਵੀ ਤਕੜਾ ਖੇਡਿਆ ਠੀਕ ਹੈ ਤਕਰੀਬਨ ਆਪਦੇ ਟਾਈਮ 'ਤੇ ਸਾਰੇ ਹੀ ਤਕੜੇ ਖੇਡਿਆ ਮੋਠਾ ਤਕੜਾ ਖੇਡਿਆ ਮੋਠੇ ਦਾ ਪਤਾ ਹੀ ਨਹੀਂ ਸੀ ਲੱਗਦਾ ਮੋਠੇ ਨੂੰ ਮੋਠਾ ਫਾੜ ਹੀ ਨਹੀਂ ਸੀ ਹੁੰਦਾ ਲੋਕਾਂ ਨੇ ਕਹਿਣਾ ਵੈਸੇ ਨਹੀਂ ਲਾਈਆ ਇਹ ਸੁੱਕਾ ਹੁੰਦਾ ਸੀ ਪਰ ਇਹਨੂੰ ਇੰਨਾ ਮੁੜਕਾ ਹੀ ਨਾ ਆ ਜਾਂਦਾ ਸੀ ਇਹਨੂੰ ਵਾਰ ਵਾਰ ਪੁੱਛ ਕੇ ਮੁੜ ਕੇ ਮੂਹਰੇ ਮੂਹਰੇ ਹੁੰਦੇ ਸੀ ਸਾਫ਼ ਘੋੜੀ ਖੇਡਦੀ ਸੀ ਸਾਫ਼ ਘੋੜੀ ਹਾਂ ਤੇ ਬਾਕੀ ਨੀਲਾ ਤਕੜਾ ਸੀ ਐਟਮ ਬੰਬ ਕਹਿੰਦੇ ਉਹ ਵੀ ਗਲਤ ਪੈ ਗਏ ਹਨਾ ਸੰਗਤ ਜੋ ਵੀ ਬਸ ਸੰਗਤ ਦਾ ਵੀ ਹੁਣ ਹਰ ਵਕਤ ਤਾਂ ਪਹਿਰਾ ਦੇ ਨਹੀਂ ਸਕਦੇ ਆਪਾਂ ਸੀਰਾ ਤਕੜਾ ਸੀ ਸੀਰਾ ਤਕੜਾ ਸੀ ਉਹ ਗਲਤ ਇਹ ਵੀ ਆਪਾਂ ਮਤ ਦੇ ਸਕਦੇ ਵੇਖੋ ਮੇਰੇ ਸਾਹਮਣੇ ਤਾਂ ਕਦੇ ਦਾਰੂ ਵੀ ਨਹੀਂ ਸੀ ਪੀਂਦੇ ਗੋਰਾ ਜੀ ਆਉਂਦਾ ਪੁੱਛ ਲਓ ਜੀ ਉਹਨਾਂ 'ਚ ਹਿੰਮਤ ਸੀ ਤਾਂ ਕਦੇ ਦਾਰੂ ਪੀਣ ਦੀ ਮੈਂ ਤਾਂ ਕਦੇ ਦਾਰੂ ਵੀ ਨਹੀਂ ਸੀ ਪੀਣ ਦਿੱਤੀ ਰਾਜ ਕਿਤੇ ਇਹਨਾਂ ਨੂੰ ਬਹਿ ਕੇ ਰੋਟੀ ਵੀ ਨਹੀਂ ਸੀ ਖਾਣ ਦਿੰਦਾ ਇਹਨਾਂ 'ਚ ਹਿੰਮਤ ਨਹੀਂ ਸੀ ਹੁੰਦੀ ਜੇ ਕਦੇ ਕੋਈ ਕਰਦੇ ਹੋਣਗੇ ਤਾਂ ਮੇਰੇ 'ਤੇ ਚੋਰੀ ਕਰਦੇ ਹੋਣਗੇ ਜਿਉਂਦੇ ਬੈਠੇ ਆ ਮੇਰੇ ਕਈ ਪਲੇਅਰ ਲਾਈ ਜਾਂਦੇ ਆ ਦੋਸ਼ ਲੱਗਾ ਮੇਰੇ 'ਤੇ ਵੀ ਦੋਸ਼ ਹਨ ਪਰ ਕੋਈ ਇੱਕ ਪਲੇਅਰ ਅੱਜ ਤੱਕ ਕਹਿ ਦੇਵੇ ਕਿ ਕਦੇ ਮੱਖਣ ਡੀਪੀ ਨੇ ਕਦੇ ਕਦੇ ਮੈਡੀਕਲ ਸ਼ਾਪ 'ਤੇ ਖੜ੍ਹ ਕੇ ਕੋਈ ਦਵਾਈ ਸਿਰ ਦੁਖਦੇ ਦੀ ਗੋਲੀ ਵੀ ਖਰੀਦ ਕੇ ਦਿੱਤੀ ਹੋਵੇ ਅੱਜ ਤੱਕ ਮੈਂ ਨਹੀਂ ਕੋਈ ਇਹੋ ਜਿਹਾ ਕੰਮ ਕਰਕੇ ਦਿੱਤਾ ਨਾ ਗਿਆ ਮੈਂ ਤਾਂ ਚੋਰੀ ਕੀ ਕਰਦੇ ਆ ਮੈਂ ਨਹੀਂ ਕਹਿ ਸਕਦਾ ਜੇ ਤੂੰ ਚੋਰੀ ਕਰਦਾ ਤਾਂ ਉਹ ਮੈਂ ਇੰਨਾ ਕਹਿ ਸਕਦਾ ਮੇਰੇ ਨੌਲੇਜ ਜਦੋਂ ਨੌਲੇਜ 'ਚ ਲੜੇ ਆ ਗਾਲਾਂ ਹੀ ਕੱਢ ਸਕਦੇ ਹਾਂ ਅਤੇ ਉਹ ਪਲੇਅਰ ਕਹਿੰਦੇ ਯਾਰ ਅਸੀਂ ਤੁਸੀਂ ਗਾਲਾਂ ਕੱਢਦੇ ਸੀ ਤੁਹਾਡੇ ਤਾਂ ਵੀ ਖੇਡਦੇ ਲੋਕ ਸਾਨੂੰ ਪੈਸੇ ਦਿੰਦੇ ਆ ਵੀ ਅਸੀਂ ਪੈਸਿਆਂ ਲਿਜਾਵਾਂਗੇ ਗਾਲਾਂ ਲਿਜਾਵਾਂਗੇ ਫਿਰ ਹੌਲੀ ਹੌਲੀ ਆਪਦੇ ਸੁਭਾਅ ਨੂੰ ਬਦਲਣਾ ਪਿਆ ਕਈ ਵਾਰ ਸਾਡੀਆਂ ਵੀ ਮਜ਼ਬੂਰੀਆਂ ਬਣ ਜਾਂਦੀਆਂ ਵੀ ਪਲੇਅਰ ਘੜੋੜੇ ਵੀ ਹੈ ਪਲੇਅਰਾਂ ਦੇ ਮਗਰ ਲੱਗਣਾ ਪੈ ਜਾਂਦਾ ਪਿੱਛੇ ਲੱਗਣਾ ਪੈਂਦਾ ਪਰ ਜੇ ਪਲੇਅਰਾਂ ਦੇ ਮਗਰ ਲੱਗੇ ਹਾਂ ਤਾਂ ਹੌਲੀ ਹੌਲੀ ਪਿੱਛੇ ਵੀ ਹਟੇ ਹੈ ਵੀ ਇਹ ਜਿਹੜੀ ਬੁਰਾਈ ਵੱਧਦੀ ਜਾਂਦੀ ਆ ਅਤੇ ਨਹੀਂ ਸੂਤ ਆਉਂਦੀ ਟੈਸਟ ਕਰਕੇ ਕੱਢੇ ਵੀ ਆ ਅਤੇ ਪਛਾਣ ਵੀ ਆਏ ਪਰ ਜੋ ਨਾਮ ਮੱਖਣ ਸਿੱਧੂ ਵਰਗੇ ਖਿਡਾਰੀਆਂ ਨੇ ਕੀਤਾ ਨਾ ਕਿਉਂਕਿ ਮੱਖਣ ਸਿੱਧੂ ਹੋਇਆ ਜੀਤਾ ਸਿੱਧੂ ਹੋਇਆ ਬਲਜੀਤ ਹੋਇਆ ਬੜੇ ਸਾਊ ਖਿਡਾਰੀ ਸੀਗੀ ਏਕਮ ਸੀਗਾ ਬਬਰੀ ਚੜਕ ਸੀਗਾ ਡਾਲੇ ਵਾਲਾ ਮਨਪ੍ਰੀਤ ਸੀਗਾ ਬੜੇ ਤਕੜੇ ਖਿਡਾਰੀ ਸੀ ਬੜੇ ਸੋਹਣੇ ਜੱਫੇ ਲਾਏ ਆ ਬਾਜਾ ਸੀਗਾ ਮੱਲਣ ਵਾਲਾ ਬੜਾ ਤਕੜਾ ਬੜੇ ਤਕੜੇ ਪਲੇਅਰ ਪੈਦਾ ਹੋਏ ਆ ਸਾਰਿਆਂ ਨੇ ਟਾਈਮ ਟੂ ਟਾਈਮ ਹਰੇਕ ਬੰਦੇ ਨੇ ਆਪਦਾ ਯੋਗਦਾਨ ਪਾਇਆ ਹੁਣ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਕਈ ਵਾਰ ਮੌਕੇ ਦੇ ਨਾਂ ਨਾਲ ਯਾਦ ਵੀ ਨਹੀਂ ਆਉਂਦੇ ਗਏ ਕਿਉਂਕਿ ਆਪਾਂ ਕਿਹੜਾ ਕੋਈ ਤੁਸੀਂ ਤਾਂ ਸੱਤੇ ਪੈਣ ਲਾ ਕੇ ਮੈਨੂੰ ਉਠਾ ਲਿਆ ਚਾਹ ਵੀ ਨਹੀਂ ਪੀਣ ਦਿੱਤੀ ਜਾਂਦੀ ਮਾਰਦੇ ਨਾ ਛਾਪਾ ਵੀ ਤੇਰਾ ਡੋਪ ਟੈਸਟ ਕਰਨਾ ਹੈ ਅਤੇ ਉਹ ਮੈਂ ਆ ਕੇ ਨੱਪ ਲਿਆ ਕੋਈ ਸਾਹਿਬ ਤੁਹਾਡੀ ਇੰਟਰਵਿਊ ਲੈਣੀ ਹੈ ਕੋਈ ਅਤਾ ਪਤਾ ਹੋਵੇ ਪਹਿਲਾਂ ਹੋਵੇ ਸਰ ਇੱਕ ਗੱਲ ਮੇਰੇ ਹੋਰ ਦਿਮਾਗ 'ਚ ਆਈ ਵੀ ਇੱਕ ਵਾਰੀ ਗੋਰਾ ਗੋਲੇਰਾ ਕਿਸੇ ਚੀਜ਼ 'ਚ ਫਸ ਗਿਆ ਸੀਗਾ ਕੋਈ ਚੱਕਰ 'ਚ ਇੱਕ ਕਤਲ 'ਚ ਕਿਸੇ ਪਤਾ ਨਹੀਂ ਕਿਸ ਤਰ੍ਹਾਂ ਦਾ ਸੀ ਅਤੇ ਫਿਰ ਤੁਹਾਡੇ ਕੋਲ ਰਜਿਸਟਰ ਹੁੰਦੇ ਸੀਗੇ ਜਿਹੜੇ ਤੁਸੀਂ ਉੱਥੇ ਕਚਹਿਰੀ 'ਚ ਪੇਸ਼ ਕੀਤੇ ਸੀਗੇ ਉਹ ਗੋਰੇ ਗੋਲੇ ਵਾਲੀ ਦੇ ਉੱਤੇ ਕੋਈ ਇਹਦੇ ਮੋਠੇ ਹੋਣਾ ਦਾ ਕੋਈ ਪਿੰਡੋਂ ਕੋਈ ਕੁੜੀ ਕਾੜੀ ਭੱਜ ਗਈ ਸੀਗੀ ਅਤੇ ਉਹਦੇ 'ਤੇ ਦੋਸ਼ ਲੱਗ ਗਿਆ ਸੀਗਾ ਵੀ ਉਹਦੇ 'ਚ ਇਹਨਾਂ ਦਾ ਕੋਈ ਹਿੱਸਾ ਹੈ ਅਤੇ ਮੇਰਾ ਤਕਰੀਬਨ ਜਦੋਂ ਮੈਂ ਪ੍ਰੈਕਟਿਸ ਕਰਾਉਂਦਾ ਤਾਂ ਮੈਂ ਇਹਨਾਂ ਦੀ ਹਾਜ਼ਰੀ ਲਾਉਂਦਾ ਹੁੰਦਾ ਸੀ ਸਵੇਰੇ ਸ਼ਾਮ ਦੀ ਹਾਜ਼ਰੀ ਲਾਉਣੀ ਸਵੇਰ ਦੀ ਲਾਉਣੀ ਸ਼ਾਮ ਦੀ ਲਾਉਣੀ ਇਹਨਾਂ ਦੀ ਰੋਟੀ ਖੋਣੀ ਰੋਟੀ ਦੀ ਹਾਜ਼ਰੀ ਲਾਉਣੀ ਉਹਦੇ ਬਿੱਲ ਵੀ ਹੋਣੇ ਪਹਿਲੀਆਂ ਟਾਈਮਾਂ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ ਅਤੇ ਉਦੋਂ ਗ੍ਰਾਂਟ ਆਈ ਸੀਗੀ ਇਹ ਇੰਟਰਨੈਸ਼ਨਲ ਕਬੱਡੀ ਕਲੱਬ ਹੁੰਦਾ ਸੀਗਾ ਮੱਖਣ ਬਰਾੜ ਜਥੇਦਾਰ ਤੋਤਾ ਸਿੰਘ ਦਾ ਲੜਕਾ ਅਤੇ 5 ਲੱਖ ਦੀ ਗ੍ਰਾਂਟ ਸਾਨੂੰ ਪ੍ਰਕਾਸ਼ ਸਿੰਘ ਬਾਦਲ ਦੇ ਕੇ ਗਿਆ ਸੀਗਾ ਅਤੇ ਉਹ ਪੈਸੇ ਕਲੱਬ ਦੇ ਨਾਂ 'ਤੇ ਮੱਖਣ ਬਰਾੜ ਪ੍ਰਧਾਨ ਸੀਗਾ ਖਜ਼ਾਨਚੀ ਸੀਗਾ ਸਾਡਾ ਡੈਰੀ ਤੋਂ ਭਾਨਾ ਉਹੀ ਕਢਾਉਂਦੇ ਸਾਨੂੰ 1 ਲੱਖ ਰੁਪਈਆ ਇਹਨਾਂ ਨੇ ਕਢਾ ਕੇ ਦਿੱਤਾ ਸੀ ਬਾਕੀ
ਉਹ ਪੈਸੇ ਬੈਂਕ 'ਚ ਪਏ ਸੀਗੇ ਉਹ ਵਰਤੋਂ ਸਰਟੀਫਿਕੇਟ ਨਹੀਂ ਸੀ ਦਿੱਤਾ ਇਸ ਕਰਕੇ ਰਿਕਵਰੀ ਹੋ ਗਈ ਸੀਗੀ ਜਿਵੇਂ ਕੈਪਟਨ ਨੇ ਉਦੋਂ ਸਾਰੇ ਕਾਲੀਆਂ ਨੂੰ ਭਾਜੜਾਂ ਪਾਈਆਂ ਸੀ ਉਦੋਂ ਫਿਰ ਮਾਲਤੀ ਥਾਪੜ ਹੁੰਦੀ ਸੀਗੀ ਅਤੇ ਕਿਸੇ ਨੇ ਨਾਂ ਲੈਤਾ ਸੀ ਜੀ ਹਿਸਾਬ ਕਿਤਾਬ ਉਹਦੇ ਕੋਲ ਆ ਅਤੇ ਉਹ ਹਿਸਾਬ ਕਿਤਾਬ ਵਿਖਾ ਕੇ ਮੈਂ ਕਿਹਾ ਵੀ ਸਾਡੇ ਕੋਲ ਤਾਂ ਲੱਖ ਰੁਪਈਆ ਆਇਆ ਆਹ ਲੱਖ ਰੁਪਈਏ ਦਾ ਹਿਸਾਬ ਹੈ ਅਤੇ ਬਾਕੀ ਪੈਸੇ ਵਰਤੋਂ ਪਏ ਆ ਅਤੇ ਪ੍ਰਧਾਨ ਹੋਣਾ ਨੇ ਵਰਤੋਂ ਸਰਟੀਫਿਕੇਟ ਦੇਣਾ ਅਤੇ ਉਹ ਜਦੋਂ ਉਹਨਾਂ ਨੇ ਬਾਅਦ 'ਚ ਰਿਕਵਰੀ ਕੀਤੀ ਅਤੇ ਉਹ ਬਾਕੀ ਪੈਸੇ ਬੈਂਕ 'ਚ ਪਏ ਸੀ ਕੋਈ ਰੌਲਾ ਰਹੀ ਸੀ ਕੋਈ ਉਹ 'ਚ ਘਪਲਾ ਨਹੀਂ ਸੀ ਅਤੇ ਜਿੱਥੋਂ ਤੱਕ ਰਹੇਗੀ ਸੀ ਗੋਰੇ ਦੀ ਗੱਲ ਅਤੇ ਉਹ ਫਿਰ ਮੈਂ ਉਹ ਰਜਿਸਟਰ ਪੇਸ਼ ਕੀਤਾ ਕੋਰਟ ਦੇ ਵਿੱਚ ਜੱਜ ਦੇ ਮੈਂ ਪੇਸ਼ ਹੋਇਆ ਵੀ ਜਿਸ ਦਿਨ ਦੀ ਇਹ ਘਟਨਾ ਉਸ ਦਿਨ ਦਾ ਹੀ ਮੇਰੇ ਕੋਲ ਗਰਾਊਂਡ 'ਤੇ ਆ ਹਾਜ਼ਰੀ ਲੱਗੀ ਅਤੇ ਗੋਰੇ ਹੋਣਾ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਮੈਨੂੰ ਕਹਿੰਦੀ ਬੜਾ ਸੋਹਣਾ ਰਿਕਾਰਡ ਰੱਖਿਆ ਮੈਂ ਕਿਹਾ ਵੀ ਇਹ ਤਾਂ ਸ਼ੌਕੀਆ ਤੌਰ 'ਤੇ ਰੱਖਿਆ ਆਪਦੀ ਪਲੇਅਰ ਅਕੈਡਮੀ ਚਲਾਉਣ ਵਾਸਤੇ ਕਿਉਂਕਿ ਡਿਸਿਪਲਿਨ ਤਾਂ ਬਣਾਉਣਾ ਪੈਂਦਾ ਹੁਣ ਅੱਜ ਕੱਲ੍ਹ ਕਿਹੜਾ ਕੋਚ ਆ ਕੈਂਪ ਲਾਉਂਦਾ ਕੋਈ ਕੋਚ ਕੈਂਪ ਨਹੀਂ ਲਾਉਂਦਾ ਅਤੇ ਕਿਹੜਾ ਹਾਜ਼ਰੀ ਲਾਉਂਦਾ ਕਿਹਦੇ ਰਜਿਸਟਰ ਲਾਏ ਅਸੀਂ ਹਾਜ਼ਰੀ ਵੀ ਲਾਉਂਦੇ ਸੀ ਰਜਿਸਟਰ ਵੀ ਲਾਉਂਦੇ ਸੀ ਅਤੇ ਇਕੱਲਾ ਇਕੱਲਾ ਟੂਰਨਾਮੈਂਟ ਦਾ ਰਿਕਾਰਡ ਵੀ ਰੱਖਿਆ ਸੀ ਕਿਹੜੇ ਟੂਰਨਾਮੈਂਟ ਤੋਂ ਕਿੰਨੇ ਪੈਸੇ ਮਿਲੇ ਕਿਹੜੇ ਕਿਹੜੇ ਪਲੇਅਰ ਖੇਡੇ ਕਿਹੜੇ ਕਿਹੜੇ ਕਿੰਨੇ ਕਿੰਨੇ ਖੇਡੇ ਕਿਹੜੇ ਕਿਹੜੇ ਪਲੇਅਰ ਨੂੰ ਕਿੰਨੇ ਦਿੱਤੇ ਗੱਡੀ ਵਾਲੇ ਨੂੰ ਕਿਰਾਇਆ ਕਿੰਨਾ ਦਿੱਤਾ ਰਾਹ 'ਚ ਮੱਛੀ ਕਿੰਨੇ ਦੀ ਖਾਧੀ ਜੂਸ ਕਿੰਨੇ ਦਾ ਪੀਤਾ ਮੁੰਡਿਆਂ ਨੇ ਮੈਡੀਸਨ ਦੇ ਕਿੰਨੇ ਪੈਸੇ ਲਏ ਸਾਰਾ ਰਿਕਾਰਡ ਹੁੰਦਾ ਸੀ ਮੈਡੀਸਨ ਮੈਂ ਕਦੇ ਨਹੀਂ ਸੀ ਖਰੀਦਦਾ ਪਰ ਮੁੰਡੇ ਆਪਦੀਆਂ ਪੱਟੀਆਂ ਪੁੱਟੀਆਂ ਖਰੀਦਦੇ ਸੀਗੇ ਅਤੇ ਉਹਦੇ 'ਚ 1000-1200 ਦਾ ਇਹਨਾਂ ਦਾ ਖਰਚਾ ਹੁੰਦਾ ਹੁੰਦਾ ਸੀ ਹਾਂ ਜਦੋਂ ਉਹ ਖਰਚਾ 1000-1200 ਚੋਂ 2000-2500 ਦੇ ਜਾਣ ਲੱਗ ਗਿਆ ਉਦੋਂ ਸ਼ੱਕ ਜ਼ਰੂਰ ਹੋ ਗਈ ਉਦੋਂ ਵਹਿਮ ਪੈ ਗਿਆ ਮੈਂ ਕਿਹਾ ਵੀ ਇਹ ਤੁਹਾਡੀਆਂ ਗੱਲਾਂ ਗਲਤ ਕਿਉਂਕਿ 1000-1500 ਦੀਆਂ ਪੱਟੀਆਂ ਆ ਜਾਂਦੀਆਂ ਸੀਗੀਆਂ ਹੌਲੀ ਹੌਲੀ ਜੋ ਖਰਚੇ ਵਧਣ ਲੱਗ ਗਏ ਅਤੇ ਜੇ ਕਹਿੰਦੇ ਮੈਂ ਇਹ ਵੀ ਕਹਿੰਦਾ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਮੈਨੂੰ ਨਹੀਂ ਪਤਾ ਪਰ ਬਾਅਦ 'ਚ ਸਾਨੂੰ ਪਤਾ ਲੱਗਣ ਲੱਗ ਗਿਆ ਪਰ ਉਹ ਸਾਡੇ ਵੱਸੋਂ ਬਾਹਰ ਹੋ ਚੱਲੀ ਸੀ ਗੱਲ ਅਸੀਂ ਬਥੇਰਾ ਲੜਦੇ ਸੀਗੇ ਪਲੇਅਰਾਂ ਉਹ ਕਰਦੇ ਸਾਲਿਓ ਸਾਰਾ ਖਰਚ ਦਾ ਕਰ ਦਿਓਗੇ ਪਰ ਉਹ ਇਨਾਮ ਪਲੇਅਰਾਂ ਦਾ ਹੁੰਦਾ ਸੀ ਅਤੇ ਜੇ ਅਸੀਂ ਪਲੇਅਰਾਂ ਨੂੰ ਨਹੀਂ ਦਿੰਦੇ ਪਲੇਅਰ ਸਾਡੇ ਕੋਲ ਖੇਡਦੇ ਨਹੀਂ ਸੀ ਅਤੇ ਪਲੇਅਰਾਂ ਦੇ ਪੈਸੇ ਪਲੇਅਰਾਂ ਨੂੰ ਦੇਣੇ ਕੋਚ ਦਾ ਹੱਕ ਸੀ ਮੈਂ ਰੋਜ਼ ਦੇ ਰੋਜ਼ ਇਹਨਾਂ ਦਾ ਨਾਮ ਰੋਜ਼ ਜੋ ਮਿਲਦਾ ਸੀ ਇਹਨਾਂ ਨੂੰ ਵੱਢ ਕੇ ਘਰੇ ਵੜਦਾ ਸੀ ਮੈਂ ਕਿਸੇ ਪਲੇਅਰ ਦੇ ਪੈਸੇ ਲੈ ਕੇ ਘਰੇ ਨਹੀਂ ਸੀ ਵੜਦਾ ਦੂਜੇ ਪਲੇਅਰ ਨੂੰ ਫੜਾ ਦੇਈ ਫਲਾਨੇ ਨੂੰ ਦੇ ਦੀ ਘਰੇ ਆ ਕੇ ਕਾਪੀ 'ਤੇ ਲਿਖ ਲਈ ਲਈ ਫਲਾਨੇ ਪਲੇਅਰ ਦੇ ਪੈਸੇ ਫਲਾਨੇ ਜੇ ਕਿ ਪਲੇਅਰ ਦੇ ਕਹਿਣਾ ਸਰ ਜੀ ਮੇਰੇ ਪੈਸੇ ਨਹੀਂ ਮਿਲੇ ਮੈਂ ਕਹਿੰਦਾ ਕਾਪੀ ਵੇਖ ਕੇ ਦੱਸੂ ਤੇਰੇ ਪੈਸੇ ਕਿੱਥੇ ਆ ਅੱਛਾ ਕਿਉਂਕਿ ਕਈ ਵਾਰ ਪਲੇਅਰ ਦੂਜੇ ਨੇ ਘੋਲ ਕਰ ਜਾਣੀ ਜਾਂ ਅਗਲੇ ਮੈਚ 'ਤੇ ਉਹ ਪਲੇਅਰ ਨਾ ਹੋਣਾ ਫਿਰ ਕਾਪੀ ਵੇਖ ਕੇ ਦੱਸਣਾ ਵੀ ਫਲਾਨੇ ਪਲੇਅਰ ਕੋਲ ਬਈ ਤੇਰੇ ਪੈਸੇ ਇਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਲਾ ਲੈਣਾ ਮੇਰਾ ਲਿਖਿਆ ਹੋਇਆ ਹੁੰਦਾ ਸੀ ਇਕੱਲੇ ਇਕੱਲੇ ਪਲੇਅਰ ਦਾ ਹਿਸਾਬ ਰੱਖਦੀ ਸੀ ਬੜਾ ਰਿਕਾਰਡ ਰੱਖਦੀ ਸਾਨੂੰ ਕੋਈ ਬੰਦਿਸ਼ ਨਹੀਂ ਸੀ ਕੋਈ ਆਡਿਟ ਨਹੀਂ ਸੀ ਉਹਨਾਂ ਦਾ ਇੱਕ ਸ਼ੌਕ ਹੀ ਸੀ ਸਰ ਮੈਂ ਇੱਕ ਨਾ ਮਤਲਬ ਇੱਕ ਮੈਂ ਇੰਟਰਵਿਊ ਕੀਤੀ ਸੱਤੂ ਤੂਤ ਮੁੰਡੇ ਦੀ ਤੁਹਾਡਾ ਚੇਲਾ ਹੀ ਰਿਹਾ ਉਹਨੂੰ ਉਹਦੀ ਕੋਈ ਨਾ ਕੋਈ ਸਾਰ ਕਿਵੇਂ ਲਈ ਜਾ ਸਕਦੀ ਹੈ ਉਹਦਾ ਮਤਲਬ ਕੀ ਪ੍ਰੋਬਲਮ ਰਹੀ ਉਹਦੀ ਉਹ ਲਾਈਫ ਦੇ ਵਿੱਚ ਪਿੱਛੇ ਰਹਿ ਗਿਆ ਉਹਦਾ ਪਲੇਅਰ ਬਹੁਤ ਘੈਂਟ ਸੀ ਉਹ ਤੁਸੀਂ ਵੇਖੇ ਹੋਣਾ ਕੋਈ ਸ਼ੱਕ ਨਹੀਂ ਸੱਤੂ ਤੂਤ ਬਹੁਤ ਤਕੜਾ ਪਲੇਅਰ ਸੀ ਕਈ ਵਾਰ ਪਲੇਅਰਾਂ ਦੀਆਂ ਆਪਦੀਆਂ ਹੀ ਟਸਲਾਂ ਹੁੰਦੀਆਂ ਕੋਚ ਦੇ ਨੋਟਿਸ 'ਚ ਵੀ ਨਹੀਂ ਆਉਂਦੀ ਦੂਜੀ ਗੱਲ ਜੇ ਮੇਰੇ ਕੋਲ ਅਕੈਡਮੀ 'ਚ 35-40 ਪਲੇਅਰ ਹੈ ਅਤੇ ਬਾਹਰਲੇ ਮੇਰੇ ਪ੍ਰਮੋਟਰ ਨੇ 10-12 ਸੱਦਣੇ ਉਸ ਲਈ ਟੋਪ ਵਾਲੇ ਸੱਦਣੇ ਹੈ ਥੱਲੇ ਵਾਲੇ ਵੀ ਤਕੜੇ ਪਰ ਉਹ ਟੋਪ ਵਾਲੇ ਨੂੰ ਸੱਦ ਲੈਂਦੇ ਜਿਹਦੇ ਸੈੱਲ ਬਣ ਜਾਂਦੇ ਉਹ ਸੱਲ ਦਿੰਦੇ ਅਤੇ ਹੁਣ ਬਾਹਲਿਆਂ ਨੂੰ ਕਿੱਥੋਂ ਮੈਂ ਵੀ ਭੇਜ ਦੇਵਾਂ ਉਹ ਫਿਰ ਜਦ ਛੱਡ ਕੇ ਦੂਜੀ ਕਲੱਬ 'ਚ ਜਾਂਦੇ ਆ ਅਤੇ ਐਤਕੀ ਉਹ ਸੱਤੂ ਦੇ ਇਹਦੇ ਚੜ੍ਹਦੀ ਕਲਾ 'ਚ ਖੇਡਦਾ ਸੀਗਾ ਮੈਂ ਵਾਪਸ ਵੀ ਲਿਆਉਣਾ ਚਾਹੁੰਦੇ ਮੈਨੂੰ ਪਤਾ ਲੱਗਾ ਵੀ ਚੜ੍ਹਦੀ ਕਲਾ ਵਾਲੇ ਬਾਹਰ ਭੇਜਣਗੇ ਅਤੇ ਮੈਂ ਉਹਨੂੰ ਵਾਪਸ ਨਹੀਂ ਲਿਆਉਂਦਾ ਉਹ ਬਾਅਦ 'ਚ ਕਰੋਨਾ ਕਰਕੇ ਵਿਚਾਰੇ ਰਹਿ ਗਏ ਹੁਣ ਕਰਮ ਹੀ ਮਾੜੇ ਆ ਕਿਸੇ ਦੇ ਕੀ ਕਰ ਸਕਦੇ ਕਈ ਗੱਲਾਂ ਕਰਮਾਂ ਦੀਆਂ ਵੀ ਹੁੰਦੀਆਂ ਲੱਕ ਵੀ ਕੰਮ ਕਰਦੀ ਹੈ ਠੀਕ ਹੈ ਅਤੇ ਕਈ ਵਾਰ ਵਾਰੀ ਨਹੀਂ ਵੀ ਆਉਂਦੀ ਕਿਸਮਤ ਵੀ ਇੱਕ ਵੱਡਾ ਰੋਲ ਪਲੇ ਕਰਦੀ ਹੈ ਫਾਰਚੂਨ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਵੱਡਾ ਰੋਲ ਪਲੇ ਕਰਦੀ ਹੈ ਪਰ ਮਿਲਣਾ ਅਖੀਰੀ ਦਮ ਜਿਵੇਂ ਕਹਿੰਦੇ ਉਹ ਹੀ ਆ ਜੋ ਕਰਮ 'ਚ ਬਿਲਕੁਲ ਬੰਦੇ ਨੂੰ ਆਪਦੇ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਲਗਾਤਾਰ ਚੱਲਦੇ ਰਹਿਣਾ ਚਾਹੀਦਾ ਕਈ ਵਾਰ ਜਦੋਂ ਅਸੀਂ ਕਿਸੇ ਲਾਲਚ ਨਾਲ ਵੜਦੇ ਹਾਂ ਨਾ ਵੀ ਮੇਰਾ ਆਹ ਹੋ ਜਾਵੇ ਉਦੋਂ ਪੂਰਾ ਨਹੀਂ ਹੁੰਦਾ ਜਦੋਂ ਤੁਸੀਂ ਸ਼ੌਕ ਨਾਲ ਮੰਨਦੇ ਆ ਸ਼ੌਕ ਦੇ ਮੁੱਲ ਪੈ ਜਾਂਦੇ ਸ਼ੌਕ ਨਾਲ ਕਿਸੇ ਕੰਮ ਵਾਸਤੇ ਵੜਦੇ ਆ ਨਾ ਅਤੇ ਕਦੋਂ ਮੁੱਲ ਪੈਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਕਈ ਵਾਰ ਆਪਾਂ ਕੋਈ ਟਾਰਗੇਟ ਲੈ ਕੇ ਤੁਰਦੇ ਹਾਂ ਜੀ ਮੈਂ ਤਾਂ ਆਹ ਕਰਦਾ ਇਸ ਵਾਸਤੇ ਖੇਡਦਾ ਕਈ ਵਾਰ ਬੰਦੇ ਦੀ ਲੱਕ ਇੰਨੀ ਮਾੜੀ ਹੁੰਦੀ ਸਾਰੀ ਉਮਰ ਕੰਮ ਕਰਦਾ ਨਾ ਨਹੀਂ ਬਣਦਾ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਫਿਲਮ ਤਾਂ ਉਹੀ ਚੱਲਣੀ ਆ ਜਿਹਨੂੰ ਦਰਸ਼ਕ ਪਸੰਦ ਕਰਦੇ ਆ ਅਤੇ ਬਾਹਰ ਲੈਣੇ ਤਾਂ ਹੁਣ ਅਸੀਂ ਕਹਿ ਹੀ ਸਕਦੇ ਹੁੰਦੇ ਹਾਂ ਮੋਢਾ ਤਾਂ ਨਹੀਂ ਲਾ ਸਕਦੇ ਹੁੰਦੇ ਅਤੇ ਹੁਣ ਮੂਵੀਆਂ ਮਾਵੀਆਂ ਵਿਹਦੇ ਆ ਬਾਹਰਲੇ ਪ੍ਰਮੋਟਰ ਸਾਰੇ ਵਿਹਦੇ ਆ ਹੁਣ ਤਾਂ ਲਿੰਕ ਚੱਲ ਪਿਆ ਹੋਰ ਚੱਲ ਪਿਆ ਕਈ ਵਾਰ ਇੱਕ ਟੌਪ ਖੇਡਦਾ ਪਲੇਅਰ ਉਹਦੀ ਵਾਰੀ ਨਹੀਂ ਆਉਂਦੀ ਇੱਕ ਦੇ ਸੰਬੰਧ ਇੰਨੇ ਤਕੜੇ ਉਹਨੂੰ ਲੰਗੋਟਾ ਵੀ ਨਹੀਂ ਲਾਉਣਾ ਉਹਨਾਂ ਨੂੰ ਬਾਹਰ ਸੱਦ ਲੈਂਦੇ ਆ ਉੱਥੇ ਕੋਚਾਂ ਦਾ ਕੋਈ ਕਸੂਰ ਨਹੀਂ ਉਹਦਾ ਪ੍ਰਮੋਟਰਾਂ ਦੀ ਜਾਂ ਆਪਦੇ ਬਈ ਲਿੰਕਾਂ ਦੀ ਗੱਲ ਹੈ ਤੁਸੀਂ ਲੰਬਾ ਸਮਾਂ ਕਬੱਡੀ ਖੇਡੀ ਅਤੇ ਖਾੜਕੂ ਦੌਰ ਦੇ ਵਿੱਚ ਤੁਹਾਡੇ ਕੀ ਐਕਸਪੀਰੀਅੰਸ ਸੀਗੇ ਉਹਦੇ ਵਿੱਚ ਸੀ ਕੁਛ ਹਾਂਜੀ ਖਾੜਕੂ ਬਾਅਦ ਦੇ ਵਿੱਚ ਵੀ ਕਬੱਡੀ ਚੱਲਦੀ ਰਹੀ ਹੈ ਅਸੀਂ ਉਸ ਟਾਈਮ 'ਤੇ ਵੀ ਕਬੱਡੀ ਖੇਡੀ ਹੈ ਅਤੇ ਇੱਕ ਵਾਰ ਦੀ ਤਾਂ ਘਟਨਾ ਇਹ ਹੈ ਆਪਾਂ ਧੁੱਪ ਵੀ ਸੇਕਦੇ ਹਾਂ ਥੋੜ੍ਹੀ ਬਾਹਰ ਨਿਕਲੇ ਹਾਂਜੀ
ਪੁਲਿਸ ਵਾਲਿਆਂ ਨੇ ਪੂਰੀ ਲੰਬੀ ਲਾਈਨ ਅਸੀਂ ਸਾਰੇ ਲੰਬੀ ਲਾਈਨ ਲਾ ਕੇ ਖੜ੍ਹ ਕੇ ਵਸਦੇ ਸੀ ਅਤੇ ਜਦੋਂ ਗਾਂਹ ਆਏ ਸਿਆਣ ਅਤੇ ਥਾਣੇਦਾਰ ਪੁਲਿਸ ਵਾਲਾ ਕਹਿੰਦਾ ਯਾਰ ਕਹਿੰਦਾ ਤੁਸੀਂ ਖੜਕੂਆ 'ਚ ਵੀ ਤੁਰੇ ਫਿਰਦੇ ਤੁਹਾਨੂੰ ਡਰ ਨਹੀਂ ਲੱਗਦਾ ਖੜਕੂਆਂ ਤੋਂ ਵੀ ਟਿਕ ਜਾ ਕਰੋ ਇਹਨਾਂ ਦਿਨਾਂ 'ਚ ਘਰੇ ਅਤੇ ਮੈਂ ਹੱਸਣ ਲੱਗ ਗਿਆ ਐਸ ਐਚ ਓ ਨੂੰ ਮੈਂ ਕਿਹਾ ਐਸ ਐਚ ਓ ਖੜਕੂਆਂ ਤੋਂ ਤਾਂ ਸਾਨੂੰ ਡਰ ਲੱਗਦਾ ਥੋੜ੍ਹਾ ਡਰ ਲੱਗਦਾ ਤੁਸੀਂ ਲਾਈਨ 'ਚ ਲਵਾਈ ਖੜੇ ਕਿਤੇ ਤੁਸੀਂ ਨਾ ਗਾਂਹ ਨਗਾ ਦਿਓ ਅੱਛਾ ਜੀ ਉਹ ਕਹਿੰਦਾ ਨਹੀਂ ਯਾਰ ਖਿਆਲ ਰੱਖਿਆ ਕਰੋ ਤੁਸੀਂ ਵੀ ਹਨੇਰਾ ਸਵੇਰਾ ਮੈਂ ਕਿਹਾ ਹਨੇਰਾ ਸਵੇਰਾ ਕਾਹਦਾ ਇਹਦਾ ਹੁਣ ਟੂਰਨਾਮੈਂਟ ਆ ਹੁਣ ਮੁੱਕਿਆ ਅਸੀਂ ਆ ਗਏ ਹਾਂ ਅਤੇ ਸਾਨੂੰ ਖੜਕੂਆਂ ਦਾ ਕੋਈ ਡਰ ਨਹੀਂ ਕਿਉਂਕਿ ਖੜਕੂਆਂ ਦਾ ਸਾਡਾ ਕਿਹੜਾ ਵਿਰੋਧ ਆ ਮੈਂ ਕਿਹਾ ਕਬੱਡੀ ਦੇ ਮੈਚ ਵੇਖਣ ਭਲਾ ਆ ਜਾਣ ਉਹ ਤਾਂ ਨਹੀਂ ਸਾਡਾ ਵਿਰੋਧ ਕਰਦੇ ਮੈਂ ਕਿਹਾ ਵੀ ਕੰਮ ਮਾੜਾ ਤਾਂ ਨਹੀਂ ਕਰਦੇ ਕਬੱਡੀ ਖੇਡਦੇ ਹਾਂ ਜੇ ਕੋਈ ਗਲਤ ਕੰਮ ਕਰਾਂਗੇ ਤਾਂ ਸਾਨੂੰ ਸਜ਼ਾ ਦੇਣਗੇ ਜਾਣੀ ਸਾਡੇ 'ਚ ਇੰਨਾ ਕੌਨਫੀਡੈਂਸ ਹੁੰਦਾ ਸੀ ਵੀ ਅਸੀਂ ਕਬੱਡੀ ਖੇਡਦੇ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਕਦੇ ਕਿਸੇ ਖੜਕੂ ਨੇ ਕੁਛ ਕਿਹਾ ਵੀ ਹਾਂ ਇੱਕ ਵਾਰ ਥੋੜ੍ਹੀ ਜਿਹੀ ਘਟਨਾ ਵਾਪਰੀ ਹੈ ਇੱਕ ਵਾਰ ਮੈਚ 'ਤੇ ਜਾਣਾ ਸੀਗਾ ਅਤੇ ਬੁੱਗੀਪੁਰੇ ਬੱਸ ਸਟੈਂਡ 'ਤੇ ਖੜ੍ਹੀ ਸੀ ਆਪਣੇ ਹਾਂ ਬੁੱਗੀਪੁਰੇ ਅਤੇ ਉੱਥੇ ਤਖਾਣਵਾਦ ਤੋਂ ਮੈਥ ਮਾਸਟਰ ਹੁੰਦਾ ਸੀ ਉਹਦੀ ਡਿਊਟੀ ਹੁੰਦੀ ਸੀ ਉਹਨੀ ਦਿਨੀ ਤਲਵੰਡੀ ਦਸਾਂ 'ਚ ਅੱਛਾ ਜੀ ਅਤੇ ਉਹ ਦੁਸ਼ਮਣੀ ਤਾਂ ਮੈਨੂੰ ਪਤਾ ਨਹੀਂ ਗਾ ਤਲਵੰਡੀ ਦਸਾਂ 'ਚ ਉਹਨੇ ਦਿਨੀ ਮਾਸਟਰਾਂ ਦੀਆਂ ਡਿਊਟੀਆਂ ਲਾ ਦਿੰਦੇ ਹੁੰਦੇ ਸੀਗੇ ਵੀ ਆਹ ਘਰ ਘਰ ਜਾਣਾ ਸਰਵੇ ਕਰਨਾ ਵੋਟਰ ਚੈੱਕ ਕਰਨੇ ਹੈ ਉਹ ਕਿਤੇ ਵਿਚਾਰਾ ਗਿਆ ਹੋਊਗਾ ਅਤੇ ਕਿਤੇ ਉਹ ਤਲਵੰਡੀ ਦਸਾਂ 'ਚ ਕਿਸੇ ਦੇ ਘਰ ਰਹਿੰਦੇ ਸੀ ਖਾੜਕੂ ਬੱਬਰ ਸੀਗੇ ਉਹ ਅਤੇ ਉਹਨਾਂ ਨੇ ਕਦੇ ਵੇਖਿਆ ਅਤੇ ਉਹ ਬੱਬਰਾਂ ਨੂੰ ਕਿਤੇ ਭੁਲੇਖਾ ਪੈ ਗਿਆ ਵੀ ਇਹ ਬੰਦਾ ਸਾਡਾ ਅੱਡਾ ਵੇਖ ਗਿਆ ਸਾਨੂੰ ਕੁਛ ਹੈ ਇਹਨਾਂ ਦੇ ਵੀ ਅਤੇ ਉਹ ਤੈਨੂੰ ਪਤਾ ਹੀ ਆ ਜਾ ਕੁਛ ਚੱਲਦਾ ਸੀ ਅਤੇ ਭੁਲੇਖੇ ਦੇ ਵਿੱਚ ਉਹ ਬੱਬਰ ਉਹਦੇ ਮਗਰ ਲੱਗ ਗਏ ਅਤੇ ਮੈਂ ਬੁੱਗੀਪੁਰੋਂ ਆਪਦੇ ਸਹੁਰਿਆਂ ਤੋਂ ਉਹਦੇ ਸਾਡਾ ਸੇਲਬਰੇ ਮੈਚ ਸੀ ਉੱਧਰ ਨੂੰ ਚੱਲਿਆ ਸੀ ਪਿੰਡ ਮੋਟਰਸਾਈਕਲ 'ਤੇ ਅਤੇ ਬੱਸ ਸਟੈਂਡ 'ਤੇ ਮੈਨੂੰ ਮਿਲ ਗਿਆ ਖੜ੍ਹੀ ਗੱਲਾਂ ਕਰੀ ਜਾਂਦੇ ਹਾਂ ਬੱਸ ਸਟੈਂਡ ਤੋਂ ਥੋੜ੍ਹਾ ਜਿਹਾ ਟਾਲੇ ਵਾਲੀ ਸਾਈਡ ਨੂੰ ਪੰਜ ਸੱਤ ਮਿੰਟ ਅਸੀਂ ਗੱਲਾਂ ਕੀਤੀਆਂ ਗੱਲਾਂ ਤੋਂ ਬਾਅਦ ਜਦੋਂ ਮੈਂ ਤੁਰਿਆ ਮੋਟਰਸਾਈਕਲ ਨੂੰ ਕਿੱਕ ਮਾਰੀ ਅਤੇ ਉਹ ਮਾਸਟਰ ਮਾੜਾ ਜਿਹਾ ਗਾਂਹ ਗਿਆ ਕਿਉਂਕਿ ਉਹਨੇ ਇੱਧਰ ਜਾਣਾ ਸੀਗਾ ਤਲਵੰਡੀ ਵੱਲ ਨੂੰ ਅਤੇ ਜਦੋਂ ਅੱਡੇ 'ਚ ਗਿਆ ਤਾਂ ਠਾ ਠਾ ਦੀ ਆਵਾਜ਼ ਅੱਛਾ ਅਤੇ ਮੈਂ ਮੁੜ ਕੇ ਵੇਖਿਆ ਅਤੇ ਉਹਨਾਂ ਨੇ ਮਾਸਟਰ ਨੂੰ ਮਾਰਤਾ ਤਖਾਣ ਵਧਾਣੀ ਅੱਛਾ ਇਹ ਘਟਨਾ ਵੇਖ ਕੇ ਮੇਰਾ ਸਰੀਰ ਪਾਣੀ ਪਾਣੀ ਹੋ ਗਿਆ ਜਦੋਂ ਕੋਈ ਤੁਹਾਡੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਕਿਸੇ ਡੈਥ ਹੋਈ ਹੋਵੇ ਅਤੇ ਖਾਸ ਕਰ ਉਹ ਬੰਦਾ ਤੁਹਾਡੇ ਨਾਲ ਗੱਲਾਂ ਕਰਕੇ ਗਿਆ ਹੋਵੇ ਬੜਾ ਅਫਸੋਸ ਹੋਇਆ ਮਨ 7 ਵਜੇ ਵੀ ਇਹ ਘਟਨਾ ਜੀ ਇੱਥੇ ਆ ਕੇ ਮਾਰ ਦਿੰਦੇ ਦੋ ਨੂੰ ਮਾਰ ਸਕਦੇ ਸੀ ਦੂਜੀ ਗੱਲ ਉਹਨੀ ਦਿਨ ਇੱਕ ਟਸਲਜੀ ਵੀ ਚੱਲਦੀ ਸੀਗੀ ਵੀ ਕੁੜੀਆਂ ਨੂੰ ਨਾ ਖੜਾਇਆ ਜਾਵੇ ਮਹਿਣੇ ਦੀ ਕੁੜੀਆਂ ਦੀ ਤਕੜੀ ਟੀਮ ਹੁੰਦੀ ਸੀ ਕਬੱਡੀ ਦੀ ਅੱਛਾ ਇੱਕ ਦੋ ਵਾਰ ਖਾੜਕੂਆਂ ਦੀ ਮੇਰੇ ਨਾਲ ਬਹਿਸ ਵੀ ਹੋਈ ਸੀਗੀ ਵੀ ਤੁਸੀਂ ਭਾਈ ਕੁੜੀਆਂ ਨੂੰ ਕਬੱਡੀ ਕਿਉਂ ਖੜੋ ਡਿੰਨ ਲੈ ਕੇ ਜਾਂਦੇ ਫਲਾਨਾ ਧਿਉਂਕਾ ਅਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਵੀ ਇੱਕ ਪਾਸੇ ਤੁਸੀਂ ਭਾ ਭਾਲਦੇ ਹਾਂ ਵੀ ਸ਼ੇਰ ਜੰਮਣ ਠੀਕ ਹੈ ਅਤੇ ਇੱਕ ਪਾਸੇ ਭਾਲਦੇ ਹਾਂ ਤੁਸੀਂ ਪੰਜਾਬ 'ਚ ਸ਼ੇਰ ਜੰਮਣ ਅਤੇ ਦੂਜੇ ਪਾਸੇ ਮੈਂ ਕਿਹਾ ਵੀ ਜਿਨ੍ਹਾਂ ਨੇ ਜਿੱਥੋਂ ਜਨਮ ਹੋਣਾ ਅਕਸਰ ਲੜਕੀਆਂ ਨੇ ਗਾਂ ਬੱਚਿਆਂ ਨੂੰ ਜਨਮ ਦੇਣਾ ਉਹਨਾਂ ਨੂੰ ਤੁਸੀਂ ਕਹਿੰਦੇ ਭੂਰਿਆਂ 'ਚ ਵਾੜ ਦਿਉ ਅਤੇ ਸ਼ੇਰ ਕਿੱਥੋਂ ਜੰਮਣਗੇ ਮੈਂ ਕਿਹਾ ਜੀ ਇਹ ਆਪ ਰਾਣੀ ਝਾਂਸੀ ਹੋਣਗੀਆਂ ਤਾਂ ਹੀ ਬਹਾਦਰ ਕੌਮ ਬਣੂਗੀ ਆਪਣੀ ਅਤੇ ਮੈਂ ਕਿਹਾ ਤੁਸੀਂ ਤਾਂ ਆਪਣੀ ਕੌਮ ਦਾ ਬਹਾਦਰ ਬਣਾ ਹੀ ਰੋਕ ਰਹੇ ਹਾਂ ਇਹ ਕੁੜੀਆਂ ਦੀ ਕਬੱਡੀ ਦੀ ਤੁਸੀਂ ਬੁਰਾਈ ਦੱਸੋ ਜੀ ਗਲਤ ਹੁੰਦਾ ਦੱਸੋ ਕੋਈ ਗੋਚ ਗਲਤ ਕਰਦਾ ਕੋਈ ਇਹਦਾ ਮਿਸਯੂਜ਼ ਕਰਦਾ ਉਹਦੇ ਉਲਟ ਲੜੋ ਗੇਮ ਦੇ ਉਲਟ ਨਾ ਲੜੋ ਜੇ ਮੁੰਡਿਆਂ ਨੂੰ ਹੱਕ ਆ ਤਾਂ ਕੁੜੀਆਂ ਨੂੰ ਵੀ ਹੱਕ ਆ ਉਹ ਚੱਲ ਇੱਕ ਵਾਰ ਇੱਕ ਦੋ ਵਾਰ ਇਸ ਤਰ੍ਹਾਂ ਦੀ ਟਸਲ ਆਈ ਅਤੇ ਉਹ ਸਮਝ ਵੀ ਗਏ ਰੁਕ ਵੀ ਗਏ ਸੀ ਵੀ ਵਾਕਈ ਸਾਡੀ ਯਾਰ ਆਉਣ ਵਾਲੀ ਕੌਮ ਜਿਹੜੀ ਆ ਮੈਂ ਕਿਹਾ ਬਹਾਦਰ ਨਹੀਂ ਹੋ ਸਕਦੀ ਗੀ ਜੇ ਅਸੀਂ ਆਪਣੇ ਹੁਣ ਦੇ ਬੱਚਿਆਂ ਨੂੰ ਰੋਕਾਂਗੇ ਤਾਂ ਕਹਾਂ ਕੌਮ ਬਹਾਦਰ ਕਿੱਥੋਂ ਜੰਮੂਗੀ ਅਤੇ ਉਹ ਮਨ 'ਚ ਫਿਰ ਵੀ ਡਰ ਹੁੰਦਾ ਵੀ ਇਹਨਾਂ ਦਾ ਕੀ ਪਤਾ ਹੈ ਵੀ ਇਹਨਾਂ ਨੇ ਕਿਹੜੇ ਪਾਸੇ ਨੇ ਜਾਣਾ ਸੱਚੀ ਜੀ ਗੱਲ ਵੀ ਇਹ ਕੀ ਸੈਟਿਸਫਾਈਡ ਆ ਜਾਂ ਨਹੀਂ ਅਤੇ ਇਸ ਕਰਕੇ ਮੇਰੇ ਮਨ 'ਤੇ ਉਹ ਘਟਨਾ ਦਾ ਜਦ ਤਖਾਣਵਾਦ ਵਾਲਾ ਮਾਸਟਰ ਮਾਰਿਆ ਜਸਵੰਤ ਸੀ ਮਾਸਟਰ ਦਾ ਬਹੁਤ ਅਸਰ ਸੀ ਅਤੇ ਗਾਂਹ ਜਦੋਂ ਮੈਂ ਗਿਆ ਪਿੰਡ ਅਤੇ ਉੱਥੇ ਥੜ ਜਾਂਦੇ ਉੱਥੇ ਸਾਡੇ ਲੋਕ ਇਕੱਠੇ ਹੋਏ ਟਰਾਲੀਆਂ ਭਰੀਆਂ ਉਨੀ ਦਿਨ ਇਹ ਹੁੰਦਾ ਸੀਗਾ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਸੀਗਾ ਪਿੰਡ ਦੀਆਂ 15-15-20 ਟਰਾਲੀਆਂ ਮਗਰ ਜਾਂਦੀਆਂ ਸੀ ਭਰ ਕੇ ਲੋਕ ਅਤੇ ਸਾਡੇ ਪਲੇਅਰਾਂ ਨੇ ਵੇਖਣਾ ਹੁਣ ਵਾਲਾ ਹਾਲ ਨਹੀਂ ਸੀ ਕੋਈ ਅੱਕ ਨਹੀਂ ਸੀ ਜਾਂਦਾ ਇਹ ਗੱਲ ਖੇਡਣ ਜਾਣਾ ਤਾਂ ਮੈਂ ਕਿਹਾ ਵੀ ਮੇਰਾ ਤਾਂ ਸਰੀਰ ਪਾਣੀ ਬਣਿਆ ਪਿਆ ਇਹਨਾਂ ਨੇ ਚੱਕ ਚੱਕਾ ਕੇ ਮੈਨੂੰ ਟਰਾਲੀ 'ਚ ਸਿੱਟ ਲਿਆ ਕਦੇ ਜਾਣਾ ਹੀ ਪੈਣਾ ਸੇਲਬਰੇ ਜਾ ਵੜੇ ਕੁਦਰਤੀ ਮੈਚ ਵੀ ਸਾਡਾ ਪਿੰਡ 'ਚ ਸਾਡੀ ਟਸਲ ਸੀਗੀ ਉਹਦੀ ਦਿਨ ਕਿਸੇ ਕਰ 'ਤੇ ਹੋਈ ਵੀ ਅਤੇ ਦੋ ਝੜਕ ਦੀਆਂ ਟੀਮਾਂ ਦਾ ਏ ਅਤੇ ਬੀ ਦਾ ਪੈ ਗਿਆ ਉਹ ਏ ਬੀ ਦੇ ਵਿੱਚ ਮੇਰੇ ਆਪਦੇ ਹੀ ਪਲੇਅਰ ਸੀਗੇ ਮੇਰੇ ਉਲਟ ਠੀਕ ਆ ਅਤੇ ਇੱਕ ਤਾਂ ਭੇਤੀ ਹੁੰਦੇ ਆ ਇੱਕ ਮੇਰਾ ਸਰੀਰ ਡਾਊਨ ਸੀ ਇੱਕ ਰੋਜ਼ ਪ੍ਰੈਕਟਿਸ ਕਰਦੇ ਕਰਦੇ ਇੱਕ ਦੂਜੇ ਦੇ ਭੇਤੀ ਵੀ ਹੁੰਦੇ ਸੀ ਅਤੇ ਮੈਨੂੰ 3-4 ਜੱਫੇ ਲਾ ਗਏ ਜੀ 3-4 ਜੱਫੇ ਲਾ ਗਏ ਕਿ ਵਾਹਵਾ ਬੇਇੱਜ਼ਤੀ ਹੋਈ ਮੱਖਣ ਟੀਵੀ ਨੂੰ 3-4 ਜੱਫੇ ਲੱਗ ਜਾਣੇ ਜਿਹਨੂੰ ਕਦੇ ਕੋਈ ਜਿਨ੍ਹਾਂ ਦੇ ਮੈਚ ਨਾਲ ਜੱਫਾ ਲੱਗਦਾ ਹੋਵੇ ਤਾਂ ਪਿੰਡ ਦੇ ਮੁੰਡੇ ਫੜ ਜਾਣ ਅਤੇ ਇਹਦਾ ਮਾਰਨ ਥਾਪੀਆਂ ਬੁਰੇ ਹਾਲ ਬੌਂਕੇ ਦਿਹਾੜੇ ਅਤੇ ਅਸੀਂ ਮੈਚ ਲੂਜ ਕਰ ਰਹੇ ਸੀ ਅਤੇ ਮੇਰੇ ਨਾਲ ਮੇਰਾ ਜਾਫੀ ਸੀਗਾ ਮੇਜਰ ਚੜਿਆ ਅਤੇ ਉਹ ਰੇਡਰ ਵੀ ਬਹੁਤ ਵਧੀਆ ਸੀ
ਉਹ ਕਹਿੰਦਾ ਭਾਅ ਜੀ ਮੈਨੂੰ ਪਤਾ ਤੁਸੀਂ ਅਪਸੈਟ ਹੈ, ਕੋਈ ਨਹੀਂ ਮੈਂ ਦੋਨੇ ਕੰਮ ਕਰਦਾ। ਅਤੇ ਮੇਜਰ ਨੇ ਮੇਰੇ ਨਾਲ ਕਬੱਡੀਆਂ ਪਾ ਕੇ ਲੈ ਕੇ ਦੋ ਦੋ ਕਬੱਡੀਆਂ ਪਾ ਕੇ ਉਹ ਮੈਚ ਜਿੱਤ ਲਿਆ। ਖੈਰ ਚਲੋ ਸਹੀ ਲੇਵਰ ਅਸੀਂ ਮੈਚ ਜਿੱਤ ਗਏ। ਪਰ ਉਦੋਂ ਬਾਅਦ ਕੀ ਹੋਇਆ ਕਿ ਉਹ ਚੜਕ ਵਾਲੇ ਸਾਡੇ ਆਪਦੇ ਅੱਡ ਪ੍ਰੈਕਟਿਸ ਕਰਦੇ ਸੀ, ਅੱਡ ਕਰਦੇ ਸੀ, ਅਤੇ ਜਿੱਥੇ ਟੂਰਨਾਮੈਂਟ 'ਤੇ ਜਾਣਾ ਜੇ ਆਸੇ ਦੀ ਮੈਚ ਆਉਣਾ ਅਤੇ ਮੈਚ ਛੱਡ ਕੇ ਭੱਜਣਾ ਉਹਨਾਂ ਨੇ ਤਾਂ ਖੇਡਣਾ ਹੀ ਨਾ। ਦੋ ਤਿੰਨ ਥਾਵਾਂ 'ਤੇ ਭੱਜ ਗਏ ਜੀ। ਘੱਲਾਂ ਦੀ ਟੀਮ ਤਕੜੀ ਹੁੰਦੀ ਸੀ, ਘੱਲਾਂ ਨੂੰ ਹਰਾ ਗਏ, ਮੈਥੋਂ ਬਿੜਾ ਵੀ ਹਰਾ ਗਏ। ਕਈ ਵਾਰ ਅਸੀਂ ਸਾਰੇ ਨਹੀਂ ਸੀ ਹਰਾਉਂਦੇ, ਪਰ ਜਦੋਂ ਜਿਹਦੀ ਪ੍ਰੈਕਟਿਸ ਇੰਨੀ ਜ਼ਿਆਦਾ ਹੋਈ ਸੀਗੀ ਇਹਨਾਂ ਨੇ ਵੀ ਘੱਲਾਂ ਨੂੰ ਹਰਾ ਤਾ, ਸਾਡੀ ਟੀਮ ਦਾ ਜਿਹੜੀ ਪਾਟ ਕੇ ਅੱਟ ਸੀ ਮੇਰੇ ਨਾਲ, ਗੁਰਦੇਵ ਵਰਗੇ ਸੀਗੇ, ਮੇਜਰ ਵਰਗੇ ਸੀਗੇ, ਅਸੀਂ ਵੀ ਹਰਾ ਤਾ, ਦੋਨੇ ਟੀਮਾਂ ਘੱਲਾਂ ਨੂੰ ਹਰਾ ਰਿਹਾ ਕਰਨ। ਮੈਂ ਕਿਹਾ ਵੀ ਟੀਮ ਹੀ ਬਾਹਲੀ ਤਕੜੀ ਹੋ ਗਈ ਜਿਹਦੇ 'ਚ ਤਾਂ ਮਾੜੀ ਮੋਟੀ ਆਪਾਂ ਨੂੰ ਚਾਹੀਦੀ ਇੱਕ ਦੂਜੇ ਨਾਲ ਖਾਰ ਰੱਖਣੀ। ਤੜਕੇ ਜਦੋਂ ਜਾਲਾ 5 ਵਜੇ ਇੱਕ ਦੂਜੇ ਨੂੰ ਥਾਪੀਆਂ ਮਾਰ ਮਾਰ ਕੇ ਪ੍ਰੈਕਟਿਸ ਕਰਨੀਆਂ, ਜਦੋਂ ਫੋਖਾਉਣੀਆਂ, ਸਾਡੇ ਚਰਨੀ ਚੌਧਰੀ ਹੁੰਦਾ ਵੀ ਉਹਨੇ ਲਲਕਾਲੇ ਮਾਰਨੇ, ਹੂੰ ਮੱਖਣ ਡੀਬੀ ਸਿੱਟ, ਐਂ ਕੀਤਾ ਵਾ ਉਹ ਕੀਤਾ, ਮੈਨੂੰ ਵੀ ਬੜਾ ਗੁੱਸਾ ਅਤੇ ਮੇਰੇ ਸੂਦ ਆਉਣੀ ਨਾ। ਉੱਧਰ ਦੂਜੀ ਸਾਈਡ ਨਿੰਮੀ ਵੀ ਹੁੰਦਾ ਸੀਗਾ ਚਰਨੀ ਦੇ ਨਾਲ, ਹਾਕਮ ਹੁੰਦਾ ਸੀਗਾ, ਅਤੇ ਨਿੰਮੀ ਦਾ ਭਰਾ ਇੱਕ ਦਿਨ ਮੇਰੇ ਕੋਲ ਆਇਆ। ਉਹ ਪਿੰਡ ਦੇ ਲੋਕ ਫਿਰ ਵੀ ਸਿਆਣੇ ਹੁੰਦੇ ਆ, ਕਰਾਉਣਾ ਦਾ ਸਾਡਾ ਏਕਾ ਸੀ, ਉਹਨੇ ਮੇਰੇ ਹੱਕ ਦੀ ਗੱਲ ਕੀਤੀ, ਕਹਿੰਦਾ ਯਾਰ ਮੈਨੂੰ ਪਤਾ ਤੂੰ ਸਿਲਵਰ ਵਾਲਾ ਗੁੱਸਾ ਕੱਢਣ ਨੂੰ ਫਿਰਦਾ ਨਾ, ਪਰ ਤੇਰਾ ਗੁੱਸਾ ਨਿਕਲਣਾ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਨਾ ਖੇਡਣਾ ਹੀ ਨਹੀਂ ਤੇਰੇ ਨਾਲ, ਜਿੱਥੇ ਮੈਂ ਜੋ ਛੱਡ ਗਿਆ ਜਾ ਕਰ। ਇਹ ਦੋ ਤਿੰਨ ਦਾ ਹੀ ਘਰ ਵੀ ਬੈਠੇ ਅਤੇ ਮੈਨੂੰ ਦਲੀਲ ਵੀ ਚੰਗੀ ਲੱਗੀ। ਮੈਂ ਕਿਹਾ ਹਾਂ, ਅਤੇ ਮੈਨੂੰ ਕਹਿੰਦਾ ਇਹ ਇੱਕ ਤਰੀਕਾ ਹੈਗਾ ਗੁੱਸਾ ਕੱਢਣ ਦਾ। ਮੈਂ ਕਿਹਾ ਵੀ ਦੱਸ। ਕਹਿੰਦਾ ਤੁਹਾਨੂੰ ਇਕੱਠੇ ਕਰ ਦਿੰਦੇ ਹਾਂ ਅਤੇ ਸ਼ਾਮ ਨੂੰ ਜੋ ਪ੍ਰੈਕਟਿਸ ਕਰਿਆ ਕਰੇਗਾ ਆਪਦਾ ਗੁੱਸਾ ਕੱਢ ਲਈ। ਅੱਛਾ ਜੀ। ਮੈਂ ਕਿਹਾ ਵੀ ਗੱਲ ਸਹੀ ਆ, ਚਲੋ ਜੀ ਇਹਨਾਂ ਨੇ ਤਰੀਕੇ ਨਾਲ ਗੁੱਸਾ ਕਰਾ, ਸਾਡੀ ਟੀਮ ਦਾ ਏਕਾ ਕਰਾ ਤਾ, ਦੁਬਾਰਾ ਇਕੱਠੇ ਹੋ ਕੇ ਖੇਡਣ। ਆਸਦੀ ਬਾ ਕੇ ਵੀ ਛੱਡੋ ਪਰੇ ਗੁੱਸੇ ਗਲੇ ਵੀ ਅੱਗੇ ਨਾਲ ਤੁਸੀਂ ਤਕੜੇ ਹੋ ਗਏ ਆ ਹੁਣ, ਅਤੇ ਤੁਸੀਂ ਵੀ ਕੱਲ੍ਹ ਹਰਾਤੇ, ਇਹਨਾਂ ਨੇ ਵੀ ਹਰਾਤੇ, ਦੋਨਾਂ ਟੀਮਾਂ ਨੇ ਹਰਾਤੇ, ਜੇ ਇਕੱਠੇ ਹੋ ਕੇ ਖੇਡੋਗੇ ਤਾਂ ਤਕੜੀਆਂ ਟੀਮਾਂ ਹੋਰਾਂ ਨੂੰ ਵੀ ਹਰਾ ਦੋਗੇ, ਕਿਉਂਕਿ ਉਹ ਨਹੀਂ ਦੇਣੀ ਕੱਲ੍ਹ ਪਿੰਡਰ ਰਸੇਵੇ ਵਾਲਾ, ਇਹ ਪੰਜ ਚਾਰ ਟੀਮਾਂ ਹੀ ਤਕੜੀਆਂ ਹੁੰਦੀਆਂ ਸੀ, ਲੰਡੇ ਤਕੜੇ ਹੁੰਦੇ ਸੀਗੇ, ਅਤੇ ਮੈਂ ਕਿਹਾ ਵੀ ਠੀਕ ਆ ਚਲੋ ਇਕੱਠੇ ਖੇਡਣ ਨੂੰ ਮੰਨ ਗਏ, ਅਤੇ ਮੈਨੂੰ ਤਾਂ ਮੇਰੇ ਤਾਂ ਦਿਮਾਗ 'ਚ ਇਹਨਾਂ ਤੋਂ ਗੁੱਸਾ ਕੱਢਣ ਦੀ ਹੁੰਦੀ ਸੀ। ਅੱਛਾ ਜੀ। ਅਤੇ ਜਦੋਂ ਸ਼ਾਮ ਨੂੰ ਫਿਰ ਪ੍ਰੈਕਟਿਸ ਕਰਨੀ, ਅਤੇ ਪ੍ਰੈਕਟਿਸ ਦੇ ਵਿੱਚ ਫਿਰ ਇਹਨਾਂ ਨੂੰ ਮੈਂ ਉਹ ਕੁੱਟਿਆ ਨਾ, ਉਹ ਕੁੱਟਣਾ ਰੋਜ਼, ਉਹ ਕੁੱਟਣਾ ਬਹੁਤ ਜ਼ਿਆਦਾ ਕੁੱਟਣਾ। ਤਿੰਨ ਚਾਰ ਦਿਨ ਕੁੱਟ ਖਾ ਕੇ ਚੌਥੇ ਕੁ ਦਿਨ ਚਰਨੀ ਹੱਥ ਜੋੜ ਕੇ ਆ ਗਿਆ, ਕਹਿੰਦਾ ਭਾਅ ਜੀ, ਕਹਿੰਦਾ ਹੁਣ ਸਿਲਵਰ ਵਾਲਾ ਗੁੱਸਾ ਬਸ ਬੰਦ ਵੀ ਕਰ ਦਿਉ, ਕਹਿੰਦਾ ਸਿਲਵਰ ਵਾਲਾ ਗੁੱਸਾ ਬੰਦ ਵੀ ਕਰ ਦਿਉ। ਅਤੇ ਚਲੋ ਏਕਾ ਹੋ ਗਿਆ, ਪਰ ਟੈਕਟਫੁੱਲ ਬੜੇ ਆ, ਚਰਨੀ ਬੜਾ ਸਿਆਣਾ ਸੀ, ਬੜਾ ਭਿੱਖਾ ਸੀ, ਉਹਨੇ ਕਿਹਾ ਵੀ ਡੀ ਵੀ ਕੁੱਟ ਵੀ ਗਿਆ ਸਾਨੂੰ, ਅਤੇ ਹੁਣ ਕਿਵੇਂ ਨਾ ਕਰੀਏ। ਇਹਨਾਂ ਨੇ ਜੀ ਇੱਕ ਨਿਯਮ ਬਣਾਤਾ, ਮੇਰੀ ਪੋਸਟਿੰਗ 9 ਦਿਨੀ ਪੱਤੋ ਹੁੰਦੀ ਸੀ, ਅਤੇ 4 ਵਜੇ ਤਾਂ ਛੁੱਟੀ ਮਿਲਦੀ ਸੀ, ਅਤੇ 21 ਕਿਲੋਮੀਟਰ ਹੈ ਝਿੜਕੋ, ਸਾਈਕਲ 'ਤੇ ਆਉਣਾ ਜਾਣਾ ਮੈਂ ਰੋਜ਼, ਅਤੇ 21 ਕਿਲੋਮੀਟਰ ਘੱਟੋ ਕਿੰਨੇ ਕੁ ਟਾਈਮ 'ਚ ਨਿਕਲ ਜੂਗਾ, ਘਰ ਵੀ ਆਉਣਾ, ਕੱਪੜੇ ਵੀ ਉਤਾਰਨੇ। ਅਤੇ ਇਹਨਾਂ ਨੇ ਜੀ ਟਾਈਮ ਜਿਹਾ 5 ਵਜੇ ਦਾ ਸੀ, 5 ਵਜੇ ਤੋਂ ਚੱਕ ਕੇ ਟਾਈਮ 4:30 ਦਾ ਕਰਤਾ, ਅਤੇ ਆਪੇ ਔਖਾ ਹੋਊ ਉਹ। ਮੈਂ ਬਥੇਰਾ ਕਿਹਾ, ਕਹਿੰਦਾ ਨਾ ਜੀ ਪਾਸ ਹੋ ਗਿਆ, ਬਹੁਤ ਮਤ ਨਾਲ ਪਾਸ ਹੋ ਗਿਆ। 4:30 ਵਜੇ ਗਰਾਊਂਡ 'ਤੇ ਬੰਦਾ ਚਾਹੀਦਾ ਹੀ ਚਾਹੀਦਾ ਪ੍ਰੈਕਟਿਸ ਵਾਸਤੇ। ਜਦੋਂ ਉਦੋਂ ਪ੍ਰੈਕਟਿਸ ਦੇ ਨਿਯਮ ਵੇਖੋ ਕਿੰਨੇ ਹਾਰਡ ਸੀ, ਅਤੇ ਚੜਕ ਦੀ ਗਰਾਊਂਡ ਤੋਂ ਗੇਟ ਤੋਂ ਘੱਟੋ ਘੱਟ 800 ਮੀਟਰ 'ਤੇ ਸਾ ਕੇ ਸਾਡਾ ਗਰਾਊਂਡ ਸੀਗਾ, ਅਤੇ ਨਾਲ ਇਹ ਰੱਖ ਲਿਆ ਵੀ ਜਿਹੜਾ ਲੇਟ ਆਊਗਾ ਗੇਟ ਤੋਂ ਕੰਨ ਫੜ ਕੇ ਆਊਗਾ, ਲੱਤਾਂ ਦੇ ਹੇਠ ਦੀ ਕੰਨ ਫੜ ਕੇ ਗਰਾਊਂਡ 'ਤੇ ਆਊਗਾ। ਅੱਛਾ। ਅਤੇ ਇਹਨਾਂ ਵਿਹਲੇ ਹੁੰਦੇ ਜੀ ਸਿੱਧਿਆਂ ਜਾ ਵੜਨਾ, ਅਤੇ ਮੈਂ ਕਈ ਵਾਰ ਉੱਥੋਂ ਪੱਤੋ ਤੋਂ 5-10 ਮਿੰਟ ਪਹਿਲਾਂ ਤੁਰਨਾ, ਪੂਰਾ ਜ਼ੋਰ ਲਾ ਕੇ ਹਫ ਕੇ ਆਉਣਾ, ਅਤੇ ਕਿਤੇ 1-2 ਵਾਰ ਮੈਂ ਫਸ ਗਿਆ। ਅੱਛਾ ਜੀ। ਅਤੇ ਯਕੀਨ ਜਾਣੋ ਵੀ ਤਕੜਾ ਮੈਂ ਹੁੰਦਾ ਸੀ ਇਹਨਾਂ ਤੋਂ, ਪਰ ਇਹਨਾਂ ਨੇ ਮੇਰੇ 'ਤੇ ਆਪਦਾ ਗੁੱਸਾ ਕਿਵੇਂ ਕੱਢਿਆ ਸੀ ਵੀਰੇ ਘੁੱਟਣ ਵਾਲਿਆਂ ਦਾ, ਅਤੇ ਫਿਰ ਮੈਨੂੰ ਕੰਨ ਫੜ ਕੇ ਗਰਾਊਂਡ 'ਤੇ ਜਾਣਾ ਪਿਆ ਕਰੇ। ਅੱਛਾ ਜੀ। ਮੈਂ ਗਿਆ ਜੀ, ਫਿਰ ਬੜੀ ਮਿਹਨਤ ਦੇ ਨਾਲ ਮੈਂ ਕਿਹਾ ਭਰਾਵੋ ਹੁਣ ਤੁਹਾਡਾ ਗੁੱਸਾ ਵੀ ਨਿਕਲ ਗਿਆ, ਅਤੇ ਨਿਯਮ ਬਦਲੋ, 5 ਵਜੇ ਕਰੋ। ਯਾਨੀ ਉਦੋਂ ਫਿਰ ਵੀ ਲੜਾਈ ਦੇ ਵਿੱਚ ਵੀ ਇੰਨਾ ਪਿਆਰ ਹੁੰਦਾ ਸੀ, ਆਸ ਵਿੱਚ ਦੀ ਲੜਦੇ ਵੀ ਸੀ, ਅਤੇ ਇੱਕ ਦੂਜੇ ਦਾ ਪਿਆਰ ਵੀ ਹੁੰਦਾ ਸੀ, ਅਤੇ ਅੱਜ ਵੀ, ਅੱਜ ਵੇਖ ਲਓ ਵੀ ਚਾਹੇ ਕੁਛ ਹੈ, ਬਾਕੀ ਪਿੰਡਾਂ ਦਾ ਤਾਂ ਮੈਨੂੰ ਪਤਾ ਨਹੀਂ, ਮੇਰੇ ਪਿੰਡ ਦੇ ਪਲੇਅਰਾਂ 'ਚ ਪਿਆਰ ਅੱਜ, ਮੇਜਰ ਵੀ ਹੈ, ਠੀਕ ਹੈ, ਗੁਰਦੇਵ ਵੀ ਹੈ, ਮੱਖਣ ਫਲੱਡ ਵੀ ਹੈ, ਅਤੇ ਗੁਰਦੇਵ ਨੂੰ ਚਾਹ ਪੋਣੀਆਂ ਕਹਿੰਦੇ ਆ, ਬਿੱਲਾ, ਡਿਮਰਾ, ਪੀਟਰ ਹੈ, ਚਰਨੀ ਚੌਧਰੀ ਆ ਸਾਡਾ, ਸੁੱਖਾ, ਸੁੱਖੇ ਨੂੰ ਗੁਰੂ ਕਹਿੰਦੇ ਆ ਸਾਰੇ, ਸਾਰੇ ਇੱਕ ਦੂਜੇ ਨਾਲ ਵਰਤਦੇ ਆ, ਸਾਰਿਆਂ ਦਾ ਇੱਕ ਦੂਜੇ ਦਾ ਪਿਆਰ ਹੈ, ਹਵੀ ਨਵੀ ਇੱਕ ਦੂਜੇ ਦੀ, ਕਦੇ ਮਾੜੀ ਜਿਹੀ ਆਵਾਜ਼ ਮਾਰੋ ਸੀ ਬੰਦੇ ਇਕੱਠੇ, ਅੱਜ ਵੀ ਇਕੱਠੇ ਆ। ਸਰ ਤੁਹਾਡਾ ਇੱਕ ਮੈਨੂੰ ਨਾਂ ਬੜੇ ਅੱਛੇ ਲੱਗੇ, ਚਾਹ ਪੋਣੀ ਵਾਲਾ ਭਾਈ ਦਾ ਕੀ ਨਾਂ ਸੀ ਜੀ? ਗੁਰਦੇਵ। ਉਹਨੂੰ ਚਾਹ ਪੋਣੀ ਕਿਉਂ ਰੱਖਿਆ ਗਿਆ, ਨਾਂ ਰੱਖ ਦਿੰਦੇ ਹੈ ਨਾ? ਉਹ ਬਈ ਸਾਡਾ ਇੱਕ ਤਾਂ ਸੀਗਾ ਗੁਰਦੇਵ, ਉਹਦਾ ਨਾਂ ਸੀਗਾ 20 ਕਿਲੋ,
ਉਹ 20 ਕਿਲੋ ਤਾਂ ਰੱਖਦਾ ਵੀ ਜੋ ਕਬੱਡੀ ਜਾਏ ਉਹ 20 ਕਿਲੋ ਘਿਓ ਖਾ ਕੇ ਕਬੱਡੀ ਖੇਡਣ ਲੱਗਾ ਸੀ। ਅੱਛਾ। ਉਹਦਾ ਨਾਂ 20 ਕਿਲੋ ਰੱਖਦਾ ਸੀ ਤੇ ਦੂਜੇ ਨੂੰ ਚਾਹ ਪਾਉਣੀਆਂ ਤਾਂ ਕਹਿੰਦੇ ਸੀ ਵੀ ਜਦੋਂ ਕਦੇ ਚਾਹ ਪੁਣ ਕੇ ਪੀਣ ਲੱਗ ਗਏ ਪਹਿਲਾਂ ਪੀਂਦੇ ਨਹੀਂ ਸੀ ਹੁੰਦੇ ਤੇ ਉਹ ਪਾਣੀ ਜੀ ਲੱਭਣਾ ਤੇ ਉਹ ਜੇ ਉੱਥੇ ਕੈਂਪ 'ਚ ਡਿਊਟੀ ਹੋਣੀ ਚਾਹ ਬਣਾ ਕੇ ਸਾਰਿਆਂ ਨੂੰ ਵਰਤਾਉਣ ਦੀ ਤੇ ਉਹਨੇ ਕਹਿਣਾ ਪਾਣੀ ਕਿੱਥੇ ਆ ਉਹਦਾ ਨਾਂ ਹੀ ਰੱਖ ਲਿਆ ਚਾਹ ਪਾਣੀ ਵਾਲਾ ਇਹ ਪੂਣੀਆਂ ਹੀ ਲੱਭਦਾ ਰਹਿੰਦਾ ਹੁਣ ਤਾਂ ਚਾਹ ਪੂਣੀਆਂ ਵੈਸੇ ਅੱਜ ਉਹ ਪੰਚਾਇਤ ਮੈਂਬਰ ਵੀ ਆ ਸਾਡਾ ਅਤੇ ਆ ਕੀ ਹੈ ਪਾਰਲੀਮੈਂਟ ਸੰਸਦ ਮੈਂਬਰ ਵੀ ਹੈ ਆਦੂ ਜਾਤੀ ਹੁੰਦੀ ਹੈ ਸੋਸਾਇਟੀ ਦਾ ਮੈਂਬਰ ਵੀ ਹੈ ਅਤੇ ਇੱਕ ਆ ਪੰਜਾਂ ਸੱਤਾਂ ਪਿੰਡਾਂ ਦੀ ਬਣੀ ਹੁੰਦੀ ਹੈ ਉਹਦਾ ਮੈਂਬਰ ਵੀ ਅਤੇ ਹੁਣ ਕਈ ਵਾਰ ਜਦੋਂ ਪਾਸਪੋਰਟ ਬਣਾਉਣਾ ਹੋਵੇ ਜਾਂ ਰਾਈਫਲ ਦੀ ਜਾਂ ਰਿਵਾਲਵਰ ਰਿਵੂਲਵਰ ਦਾ ਜਿਹੜਾ ਕਰਨਾ ਹੋਵੇ ਅਤੇ ਉਸੇ ਭਰਾ ਦੀ ਮਿਹਨਤ ਕਰਨੀ ਪੈਂਦੀ ਹੈ ਵੀ ਆ ਜਾ ਵੀ ਗੁਰਦੇਵ ਸਿੰਘ ਕਿਉਂਕਿ ਇੱਕ ਬੜੀ ਦਿਲਚਸਪ ਗੱਲ ਹੈ ਕਿ ਨਾ ਸਾਡੀ ਲੜਾਈ ਹੋ ਗਈ ਸੀਗੀ ਕੋਈ ਇੱਕ ਥਾਣੇਦਾਰ ਸੀਗਾ ਲਿਆਜੀ ਮੇਰਾ ਅਤੇ ਉਹ ਗੱਲ ਕੀ ਸੀਗੀ ਜਿਹੜਾ ਕੱਡੇ 'ਚ ਬੈਠੇ ਸੀਗੇ ਅਤੇ ਧੁੰਦ ਪਈ ਸੀ ਜ਼ਿਆਦੇ ਉਹ ਜਦੋਂ ਧੁੰਦ ਪਈ ਜ਼ਿਆਦੇ ਅਤੇ ਝੰਡਿਆਣੇ ਦਾ ਇੱਕ ਭਾਈ ਸੀ ਅਤੇ ਉਹ ਕਾਰ ਬੈਕ ਕਰੀ ਜਾਵੇ ਉਹਨੂੰ ਕਿਤੇ ਵਿਚਾਰੇ ਨੂੰ ਧੁੰਦ 'ਚ ਦਿਸਿਆ ਨਾ ਮਗਰ ਮੇਰਾ ਸਕੂਟਰ ਖੜਾ ਸੀ ਮੈਂ ਉੱਤੇ ਸਕੂਟਰ ਬੈਠੇ ਦੇ ਵਿੱਚ ਸਕੂਟਰ ਦੇ ਵੱਜਿਆ ਉਹ ਸਕੂਟਰ ਦਾ ਟੁੱਟ ਗਿਆ ਮੈਂ ਬਚ ਗਿਆ ਅਤੇ ਮੇਰੇ ਨਾਲ ਖੜੇ ਸੀਗੇ ਬਿੱਲਾ ਦੇ ਡੇਵਰਾ ਇਹਨਾਂ ਨੇ ਹਵੀ ਨਾ ਕੀਤੀ ਨਵੀਂ ਨਾ ਕੀਤੀ ਕਹਿੰਦੇ ਭਾਅ ਜੀ ਤੁਸੀਂ ਸਾਰਿਆਂ ਮਾਰ ਦੇਣਾ ਸੀਗਾ ਇਹਨਾਂ ਨੇ ਬਾਰੀ ਖੋਲ੍ਹ ਕੇ ਤਾਂ ਸਿੱਟ ਲਿਆ ਬਾਹਰ ਕੋਟਿਆ ਬਹੁਤ ਅਤੇ ਉਹ ਝੰਡਿਆਣੇ ਦੇ ਖਾੜਕੂਆਂ ਦੇ ਬੰਦੇ ਸੀਗੇ ਉਹਨਾਂ ਨੇ ਥਾਣੇ ਪਰਚਾ ਦਿੱਤਾ ਹੁਣ ਪਰਚਾ ਤਾਂ ਮੈਂ ਤਾਂ ਹੱਥ ਵੀ ਨਹੀਂ ਸੀ ਲਾਇਆ ਕੁੱਟਣ 'ਚ ਕੁੱਟਿਆ ਤਾਂ ਇਹਨਾਂ ਨੇ ਕਹਿੰਦੇ ਕੁੱਟਿਆ ਤਾਂ ਤੇਰੇ ਪਿੱਛੇ ਹੈ ਨਾ ਪਰਚਾ ਮੇਰੇ 'ਤੇ ਉਹ ਪੁਲਿਸ ਵਾਲਾ ਆ ਗਈ ਜੀ ਮੈਨੂੰ ਲੈ ਕੇ ਕਹਿੰਦਾ ਆ ਜਾ ਜੀ ਤੈਨੂੰ ਐਸ ਐਚ ਓ ਨੇ ਸੱਦਿਆ ਅਤੇ ਉਹ ਰਾਜ਼ੀਨਾਮਾ ਤਾਂ ਸਾਡਾ ਉਹਨੇ ਕਰਵਾਤਾ ਗੱਲਬਾਤ ਤਾਂ ਨਿਬੜ ਗਈ ਪਰ ਉਹ ਬੰਦੇ ਨੇ ਸਾਨੂੰ ਤੰਗ ਥਾਣੇਦਾਰ ਨੇ ਬਹੁਤ ਕੀਤਾ ਕਿਵੇਂ ਕੀਤਾ ਵੀ ਅੱਧੀ ਰਾਤ ਤੱਕ ਸਾਨੂੰ ਭਾਈ ਰੱਖਿਆ ਮੱਛੀ ਖਵਾਓ ਮੈਨੂੰ ਪਕੌੜੇ ਖਵਾਓ ਚਾਹ ਵੀ ਰਾਤ ਦੇ 12-2 ਵੱਜ ਗਏ ਦੰਦ ਵੱਜਣ ਲੱਗ ਗਏ ਮੈਂ ਕਿਹਾ ਯਾਰ ਇਦੂ ਸਾਡੇ 4 ਡੰਡੇ ਮਾਰ ਲੈਂਦਾ ਤਾਂ ਉਦੋਂ ਬਾਹਲੀ ਸਜ਼ਾ ਦੇ ਵੀ ਆਹ ਤਾਂ ਸਾਨੂੰ ਤੁਹਾਨੂੰ ਬਾਹਲੀ ਸਜ਼ਾ ਦੇ ਤੀ ਅਤੇ ਉਹਦਾ ਨਾਂ ਭਾਗਮਲ ਸੀ ਭਾਗ ਚ ਥਾਣੇਦਾਰ ਵੀ ਬਣ ਗਿਆ ਸੀ ਕਹਿੰਦਾ ਮੈਂ ਤੁਹਾਨੂੰ ਤੰਗ ਨਹੀਂ ਕੀਤਾ ਮੈਂ ਤੁਹਾਨੂੰ ਮੱਤ ਦਿੰਦਾਗਾ ਉਹਨੂੰ ਲੜਿਓ ਨਾ ਹਾਏ ਹਾਏ ਕਹਿੰਦਾ ਮੈਂ ਤੁਹਾਨੂੰ ਮੱਤ ਦਿੰਦਾ ਵੀ ਤੁਸੀਂ ਖਿਡਾਰੀ ਬੰਦੇ ਭਲਵਾਨ ਬੰਦੇ ਤੁਹਾਡਾ ਲੜਾਈ ਨਾਲ ਕੀ ਕੰਮ ਕਹਿੰਦਾ ਤੁਸੀਂ ਉਹ ਬੰਦੇ ਨੂੰ ਕਹਿੰਦੇ ਯਾਰ ਮਾਰ ਦੇਣਾ ਸੀਗਾ ਉਹ ਬਿੱਲਾ ਤੇ ਦੂਜਾ ਡਿਵਰਾ ਕਹਿੰਦੇ ਇੰਨੇ ਨਾਲ ਕੋਈ ਸੰਭਲਦਾ ਯਾਰ ਕਹਿੰਦਾ ਸਾਡੀ ਪਲੇਅਰ ਹੀ ਨਹੀਂ ਕਰਦਾ ਗੱਡੀ ਥੱਲੇ ਦੇ ਕੇ ਮਾਰ ਦੇਣਾ ਭਾਜੀ ਗੁੱਸੇ 'ਚ ਹੋ ਗਿਆ ਚਾਹੇ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਅਤੇ ਉਹ ਬੜਾ ਯਾਦ ਕਰਦੇ ਹੁੰਦੇ ਵੀ ਭਾਗਮਲ ਯਾਦ ਹੈ ਫਿਰ ਆਪਾਂ ਨੂੰ ਉਹ ਥਾਣੇਦਾਰ ਭਾਗਮਲ ਨੂੰ ਅਸੀਂ ਅੱਜ ਵੀ ਕਿਹੜੇ ਸਣ ਦੀ ਗੱਲ ਹੈ ਜੀ ਪੁਰਾਣੀਆਂ ਗੱਲਾਂ ਜੀ ਹੁਣ ਸਣ ਤਾਂ ਮੈਨੂੰ ਯਾਦ ਨਹੀਂ ਗਾ ਅਤੇ ਉਦੋਂ ਜਾਣੀ ਸਾਡੀ ਟੀਮ ਤਕੜੀ ਚੰਗੀ ਚੜਾਈ ਹੁੰਦੀ ਸੀਗੀ ਟੀਮ ਦੀ ਪੂਰੀ ਅੱਛਾ ਇੱਕ ਤੁਹਾਡਾ ਨਾਲ ਤੁਸੀਂ ਪਲੇਅਰ ਦਾ ਨਾਂ ਲਿਆ ਸੀਗਾ ਫਲੱਡ ਹਾਂਜੀ ਉਹਨੂੰ ਫਲੱਡ ਕਿਉਂ ਕਹਿਣ ਲੱਗ ਪਏ ਕੋਈ ਘਟਨਾ ਦੱਸੋ ਉਹਨਾਂ ਦੀ ਬਈ ਰਾਣਾ ਫਲੱਡ ਦਾ ਨਾਂ ਸੁਣਿਆ ਤੁਸੀਂ ਨਹੀਂ ਜੀ ਰਾਣਾ ਵੰਝ ਸੁਣਿਆ ਰਾਣਾ ਵੰਝ ਹਾਂ ਰਾਣਾ ਵੰਝ ਹੈ ਰਾਣਾ ਵੰਝ ਬਹੁਤ ਲੱਫੜ ਮਾਰਦਾ ਉੱਥੋਂ ਬੜਾ ਤਕੜਾ ਹੈ ਅਤੇ ਉਹ ਰਾਣੇ ਵੰਝ ਜਿੱਡਾ ਹੀ ਉਹਦਾ ਘਰਦਾ ਮੱਖਣ ਉਹਦਾ ਫਲੱਡ ਦਾ ਉਹਦਾ ਗੱਦ ਉਹ ਵੀ ਜਦੋਂ ਲੱਫੜ ਮਾਰਦਾ ਫਿਰ ਮੀਂਹ ਵਧਾ ਨਾ ਕਹਿੰਦੇ ਆ ਗਿਆ ਜੀ ਲੱਫੜਾਂ ਦਾ ਫਲੱਡ ਆ ਇਸ ਕਰਕੇ ਉਹਨੂੰ ਮੱਖਣ ਫਲੱਡ ਕਹਿਣ ਲੱਗ ਉਹਦਾ ਨਾਂ ਹੀ ਫਲੱਡ ਪੈ ਗਿਆ ਤੁਹਾਡਾ ਵੀ ਕੋਈ ਦੋਸਤਾਂ ਨੇ ਨਾਂ ਰੱਖਿਆ ਜਾਂ ਤੁਸੀਂ ਫਲੱਡ ਰੱਖਿਆ ਉਹਦਾ ਰੱਖਿਆ ਬਈ ਨਾਂ ਰੱਖੇ ਹੋਣਗੇ ਮੈਂ ਨਹੀਂ ਕਹਿ ਸਕਦਾ ਡਰਦੇ ਕਈ ਵਾਰ ਤਾਂ ਜਾਣੀ ਮੂੰਹ ਦੇ ਨਾਂ ਲੈਂਦੇ ਹੀ ਨਹੀਂ ਸੀ ਉਹ ਬਾਅਦ 'ਚ ਮੈਨੂੰ ਪਤਾ ਲੈਣ ਲੱਗ ਗਿਆ ਕਈ ਹਾਸੇ 'ਚ ਵੈੜਾ ਵੀ ਕਹਿਣ ਲੱਗ ਗਏ ਮੱਖਣ ਵੈੜਾ ਵੀ ਵੈੜਾ ਵੀ ਹੁਣ ਵੈੜਾਪਣ ਤਾਂ ਵਿਖਾਉਣਾ ਹੀ ਪੈਣਾ ਗਰਮੀ ਆਉਣੀ ਆਉਣੀ ਹੈ ਜਦੋਂ ਸਕੂਲ 'ਚ ਸੀਗੇ ਉਦੋਂ ਹਾਥੀ ਕਹਿਣ ਲੱਗ ਗਏ ਫੁੱਟਬਾਲ ਖੇਡਦੇ ਹੁੰਦੇ ਸੀ ਵੀ ਕਿਉਂਕਿ ਫੁੱਟਬਾਲ ਸਰੀਰ ਭਾਰਾ ਸੀ ਰੁੱਖ ਹੁੰਦਾ ਨਹੀਂ ਸੀ ਅੱਛਾ ਤੁਸੀਂ ਪਹਿਲਾਂ ਭਾਰੇ ਸੀ ਪਹਿਲਾਂ ਭਾਰਾ ਸੀਗਾ ਸਰੀਰ ਫੁੱਟਬਾਲ ਖੇਡਦੇ ਰੁੱਖ ਹੁੰਦਾ ਨਹੀਂ ਬੰਦਾ ਜਿਹਾ ਆ ਗਿਆ ਦੱਸਦਾ ਹੇਠਾਂ ਹੀ ਆਉਂਦਾ ਸੀ ਕਹਿੰਦਾ ਹਾਥੀ ਨੂੰ ਮਿਹਦਾ ਤੁਰਿਆ ਜਾਂਦਾ ਇਸ ਤਰ੍ਹਾਂ ਪਰ ਜਦੋਂ ਮੈਂ ਡੀਪੀ ਬਣ ਗਿਆ ਅਤੇ ਫਿਰ ਮੱਖਣ ਦਾ ਨਾਂ ਹੀ ਭੁੱਲ ਗਏ ਲੋਕ ਲੋਕਾਂ ਦਾ ਮੇਰਾ ਨਾਂ ਹੀ ਡੀਪੀ ਰੱਖ ਲਿਆ ਐਕਚੁਲੀ ਅਤੇ ਸਕੂਲ ਦੇ ਵਿੱਚ ਵੀ ਜਵਾਕਾਂ ਨੇ ਜਾ ਕੇ ਕਹਿਣਾ ਡੀਪੀ ਸਿੰਘ ਨੇ ਸੱਦਿਆ ਜੀ ਡੀਪੀ ਸਿੰਘ ਨੇ ਕਿਸੇ ਨੂੰ ਇਹ ਨਹੀਂ ਪਤਾ ਡੀਪੀ ਕੌਣ ਹੈ ਅਤੇ ਜੇਕਰ ਡੀਪੀ ਦੀ ਗੱਲ ਕਰਦੇ ਸੀ ਸਕੂਲਾਂ ਦੇ ਵਿੱਚ ਡੀਪੀ ਤਾਂ ਬਹੁਤ ਸੀ ਜੇ ਗੱਲ ਕਰਨਾ ਤਾਂ ਉਹਦਾ ਮਤਲਬ ਹੁੰਦਾ ਝਿੜਕ ਵਾਲਾ ਡੀਪੀ ਝਿੜਕ ਵਾਲਾ ਡੀਪੀ ਕਰਕੇ ਮਸ਼ਹੂਰ ਹੋਇਆ ਮੱਖਣ ਤਾਂ ਬਾਅਦ 'ਚ ਲੋਕਾਂ ਨੂੰ ਪਤਾ ਲੱਗਿਆ ਵੀ ਇਹਦਾ ਨਾਂ ਮੱਖਣ ਹੈ ਮੇਰਾ ਨਾਂ ਹੀ ਡੀਪੀ ਰੱਖ ਲਿਆ ਮੱਖਣ ਡੀਪੀ ਇਸ ਕਰਕੇ ਹੁਣ ਮੈਂ ਆਪ ਦੀ ਕਦੇ ਕੋਈ ਗੱਲਬਾਤ ਹੋਵੇ ਤਾਂ ਆਪਦਾ ਨਾਂ ਲਿਖਦਾ ਮੱਖਣ ਡੀਪੀ ਜਾਂ ਕੋਈ ਝਿੜਕ 'ਚ ਬੈਠੇ ਹੋਏ ਮੈਂ ਝਿੜਕ ਤੋਂ ਬੋਲਦਾ ਆਦਤ ਹੀ ਬਣ ਗਈ ਅਗਲਾ ਕਹਿੰਦਾ ਮੈਂ ਵੀ ਝਿੜਕ ਤੋਂ ਹੀ ਬੋਲਦਾ ਯਾਰ ਝਿੜਕ 'ਚ ਹੀ ਬੈਠੇ ਹੈ ਉਹ ਪਰ ਕਈ ਵਾਰ ਮਨ 'ਤੇ ਹੀ ਚੜ ਜਾਂਦਾ ਉਸ ਤਰ੍ਹਾਂ ਦੀ ਗੱਲ ਜੀ ਬਣ ਜਾਂਦੀ ਆ ਚਲੋ ਰੱਬ ਦੀ ਮਿਹਰ ਆ ਮੇਰਾ ਪਿੰਡ ਵੀ ਵਧੀਆ ਪਿੰਡ ਦੇ ਲੋਕ ਵੀ ਵਧੀਆ ਬੜਾ ਸਾਥ ਦਿੱਤਾ ਹਰ ਥਾਂ 'ਤੇ ਨਾਲ ਜਾਂਦੇ ਰਹੇ ਆ ਇੰਨੇ ਲੋਕ ਟਰਾਲੀਆਂ ਭਰ ਭਰ ਮਗਰ ਜਾਂਦੇ ਰਹੇ ਮੈਚ ਦੇਖਣ ਬੜੀ ਵਧੀਆ
ਤੁਹਾਡੇ ਮਤਲਬ ਵੀ ਦਾਦਾ ਜੀ ਵੀ ਸੀਗੇ ਨਿਗਾਹ ਦੇ ਵਿੱਚ ਸੀਗੇ ਜਦੋਂ ਉਹ ਕਿੰਨੀ ਦੇ ਤੱਕ ਤੁਹਾਨੂੰ ਵੇਖਿਆ ਉਹਨਾਂ ਨੇ ਖੇਡਦਾ ਤੁਹਾਨੂੰ ਤੁਹਾਡੇ ਦਾਦਾ ਜੀ ਨੇ? ਮੇਰੇ ਦਾਦੇ ਨੇ ਨਹੀਂ ਖੇਡਦਾ ਦੇਖਿਆ, ਮੈਂ 10ਵੀਂ 'ਚ ਸੀਗਾ ਜਦੋਂ ਮੇਰੇ ਦਾਦੇ ਦੀ 9ਵੀਂ 10ਵੀਂ 'ਚ ਸੀਗਾ ਜਦੋਂ ਮੇਰੇ ਦਾਦੇ ਦੀ ਡੈਥ ਹੋ ਗਈ ਸੀਗੀ। ਓਕੇ, ਪਰ ਮੇਰੇ ਦਾਦੇ ਦਾ ਵੀ ਉਦੋਂ ਜਿਵੇਂ ਕਹਿੰਦੇ ਹੁੰਦੇ ਸੀਗੇ, ਉਹਨਾਂ ਨਾਮ ਦੱਸਿਆ ਜੀ ਮਾੜਾ ਜੀ, ਉਹਨਾਂ ਦਾ ਨਾਮ ਸੀ ਸਰਦਾਰ ਨਰੈਣ ਸਿੰਘ ਅਤੇ ਸਾਡੇ ਪਿੰਡ ਜਿਹੜੇ ਅੱਜ ਕੱਲ੍ਹ ਜੱਜ ਨੇ ਮਹਿਤਾਬ ਸਿੰਘ ਜੀ, ਇਹਨਾਂ ਦੇ ਮਾਂ ਪਿਓ ਸਾਰੇ ਜੱਜ, ਇਹ ਸਰਦਾਰ ਵੱਜਦੇ ਸੀ ਬੀੜ ਚੜਕ ਵਾਲੇ, ਅਤੇ ਇਹਨਾਂ ਦੀ ਪੈਲੀ ਸੀਗੀ ਬੀੜ। ਉਹਨਾਂ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਝਲੱਕੀਆਂ ਵਰਤੀਆਂ ਜਾਂਦੀਆਂ ਸੀਗੀਆਂ, ਉਹਦੇ ਘਾਹ ਕੰਡਾ ਕਾਫ਼ੀ ਕੁਛ ਹੁੰਦਾ ਸੀ, ਅਤੇ ਇਹਨਾਂ ਨੇ ਕਿਤੇ ਢੰਡੋਰਾ ਪਾ ਕੇ ਐਲਾਨ ਕਰਤਾ ਵੀ ਜਿੰਨੀ ਪੈਲੀ ਜਿਹਦੋਂ ਨਿਕਲਦੀ ਆ ਕੱਢ ਲਓ। ਅੱਛਾ, ਸਰਮਾਏਦਾਰ ਦੀਆਂ ਝਲੱਕੀਆਂ ਨਾ, ਲਈ ਜਿੰਨੀ ਪੈਲੀ ਜਿਹਦੋਂ ਨਿਕਲਦੀ ਆ ਕੱਢ ਲਓ, ਉਹ ਵਾਹ ਲਿਆ ਕਰੋ, ਬੀਜ ਲਿਆ ਕਰੋ, ਉਹਦੀ ਅਸੀਂ ਰੁਣ ਦੇ ਦਾਂਗੇ। ਉਹ ਮੇਰੇ ਦਾਦੇ ਨੇ ਬੰਦੇ ਮੁੰਦੇ ਲਾ ਕੇ ਉੱਥੇ 8-10 ਕਿੱਲੇ ਕੱਢ ਲਏ। ਉਹ ਜਦੋਂ ਵਾਹੀ ਯੋਗ ਹੋ ਗਈ ਅਤੇ ਉਦੋਂ ਸਰਦਾਰਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਮੇਰੇ ਦਾਦੇ ਦੀ ਉਮਰ ਤਾਂ ਸਾਰੀ ਉਮਰ ਇਹਨਾਂ ਨਾਲ ਲੜਦਿਆਂ ਦੀ ਲੰਘ ਗਈ। ਇੱਥੇ ਉਦੋਂ ਜਿਹੜੀ ਕੋਰਟ ਹੁੰਦੀ ਸ਼ਸ਼ਰੌਲੀ ਹੁੰਦੀ ਸੀ, ਉਹ ਅੰਬਾਲੇ ਤੋਂ ਵੀ ਗਾਂਹ ਜਾ ਕੇ ਅਤੇ ਤਰੀਕਾਂ ਪਾਉਣੀਆਂ, ਇਹ ਪੈਸੇ ਵਾਲੇ ਬੰਦੇ ਸੀਗੇ, ਉਹਨੇ ਤੁਰ ਕੇ ਆਉਣਾ ਮੋਗੇ, ਇੱਥੋਂ ਰੇਲ ਗੱਡੀ ਫੜਨੀ ਉੱਥੇ ਜਾਣਾ, ਤਰੀਕ ਨੇੜ ਦੀ ਪਵਾ ਦੇਣੀ, ਉਹ 5-4 ਦਿਨ ਜਾਣ 'ਚ ਲੱਗਣੇ, ਉਹਦੀ ਤਾਂ ਵਿਚਾਰੀ ਦੀ ਸਾਰੀ ਉਮਰ ਇਸ ਤਰ੍ਹਾਂ ਲੰਘ ਗਈ। ਪਰ ਸੀ ਉਹ ਲੜਾਕੂ ਹੀ ਪੂਰਾ, ਉਹ ਖਾੜਕੂ, ਉਹ ਕਹਿੰਦੇ ਪਤਾ ਲੱਗ ਜੂਗਾ ਇਹ ਇੱਕ ਜੱਟ ਦਾ ਸਰਦਾਰਾਂ ਨਾਲ ਮੁਕਾਬਲਾ ਹੋਇਆ, ਡਰਿਆ ਨਹੀਂ ਸੀ ਕਦੇ ਇਹਨਾਂ ਤੋਂ। ਜਦੋਂ ਇਹਨਾਂ ਨੇ ਕਬਜ਼ਾ ਕੀਤਾ, ਉਹ ਦੱਸਦਾ ਵੀ ਪਾਣੀ ਛੱਡਿਆ ਹੁੰਦਾ ਸੀਗਾ, ਇਹਨਾਂ ਨੇ ਆਣ ਕੇ ਆੜ ਤੋੜ ਦੇਣੀ, ਘੋੜੇ 'ਤੇ ਆਉਣਾ, ਆੜ ਤੋੜ ਕੇ ਭੱਜ ਜਾਣਾ। ਹੁਣ ਘੋੜੇ ਮਗਰ ਕਿੱਥੋਂ ਲੱਗ ਜੂ, ਕਹਿੰਦਾ ਇੱਕ ਘੋੜੇ ਭਜਾਉਣ ਜਾਣਾ, 4 ਕਿੱਲੇ ਭਜਾ ਕੇ ਆਉਣਾ, ਦੂਜੇ ਪਾਸੇ ਦੂਜੇ ਘੋੜੇ 'ਤੇ ਆ ਕੇ ਉਹਨੇ ਤੋੜ ਜਾਣਾ, ਉਹਨੂੰ 4 ਕਿੱਲੇ ਭਜਾਉਣਾ, ਦੂਜੇ ਪਾਸੇ ਦੂਜੇ ਤੋੜ ਜਾਣਾ। ਅਤੇ ਉਹ ਮੇਰਾ ਭਲਵਾਨ ਸੀ, ਉਹਨੂੰ ਕਹਿੰਦਾ ਤੂੰ ਨਾ ਵਿੱਚ ਆਈ, ਤੂੰ ਭਲਵਾਨ ਹੈ। ਅੱਛਾ, ਹਾਂ। ਪਰ ਚਲੋ, ਬਾਅਦ 'ਚ ਮੇਰੇ ਫੁੱਫੜ ਜੀ ਸੀਗੇ, ਕੈਪਟਨ ਸੀਗੇ ਆਰਮੀ ਦੇ ਵਿੱਚ, ਚਾਚਾ ਬਾਹਰ ਸੀਗਾ, ਉਹਨਾਂ ਨੇ ਮਿਲਾ ਕੇ ਅਤੇ ਦਾਰੂ ਪਿਆ ਕੇ ਜਾਣੀ, ਦਾਰੂ ਪਿਆ ਕੇ ਸ਼ਰਾਬੀ ਕਰਕੇ ਮੇਰੇ ਦਾਦੇ ਤੋਂ ਰਾਜੀਨਾਮੇ 'ਤੇ ਅੰਗੂਠਾ ਲਵਾਇਆ। ਅਤੇ ਉਹਨੂੰ ਪਤਾ ਲੱਗ ਗਿਆ, ਕਹਿੰਦਾ ਅੰਗੂਠਾ ਲਵਾ ਲਿਆ ਤੁਸੀਂ, ਮੇਰੇ ਕੋਲ ਬੇਈਮਾਨੀ ਨਾਲ ਧੋਖਾ ਕੀਤਾ, ਕਹਿੰਦਾ ਮੇਰੇ ਨਾਲ, ਕਹਿੰਦਾ ਦੱਸ ਦੇਣਾ ਸੀਗਾ ਵੀ ਜੱਟ ਦੀ ਖਰਦਾਰਾਂ ਨਾਲ ਟੱਕਰ ਕੇ ਮਿਲ ਗਈ ਹੈ। ਜਾਣੀ ਮੈਂ ਕਹਿ ਸਕਦਾ ਵੀ ਲੜਨਾ ਦਾ ਰਾਸਤਾ ਹੀ ਮਿਲਿਆ ਮੈਨੂੰ ਦਾਦੇ ਤੋਂ। ਮੇਰਾ ਦਾਦਾ ਵੀ ਤਾਂ ਲੜਾਕੂ ਸੀ, ਇਨਸਾਫ ਬੇਇਨਸਾਫੀ ਦੀ ਉਲਟਾ ਲੜਦਾ ਰਿਹਾ। ਇਹ ਬੇਇਨਸਾਫੀ ਜਿੱਥੇ ਥੋੜ੍ਹਾ ਜਿਹਾ ਧੱਕਾ ਹੁੰਦਾ, ਧੱਕੇ ਦੇ ਉਲਟ ਸਾਨੂੰ ਲੜਨਾ ਚਾਹੀਦਾ, ਇਹ ਲੜੋ ਦਾ ਲੋਕ ਕਹਿੰਦੇ ਜੀ ਲੜਾਕੇ ਆ। ਅਤੇ ਤੁਹਾਡਾ ਧੰਨਵਾਦ ਜੀ, ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ, ਅਤੇ ਮੈਨੂੰ ਲੱਗਦਾ ਸਭ ਤੋਂ ਵੱਡਾ ਬਲੌਗ ਸਾਡਾ ਬਣਿਆ DP ਸਾਹਿਬ ਨਾਲ। ਸਤਿ ਸ਼੍ਰੀ ਅਕਾਲ।